अंग चौदवा। शाम हो गई सी, दोपहर तुम्हें ही पै रहा सी। अज दी दोपहर सरोज ने काफ़ी परेशानी च बिताई। उन्हू कई तरह भी चिंता ने घेरिया होया सी। पहली कुलदीप बारे, दूजी वरियाम सिंह की उस मंग बारे कि रात नूं उहदे मकान ते जाणा है, ते तीसरी जिहड़ी सब तों वड्डी चिंता सी उह इह कि बाऊ गंगा विशन ज्यों सवेर दी रोटी खा के घरों निकलिया अजे तीक नहीं सी मुड़िया। सरोज जानती सी कि इहो जिही झड़ी विच उहदा पिता मुश्किल नाल ही सुक्का मुड़ेगा। शराबी लई बदलां दी घनघोर उस तरह हुंदी है जिवें शिकारी लई मुरगाबी दी आवाज़। उन्हें दो वारी नौकर नूं शराब दे ठेके वल ते होर जिनी थाई गंगा विशन दा वहन उठन सी भेजिया, पर उहदी कोई सूह ना मिली। बाबू गंगा विशन दी आदत सी जिस दिन उह बहुत पी लवे घर नहीं सी वड़दा। सरोज पासों इस हालत विच बड़ा डरदा सी। डर ये नहीं कि धी प्यो नूं गुस्से होएगी, इह तां सरोज दी फितरत चीनी सी। बहुता जिहड़ी चीज़ उहनूं डराउंदी सी उह सन सरोज दे हंझू। ਉਹ ਹੋਰ ਸਭ ਕੁਝ ਦੇਖ ਸਕਦਾ ਸੀ ਪਰ ਆਪਣੀ ਬੱਚੀ ਦੀਆਂ ਅੱਖਾਂ 'ਚ ਪਾਣੀ ਦੇਖਣਾ ਉਸ ਲਈ ਮੁਸ਼ਕਲ ਸੀ। ਤਾਂ ਵੀ ਕੀ ਉਹ ਪੀਣੋਂ ਬਾਜ਼ ਆਉਂਦਾ ਸੀ? ਜੇ ਅੱਥਰੂ ਸ਼ਰਾਬ ਦਾ ਕੰਮ ਦੇ ਸਕਦੇ ਹੁੰਦੇ ਤਾਂ ਸ਼ਾਇਦ ਸਰੋਜ ਆਪਣੇ ਸਿਰ ਵਿੱਚੋਂ ਸਾਰਾ ਪਾਣੀ ਅੱਖਾਂ ਥਾਣੀ ਕੱਢ ਕੇ ਉਹਨੂੰ ਪਿਆਲ ਦਿੰਦੇ। ਸਰੋਜ ਸੋਚਦੀ ਹੋਏਗੀ ਸ਼ਾਇਦ ਇਹਨਾਂ ਅੱਥਰੂਆਂ 'ਚ ਨਸ਼ਾ ਹੁੰਦਾ। ਕੁਲਦੀਪ ਬਾਬਤ ਵਰਿਆਮ ਸਿੰਘ ਜਿਹੜਾ ਅੱਜ ਨਵੇਂ ਖਿਆਲ ਉਹਦੇ ਸਾਹਮਣੇ ਪ੍ਰਗਟ ਕਰ ਗਿਆ ਸੀ ਕਿ ਇਹਨਾਂ ਨੇ ਉਹਦੇ ਦਿਲ 'ਚ ਕੁਝ ਵੀ ਤਬਦੀਲੀ ਨਹੀਂ ਲਿਆਂਦੀ ਹੋਏਗੀ। ਪਰ ਕੀ ਕੁਲਦੀਪ ਸਿੰਘ ਦੀ ਅਮਿੱਟ ਤਸਵੀਰ ਨੂੰ ਇੰਨੀ ਛੇਤੀ ਦਿਲ 'ਚੋਂ ਕੱਢ ਸਕੀ? ਨਹੀਂ, ਇਸ 'ਚ ਸ਼ੱਕ ਨਹੀਂ ਕਿ ਇਸ ਤਸਵੀਰ ਦਾ ਰੰਗ ਅੱਜ ਉਹਨੂੰ ਕੁਝ ਧੁੰਦਲਾ ਜਾਪਣ ਲੱਗ ਪਿਆ। ਇਸ 'ਚ ਜਿੰਨੀ ਚਮਕ ਉਹ ਦੇਖਿਆ ਕਰਦੀ ਸੀ ਉਨੀ ਇਸ ਵੇਲੇ ਉਹਨੂੰ ਨਹੀਂ ਸੀ ਦਿਸ ਰਹੀ। ਤਾਂ ਵੀ ਉਹਨੂੰ ਕੁਝ ਇਉਂ ਭਾਸਣ ਲੱਗ ਪਿਆ ਕਿ ਕੁਲਦੀਪ ਉਹਦੇ ਜੀਵਨ 'ਚ ਬਹੁਤ ਡੂੰਘਾ ਰਚ ਗਿਆ, ਇੰਨਾ ਡੂੰਘਾ ਕਿ ਉਹਨੂੰ ਨਿਖੇੜਨ ਦਾ ਖਿਆਲ ਕਰਨਾ ਹੀ ਉਸ ਲਈ ਅਣਹੋਣੀ ਗੱਲ ਸੀ। ਇਹ ਤੋਂ ਛੁੱਟ ਉਹਨੂੰ ਸਿਰ 'ਤੇ ਚੁੱਕੀ ਹੋਈ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਤੰਗ ਕਰ ਰਿਹਾ ਸੀ, ਜਿਹੜੀ ਮੌਤ ਦੇ ਕੰਢੇ ਖੜ੍ਹੀ ਸਤਵੰਤ ਨੇ ਉਹਦੇ ਸਿਰ 'ਤੇ ਰੱਖੀ ਸੀ। ਕੁਲਦੀਪ ਦੀ ਰੱਖਿਆ ਜੇ ਕੋਈ ਕਰ ਸਕਦਾ ਤਾਂ ਸਿਰਫ ਸਰੂਰ ਸੀ। ਬੀਤੀ ਰਾਤ ਦੇ ਅਸਰਾਂ ਨੂੰ ਮਿਟਾਉਣ ਲਈ ਉਹ ਜਿੰਨਾ ਕੁ ਜ਼ੋਰ ਲਾ ਸਕਦੀ ਸੀ ਲਾ ਚੁੱਕੀ ਹੈ, ਪਰ ਉਹਨੂੰ ਸਫਲਤਾ ਨਹੀਂ ਹੋਈ। ਇਸੇ 'ਚ ਸਰੋਜ ਦਾ ਪਿਆਰ ਅਤੇ ਫਰਜ਼ ਦੋਵੇਂ ਚੀਜ਼ਾਂ ਲੁਕੀਆਂ ਹੋਈਆਂ ਸਨ ਅਤੇ ਕੁਲਦੀਪ ਦੇ ਵਰਤਾਓ ਤੋਂ ਬਾਅਦ ਇਸ ਵੇਲੇ ਅਨੁਭਵ ਕਰ ਰਹੀ ਸੀ ਕਿ ਉਹਦਾ ਪਿਆਰ ਸਿਰੇ ਚੜ੍ਹ ਸਕਿਆ ਨਾ ਹੀ ਫਰਜ਼ ਪੂਰਾ ਹੋਇਆ। ਅਤੇ ਉੱਤੋਂ ਵਰਿਆਮ ਸਿੰਘ ਨੇ ਕੁਲਦੀਪ ਦੀ ਤਸਵੀਰ ਦਾ ਦੂਜਾ ਪਾਸਾ ਦਿਖਾ ਕੇ ਜਿਹਨੂੰ ਅੱਜ ਤੱਕ ਨਹੀਂ ਦੇਖ ਸਕੀ ਉਹਦੀ ਪਰੇਸ਼ਾਨੀ 'ਚ ਹੋਰ ਵਾਧਾ ਕਰ ਦਿੱਤਾ। ਇਸ ਵੇਲੇ ਸਭ ਤੋਂ ਵੱਡੀ ਚਿੰਤਾ ਜਿਹੜੀ ਉਹਦੇ ਸਿਰ 'ਤੇ ਖੜ੍ਹੀ ਮੰਡਲਾ ਰਹੀ ਸੀ ਇਹ ਸੀ ਰਾਤ ਨੂੰ ਵਰਿਆਮ ਸਿੰਘ ਦੇ ਮਕਾਨ 'ਤੇ ਜਾਣ ਦੀ, ਜਿਸ ਬਾਬਤ ਉਹਨੂੰ ਕੁਝ ਵੀ ਪਤਾ ਨਹੀਂ ਸੀ ਕਿ ਉੱਥੇ ਜਾ ਕੇ ਉਹਨੂੰ ਕੀ ਕਰਨਾ ਪਏਗਾ। ਜੇ ਉਹਦਾ ਪਿਤਾ ਉੱਚਰ 'ਤੇ ਘਰ ਨਾ ਆਇਆ ਤਾਂ ਕੀਕਣ ਘਰ ਇਕੱਲਾ ਛੱਡ ਕੇ ਜਾ ਸਕੇਗੀ, ਅਤੇ ਜੇ ਆ ਵੀ ਗਿਆ ਤਾਂ ਉਹਦੀ ਕੀ ਹਾਲਤ ਹੋ ਰਹੀ ਹੋਏਗੀ? ਉਹਨੂੰ ਅਜਿਹੀ ਹਾਲਤ ਵਿੱਚ ਛੱਡ ਕੇ ਜਾਣਾ ਉਸ ਲਈ ਕਿੰਨਾ ਕੁ ਮੁਸ਼ਕਿਲ ਹੋਏਗਾ? ਪਹਾੜ ਦੀਆਂ ਪਗਡੰਡੀਆਂ ਵਾਂਗ ਇਹਨਾਂ ਭਾਂਤੋਂ ਭਾਂਤੀ ਚਿੰਤਾਵਾਂ ਨੇ ਇੱਕ ਦੂਜੇ 'ਚ ਉਲਝ ਪੁਲਝ ਕੇ ਉਹਦੇ ਦਿਮਾਗ ਨੂੰ ਬੇਹੱਦ ਪਰੇਸ਼ਾਨ ਕਰ ਰੱਖਿਆ ਸੀ। ਸੰਧਿਆ ਦੇ ਹਨੇਰੇ ਦੇ ਨਾਲ ਨਾਲ ਹੀ ਮੋਹਲੇ ਧਾਰਮੀ ਸ਼ੁਰੂ ਹੋ ਗਿਆ। ਸਰੋਜ ਇਸ ਵੇਲੇ ਆਪਣੇ ਕਮਰੇ 'ਚ ਬੈਠੀ ਕਿਤਾਬ ਪੜ੍ਹ ਰਹੀ ਸੀ। ਰਸੋਈ ਵੱਲੋਂ ਨਿਸ਼ਚਿੰਤ ਸੀ ਕਿਉਂਕਿ ਰਸੋਈਆ ਇਸ ਵੇਲੇ ਕੁਝ ਤਗੜਾ ਸੀ। ਬਾਰੀ 'ਚੋਂ ਠੰਡੀ ਅਤੇ ਭਿੱਜੀ ਹਵਾ ਦੇ ਝੌਂਕੇ ਆ ਕੇ ਉਹਦੇ ਦੁਪੱਟੇ ਨੂੰ ਉਡਾ ਰਹੇ ਸਨ। ਉਹ ਕਿਤਾਬ ਪੜ੍ਹ ਰਹੀ ਸੀ ਪਰ ਮਜ਼ਮੂਨ 'ਚ ਉਹਦੀ ਰੁਚੀ ਨਹੀਂ ਸੀ। ਉਹਦੀਆਂ ਅੱਖਾਂ ਅੱਗੇ ਕੁਲਦੀਪ ਦੀ ਤਸਵੀਰ ਫਿਰ ਰਹੀ ਸੀ ਅਤੇ ਰਾਤ ਵਾਲੇ ਉਹ ਵਾਕ ਅਜੇ ਤੀਕ ਉਹਦੇ ਕੰਨਾਂ 'ਚ ਗੂੰਜ ਰਹੇ ਸਨ। ਸਰੋਜ ਜੀ, ਮੈਂ ਇਸ ਦੁਨੀਆ ਤੋਂ ਉਪਰਾਮ ਹੋ ਚੁੱਕਾ, ਮੋਹ ਮਾਇਆ ਦੇ ਜਾਲ 'ਚ ਦੁਬਾਰਾ ਨਹੀਂ ਫਸਣਾ ਚਾਹੁੰਦਾ। ਉਹ ਸੋਚ ਰਹੀ ਸੀ ਕਿ ਸੱਚਮੁੱਚ ਹੀ ਕੁਲਦੀਪ ਦੁਨੀਆ ਤੋਂ ਉਪਰਾਮ ਹੋ ਚੁੱਕਾ ਹੈ, ਕਿ ਸਤਵੰਤ ਦੀ ਮੌਤ ਨੇ ਉਹਦੇ ਦਿਲ 'ਚ ਇੰਨਾ ਡੂੰਘਾ ਟੋਇਆ ਪਾ ਦਿੱਤਾ ਕਿ ਜਿਹਨੂੰ ਕਿਸੇ ਤਰ੍ਹਾਂ ਵੀ ਭਰਿਆ ਨਹੀਂ ਜਾ ਸਕਦਾ। ਪਰ ਮੈਂ ਕਿਉਂ ਉਸ ਲਈ ਇੰਨੀ ਚਿੰਤਾ ਕਰ ਰਹੀ ਹਾਂ? ਆਖਿਰ ਉਹ ਮੇਰਾ ਕੌਣ ਹੈ? ਕੋਈ ਵੀ ਨਹੀਂ, ਦੁਨੀਆ ਆਦਮੀਆਂ ਨਾਲ ਭਰੀ ਪਈ ਹੈ ਅਤੇ ਉਹ ਵੀ ਉਹਨਾਂ 'ਚੋਂ ਇੱਕ ਹੈ। ਜੇ ਮੈਨੂੰ ਉਹਦੇ ਦੁਖੀ ਹੋਣ ਦਾ ਇੰਨਾ ਫਿਕਰ ਹੈ ਤਾਂ ਕੀ ਦੁਨੀਆ 'ਚ ਉਸ ਜਿਹੇ ਜਾਂ ਉਸ ਨਾਲੋਂ ਵੀ ਬਹੁਤੇ ਦੁਖੀਆਂ ਦੀ ਗਿਣਤੀ ਘੱਟ ਹੈ? ਫਿਰ ਮੈਂ ਸਿਰਫ ਉਸੇ ਦੀ ਹੀ ਦੁੱਖ ਨਿਵਿਰਤੀ ਲਈ ਕਿਉਂ ਤਰਲੇ ਮੱਛੀ ਹੋ ਰਹੀ ਹਾਂ? ਕਿ ਇਹਦੀ ਕਿਸੇ ਤਹਿ ਥੱਲੇ ਮੇਰਾ ਕੋਈ ਸਵਾਰਥ ਨਹੀਂ ਲੁਕਿਆ ਹੋਇਆ? ਜੇ ਹੈ ਤਾਂ ਉਹ ਕੀ ਹੈ? ਜੇ ਨਹੀਂ ਤਾਂ ਫਿਰ ਮੇਰਾ ਦਿਲ ਕਿਉਂ ਘੜੀ ਮੁੜੀ ਉਹਦੇ ਖਿਆਲਾਂ 'ਚ ਰੁੜਦਾ ਜਾ ਰਿਹਾ? ਕਿ ਭਾਪੇ ਨੇ ਸਭ ਕੁਝ ਸੱਚ ਹੀ ਕਿਹਾ ਸੀ? ਰਾਤ ਪੈਣੀ ਸ਼ੁਰੂ ਹੋਈ, ਮੀਂਹ ਹੋਰ ਵੀ ਤੇਜ਼ ਹੋ ਗਿਆ, ਹਰ ਪਾਸੇ ਜਲ ਥਲ ਹੋ ਰਿਹਾ ਸੀ, ਪਰ ਨਾਲਿਆਂ ਦੇ ਉੱਤੋਂ ਦੀ ਪਾਣੀ ਵਹਿ ਰਿਹਾ ਸੀ। ਸਰੋਜ ਦੇ ਖਿਆਲਾਂ ਨੇ ਕੁਲਦੀਪ ਵੱਲੋਂ ਹਟ ਕੇ ਆਪਣੇ ਪਿਤਾ ਦੀ ਗੈਰ ਹਾਜ਼ਰੀ ਵੱਲ ਅਤੇ ਫਿਰ ਉਸ ਵੱਲੋਂ ਹਟ ਕੇ ਵਰਿਆਮ ਸਿੰਘ ਵੱਲ ਰੁੱਖ ਮੋੜਿਆ।
ਸੋਚਣ ਲੱਗੀ ਚਲੋ ਇਹ ਵੀ ਚੰਗਾ ਹੋਇਆ ਕਿ ਮੀਂਹ ਆ ਗਿਆ, ਇਹਦਾ ਉਹਦਾ ਘਰ ਨਾ ਜਾ ਸਕਣ ਦਾ ਬਹਾਨਾ ਤਾਂ ਮਿਲ ਗਿਆ। ਪਰ ਝੱਟ ਹੀ ਉਹਨੇ ਇੱਕ ਹੋਰ ਸੋਚ ਆਈ, ਬਹਾਨਾ ਕਿਸ ਗੱਲ ਦਾ ਬਹਾਨਾ, ਕਿ ਮੈਂ ਉਹਦੀ ਜਾਂ ਕਿਸੇ ਹੋਰ ਦੀ ਬੈਗ ਖਰੀਦਾਂ, ਨਹੀਂ ਜਾ ਸਕੀ ਤਾਂ ਨਾ ਸਹੀ, ਬਹਾਨਿਆਂ ਦੀ ਕੀ ਲੋੜ ਹੈ, ਕਹਿ ਦਿਆਂਗੇ ਨਹੀਂ ਆ ਸਕੀ। ਨਾਲੋ ਨਾਲੋ ਉੱਠ ਕੇ ਘੜੀ ਮੁੜੀ, ਚੁਬਾਰੇ ਦੀ ਬਾਰੀ ਖੁੱਲਦੀ, ਬਾਹਰ ਤੱਕਦੀ ਗੰਗਾ ਵਿਸ਼ਨੂੰ ਦਾ ਅਜੇ ਤੱਕ ਕੋਈ ਪਤਾ ਨਹੀਂ ਸੀ, ਉਹਦਾ ਦਿਲ ਧੜਕ ਰਿਹਾ ਸੀ, ਖਬਰੇ ਕਿੱਥੇ ਕਿੱਥੇ ਖੱਜਲ ਹੁੰਦੇ ਫਿਰਦੇ ਹੋਣਗੇ। ਪਿਓ ਦੀ ਹਾਲਤ ਦਾ ਖਿਆਲ ਕਰਕੇ ਸਰੋਜ ਦਾ ਦਿਲ ਘਬਰਾ ਰਿਹਾ ਸੀ ਕਿ ਅਚਾਨਕ ਬੂਹੇ ਉੱਤੇ ਕਿਸੇ ਨੇ ਥੱਪੜ ਮਾਰਨ ਦੀ ਆਵਾਜ਼ ਆਈ। ਬੂਹਾ ਸਿਰ ਭੀੜਿਆ ਸੀ, ਖੁੱਲ੍ਹ ਗਿਆ ਅਤੇ ਗੰਗਾ ਵਿਸ਼ਨ ਅੰਦਰ ਦਾਖਲ ਹੋਇਆ। ਉਹਦੀ ਹਾਲਤ ਸੱਚਮੁੱਚ ਤਰਸਯੋਗ ਸੀ, ਸਿਰ ਤੋਂ ਪੈਰਾਂ 'ਤੇ ਚਿੱਕੜ ਨਾਲ ਲੱਥ ਪੱਥ, ਹੋਸ਼ ਹਵਾਸ ਗੁੰਮ, ਸ਼ਰਾਬ ਦੀ ਅੱਧੀ ਕੁ ਬੋਤਲ ਉਹਦੇ ਕੋਟ ਦੀ ਜੇਬ 'ਚ ਸੀ। ਸਰੋਜ ਨੇ ਇਸ ਵੇਲੇ ਕੁਝ ਵੀ ਕਹਿਣਾ ਸੁਣਨਾ ਮੁਨਾਸਬ ਨਾ ਸਮਝ ਕੇ ਝਟਪਟ ਨੌਕਰ ਦੀ ਮਦਦ ਨਾਲ ਉਹਦਾ ਕੱਪੜਾ ਲੱਤਾ ਬਦਲ ਕੇ ਹੁਲੀਆ ਠੀਕ ਕੀਤਾ, ਉਹਨੂੰ ਬਿਸਤਰੇ 'ਚ ਲਟਾ ਦਿੱਤਾ। ਪਰ ਸਰੋਜ ਆਪ ਨਾ ਸੌਂ ਸਕੀ, ਨਾ ਹੀ ਉਸ ਰੋਟੀ ਖਾਧੀ, ਉਸੇ ਤਰ੍ਹਾਂ ਫਿਕਰਾਂ ਦੀਆਂ ਲਹਿਰਾਂ ਵਿੱਚ ਹੱਥ ਪੈਰ ਮਾਰਦੀ ਹੋਈ ਸੋਚ ਸਾਗਰ 'ਚ ਵਹਿੰਦੀ ਜਾ ਰਹੀ ਸੀ। ਵਰਿਆਮ ਸਿੰਘ ਦੇ ਮਕਾਨ 'ਤੇ ਜਾਵਾਂ ਕਿ ਨਾ, ਅਜੇ ਤੀਕ ਬਰਾਬਰ ਇਹ ਕਸ਼ਮਕਸ਼ ਉਹਦੇ ਅੰਦਰ ਜਾਰੀ ਸੀ। ਕਈ ਵਾਰੀ ਉਹਨੇ ਖਿਆਲ ਕੀਤਾ ਸੀ ਕਿ ਮੀਂਹ ਜ਼ਰਾ ਮੱਠਾ ਹੋ ਜਾਏ ਤਾਂ ਚਲੀ ਜਾਵਾਂ, ਪਰ ਮੀਂਹ ਸਗੋਂ ਹੋਰ ਤੇਜ਼ ਹੁੰਦਾ ਜਾ ਰਿਹਾ ਸੀ। ਕਲੋਕ ਨੇ 10 ਖੜਕਾਏ, ਇਹਦੇ ਨਾਲ ਹੀ ਕੁਝ ਸੋਚ ਕੇ ਸਰੋਜ ਅੱਬੜਵਾਏ ਉੱਠ ਖੜੋਤੀ। ਉੱਠ ਕੇ ਉਹਨੇ ਬਾਹਰ ਨਜ਼ਰ ਫੇਰੀ, ਝੱਖੜ ਦੇ ਝੌਂਕਿਆਂ ਨਾਲ ਮੀਂਹ ਦੀ ਤੇਜ਼ੀ ਦੂਣੀ ਚੌਣੀ ਜਾਪਦੇ ਸੀ, ਹਰ ਪਾਸੇ ਹਨੇਰਾ ਘੁੱਪ। ਗਲੀ ਦੇ ਮੋੜ 'ਤੇ ਜਾਗਰੀ ਲਾਲਟਨ ਦੇ ਨਿੰਮੇ ਚਾਨਣ 'ਚ ਸੜਕ 'ਤੇ ਵਹਿ ਰਿਹਾ ਪਾਣੀ ਚਮਕਦਾ ਉਹਨੂੰ ਦਿਖਾਈ ਦਿੰਦਾ ਸੀ। ਮੀਂਹ ਦੀ ਕਾੜ ਕਾੜ ਕੰਨਾਂ ਦੇ ਪਰਦੇ ਪਾੜ ਰਹੀ ਸੀ, ਜਿਵੇਂ ਅੰਦਰਲੇ ਕਿਸੇ ਵੇਗ ਦੀ ਧੱਕੀ ਹੋਈ। ਸਰੋਜ ਉੱਠ ਖੜੋਤੀ, ਦੱਬੇ ਪੈਰੀ ਅੰਦਰ ਜਾ ਕੇ ਉਹਨੇ ਛੱਤਰੀ ਲਈ ਅਤੇ ਬਾਹਰ ਨਿਕਲ ਕੇ ਰਸੋਈ 'ਚ ਭਾਂਡੇ ਮਾਂਜ ਰਹੇ ਰਸੋਈਏ ਨੂੰ ਹੌਲੀ ਜਿਹੀ ਕਹਿਣ ਲੱਗੀ, ਮੰਗਤੂ ਮੈਂ ਜ਼ਰਾ ਕਿਸੇ ਬਿਮਾਰ ਦੀ ਖਬਰ ਲੈਣ ਲਈ ਜਾ ਰਹੀ ਹਾਂ, ਤੂੰ ਹੇਠਲੀ ਡਿਊਟੀ 'ਚ ਮੰਜਾ ਡਾਹ ਲਈ ਅਤੇ ਕੁੰਡਾ ਬਾਹਰੋਂ ਬੰਦ ਕਰ ਲਈ, ਪਰ ਮੇਰੇ ਆਉਂਦਿਆਂ ਤੀਕ ਜਾਗਦਾ ਰਹੀ, ਮਤੇ ਸੌਂ ਜਾਵੇ ਅਤੇ ਮੈਂ ਬੂਹਾ ਭਾਂਦੀ ਰਹਾਂ, ਸੁਣੀ? ਅੱਛਾ ਬੀਬੀ ਜੀ, ਕਹਿ ਕੇ ਮੁੰਡਾ ਫਿਰ ਕੰਮ ਲੱਗ ਗਿਆ। ਸਰੋਜ ਹੇਠਾਂ ਉਤਰੀ, ਜਦ ਉਹ ਘਰੋਂ ਬਾਹਰ ਨਿਕਲੀ ਤਾਂ ਇੱਕ ਵਾਰਗੀ ਉਹਦਾ ਦਿਲ ਫਿਰ ਕੰਬ ਉੱਠਿਆ। ਕਾਲੀ ਬੋਲੀ ਰਾਤ, ਮੀਂਹ ਝੱਖੜੇ ਨੇ ਜ਼ੋਰ ਦਾ ਕਿ ਛੱਤਰੀ ਤਾਣਨੀ ਅੱਬਲ ਤਾਂ ਹੈ ਹੀ ਮੁਸ਼ਕਲ, ਜੇ ਤਾਣੀ ਵੀ ਜਾਏ ਤਾਂ ਇਹਦਾ ਕੋਈ ਲਾਭ ਨਹੀਂ ਸੀ। ਬੂਹੇ ਦੇ ਥੜੇ ਅੱਗੇ ਉਹ ਫੁੱਟ ਝਟਕ ਖੜੋਤੀ, ਉਹਦੀ ਸਲਾਹ ਮੁੜ ਅੰਦਰ ਚਲੇ ਜਾਣ ਦੀ ਹੋਈ, ਪਰ ਫਿਰ ਕਚੀਚੀ ਖਾ ਕੇ ਤੁਰ ਪਈ। ਛੱਤਰੀ ਉਹਨੇ ਖਲੋ ਕੇ ਜਿਉਂ ਹੀ ਸਿਰ ਤੋਂ ਉੱਚੀ ਕੀਤੀ ਕਿ ਵਾਛੜ ਦੇ ਇੱਕੋ ਫਰਾਟੇ ਨਾਲ ਉਲਟ ਗਈ, ਉਛਾੜ ਪੁੱਠਾ ਹੋ ਗਿਆ। ਮੀਂਹ ਦਾ ਜ਼ੋਰ ਇੰਨਾ ਸੀ ਕਿ ਛੱਤਰੀ ਤੋਂ ਬਿਨਾਂ ਵੀ ਉਹਨੂੰ ਆਪਣਾ ਆਪ ਕਾਬੂ 'ਚ ਰੱਖਣਾ ਔਖਾ ਸੀ। ਇਹ ਸਾਰਾ ਕੁਝ ਮਸੇ 50 ਕਦਮਾਂ ਦੀ ਵਾਟ ਵਿੱਚ ਹੀ ਹੋ ਗਿਆ। ਉਹਦੇ ਕੱਪੜੇ ਪਾਣੀ ਨਾਲ ਭਿੱਜ ਕੇ ਪਿੰਡੇ ਨਾਲ ਜੁੜ ਗਏ। ਸੱਜੇ ਹੱਥ ਨਾਲ ਉਹਨੇ ਸਾੜੀ ਸਮੇਟ ਕੇ ਕਾਬੂ ਕੀਤੀ ਸੀ, ਖੱਬੇ ਛੱਤਰੀ ਸੀ ਜਿਹੜੀ ਉਛਾੜ ਉਲਟ ਜਾਣ ਨਾਲ ਬੇਕਾਰ ਹੋ ਗਈ ਸੀ। ਉਹਨੇ ਬਾਹਰਲੇ ਇੱਕ ਮਕਾਨ ਵੱਲ ਸੁੱਟ ਦਿੱਤੀ, ਜਿੱਧਰੋਂ ਜਾ ਰਹੀ ਸੀ ਉੱਧਰੋਂ ਵਾਛੜ ਦਾ ਰੁੱਖ ਬਿਲਕੁਲ ਸਾਹਮਣੇ ਸੀ, ਜਿਸ ਕਰਕੇ ਉਸ ਲਈ ਕਦਮ ਪੁੱਟਣਾ ਮੁਹਾਲ ਹੋ ਗਿਆ। ਇੱਕ ਵਾਰੀ ਫਿਰ ਉਹਦੀ ਸਲਾਹ ਹੋਈ, ਮੁੜ ਜਾਏ ਇਸ ਵੇਲੇ ਤੇ ਇਸ ਹਾਲਤ ਵਿੱਚ ਜੇ ਉਹਨੂੰ ਕਿਸੇ ਆਉਂਦੇ ਜਾਂਦੇ ਨੇ ਵੇਖ ਲਿਆ ਤਾਂ ਕੀ ਸੋਚੇਗਾ। ਪਰ ਪਤਾ ਨਹੀਂ ਕਿਹੜੀ ਤਾਕਤ ਸੀ ਜਿਹੜੀ ਇੰਨੇ ਖਤਰਿਆਂ ਅਤੇ ਔਖਿਆਈਆਂ ਦੇ ਹੁੰਦਿਆਂ ਵੀ ਉਹਨੂੰ ਅੱਗੇ ਹੀ ਧੱਕੀ ਜਾ ਰਹੀ ਸੀ। ਬਾਬੂ ਮਹੱਲੇ ਦਾ ਫਾਟਕ ਲੰਘਦਿਆਂ ਤੀਕ ਉਹਦਾ ਦੰਦੋੜਿੱਕਾ ਵੱਜਣ ਲੱਗਾ, ਤੁਰਨਾ ਉਸ ਲਈ ਪੈਰੋ ਪੈਰ ਉਹ ਖੇਰਾ ਹੁੰਦਾ ਜਾਂਦਾ ਸੀ। ਪਰ ਜਿਉਂ ਜਿਉਂ ਉਹਦਾ ਘਰ ਪਿੱਛੇ ਰਹਿੰਦਾ ਜਾਂਦਾ ਉਹਦੇ ਅੰਦਰ ਕੋਈ ਅਨੋਖਾ ਬਲ ਆਈ ਜਾਂਦਾ ਸੀ। ਬਾਹੂ ਮਹੱਲੇ 'ਚੋਂ ਨਿਕਲ ਕੇ ਸੜਕੋ ਸੜਕੋ ਤੁਰੀ, ਹੁਣ ਵਾਛੜ ਦਾ ਰੁੱਖ ਵਿਰੁੱਧ ਨਹੀਂ ਸਗੋਂ ਅਨੁਕੂਲ ਸੀ, ਪਰ ਇਹ ਵੀ ਉਸ ਲਈ ਦੁਖਦਾਈ ਸਾਬਤ ਹੋਇਆ। ਹਵਾ ਉਹਨੂੰ ਜਿੰਨੇ ਜ਼ੋਰ ਨਾਲ ਗਾਂਹ ਧੱਕਦੀ ਉਨੀ ਤੇਜ਼ ਤੁਰ ਨਹੀਂ ਸੀ ਸਕਦੀ। ਉਹਦੀ ਗਿੱਲੀ ਸਾੜੀ ਘੜੀ ਮੁੜੀ ਲੱਤਾਂ 'ਚ ਅੜੰਗਾ ਪਾ ਲੈਂਦੀ, ਕਈ ਵਾਰ ਉਹ ਡਿੱਗਦੀ ਡਿੱਗਦੀ ਬਚੀ। ਬਾਹੂ ਮਹੱਲਾ ਚੋਖਾ ਪਿੱਛੇ ਰਹਿ ਗਿਆ, ਕੁੰਜ ਲਾਲ ਸਟਰੀਟ ਵੀ ਲੰਘ ਗਈ ਅਤੇ ਅਖੀਰ ਉਹ ਜਾ ਪਹੁੰਚੀ ਮੱਖਣੀਆਂ ਦੇ ਸੰਤਰ, ਜਿੱਥੇ ਵਰਿਆਮ ਸਿੰਘ ਦਾ ਮਕਾਨ ਸੀ। ਦੂਰੋਂ ਹੀ ਉਹਨੂੰ ਵਰਿਆਮ ਸਿੰਘ ਦੇ ਮਕਾਨ 'ਚੋਂ ਚਾਨਣ ਨਿਕਲ ਕੇ ਬਾਹਰਲੀ ਸੜਕ 'ਤੇ ਪੈ ਰਿਹਾ ਦਿਸਿਆ, ਜਿਸ ਤੋਂ ਉਸ ਅਨੁਮਾਨ ਲਾਇਆ ਕਿ ਬੂਹਾ ਖੁੱਲ੍ਹਾ ਹੈ। ਜਿਉਂ ਹੀ ਉਹ ਅੰਦਰ ਵੜਨ ਲੱਗੀ ਕਿ ਬਾਜ਼ਾਰ 'ਚੋਂ ਲੰਘਦਾ ਇੱਕ ਆਦਮੀ ਉਹਦੀ ਨਜ਼ਰੀਂ ਪਿਆ। ਹੁਣ ਤੀਕ ਉਹਨੂੰ ਕੋਈ ਆਉਂਦਾ ਜਾਂਦਾ ਨਹੀਂ ਸੀ ਮਿਲਿਆ, ਜਿਸ ਕਰਕੇ ਉਹ ਖਿਆਲ ਕਰ ਰਹੀ ਸੀ ਕਿ ਇੱਕ ਭਾਰੇ ਖਤਰੇ ਨੂੰ ਉਹ ਸਹੀ ਸਲਾਮਤ ਪਾਰ ਕਰ ਰਹੀ ਹੈ। ਪਰ ਇਸ ਲੰਘਦੇ ਆਦਮੀ ਨੂੰ ਵੇਖ ਕੇ ਉਹਨੂੰ ਹੌਲ ਜਿਹਾ ਪੈ ਗਿਆ, ਕੋਈ ਵਾਕਫ ਨਾ ਹੋਵੇ ਅਤੇ ਉਹ ਸੱਚਮੁੱਚ ਉਹਦਾ ਵਾਕਫ, ਸਗੋਂ ਵਾਕਫ ਤੋਂ ਵਧੀਕ ਨਿਕਲਿਆ ਕੁਲਦੀਪ। ਉਹ ਬਰਸਾਤੀ ਕੋਟ ਪਹਿਨੀ, ਹੱਥ 'ਚ ਲਾਲਟਨ ਫੜੀ, ਕਾਲੀ ਕਾਲੀ ਤੁਰਿਆ ਜਾ ਰਿਹਾ ਸੀ। ਦੋਹਾਂ ਦੀ ਨਜ਼ਰ ਇੱਕ ਦੂਜੇ ਦੇ ਚਿਹਰੇ 'ਤੇ ਪਈ ਅਤੇ ਝੱਟ ਦੋਹਾਂ ਨੇ ਇਸ ਤਰ੍ਹਾਂ ਨਜ਼ਰਾਂ ਮੋੜ ਲਈਆਂ ਜਿਵੇਂ ਕਿਸੇ ਨੂੰ ਨਹੀਂ ਵੇਖਿਆ।
ਕੁਲਦੀਪ ਦੇ ਕਦਮਾਂ 'ਚ ਜ਼ਰਾ ਰੁਕਾਵਟ ਆਈ, ਪਰ ਫਿਰ ਉਵੇਂ ਹੀ ਅਗਾਂਹ ਤੁਰਿਆ ਗਿਆ ਤੇ ਸਰੋਜ ਅੰਦਰ ਲੰਘ ਗਈ। ਉਹਦੇ ਦਿਲ ਨੂੰ ਮਾੜਾ ਜਿਹਾ ਝਟਕਾ ਵੱਜਾ, ਪਰ ਝੱਟ ਹੀ ਸੰਭਲ ਗਈ। ਉਹ ਡਿੱਗਦੀ ਡੋਲਦੀ ਕਿਸੇ ਤਰ੍ਹਾਂ ਕਮਰੇ 'ਚ ਪਹੁੰਚੀ। ਉਹਨੂੰ ਇੰਨਾ ਤਾਂ ਪਤਾ ਸੀ ਕਿ ਵਰਿਆਮ ਦਾ ਮਕਾਨ ਫਲਾਣੇ ਥਾਂ ਹੈ, ਪਰ ਇਹਦੇ ਅੰਦਰ ਵੜ ਕੇ ਉਹਨੇ ਅੱਜ ਪਹਿਲੀ ਵਾਰ ਹੀ ਵੇਖਿਆ ਸੀ। ਕਮਰਾ ਬਿਲਕੁਲ ਛੋਟਾ ਜਿਹਾ ਤੇ ਪਿੱਛੇ ਇੱਕ ਨਿੱਕੀ ਜਿਹੀ ਕੋਠੜੀ ਅਗਲੇ ਕਮਰੇ 'ਚ। ਜਿੰਨਾ ਕੁਝ ਸਮਾਨ ਸੀ ਉਹ ਕਿਸੇ ਦੇ ਰਹਿਣ ਲਈ ਕਾਫੀ ਨਹੀਂ ਸੀ ਜਾਪਦਾ। ਇੱਕ ਘਟੀਆ ਜਿਹਾ ਮੰਜਾ ਜਿਸ ਉੱਤੇ ਸਧਾਰਨ ਵਿਛਾਈ, ਜਾਲੇ ਵਿੱਚ ਛੋਟੀ ਜਿਹੀ ਲੈਂਪ ਬਲ ਰਹੀ ਸੀ, ਨੁੱਕਰ ਵਿੱਚ ਕੁਝ ਪੁਰਾਣੇ ਕੱਪੜੇ ਤੇ ਦੋ ਕੁ ਜੋੜੇ ਬੂਟਾਂ ਦੇ ਖਿਲਰੇ ਪਏ ਸਨ। ਜੰਗ ਕਿੱਲੀ ਨਾਲ ਕੱਚ ਪਰਨਾ ਤੇ ਇੱਕ ਦੋ ਅੱਧ ਪੁਰਾਣੇ ਕੋਟ ਟੰਗੇ ਸਨ। ਕਮਰੇ ਦੀ ਹਾਲਤ ਇਸ ਤਰ੍ਹਾਂ ਬਿਖਰੀ ਬਿਖਰੀ ਸੀ ਜਿਵੇਂ ਚਿਰਾਂ ਤੋਂ ਇਹਨੂੰ ਕਦੇ ਕਿਸੇ ਸੰਭਰਿਆ ਬੁਹਾਰਿਆ ਨਹੀਂ। ਸਾਹਮਣੀ ਕੰਧ ਨਾਲ ਇੱਕ ਬਿਨਾਂ ਤਾਕੀਆਂ ਤੋਂ ਅਲਮਾਰੀ ਸੀ ਜਿਹਦੇ ਤਿੰਨ ਖਾਨੇ ਸਨ, ਜਿਨ੍ਹਾਂ 'ਚ ਕਈ ਛੋਟੇ ਵੱਡੇ ਡੱਬੇ, ਕੁਝ ਸ਼ੀਸ਼ੀਆਂ, ਬੋਤਲਾਂ, ਹਸਪਤਾਲੀ ਰੂੰ ਦੇ ਕੁਝ ਬੰਡਲ, ਪੱਟੀਆਂ ਅਤੇ ਅਨੀਮੇ ਵਾਲਾ ਭਬਕਾ ਆਦਿ ਚੀਜ਼ਾਂ ਭਰੀਆਂ ਪਈਆਂ ਸਨ। ਕਮਰੇ 'ਚ ਕੋਈ ਬਾਰੀ ਨਹੀਂ ਸੀ, ਸਿਰਫ ਇੱਕ ਛੋਟਾ ਜਿਹਾ ਰੋਸ਼ਨਦਾਨ ਸੀ। ਕਮਰੇ 'ਚ ਸੌਣ ਲਈ ਛੁੱਟ ਬਾਹਰਲੀ ਸੜਕ ਤੋਂ ਹੋਰ ਕੋਈ ਥਾਂ ਨਹੀਂ ਸੀ ਮਾਲੂਮ ਹੁੰਦੀ, ਕਿਉਂਕਿ ਉੱਪਰਲੀਆਂ ਛੱਤਾਂ ਹੋਰ ਕਿਰਾਏਦਾਰਾਂ ਪਾਸੇ ਸਨ। ਕਮਰੇ 'ਚ ਵੜਦਿਆਂ ਹੀ ਸਰੋਜ ਦੇ ਦਿਲ ਉੱਤੇ ਜਿਹੜਾ ਪਹਿਲਾ ਪ੍ਰਭਾਵ ਪਿਆ, ਉਹ ਸੀ ਵਰਿਆਮ ਸਿੰਘ ਕਿੰਨਾ ਲਾਪਰਵਾਹ ਹੈ ਅਤੇ ਉਹਦੀ ਰਹਿਣੀ ਬਹਿਣੀ ਕਿੰਨੀ ਘਟੀਆ ਹੈ। ਪਿਛਲੀ ਕੋਠੜੀ ਵਿੱਚੋਂ ਕਿਸੇ ਦੀ ਔਖੀ ਜਿਹੀ ਹਾਏ ਹਾਏ ਆਵਾਜ਼ ਉਹਨੂੰ ਸੁਣਾਈ ਦਿੱਤੀ। ਅੰਦਰ ਵੜਦਿਆਂ ਹੀ ਸਰੋਜ ਨੇ ਵੇਖਿਆ ਵਰਿਆਮ ਸਿੰਘ ਖੜ੍ਹਾ ਸੀ ਅਤੇ ਉਹਦੇ ਕੱਪੜੇ ਭਿੱਜੇ ਹੋਏ ਸਨ। ਕੋਟ ਦੀ ਜੇਬ 'ਚੋਂ ਕਾਗਜ਼ ਵਿੱਚ ਗੋਲ ਲਪੇਟੀ ਹੋਈ ਕੋਈ ਚੀਜ਼ ਕੱਢ ਕੇ ਸਰੋਜ ਨੂੰ ਫੜਾਉਂਦਾ ਹੋਇਆ ਬੋਲਿਆ, ਲਾਲਟੈਨ ਲੈ ਜਾ ਅਤੇ ਕੋਠੜੀ 'ਚ ਜਾ ਕੇ ਪਹਿਲਾਂ ਕੱਪੜੇ ਬਦਲ ਲੈ। ਬਿਨਾਂ ਕੁਝ ਕਿਹਾ ਸੁਣਿਆ ਕਠਪੁਤਲੀ ਵਾਂਗ ਸਰੋਜ ਨੇ ਫੜ ਲਈ ਅਤੇ ਜਾਲੇ 'ਚੋਂ ਲਾਲਟੈਨ ਲੈ ਕੇ ਪਿਛਲੇ ਅੰਦਰ ਚਲੀ ਗਈ। ਅੰਦਰ ਜਾ ਕੇ ਜੋ ਕੁਝ ਉਸ ਵੇਖਿਆ ਇਸ ਨਾਲ ਉਹਦੀ ਹੈਰਾਨੀ ਓੜਕ ਤੱਕ ਪਹੁੰਚ ਗਈ। ਭੁੰਜੇ ਇੱਕ ਸਫ਼ ਉੱਤੇ ਮੂੰਹ ਪਰਨੇ ਮਰਨ ਕਿਨਾਰੇ ਪਈ ਹੋਈ ਕੋਈ ਮੁਟਿਆਰ ਪੀੜ ਨਾਲ ਕਰਾ ਰਹੀ ਸੀ। ਸਰੀਰ ਉਹਦਾ ਸੁੱਕ ਕੇ ਤੀਲੇ ਵਰਗਾ ਹੋਇਆ ਸੀ। ਉਹਦੀ ਉਮਰ ਤਾਂ ਭਾਵੇਂ ਚੰਗੀ ਤਰ੍ਹਾਂ ਪਤਾ ਨਹੀਂ ਸੀ ਲੱਗਦਾ, ਤਾਂ ਵੀ 20 ਵਰ੍ਹਿਆਂ ਤੋਂ ਘੱਟ ਨਹੀਂ ਸੀ ਜਾਪਦੀ। ਰੋਗਣ ਦੇ ਗੰਦੇ ਚੀਥੜੇ ਵੇਖ ਕੇ ਸਰੋਜ ਦਾ ਦਿਲ ਮਿਤਲਾਉਣ ਲੱਗਾ। ਉਹਦੇ ਸਰੀਰ ਵਿੱਚੋਂ ਪਤਾ ਨਹੀਂ ਕਿਹੋ ਜਿਹੀ ਸੜਿਆਂਦ ਆ ਰਹੀ ਸੀ, ਸ਼ਾਇਦ ਗੰਦੇ ਸੜੇ ਮਾਸ ਵਰਗੀ। ਸਰੋਜ ਲਈ ਇਸ ਨਰਕ ਵਿੱਚ ਇੱਕ ਪਲ ਲਈ ਵੀ ਖਲੋਣਾ ਔਖਾ ਹੋ ਗਿਆ। ਜਿੰਨਾ ਕੁ ਸੰਭਵ ਹੋ ਸਕਿਆ ਸਾਹ ਰੋਕ ਕੇ ਉਹਨੇ ਝੱਟ ਪੁੜੀ ਖੋਲ੍ਹੀ। ਉਸ 'ਚ ਇੱਕ ਸਧਾਰਨ ਜਿਹੀ ਧੋਤੀ ਅਤੇ ਇੱਕ ਬਨੈਣ ਸੀ। ਵੇਖਦਿਆਂ ਉਹ ਸਮਝ ਗਈ ਕਿ ਵਰਿਆਮ ਸਿੰਘ ਨੂੰ ਉਹਦੇ ਮੀਂਹ 'ਚ ਭਿੱਜ ਕੇ ਆਉਣ ਦਾ ਸ਼ਾਇਦ ਪਹਿਲਾਂ ਤੋਂ ਹੀ ਯਕੀਨ ਸੀ, ਇਸ ਕਰਕੇ ਬਾਜ਼ਾਰੋਂ ਇਹ ਚੀਜ਼ਾਂ ਖਰੀਦ ਲਿਆਇਆ। ਉਹ ਹੈਰਾਨੀ ਨਾਲ ਸੋਚ ਰਹੀ ਸੀ ਕਿ ਉਹਨੂੰ ਮੇਰੇ ਆਉਣ ਦਾ ਇੰਨਾ ਭਰੋਸਾ ਸੀ। ਜਿੰਨੀ ਛੇਤੀ ਉਹ ਤੋਂ ਹੋ ਸਕਿਆ ਕੱਪੜੇ ਬਦਲ ਕੇ ਬਾਹਰ ਆਈ। ਬਾਹਰ ਆ ਜੋ ਉਹਨੇ ਆਪਣਾ ਰੋਕਿਆ ਹੋਇਆ ਸਾਹ ਛੱਡਿਆ ਅਤੇ ਕਿਤੇ ਸ਼ੁਕਰ ਕੀਤਾ ਜੋ ਭਿਆਨਕ ਥਾਂ ਤੋਂ ਉਹਦਾ ਛੁਟਕਾਰਾ ਹੋਇਆ। ਵਰਿਆਮ ਸਿੰਘ ਉਸੇ ਬੇ ਢੱਕਣੀ ਅਲਮਾਰੀ ਵਿੱਚੋਂ ਕੁਝ ਚੀਜ਼ਾਂ ਦੋਵਾਂ ਹੱਥਾਂ 'ਚ ਲੈ ਕੇ ਤਿਆਰ ਖੜ੍ਹਾ ਸੀ। ਆਉਂਦਿਆਂ ਸਰੋਜ ਨੂੰ ਕਹਿਣ ਲੱਗਾ, ਜ਼ਰਾ ਅੰਦਰ ਚੱਲ ਸਰੋਜ, ਅਤੇ ਬਾਹਰਲਾ ਬੂਹਾ ਬੰਦ ਕਰਕੇ ਅੰਦਰੋਂ ਕੁੰਡੀ ਅੜਾ ਕੇ ਉਹ ਕੋਠੜੀ ਵੱਲ ਵਧਿਆ। ਰੂਹ ਨਾ ਕਰਦਿਆਂ ਹੋਇਆਂ ਵੀ ਸਰੋਜ ਬਿਨਾਂ ਹੀਲ ਹੁੱਜਤ ਉਹਦੇ ਮਗਰ ਤੁਰ ਪਈ ਅਤੇ ਅੰਦਰ ਜਾ ਕੇ ਉਹਨੇ ਪੁੱਛਿਆ, ਇਹ ਕੌਣ ਹੈ ਪਾਪਾ ਜੀ? ਸਮਾਨ ਇੱਕ ਕਾਗਜ਼ ਉੱਤੇ ਰੱਖ ਕੇ ਉਹ ਰੋਗਣ ਦੀ ਸਰਹੰਦੀ ਵੱਲ ਬੈਠਦਾ ਬੋਲਿਆ, ਫਿਰ ਦੱਸਾਂਗਾ, ਪਹਿਲਾਂ ਕੰਮ ਕਰ ਲਈਏ ਜਿਸ ਲਈ ਤੈਨੂੰ ਸੱਦਿਆ। ਅਤੇ ਉਹਨੇ ਸਰੋਜ ਨੂੰ ਕਿਹਾ, ਇਹਦਾ ਝੱਗਾ ਪਿੱਠ ਵੱਲੋਂ ਚੁੱਕ ਕੇ ਮੋਢਿਆਂ ਵੱਲ ਨੂੰ ਉੱਚਾ ਕਰਨਾ। ਝੱਗਾ ਉੱਚਾ ਕਰਦਿਆਂ ਜਿਉਂ ਹੀ ਸਰੋਜ ਦੀ ਨਜ਼ਰ ਉਹਦੀ ਪਿੱਠ 'ਤੇ ਪਈ, ਉਹਦੇ ਸਰੀਰ 'ਚ ਕੰਬਣੀ ਛਿੜ ਗਈ, ਸਿਰ ਨੂੰ ਚੱਕਰ ਆਉਣ ਲੱਗੇ। ਉਹਦੀ ਪਿੱਠ ਦੇ ਐਨ ਵਿਚਾਲੇ ਕਰਕੇ ਚੱਪਾ ਡੇਢ ਚੱਪਾ ਚੌੜਾ ਅਤੇ ਉਂਗਲ ਸਾਰਾ ਡੂੰਘਾ ਜ਼ਖਮ ਸੀ। ਸ਼ਾਇਦ ਬਹੁਤ ਚਿਰ ਤੋਂ ਦੇਖਭਾਲ ਨਾ ਕੀਤੇ ਜਾਣ ਕਰਕੇ ਜ਼ਖਮ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ, ਜਿਹਨੂੰ ਕੋਈ ਸਰਜਨ ਵੀ ਹੱਥ ਪਾਉਣੋਂ ਸੰਕੋਚ ਕਰਦਾ ਸੀ। ਰੋਗਣ ਦੇ ਚੀਕਣ ਚਿਲਾਣ ਦੀ ਪਰਵਾਹ ਨਾ ਕਰਦੇ ਹੋਇਆ ਅੱਧੇ ਕੁ ਘੰਟੇ ਦੀ ਲਗਾਤਾਰ ਕੋਸ਼ਿਸ਼ ਨਾਲ ਵਰਿਆਮ ਸਿੰਘ ਨੇ ਜ਼ਖਮ ਸਾਫ਼ ਕਰਕੇ ਬੰਨਿਆ। ਸਰੋਜ ਉਹਦੀ ਮਦਦ ਕਰਦੀ ਰਹੀ, ਫਿਰ ਥੋੜ੍ਹਾ ਜਿਹਾ ਦੁੱਧ ਪਿਆਲ ਕੇ ਉਹਨੇ ਰੋਗਣ ਨੂੰ ਚੰਗੀ ਤਰ੍ਹਾਂ ਮੂੰਹ ਭਰਨੇ ਲਟਾ ਦਿੱਤਾ। ਸਰੋਜ ਨੂੰ ਖਿਝ ਆ ਰਹੀ ਸੀ ਪਰ ਉਹਨੂੰ ਪ੍ਰਗਟ ਨਾ ਕਰ ਸਕੀ। ਦਿਲ 'ਚ ਸ਼ਾਇਦ ਕਹਿ ਰਹੀ ਸੀ ਕਿ ਸਭ ਮੇਰੀ ਤਾਕਤ ਤੋਂ ਬਾਹਰ ਹੈ, ਅਤੇ ਨਾਲ ਹੀ ਉਹਨੂੰ ਜਦ ਖਿਆਲ ਆਇਆ ਕਿ ਉਹ ਚੋਖੇ ਚਿਰ ਤੋਂ ਘਰੋਂ ਗੈਰ ਹਾਜ਼ਰ ਹੈ ਤਾਂ ਡਰ ਨਾਲ ਉਹਦਾ ਕਲੇਜਾ ਕੰਬਣ ਲੱਗਾ। ਉਹਨੇ ਕਿਹਾ, ਮੈਨੂੰ ਘਰ ਪਹੁੰਚਾ ਦਿਓ ਪਾਪਾ ਜੀ। ਵਰਿਆਮ ਸਿੰਘ ਨੇ ਉਹਦੇ ਚਿਹਰੇ ਤੋਂ ਡਰ ਅਤੇ ਗੁੱਸੇ ਦੇ ਚਿੰਨ੍ਹ ਸਾਫ਼ ਦਿਖਾਈ ਦਿੱਤੇ। ਉਹ ਬੋਲਿਆ, ਅੱਜ ਦੀ ਰਾਤ ਤੂੰ ਘਰ ਨਹੀਂ ਜਾ ਸਕਦੀ ਸਰੋਜ, ਤੈਨੂੰ ਪਤਾ ਮੇਰੇ ਕਮਰੇ 'ਚ ਇੱਕ ਪਰਾਈ ਜਨਾਨੀ ਹੈ। ਪਤਾ, ਪਰ ਮੈਂ ਇੱਥੇ ਹੋਰ ਨਹੀਂ ਠਹਿਰ ਸਕਦੀ। ਐਤਕੀ ਸਰੋਜ ਦਾ ਕ੍ਰੋਧ ਬਿਲਕੁਲ ਸਪਸ਼ਟ ਸੀ। ਤਾਂ ਫਿਰ ਇਹਨੂੰ ਨਾਲ ਲੈ ਜਾ, ਸਿਰਫ ਅੱਜ ਦੀ ਰਾਤ ਲਈ, ਕੱਲ੍ਹ ਮੈਂ ਹਸਪਤਾਲ ਜਾ ਕੇ ਇਹਨੂੰ ਦਾਖਲ ਕਰਾ ਦੇਣਾ। ਵਰਿਆਮ ਸਿੰਘ ਨੇ ਕੁਝ ਗੰਭੀਰ ਅਤੇ ਯਾਚਨਾ ਭਰੀ ਆਵਾਜ਼ 'ਚ ਕਿਹਾ। ਦਿਲ 'ਚ ਸ਼ਾਇਦ ਸਰੋਜ ਸੋਚ ਰਹੀ ਸੀ, ਮੈਂ ਮੁਰਦੇ ਢੋਣ ਲਈ ਇੱਥੇ ਨਹੀਂ ਆਈ, ਪਰ ਜ਼ਬਾਨ ਤੋਂ ਇੰਨਾ ਹੀ ਕਹਿ ਸਕੀ, ਨਹੀਂ ਪਾਪਾ ਜੀ, ਮੈਥੋਂ ਨਹੀਂ ਹੋ ਸਕਦਾ।
ਚੰਗਾ ਤੇਰੀ ਮਰਜ਼ੀ ਚੱਲ, ਕਹਿ ਕੇ ਵਰਿਆਮ ਸਿੰਘ ਬੂਟ ਪਾਉਣ ਲੱਗਾ। ਮੀਂਹ ਕਿੰਨਾ ਕੁ ਹੈ ਵੇਖਣ ਲਈ ਉਹ ਬਾਹਰ ਨਿਕਲਿਆ। ਮੀਂਹ ਕੁਝ ਘੱਟ ਸੀ ਪਰ ਝੱਖੜ ਅਜੇ ਜ਼ੋਰਾਂ 'ਤੇ ਸੀ। ਸਰੋਜ ਨੇ ਇੱਕ ਵਾਰ ਫਿਰ ਵੀ ਨਜ਼ਰ ਨਾਲ ਵਰਿਆਮ ਸਿੰਘ ਦੇ ਚਿਹਰੇ ਵੱਲ ਤੱਕਿਆ। ਨਿਰਾਸ਼ਾ ਸਾਫ਼ ਦਿਸ ਰਹੀ ਸੀ, ਉਹਨੂੰ ਕੁਝ ਸ਼ਰਮਿੰਦਗੀ ਦਾ ਅਨੁਭਵ ਵੀ ਹੋਇਆ। ਪਰ ਕੋਠੜੀ ਵਿੱਚੋਂ ਆ ਰਹੀ ਹਾਏ ਹਾਏ ਆਵਾਜ਼ 'ਤੇ ਐਡੋਫਾਮ ਰਲਵੀਂ ਗੰਦੇ ਮਾਸ ਦੀ ਬਦਬੂ ਨੇ ਉਸ ਲਈ ਇਸ ਕਮਰੇ 'ਚ ਟਿਕਣਾ ਅਸੰਭਵ ਬਣਾ ਦਿੱਤਾ। ਛਿੱਕੜ ਵਰਿਆਮ ਸਿੰਘ ਉਹਨੂੰ ਘਰ ਛੱਡ ਕੇ ਮੁੜ ਆਇਆ। ਅੰਗ 15 ਜੇਲ੍ਹ ਤੋਂ ਆ ਕੇ ਕੁਲਦੀਪ ਇੱਕ ਦਿਨ ਲਈ ਵੀ ਸੁਖੀ ਨਹੀਂ ਰਹਿ ਸਕਿਆ। ਸਤਵੰਤ ਦੀ ਮੌਤ ਨੇ ਉਹਦੀ ਸਧਰਾਂ ਦੀ ਖੇਤੀ ਉੱਤੇ ਗੜੇ ਮਾਰ ਕਰ ਦਿੱਤੀ ਸੀ। ਉਹਦੀ ਜੀਵਨ ਕਿਸ਼ਤੀ ਅੱਜ ਕੱਲ੍ਹ ਉਹਨਾਂ ਅਥਾਹ ਪਾਣੀਆਂ ਵਿੱਚ ਹੈ ਜਿੱਥੇ ਪਾਰਲਾ ਕੰਢਾ ਦਿਖਾਈ ਨਹੀਂ ਦੇ ਸਕਦਾ। ਕਿੱਥੇ ਤਾਂ ਸਤਵੰਤ ਨੂੰ ਮਿਲਣ ਦੀਆਂ ਰੀਝਾਂ ਨਾਲ ਉੱਡਦਾ ਆਇਆ ਸੀ ਅਤੇ ਕਿੱਥੇ ਆਉਂਦੀਆਂ ਹੀ ਉਹਦੀ ਮੌਤ ਦਾ ਪੈਗਾਮ। ਪਰ ਸੰਤਾਂ ਦੀ ਸੰਗਤ ਨੇ ਉਹਦੀ ਜੀਵਨ ਨਈਆ ਦਾ ਰੁੱਖ ਹੋਰ ਪਾਸੇ ਮੋੜ ਦਿੱਤਾ, ਨਿਰਵਾਣਤਾ ਵੱਲ। ਇਸ ਨਾਲ ਕੁਲਦੀਪ ਦੇ ਦਿਲ ਦੀ ਪੀੜ ਕੁਝ ਘਟੀ ਪਰ ਅਜੇ ਮਿਟੀ ਨਹੀਂ ਸੀ। ਮੋਹ ਦੇ ਘਸਮੈਲੇ ਰੰਗ ਨੂੰ ਨਿਰਮਾਣਤਾ ਦੇ ਸਾਬਣ ਨੇ ਖੋਰਨਾ ਅਜੇ ਸ਼ੁਰੂ ਹੀ ਕੀਤਾ ਸੀ ਕਿ ਉਸ ਰਾਤ ਵਾਲੀ ਸਰੋਜ ਦੀ ਮੁਲਾਕਾਤ ਨੇ ਇੱਕ ਹੋਰ ਰੰਗ ਲਿਆ ਚਾੜਿਆ। ਕੁਲਦੀਪ ਦੀ ਹਾਲਤ ਇਸ ਵੇਲੇ ਦੋ ਨਹੀਂ ਤਿੰਨਾਂ ਬੇੜੀਆਂ ਦੇ ਸਵਾਰ ਵਰਗੀ ਸੀ। ਕਿੰਨੀ ਤਰਸਯੋਗ ਸੀ ਉਹਦੀ ਹਾਲਤ। ਸਰੋਜ ਦੀ ਮੁਲਾਕਾਤ ਨੇ ਉਹਦੇ ਅੰਦਰ ਇੱਕ ਨਵਾਂ ਭੌਜਲ ਮਚਾ ਦਿੱਤਾ। ਉਹਦਾ ਦਿਮਾਗ ਬੇਕਾਰ ਹੁੰਦਾ ਜਾ ਰਿਹਾ ਸੀ। ਸੰਤਾਂ ਦੇ ਉਪਦੇਸ਼ਾਂ ਦਾ ਅਸਰ ਉਹਨੂੰ ਮਿਟਦਾ ਜਾਪਣ ਲੱਗਾ। ਦਿਨ ਚੜ੍ਹਦੀਆਂ ਉਹ ਗਿੜਗਿੜਾ ਕੇ ਸੰਤਾਂ ਦੇ ਚਰਨਾਂ 'ਤੇ ਜਾ ਟੱਠਾ ਅਤੇ ਰੱਖਿਆ ਲਈ ਤਰਲੇ ਕਰਨ ਲੱਗਾ। ਸੰਤਾਂ ਦੀ 2.5 ਘੰਟਿਆਂ ਦੀ ਮਿਹਨਤ ਦਾ ਇਹ ਫਲ ਹੋਇਆ ਕਿ ਕੁਲਦੀਪ ਦਾ ਦਿਲ ਲਹਿੰਦੇ ਪਾਸਿਓਂ ਮੁੜ ਕੇ ਫਿਰ ਚੜ੍ਹਦੇ ਵੱਲ ਨੂੰ ਹੋ ਤੁਰਿਆ। ਉਪਦੇਸ਼ ਦੀ ਡੂੰਘਾਈ 'ਚ ਸਾਰੀਆਂ ਘਟਨਾਵਾਂ ਡੁੱਬ ਗਈਆਂ। ਉਪਰਾਮਤਾ ਨੇ ਨਵੇਂ ਸਿਰੇ ਖੰਭ ਛਟਕਾਰਨੇ ਸ਼ੁਰੂ ਕੀਤੇ। ਉਹਦੇ ਦਿਲ 'ਚ ਕਾਹਲੀਆਂ ਉੱਠਣ ਲੱਗੀਆਂ ਕਿ ਉਹ ਦੂਜੇ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਘਰ ਦੇ ਸਾਰੇ ਜੰਜਾਲਾਂ ਤੋਂ ਪਿੱਛਾ ਛੁਡਾ ਕੇ ਕਿਤੇ ਦੂਰ ਦੁਰਾਡੇ ਨਿਕਲ ਜਾਏ। ਸਰੋਜ ਨਾਲ ਉਹਦੇ ਪਿਆਰ ਦਾ ਮੁੱਢ ਕਦੋਂ ਵੱਜਾ ਸੀ ਜੇ ਕੋਈ ਉਹਨੂੰ ਪੁੱਛੇ ਤਾਂ ਸ਼ਾਇਦ ਕੁਲਦੀਪ ਇਹਦਾ ਜਵਾਬ ਨਾ ਦੇ ਸਕੇ। ਹਾਂ, ਉਹਨੂੰ ਇੰਨਾ ਜ਼ਰੂਰ ਯਾਦ ਸੀ ਕਿ ਇੱਕ ਵਕਤ ਸੀ ਜਦੋਂ ਸਰੋਜ ਨਾਲ ਉਹਦੇ ਪਿਆਰ ਦੀਆਂ ਤੰਦਾਂ ਉਲਝੀਆਂ ਸਨ, ਜਦ ਇਹਨਾਂ ਦੋਹਾਂ ਵਿੱਚ ਪ੍ਰੇਮ ਅਟਲਤਾ ਦੇ ਕੌਲੇ ਕਰਾਰ ਵੀ ਹੋਏ ਸਨ ਅਤੇ ਜਦ ਭਵਿੱਖ ਦੀ ਕੰਧ ਉਲਿਓਂ ਸਵਰਗ ਸੁਪਨਿਆਂ ਦੀ ਕੋਈ ਕੰਨੀ ਨੰਗੀ ਹੋ ਕੇ ਇਹਨਾਂ ਨੂੰ ਦਿਖਾਈ ਦਿੱਤੀ ਸੀ। ਪਰ ਇਹ ਇੱਕ ਭੁਲੇਖਾ ਸੀ ਜਿਹੜਾ ਜਿਉਂ ਹੀ ਸਾਹਮਣੇ ਆਇਆ ਸਾਰਾ ਪਾਸਾ ਪਲਟ ਗਿਆ। ਸਰੋਜ ਉਦੋਂ ਅੱਜ ਵਰਗੀ ਚਤਰ ਅਤੇ ਸਿਆਣੀ ਨਹੀਂ ਸੀ। ਉਹਦੇ ਜੀਵਨ ਉੱਤੇ ਜਿਹੜੀ ਵਿਧਵਾ ਪੁਣੇ ਦੀ ਰੇਖਾ ਉੱਕਰੀ ਹੋਈ ਸੀ, ਉਹਨੇ ਉਹਦੇ ਨਿਸ਼ਚੇ ਵਿੱਚ ਹੀ ਇਹ ਗੱਲ ਭਰ ਦਿੱਤੀ ਕਿ ਵਿਆਹ ਨਾਂ ਦੀ ਚੀਜ਼ ਉਸ ਲਈ ਨਹੀਂ ਬਣਾਈ ਗਈ। ਇਹੋ ਕਾਰਨ ਸੀ ਕਿ ਉਹਦਾ ਆਲਾ ਭੋਲਾ ਮਨ ਕੁਲਦੀਪ ਵੱਲ ਵਧਿਆ ਸੀ ਸਿਰਫ ਪਿਆਰ ਦੀ ਆਸ 'ਤੇ। ਪਰ ਕੁਲਦੀਪ ਦੀ ਹਾਲਤ ਉਸ ਵਰਗੀ ਨਹੀਂ ਸੀ। ਉਹ ਆਪਣੇ ਜੀਵਨ ਦੇ ਉਸ ਪੜਾਅ 'ਤੇ ਪਹੁੰਚ ਚੁੱਕਾ ਸੀ ਜਿੱਥੇ ਇੱਕ ਜੀਵਨ ਸਾਥੀ ਨੂੰ ਪੂਰਨ ਰੂਪ 'ਚ ਅਪਣਾਉਣਾ ਕਿਸੇ ਨੌਜਵਾਨ ਲਈ ਜ਼ਰੂਰੀ ਹੋ ਜਾਂਦਾ ਹੈ। ਸਰੋਜ ਨੇ ਆਪਣਾ ਸਾਰਾ ਦਿਲ ਕੁਲਦੀਪ ਦੇ ਹਵਾਲੇ ਕਰ ਦਿੱਤਾ ਅਤੇ ਸ਼ਾਇਦ ਕੁਲਦੀਪ ਨੇ ਵੀ। ਦੋਵਾਂ 'ਚ ਇੱਕ ਵੱਡਾ ਫਰਕ ਤਾਂ ਇਹ ਸੀ, ਸਵਾਰਥ ਜਿਹੜਾ ਇੱਕ ਦੇ ਦਿਲ ਵਿੱਚ ਹੈ ਸੀ ਦੂਜੇ 'ਚ ਨਹੀਂ। ਕੁਲਦੀਪ ਨੇ ਆਪਣੀ ਮੰਗ ਪੇਸ਼ ਕੀਤੀ ਸਰੋਜ ਨੂੰ ਸਾਥਣ ਬਣਾਉਣ ਲਈ। ਭਾਵੇਂ ਸਰੋਜ ਲਈ ਇਹ ਗੱਲ ਅਣਹੋਣੀ ਸੀ ਪਰ ਕੁਲਦੀਪ ਦੇ ਪ੍ਰਸਤਾਵ ਨੂੰ ਠੁਕਰਾ ਨਾ ਸਕੇ ਅਤੇ ਉਹਨੇ ਇਕਰਾਰ ਕੀਤਾ ਕਿ ਜੇ ਸਮਾਜ ਦੇ ਪਿਤਾ ਦੀ ਰਜ਼ਾਮੰਦੀ ਉਹ ਪ੍ਰਾਪਤ ਕਰ ਸਕੀ ਤਾਂ ਕੁਲਦੀਪ ਨੂੰ ਪ੍ਰਤੀ ਰੂਪ ਵਿੱਚ ਚੁਣ ਲਏਗੀ ਤਾਂ ਕੁਲਦੀਪ ਨੂੰ ਪਤੀ ਰੂਪ 'ਚ ਚੁਣ ਲਏਗੀ। ਪਰ ਇਹਦੀ ਨੌਬਤ ਹੀ ਨਾ ਆਈ। ਕੁਲਦੀਪ ਦੇ ਮਾਪਿਆਂ ਨੂੰ ਜਦ ਇਹਦੇ ਇਰਾਦੇ ਦਾ ਪਤਾ ਲੱਗਾ ਤਾਂ ਬੜੇ ਘਬਰਾਏ। ਇੱਕ ਤਾਂ ਉਹਨੇ ਦਿਨੀ ਸਰੋਜ ਅਤੇ ਕੁਲਦੀਪ ਦੇ ਪਿਆਰ ਬਾਰੇ ਗਲੀ ਗੁਆਂਢ 'ਚ ਕੰਨਾ ਘੁਰਕੀ ਹੋਣ ਲੱਗ ਪਈ ਸੀ ਅਤੇ ਦੂਜਾ ਵਿਧਵਾ ਦਾ ਨਾਂ ਸੁਣਨਾ ਹੀ ਉਹ ਬਦਸ਼ਗਨੀ ਖਿਆਲ ਕਰਦੇ ਸਨ। ਉਹਨਾਂ ਨੇ ਕੁਲਦੀਪ ਲਈ ਇੱਕ ਰਿਸ਼ਤਾ ਢੂੰਡਿਆ। ਕੁਲਦੀਪ ਨੇ ਪਹਿਲਾਂ ਨਾਂਹ ਨੁੱਕਰ ਕੀਤੀ ਪਰ ਜਿਉਂ ਹੀ ਉਹਨੂੰ ਸਤਵੰਤ ਦੀ ਫੋਟੋ ਵਿਖਾਈ ਗਈ ਉਹ ਰਜ਼ਾਮੰਦ ਹੋ ਗਿਆ। ਸਰੋਜ ਨੂੰ ਉਹਦਾ ਉਦੋਂ ਪਤਾ ਲੱਗਾ ਜਦੋਂ ਕੁਲਦੀਪ ਨੂੰ ਸ਼ਗਨ ਲੱਗ ਚੁੱਕਾ ਸੀ। ਸ਼ਾਇਦ ਇਸ ਮਨਜ਼ੂਰੀ ਦਾ ਕਾਰਨ ਇਹ ਸੀ ਕਿ ਸਤਵੰਤ ਦਾ ਰੰਗ ਗੋਰਾ ਸੀ, ਸਰੋਜ ਦਾ ਉਹਨਾਂ ਨੇ। ਸਰੋਜ ਦੇ ਦਿਲ ਨੂੰ ਸਦਮਾ ਜ਼ਰੂਰ ਪਹੁੰਚਿਆ ਪਰ ਉਹ ਇੰਨੇ ਨਾਲ ਹੀ ਸੰਤੁਸ਼ਟ ਸੀ ਜੇ ਕੁਲਦੀਪ ਨਾਲ ਉਹਦੇ ਪਿਆਰ ਦਾ ਰਿਸ਼ਤਾ ਕਾਇਮ ਰਹੇ। ਪਰ ਉਸ ਝੱਲੀ ਨੇ ਇਹ ਨਾ ਸੋਚਿਆ ਕਿ ਕੁਲਦੀਪ ਦੇ ਪਿਆਰ ਦੀ ਵਾਰਸ ਹੁਣ ਕੋਈ ਹੋਰ ਬਣਨ ਵਾਲੀ ਹੈ। ਉਹਨੇ ਪਹਿਲਾਂ ਵਾਂਗ ਹੀ ਇਹ ਸੰਬੰਧ ਜਾਰੀ ਰੱਖਣਾ ਚਾਹਿਆ ਪਰ ਉਹਨੂੰ ਜਾਪਿਆ ਜਿਵੇਂ ਕੁਲਦੀਪ ਉਸ ਪਾਸੋਂ ਪਰੇ ਪਰੇ ਜਾ ਰਿਹਾ। ਕੁਲਦੀਪ ਨੇ ਉਹਨੂੰ ਮਿਲਣਾ ਗਿਲਣਾ ਲਗਭਗ ਬੰਦ ਹੀ ਕਰ ਦਿੱਤਾ ਸੀ। ਇਹਦੇ ਦੋ ਕਾਰਨ ਸਨ। ਇੱਕ ਤਾਂ ਕੁਲਦੀਪ ਦੀ ਸਾਰੀ ਰੁਚੀ ਹੁਣ ਨਵੀਂ ਵਹੁਟੀ ਵੱਲ ਖਿੱਚੀ ਗਈ ਸੀ ਜਿਹੜੀ ਸੁਹੱਪਣ ਦੇ ਲਿਹਾਜ਼ ਨਾਲ ਸਰੋਜ ਤੋਂ ਵੱਧ ਚੜ੍ਹ ਕੇ ਸੀ। ਦੂਜਾ ਇਹ ਕਿ ਸਰੋਜ ਅਤੇ ਕੁਲਦੀਪ ਦੇ ਮੇਲ ਮਿਲਾਪ ਬਾਰੇ ਲੋਕਾਂ ਵਿੱਚ ਕੁਝ ਚਰਚਾ ਚੱਲ ਪਈ ਸੀ ਅਤੇ ਕੁਲਦੀਪ ਨੂੰ ਇਹ ਗੱਲ ਅਸਹਿਜ ਆ ਪਈ। ਅਖੀਰ ਉਹਨੇ ਇੱਕ ਚਿੱਠੀ ਦੁਆਰਾ ਸਰੋਜ ਨੂੰ ਅੱਗੇ ਲਈ ਕੋਈ ਚਿੱਠੀ ਲਿਖਣੋਂ ਜਾਂ ਮਿਲਣ ਗਿਲਣ ਤੋਂ ਕਤਈ ਤੌਰ 'ਤੇ ਮਨ੍ਹਾ ਕਰ ਦਿੱਤਾ, ਜਿਹਦੇ ਉੱਤਰ ਵਿੱਚ ਸਰੋਜ ਨੇ ਕੇਵਲ ਇੱਕੋ ਅਤੇ ਅੰਤਿਮ ਚਿੱਠੀ ਉਹਨੂੰ ਲਿਖੀ ਜਿਸ ਦਾ
ਫਲ ਰੂਪ ਵਿਆਹ ਪਿੱਛੋਂ ਕੁਲਦੀਪ ਨੂੰ ਜੇਲ੍ਹ ਤੇ ਸਤਵੰਤ ਨੂੰ ਪਰਲੋਕ ਜਾਣਾ ਪਿਆ। ਸਤਵੰਤ ਦੀ ਮੌਤ ਤੋਂ ਮਗਰੋਂ ਇਹ ਪਹਿਲਾ ਮੌਕਾ ਸੀ ਜਦ ਸਰੋਜ ਦੀਆਂ ਸੁੱਤੀਆਂ ਯਾਦਾਂ ਨੂੰ ਮੁੜ ਕੁਲਦੀਪ ਦੇ ਹਿਰਦੇ 'ਚ ਜਾਗਣਾ ਸ਼ੁਰੂ ਕੀਤਾ। ਬੀਤੀ ਰਾਤ ਸਰੋਜ ਉਹਨੂੰ ਜਿਸ ਰੂਪ 'ਚ ਦਿਸੀ ਸ਼ਾਇਦ ਇਸ ਰੂਪ 'ਚ ਉਹਨੇ ਪਹਿਲਾਂ ਕਦੇ ਨਹੀਂ ਸੀ ਵੇਖੀ। ਇਹ ਸਰੋਜ ਪਹਿਲਾਂ ਵਰਗੀ ਇੱਲੜ ਅਤੇ ਸਰਲ ਬਾਲੜੀ ਨਹੀਂ ਸੀ ਬਲਕਿ ਕਿਸੇ ਆਦਰਸ਼ ਇਸਤਰੀ ਦੀ ਪ੍ਰਤਿਮਾ ਉਹਦੇ ਸਾਹਮਣੇ ਬੋਲੀ ਸੀ। ਪਹਿਲੀ ਸਰੋਜ ਸਿਰਫ ਪ੍ਰੇਮਿਕਾ ਸੀ ਪਰ ਇਹ ਸਰੋਜ ਉਸ ਲਈ ਪ੍ਰੇਮਿਕਾ ਤੋਂ ਛੁੱਟ ਹੋਰ ਵੀ ਬਹੁਤ ਕੁਝ ਸੀ। ਇੱਕ ਕੁਰਬਾਨੀ ਦੀ ਪੁੰਜ, ਇੱਕ ਪਥ ਪ੍ਰਦਰਸ਼ਿਕਾ ਅਤੇ ਇੱਕ ਸੁਧਾਰਕਾ। ਸਰੋਜ ਦੀ ਮੁਲਾਕਾਤ ਤੋਂ ਦੂਜੀ ਰਾਤ ਕੁਲਦੀਪ ਭਜਨ ਪਾਠ ਲਈ ਆਪਣੇ ਉੱਪਰਲੇ ਕਮਰੇ 'ਚ ਬੈਠਾ ਸੀ ਕਿ ਪਿਛਲੇ ਰੌਸ਼ਨਦਾਨ 'ਚੋਂ ਮੀਂਹ ਦੇ ਇੱਕ ਤਗੜੇ ਤਰੌਂਕੇ ਨੇ ਆ ਕੇ ਉਹਨੂੰ ਸੁਚੇਤ ਕਰ ਦਿੱਤਾ। ਝਟਪਟ ਉੱਠਿਆ, ਰੌਸ਼ਨਦਾਨ ਬੰਦ ਕਰਕੇ ਮੁੜ ਚੌਂਕੜੀ ਮਾਰ ਬੈਠਾ। ਇਸ ਵੇਲੇ ਰਾਤ ਦੇ 9 ਤੋਂ ਉੱਪਰ ਵਕਤ ਹੋਏਗਾ। ਮੀਂਹ ਜ਼ੋਰ ਦੀ ਵਰ ਰਿਹਾ ਸੀ, ਉਹ ਕਮਰੇ 'ਚ ਟਹਿਲਣ ਲੱਗਾ। ਕਮਰੇ ਦਾ ਸਾਰਾ ਸਮਾਨ ਬਿਖਰਿਆ ਪਿਆ ਸੀ, ਕੋਈ ਚੀਜ਼ ਟਿਕਾਣੇ ਨਹੀਂ ਸੀ। ਉਹਨੂੰ ਇੱਕ ਵਾਰੀ ਫਿਰ ਸਤਵੰਤ ਦੀ ਯਾਦ ਆਈ ਜਿਹੜੀ ਦਿਨ 'ਚ ਕਈ ਵਾਰੀ ਕਮਰੇ ਦੀ ਸਫਾਈ ਕਰਦੀ ਅਤੇ ਹਰ ਇੱਕ ਚੀਜ਼ ਨੂੰ ਥਾਂ ਸਿਰ ਰੱਖਿਆ ਕਰਦੀ ਸੀ। ਉਹਦੇ ਦਿਲ 'ਚ ਇੱਕ ਅਜੀਬ ਸ਼ੰਕਾ ਉੱਠਣ ਲੱਗੀ ਕਿ ਸੱਚਮੁੱਚ ਸਤਵੰਤ ਇਸ ਦੁਨੀਆਂ 'ਚ ਨਹੀਂ? ਕੀ ਉਹ ਹੁਣ ਕਦੀ ਮੁੜ ਕੇ ਇਸ ਕਮਰੇ ਦੇ ਸਮਾਨ ਨੂੰ ਨਹੀਂ ਛੋਏਗੀ? ਅਤੇ ਝੱਟ ਹੀ ਉਹਦੇ ਹਿਰਦੇ ਅੰਦਰ ਕੁਝ ਬੋਲਣ ਲੱਗਾ। ਕੁਲਦੀਪ, ਮੈਂ ਤੁਹਾਡੇ ਲਈ ਸਤਵੰਤ ਹੀ ਬਣਾਂਗੀ। ਉਹ ਕਾਹਲੀ ਕਾਹਲੀ ਕਮਰੇ 'ਚ ਟਹਿਲਦਾ ਹੋਇਆ ਹਰ ਇੱਕ ਚੀਜ਼ ਨੂੰ ਬੜੇ ਗੌਰ ਨਾਲ ਤੱਕਣ ਲੱਗਾ। ਅਲਮਾਰੀ 'ਚ ਉਗੜ ਦੁਗੜੀਆਂ ਕਿਤਾਬਾਂ ਇਸ ਤਰ੍ਹਾਂ ਪਈਆਂ ਸਨ ਕਿ ਫੋਲਾ ਫਾਲੀ ਕਰਨ ਲੱਗਿਆ ਥਈ ਦੀ ਥਈ ਪੁੰਜੇ ਜਾ ਪਈ। ਰੱਖਣ ਦੀ ਤਰਤੀਬ ਹੀ ਬੜੀ ਅਜੀਬ ਸੀ। ਸਭ ਤੋਂ ਹੇਠਾਂ ਗੁੱਟ ਕੇ, ਉਹਨਾਂ ਉੱਤੇ ਕੁਝ ਛੋਟੇ ਟਰੈਕਟਾਂ ਦੀ ਥਈ, ਉਹ ਤੋਂ ਉੱਤੇ ਵੈਰਾਗ, ਸ਼ਤਕ ਆਦਿ ਦੇ ਟੀਕੇ ਅਤੇ ਵੇਦਾਂਤ ਮਤ ਨਿਰਣੇ ਦੀਆਂ ਜਲਦਾਂ, ਉਦੋਂ ਉੱਪਰ ਜਨਮ ਸਾਖੀ ਆਦਿ ਵੱਡੀਆਂ ਕਿਤਾਬਾਂ। ਇਹ ਹਾਲਤ ਮੇਜ਼ ਦੀ ਸੀ। ਅਖਬਾਰਾਂ, ਰਸਾਲੇ, ਗੁਟਕੇ, ਕਿਤਾਬਾਂ ਦਾ ਇੰਨਾ ਮਿਲਗੁਬਾ ਹੋਇਆ ਪਿਆ ਸੀ ਕਿ ਕੋਈ ਇੱਕ ਚੀਜ਼ ਲੱਭਣ ਲਈ ਸਾਰਾ ਕੁਝ ਖੋਲ੍ਹਣਾ ਪਵੇ। ਵਿਚਲੇ ਖਾਨੇ 'ਚ ਇੱਕ ਸਵੈਨ ਇੰਕ ਦੀ ਸ਼ੀਸ਼ੀ, ਟੁੱਥਪੇਸਟ ਦੀ ਟਿਊਬ, ਰਾਈਟਿੰਗ ਪੈਡ, ਹੋਰ ਇਹੋ ਜਿਹਾ ਕਿੰਨਾ ਹੀ ਨਿਕਸ ਭਰਿਆ ਪਿਆ। ਸਭ ਤੋਂ ਹੇਠਲੇ ਖਾਨੇ ਵਿੱਚ ਐਸਪ੍ਰੇਨ ਦੀ ਸ਼ੀਸ਼ੀ, ਓਵਲਟੀਨ ਦਾ ਡੱਬਾ ਆਦਿ ਪਏ ਹਨ। ਬੂਟਾਂ ਦਾ ਇੱਕ ਜੋੜਾ ਮੰਜੇ ਲਾਗੇ, ਦੂਜਾ ਟਰੰਕ ਕੋਲ, ਸਲੀਪਰ ਦਾ ਇੱਕ ਪੈਰ ਕੁਰਸੀ ਹੇਠ, ਦੂਜੇ ਦਾ ਪਤਾ ਹੀ ਨਹੀਂ। ਪੋਲਿਸ਼ ਦੀ ਡੱਬੀ ਦੇ ਬ੍ਰਸ਼ ਖਾਕਦਾਨ ਉੱਤੇ ਪਏ ਰੁਲਦੇ ਹਨ। ਇਸ ਉੱਤੇ ਮੁਸ਼ਕਿਲ ਇਹ ਕਿ ਕੁਲਦੀਪ ਕਿਸੇ ਨੂੰ ਵੀ ਆਪਣੇ ਕਮਰੇ ਅੰਦਰ ਪੈਰ ਨਹੀਂ ਰੱਖਣ ਦਿੰਦਾ। ਹੇਠੋਂ ਆਵਾਜ਼ ਆਈ, ਕੁਲਦੀਪ ਕੁਲਦੀਪ ਥੱਲੇ ਆਵੇਂ ਜ਼ਰਾ। ਉਹਨੂੰ ਖਿਝ ਆਈ, ਜੇ ਇਹ ਆਵਾਜ਼ ਉਹਦੀ ਮਾਂ ਤੋਂ ਛੁੱਟ ਕਿਸੇ ਹੋਰ ਦੀ ਹੁੰਦੀ ਤਾਂ ਸ਼ਾਇਦ ਸੁਣ ਕੇ ਵੀ ਅਣਸੁਣੀ ਕਰ ਛੱਡਦਾ। ਪਰ ਹੁਣ ਕੋਈ ਚਾਰਾ ਨਹੀਂ ਸੀ, ਉਹ ਹੇਠਾਂ ਕਮਰੇ 'ਚ ਪਹੁੰਚਿਆ। ਪਹਿਲੀ ਨਜ਼ਰ ਉਹਦੀ ਬਿਮਾਰ ਪਿਓ 'ਤੇ ਪਈ, ਦੂਜੀ ਪੰਘੂੜੇ 'ਚ ਸੁੱਤੇ ਕਾਕੇ 'ਤੇ ਅਤੇ ਤੀਜੀ ਮਾਂ ਦੇ ਮੁਰਝਾਏ ਚਿਹਰੇ 'ਤੇ। ਮਸਾਂ ਮਸਾਂ ਮਨ ਨੂੰ ਹੋੜ ਹਟ ਕੇ ਜਿਹੜਾ ਥੋੜ੍ਹਾ ਬਹੁਤ ਉਹਨੇ ਟਿਕਾ 'ਚ ਲਿਆਂਦਾ ਸੀ ਸਾਰਾ ਖਿੰਡ ਪੁਣ ਗਿਆ। ਫਿਰ ਹੀ ਉਹ ਮੋਹ ਮਾਇਆ ਫਾਹੀ, ਉਹਦਾ ਦਿਲ ਕੀਤਾ ਕਿ ਸਭਨਾਂ ਤੋਂ ਪਿੱਛਾ ਛੁਡਾ ਕੇ ਕਮਰੇ 'ਚੋਂ ਨਿਕਲ ਜਾਏ। ਮਾਂ ਬੋਲੀ, ਕਾਕਾ ਤੈਨੂੰ ਕੋਈ ਚੜ੍ਹੀ ਲੱਥੀ ਦੀ ਨਹੀਂ ਕਿ ਤੇਰੇ ਪਿਓ ਦਾ ਕੀ ਹਾਲ ਹੈ? ਜਮ ਜਮ ਤੂੰ ਪਾਠ ਕਰ, ਭਜਨ ਕਰ, ਭਲੇ ਕੰਮੋ, ਤੈਨੂੰ ਕੌਣ ਹੋੜਦਾ? ਪਰ ਘਰ ਦਾ ਖਿਆਲ ਵੀ ਤੇ ਚਾਂਜੀ ਤੂੰ ਹੀ ਰੱਖਣਾ ਹੋਇਆ। ਵੇਖ ਤੇ ਸਹੀ, ਕੀਕਣ ਪਲੱਤਣਾ ਵਰਤ ਗਈਆਂ ਸੂ। ਅੱਜ ਪੰਜਵਾਂ ਦਿਨ ਸੂ, ਅੰਨ ਦਾ ਭੋਰਾ ਅੰਦਰ ਗਿਆ, ਆਦਮੀ ਅੰਨ ਦਾ ਕੀੜਾ ਹੋਇਆ। ਕਿੰਨਾ ਕੁ ਚਿਰ ਕੱਢੇਗਾ ਇੱਦਾਂ? ਕਿਸੇ ਸਿਆਣੇ ਨੂੰ ਹੀ ਸੱਦ ਲਿਆਉਂਦਾ। ਮੇਰਾ ਹੁਣ ਕਿਹੜਾ ਏ ਇੱਥੇ ਤੇਥੋਂ ਬਿਨਾਂ? ਜਿੱਦਣ ਦੀ ਖਸਮ ਨੂੰ ਖਾਣੀ ਰਧੀਆ ਚਲੀ ਗਈ ਹੈ, ਮੁੰਡਾ ਲੱਤ ਨਹੀਂ ਲੱਗਣ ਦਿੰਦਾ। ਅੱਗੇ ਕਦੇ ਕਦਾਈ ਵਰਿਆਮ ਸਿੰਘ ਆ ਕੇ ਖਬਰ ਸੁਰਤ ਲੈ ਜਾਂਦਾ ਸੀ, ਉਹ ਵੀ ਕਿੰਨੇ ਦਿਨਾਂ ਦਾ ਰੇਠਾ ਨਹੀਂ, ਖਬਰੇ ਛੁੱਟੀ ਚਲਾ ਗਿਆ। ਮਾਂ ਦੀਆਂ ਇਹਨਾਂ ਗੱਲਾਂ 'ਚੋਂ ਸ਼ਾਇਦ ਬਹੁਤ ਥੋੜ੍ਹੀਆਂ ਕੁਲਦੀਪ ਨੇ ਸੁਣੀਆਂ। ਉਹਦੀਆਂ ਅੱਖਾਂ ਅੱਗੇ ਸੰਤਾਂ ਦੇ ਉਪਦੇਸ਼ ਫਿਰ ਰਹੇ ਸਨ। ਉਹ ਸਾਧੂ ਸਿੰਘ ਦੀ ਮੰਜੀ ਦੀ ਹੀਂ 'ਤੇ ਜਾ ਬੈਠਾ। ਰੋਗੀ ਦੀ ਹਾਲਤ ਸੱਚਮੁੱਚ ਚਿੰਤਾ ਵਾਲੀ ਸੀ। ਉਹਨੇ ਉੱਪਰੀ ਨਜ਼ਰ ਨਾਲ ਪਿਓ ਦੇ ਚਿਹਰੇ ਵੱਲ ਤੱਕ ਕੇ ਪੁੱਛਿਆ, ਬਾਪੂ ਜੀ ਕੀ ਹਾਲ ਹੈ? ਦੀਪ ਅੱਖਾਂ 'ਚ ਹੰਝੂ ਭਰ ਕੇ ਪਿਓ ਨੇ ਕਿਹਾ, ਪੁੱਤਰ ਇਹ ਮੈਂ ਕੀ ਵੇਖ ਰਿਹਾ? ਕੀ ਬਾਪੂ ਜੀ? ਕੁਲਦੀਪ ਨੇ ਪੈਰ ਨਾਲ ਜ਼ਮੀਨ ਖਰੋਚਦਿਆਂ ਪੁੱਛਿਆ। ਸਾਧੂ ਸਿੰਘ ਨੇ ਕੋਈ ਉੱਤਰ ਨਾ ਦਿੱਤਾ, ਉਹਦੀਆਂ ਅੱਖਾਂ ਵਹਿ ਪਈਆਂ। ਕੁਲਦੀਪ ਸਮਝ ਗਿਆ ਕਿ ਉਹਦਾ ਪਿਤਾ ਕੀ ਕਹਿਣਾ ਚਾਹੁੰਦਾ। ਦੀਪ, ਸਾਧੂ ਸਿੰਘ ਨੇ ਆਵਾਜ਼ ਠੀਕ ਕਰਕੇ ਕਿਹਾ, ਪੁੱਤਰ ਤੇਰੇ ਉੱਤੇ ਮੈਨੂੰ ਬੜੀਆਂ ਆਸਾਂ ਸਨ। ਸੋਚਦਾ ਸਾਂ ਮੇਰਾ ਦੀਪ ਸਿਆਣਾ ਹੋ ਕੇ ਮੇਰੇ ਬੁਢੇਪੇ ਨੂੰ ਸੁਖਾਲਾ ਬਣਾਏਗਾ। ਇਹਨਾਂ ਉਮੀਦਾਂ ਦੇ ਸਹਾਰੇ ਮੈਂ ਤੈਨੂੰ ਇੱਕ ਇੱਕ ਦਿਨ ਗਿਣ ਕੇ ਪਾਲਿਆ। ਪਰ ਕਹਿੰਦਾ ਕਹਿੰਦਾ ਉਹ ਫਿਰ ਰੁੱਕ ਗਿਆ, ਉਹ ਤੋਂ ਬੋਲਿਆ ਨਾ ਗਿਆ। ਕੋਈ ਵੀ ਪੁੱਤਰ ਪਿਓ ਦੇ ਅੱਥਰੂਆਂ ਨਾਲ ਭਿੱਜੇ ਜੇ ਇਹਨਾਂ ਵਾਕਾਂ ਨੂੰ ਸੁਣ ਕੇ ਤੜਪ ਉੱਠਦਾ। ਪਰ ਕੁਲਦੀਪ ਦਾ ਦਿਲ ਅਣਭਿੱਜ ਸੀ, ਉਹਦੇ ਭਾਵਾਂ 'ਚ ਰਤੀ ਰਵਾਲ ਵੀ ਤਬਦੀਲੀ ਨਾ ਆਈ, ਨਾ ਹੀ ਉਸ ਕੋਈ ਉੱਤਰ ਦਿੱਤਾ। ਉਹਦੇ ਕੰਨਾਂ 'ਚ ਸੰਤਾਂ ਦੇ ਵਾਕ ਗੂੰਜ ਰਹੇ ਸਨ, ਮੇਰਿਓ ਮੇਰਿਓ ਮੇਰੋ ਮੇਰੋ ਸਭੇ ਕਹਿਤ ਹੈ, ਹਿਤ ਸਿਓ ਬੰਧਿਓ ਚੀਤ।
काका तू बोलदा क्यों नहीं, मैं तेरा प्यो हाँ, मेरा भी तेरे ते कुछ हक है। बोल पुत्तर, मेरे नाल खुल के दो चार गल्लां कर लै, खबर है फिर। पर कुलदीप दे सामने संतां दा उपदेश फिर रहा सी, मात पिता भाई सुत बंधप, अर्फुन ग्रह की नार, तनते प्राण होत जब न्यारे, घर ते देत निकार। बुढ़े दे अथरू हुण ढलक ढलक के उहदे होठां तिक पहुंच रहे सन, उहदा कंबदा हथ कुलदीप दी पिठ ते फिर रहा सी। बोलो मेरे लाल, एक वारी ते बोल की सोच रहे हैं तू। पर कुलदीप दी खामोश जबान कह रही सी, बोलत बोलत वधे विकारा। ठंडा साहब तेर के प्यो ने पुत्र दे सिर नू बांझ लैंदे आ, क्या सोहणिया मेरे वल तक, मेरे दिल दी हालत दा अंदाजा ला। जे तू इसे तरह चुप वट्टी रखी तो मैं तेरे सामने कंध नाल सिर पटक के जान दे देंगा। कहने आ, साधु सिंह दी आवाज़ दृढ़ ते तेज़ हो उठी। शायद कुलदीप भी इस दे असर तो भिज ना रह सकिया, उस उतां तकिया ते बोले, बापू जी दसो तुसी की चाहते जे। मैं अपने पुत्र नू वधदा फुलदा वेखना चाहुंदा वां, यानी तुसी मेरा विआह करना चाहुंदे हो। प्यो ने हां सिर हिलाया, इस सदर ते तुहाडी इक वारी पूरी हो चुकी है बापू जी। पूरी नहीं हो चुकी है, दुहाटे टुट चुकी है। पर इस गल की की गरंटी है, ऐतकां जरूर तोड़ चढ़ेगी। गरंटी दा पुत्र किसे गल दी नहीं, पर आसां बद्धी संसार है बापू जी। ये सुआस पता जी किन्ने कीमती ने, ते मनुखा जन्म किड्डे भागा नाल मिलदा है। क्यों ना इन्हां सुआसां नू नाम सिमरन चला के सफल किया जाए। साधु सिंह पास कोई उत्तर नहीं सी, एक तरह नाल ओह खुश सी। उहनूं पता सी कि इसी उम्रे अक्सर नौजवान ऐबां च पै के जिंदगियां तबाह कर लैंदे ने, ते उहदा पुत्तर भले पासे लगा होया। पर उहनूं तां इस वेले पुत्तर दी लोड़ सी, जिहड़ा दिनों दिनों तो दूर होई जा रहा सी। ਘੰਟਾ ਕੁ ਦੋਹਾਂ ਪਿਓ ਪੁੱਤਰਾਂ 'ਚ ਵਾਰਤਾਲਾਪ ਹੁੰਦਾ ਰਿਹਾ, ਅਤੇ ਇਸੇ ਹਾਲਤ ਵਿੱਚ ਸਾਧੂ ਨੂੰ ਦਮੇ ਦਾ ਦੌਰਾ ਪੈ ਗਿਆ। ਦੌਰਾ ਹੁਣ ਪਹਿਲਾਂ ਵਰਗਾ ਸਧਾਰਨ ਨਹੀਂ ਸੀ ਪੈਂਦਾ, ਰੋਗੀ ਲਈ ਕਿਆਮਤ ਲੈ ਆਉਂਦਾ ਸੀ, ਅਤੇ ਬਿਨਾਂ ਟੀਕੇ ਤੋਂ ਰੁਕਦਾ ਨਹੀਂ ਸੀ। ਖਾਸ ਕਰਕੇ ਅੱਜ ਦੇ ਦੌਰੇ ਨੇ ਤਾਂ ਉਹਦੀ ਹਾਲਤ ਹੋਰ ਵੀ ਖਰਾਬ ਕਰਤੀ। ਦੋਹਾਂ ਮਾਂ ਪੁੱਤਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਬਿਨਾਂ ਡਾਕਟਰ ਸੱਦਿਆਂ ਇੰਜੈਕਸ਼ਨ ਦਾ ਪ੍ਰਬੰਧ ਨਹੀਂ ਸੀ ਹੋ ਸਕਦਾ। ਕੁਲਦੀਪ ਨੇ ਝਟਪਟ ਬਰਸਾਤੀ ਕੋਟ ਪਹਿਨਿਆ, ਅਤੇ ਮੀਂਹ ਝੱਖੜ ਦੀ ਪਰਵਾਹ ਕੀਤੇ ਬਿਨਾਂ ਡਾਕਟਰ ਵੱਲ ਦੌੜ ਗਿਆ। ਅਤੇ ਜਦ ਉਹ ਮਾਖਣੀ ਸੰਤਰ ਵਿੱਚੋਂ ਲੰਘ ਰਿਹਾ ਸੀ, ਤਾਂ ਉਹਨੇ ਸਾਹਮਣੇ ਉਹ ਕਿਸੇ ਨੂੰ ਮੀਂਹ ਦੇ ਫਰਾਟਿਆਂ 'ਚ ਡੋਲਦਿਆਂ ਆਉਂਦਿਆਂ ਵੇਖਿਆ। ਨੇੜੇ ਆਉਣ 'ਤੇ ਉਹਨੂੰ ਪਛਾਣਨ 'ਚ ਦੇਰ ਨਾ ਲੱਗੀ, ਹੈ ਸਰੋਜ। ਉਹਦੇ ਅੰਦਰੋਂ ਕੁਝ ਚਿੱਲ ਆਇਆ, ਇਸ ਵੇਲੇ ਕਿੱਧਰ ਜਾ ਰਹੀ ਹੈ? ਇੱਕ ਕੰਬਾਊ ਜਿਹੀ ਆਵਾਜ਼ ਉਹਦੇ ਅੰਦਰੋਂ ਉੱਠੀ। ਉਹਦੇ ਕਦਮਾਂ 'ਚ ਕੁਝ ਰੁਕਾਵਟ ਆਈ, ਪਰ ਜਲਦੀ ਜਲਦੀ ਉਹ ਅਗਾਂਹ ਲੰਘ ਤੁਰਿਆ। ਉਹਨੂੰ ਉੱਡ ਕੇ ਡਾਕਟਰ ਪਾਸ ਪਹੁੰਚਣਾ ਚਾਹੀਦਾ ਸੀ, ਅਤੇ ਉਹ 15-20 ਕਦਮ ਅਗਾਂਹ ਲੰਘ ਕੇ ਉਸ ਫਿਰ ਇੱਕ ਵਾਰੀ ਪਿਛਾਂ ਤੱਕਿਆ। ਸਰੋਜ ਕਿਤੇ ਨਹੀਂ ਸੀ। ਉਹਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਵਿਰਿਆਮ ਸਿੰਘ ਦੇ ਮਕਾਨ ਤੋਂ ਛੁੱਟੋ ਹੋਰ ਕਿਤੇ ਨਹੀਂ ਗਈ। ਉਹਦੇ ਦਿਲ ਉੱਤੇ ਕਿਸੇ ਨੇ ਕੁਹਾੜੇ ਦਾ ਵਾਰ ਕੀਤਾ। ਵਰਿਆਮ ਸਿੰਘ ਵਰਗੇ ਛੜੇ ਛੜਾਂਗ ਆਦਮੀ ਦੇ ਘਰ 'ਤੇ ਰਾਤ ਵੇਲੇ? ਵਰਿਆਮ ਸਿੰਘ ਬਾਰੇ ਉਹਦਾ ਮਨ ਪਹਿਲਾਂ ਹੀ ਸਾਫ਼ ਨਹੀਂ ਸੀ। ਉਹਦੀਆਂ ਨਜ਼ਰਾਂ 'ਚ ਵਰਿਆਮ ਸਿੰਘ ਚੌਧਰ ਦਾ ਭੁੱਖਾ ਅਵਾਰਾ ਗਰਦ ਗਾਲੜੀ ਅਤੇ ਛੋਟੀ ਹੈਸੀਅਤ ਦਾ ਮਾਲਕ ਸੀ, ਜਿਸ ਨਾਲ ਸ਼ਰੀਫ ਘਰ ਦੀਆਂ ਕੁੜੀਆਂ ਦੀ ਜਾਣ ਪਛਾਣ ਖਤਰੇ ਤੋਂ ਖਾਲੀ ਨਹੀਂ ਸੀ। ਭਾਵੇਂ ਉਹਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਸਤਵੰਤ ਦੀ ਬਿਮਾਰੀ 'ਚ ਵਰਿਆਮ ਸਿੰਘ ਨੇ ਬੜੀ ਮਦਦ ਕੀਤੀ, ਪਰ ਇਸ 'ਚ ਵੀ ਉਹਨੂੰ ਵਰਿਆਮ ਸਿੰਘ ਦੀ ਭੁੱਖ ਜਾਂ ਕੋਈ ਲਾਲਸਾ ਦਿਸੀ। ਸ਼ਾਇਦ ਇਸੇ ਕਰਕੇ ਕੱਲ੍ਹ ਉਹਨੇ ਵਰਿਆਮ ਸਿੰਘ ਨੂੰ ਕੁਝ ਵੱਧ ਘੱਟ ਗੱਲਾਂ ਵੀ ਆਖ ਦਿੱਤੀਆਂ ਸਨ। ਪਿਓ ਦੀ ਚਿੰਤਾ ਨੂੰ ਉਹ ਕੁਝ ਚਿਰ ਲਈ ਭੁੱਲ ਗਿਆ, ਅਤੇ ਇਸ ਨਵੀਂ ਚਿੰਤਾ ਨੇ ਉਹਨੂੰ ਪਾਗਲ ਬਣਾ ਦਿੱਤਾ। ਸਰੋਜ ਬਾਬਤ ਕਈ ਸ਼ੱਕੀ ਖਿਆਲ ਉਹਦੇ ਦਿਮਾਗ 'ਚੋਂ ਲੰਘਣ ਲੱਗੇ। ਡਾਕਟਰ ਨੂੰ ਨਾਲ ਲੈ ਕੇ ਉਹ ਮੁੜ ਉਸੇ ਰਸਤੇ ਲੰਘਿਆ, ਅਤੇ ਜਾਣ ਕੇ ਵਰਿਆਮ ਸਿੰਘ ਦੇ ਬੂਹੇ ਨਾਲੋਂ ਖਹਿ ਕੇ ਲੰਘਿਆ। ਬੂਹਾ ਬੰਦ ਸੀ, ਅਤੇ ਅੰਦਰੋਂ ਉਹਨੂੰ ਇਸ ਤਰ੍ਹਾਂ ਆਵਾਜ਼ ਆਈ ਜਿਵੇਂ ਕੋਈ ਚੀਕਾਂ ਮਾਰ ਕੇ ਆਪਣੇ ਆਪ ਨੂੰ ਕਿਸੇ ਪਾਸੋਂ ਛੁਡਾਉਣ ਦਾ ਯਤਨ ਕਰ ਰਿਹਾ ਹੋਵੇ। ਆਵਾਜ਼ ਭਾਵੇਂ ਜਨਾਨਾ ਗਲੇ ਦੀ ਸੀ, ਪਰ ਮੀਂਹ ਝੱਖੜ ਦੇ ਰੌਲੇ ਕਰਕੇ ਉਸ ਲਈ ਪਛਾਣਨੀ ਮੁਸ਼ਕਲ ਸੀ। ਉਹਦੇ ਹੱਥਾਂ ਦੇ ਤੋਤੇ ਉੱਡ ਗਏ। ਡਾਕਟਰ ਨਾਲ ਨਾ ਹੁੰਦਾ ਤਾਂ ਸ਼ਾਇਦ ਉਹ ਇੱਕ ਕਦਮ ਵੀ ਅਗਾਂਹ ਨਾ ਪੁੱਟ ਸਕਦਾ। ਸਰੋਜ ਅਤੇ ਵਰਿਆਮ ਸਿੰਘ ਲਈ ਘਿਰਨਾ ਅਤੇ ਈਰਖਾ ਦਾ ਸਹਿ ਬੋਝ ਦਿਲ 'ਤੇ ਲੱਦ ਕੇ ਉਹ ਉੱਥੋਂ ਅਗਾਂਹ ਲੰਘਿਆ। ਡਾਕਟਰ ਨੇ ਜਾਂਦਿਆਂ ਟੀਕਾ ਲਾਇਆ, ਫੀਸ ਲਈ ਚੱਲਦਾ ਬਣਿਆ। ਇਹ ਤੋਂ ਥੋੜ੍ਹਾ ਚਿਰ ਬਾਅਦ ਸਾਧੂ ਸਿੰਘ ਨੂੰ ਨੀਂਦਰ ਆ ਗਈ। ਕੁਲਦੀਪ ਵੀ ਹੋਰ ਥੋੜ੍ਹਾ ਚਿਰ ਉੱਥੇ ਠਹਿਰ ਕੇ ਉੱਪਰ ਆਪਣੇ ਕਮਰੇ 'ਚ ਚਲਾ ਗਿਆ। ਅੱਜ ਦੀ ਰਾਤ ਉਸ ਲਈ ਕਹਿਰਾਂ ਦੀ ਰਾਤ ਸੀ। ਕੀ ਉਸ ਵਰਗੀ ਹਾਲਤ ਦੇ ਹੁੰਦਿਆਂ ਕੋਈ ਸੌਂ ਸਕਦਾ? ਸ਼ੱਕ ਦੀ ਨਿੱਕੀ ਜਿਹੀ ਚੰਗਿਆੜੀ ਕਈ ਵਾਰ ਮਨੁੱਖ ਦੇ ਖਲਵਾੜੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਕੁਲਦੀਪ ਦਾ ਵੀ ਇਹੋ ਹਾਲ ਸੀ। ਉਹਨੇ ਜੋ ਕੁਝ ਉਸ ਰਾਤ ਵੇਖਿਆ ਸੀ, ਉਹਦੇ ਦਿਲ ਦਾ ਅਮਨ ਬਰਬਾਦ ਕਰਨ ਲਈ ਕੁਝ ਘੱਟ ਨਹੀਂ ਸੀ। ਖਬਰੇ ਇਹਦਾ ਕਿੰਨਾ ਕੁ ਭਿਆਨਕ ਅਸਰ ਹੁੰਦਾ, ਪਰ ਉਹ ਤੋਂ ਚੌਥੇ ਪੰਜਵੇਂ ਦਿਨ ਹੀ ਦਿਲ ਦਾ ਰੁਝੇਵਾਂ ਹੋਰ ਪਾਸੇ ਹੋ ਜਾਣ ਕਰਕੇ
ਉਹਦਾ ਕੁਝ ਬਚਾਅ ਹੋ ਗਿਆ। ਵਿਚਾਰੇ ਸਾਧੂ ਸਿੰਘ ਨੂੰ ਮੌਤ ਦਾ ਸੁਨੇਹਾ ਆ ਗਿਆ। ਇਹਨਾਂ 2 ਮਹੀਨਿਆਂ 'ਚ ਵਰਿਆਮ ਸਿੰਘ ਕਈ ਵਾਰ ਕੁਲਦੀਪ ਦੇ ਘਰ ਆਇਆ, ਪਰ ਚਾਉਣੀ ਲਈ ਵੀ ਅਤੇ ਉਂਝ ਵੀ। ਉਹ ਜਿੰਨੀ ਵਾਰੀ ਕੁਲਦੀਪ ਦੇ ਸਾਹਮਣੇ ਹੁੰਦਾ, ਕੁਲਦੀਪ ਦੀਆਂ ਅੱਖਾਂ 'ਚ ਕ੍ਰੋਧ ਦੀਆਂ ਲਾਟਾਂ ਬਲਬਲ ਉੱਠਦੀਆਂ। ਜਿੰਨਾ ਹੀ ਵਰਿਆਮ ਸਿੰਘ ਗਿਆਨ ਕੌਰ ਪਾਸ ਹਮਦਰਦੀ ਪ੍ਰਗਟ ਕਰਦਾ, ਉਨੇ ਹੀ ਕੁਲਦੀਪ ਦੇ ਸੀਨੇ 'ਚ ਭਾਲੇ ਵੱਜਦੇ। ਕਈ ਵਾਰੀ ਇਹ ਵੀ ਸੋਚਦਾ, ਮੈਂ ਕਿਵੇਂ ਬੇਗਾਨੀ ਅੱਗ 'ਚ ਆਪਣੇ ਆਪ ਨੂੰ ਝੁਲਸਾ ਰਿਹਾ। ਲੁਹਾਰ ਜਾਣਨ ਅਤੇ ਅੰਗਿਆਰ ਜਾਣਨ, ਸਰੋਜ ਦਾ ਇਸ ਨਾਲ ਕੋਈ ਅਯੋਗ ਸੰਬੰਧ ਹੈ ਅਥਵਾ ਇਹ ਵੀ ਉਸ ਵਿਚਾਰੀ ਦੇ ਜੀਵਨ ਨੂੰ ਤਬਾਹ ਕਰਨ 'ਤੇ ਉਤਾਰੂ ਹੋ ਬੈਠਾ, ਤਾਂ ਮੈਨੂੰ ਕੀ? ਦੁਨੀਆ ਪਾਪੀਆਂ ਅਤੇ ਬਦਚਲਨਾਂ ਨਾਲ ਭਰੀ ਪਈ ਹੈ। ਕੀ ਉਹਨਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨਾ ਹੀ ਉਹਨਾਂ ਦਾ ਇਲਾਜ ਹੈ? ਜਿਹਾ ਕੋਈ ਕਰੇਗਾ ਤਾਂ ਹਾਂ ਭਰੇਗਾ। ਨਾਲੇ ਸਰੋਜ ਮੇਰੀ ਲੱਗਦੀ ਕੀ ਹੈ ਕਿ ਮੈਂ ਉਹਦੀ ਚਿੰਤਾ 'ਚ ਡੁੱਬਿਆ ਰਹਾਂ। ਆਪਣੀ ਮਰਜ਼ੀ ਨਾਲ ਉਸ ਨਾਲੋਂ ਤਿਨਕਾ ਤੋੜ ਚੁੱਕਾ। ਨਾ ਮੇਰੀ ਬਿਰਤੀ ਭਜਨ ਪਾਠ 'ਚ ਲੱਗਦੀ ਹੈ, ਨਾ ਮੈਨੂੰ ਕੁਝ ਹੋਰ ਚੰਗਾ ਲੱਗਦਾ। ਮੈਂ ਕਿੰਨਾ ਮੂਰਖ ਹਾਂ। ਮਾਨਸਿਕ ਡੂੰਘਾਈਆਂ ਦਾ ਮਾਪ ਤੋਲ ਕੀ ਆਦਮੀ ਦੇ ਆਪਣੇ ਹੱਥ 'ਚ ਹੈ? ਜੇ ਹੁੰਦਾ ਤਾਂ ਇਸ ਦੁਨੀਆ ਦਾ ਹੁਲੀਆ ਕੁਝ ਹੋਰ ਹੁੰਦਾ। ਜ਼ਿੰਦਗੀ 'ਚੋਂ ਮੌਕੇ ਸਭ ਤੋਂ ਵੱਧ ਖਤਰਨਾਕ ਹੁੰਦੇ ਨੇ ਜਦੋਂ ਆਦਮੀ ਜੋ ਚਾਹੁੰਦਾ ਕਰ ਨਹੀਂ ਸਕਦਾ ਅਤੇ ਜੋ ਕਰਦਾ ਉਹਦੀ ਆਤਮ ਆਵਾਜ਼ ਤੋਂ ਉਲਟ ਹੁੰਦਾ। ਕੁਲਦੀਪ ਇਸ ਵੇਲੇ ਚਾਹੁੰਦਾ ਸੀ ਕਿ ਉਹਦੇ ਮਨ ਦੀ ਪੱਟੀ ਤੋਂ ਸਾਰੀਆਂ ਲੀਕਾਂ ਮਿਟ ਜਾਣ ਅਤੇ ਉਹ ਇਕਾਂਤਵਾਸੀ ਬਣ ਕੇ ਭਜਨ ਦਾ ਰਸ ਲਵੇ। ਪਰ ਇਸ ਚਾਹ ਨੂੰ ਪੂਰਿਆ ਕਰਨ ਲਈ ਉਹ ਜਿੰਨੀ ਕੋਸ਼ਿਸ਼ ਕਰਦਾ, ਉਨਾ ਹੀ ਉਹ ਲੀਕਾਂ ਸਗੋਂ ਵਧੇਰੇ ਉਗੜਦੀਆਂ। ਕਦੇ ਸਤਵੰਦ ਦੀ ਯਾਦ ਉਹਨੂੰ ਬੇਚੈਨ ਕਰਦੀ, ਕਦੇ ਸਰੋਜ ਦੀ ਉਲਝਣ ਵਿੱਚ ਫਸ ਕੇ ਛਟਪਟਾਉਂਦਾ। ਸਵੇਰ ਦਾ 10 ਵਜੇ ਦਾ ਵੇਲਾ ਸੀ। ਅਕਤੂਬਰ ਦੀਆਂ ਠੰਡੀਆਂ ਹਵਾਵਾਂ ਅਤੇ ਸਿਆਲ ਦੀ ਆਮਦ ਦੇ ਲੱਛਣ ਦਿਖਾਈ ਦੇਣ ਲੱਗ ਪਏ ਸਨ। ਅੱਜ ਕੁਲਦੀਪ ਦਾ ਚਿਹਰਾ ਕੁਝ ਟਹਿਕਿਆ ਹੋਇਆ ਜਾਪਦਾ ਸੀ। ਆਪਣੇ ਕਮਰੇ 'ਚ ਲੰਮਾ ਪਿਆ ਉਹ ਇੱਕ ਚਿੱਠੀ ਮੁੜ ਮੁੜ ਪੜ੍ਹ ਰਿਹਾ ਸੀ। ਕਈ ਵਾਰ ਪੜ੍ਹਨ ਤੋਂ ਬਾਅਦ ਉਹਨੇ ਫਿਰ ਪੜ੍ਹਨੀ ਸ਼ੁਰੂ ਕੀਤੀ। ਪ੍ਰਿਯ ਸ਼ਿਸ਼ ਕੁਲਦੀਪ ਸਿੰਘ ਜੀ, ਆਸ਼ੀਰਵਾਦ। ਤੁਹਾਰੀ ਪੱਤਰਿਕਾ ਮਿਲੀ, ਤੁਹਾਰੀ ਸੋਚਨੀ ਅਵਸਥਾ ਕਾ ਅਨੁਭਵ ਕਰਕੇ ਅਤਿ ਚਿੰਤਾ ਉਤਪੰਨ ਹੋਈ। ਤੁਮਨੇ ਲਿਖਿਆ ਕਿ ਭਜਨ ਮੇਂ ਮਨ ਸਥਿਰ ਨਹੀਂ ਹੋਤਾ ਔਰ ਚਿੱਤ ਵ੍ਰਿਤੀ ਇਸਤਰੀ ਪੁੱਤਰ ਆਦਿ ਨਾਸ਼ਵੰਤ ਪਦਾਰਥੋਂ ਮੇਂ ਭਟਕਤੀ ਰਹਿਤੀ ਹੈ। ਸੋ ਇਸਕਾ ਨਿਦਾਨ ਯਹੀ ਹੈ ਕਿ ਮਨ ਕੋ ਭਜਨ ਦੁਆਰਾ ਵਿਕਾਰੋਂ ਸੇ ਨਿਕਾਲ ਕਰ ਪ੍ਰਭੂ ਕੇ ਚਰਨੋਂ ਮੇਂ ਸਥਿਰ ਕੀਆ ਜਾਏ ਔਰ ਇਸਤਰੀ ਕੀ ਸੰਗਤ ਸੇ ਸਦਾ ਉਪਰਾਮ ਰਹਿਣਾ ਚਾਹੀਏ। ਸਭ ਉਪਾਧੀਓਂ ਕਾ ਮੂਲ ਯਹੀ ਇਸਤਰੀ ਹੈ। ਬੜੇ ਬੜੇ ਰਿਸ਼ੀਓਂ ਮੁਨੀਓਂ ਕੇ ਤਪ ਇਸਤਰੀ ਨੇ ਨਾਸ਼ ਕੀਏ ਹੈ। ਪਰਮਾਰਥ ਕੇ ਜਗਿਆਸੂਓਂ ਕੋ ਚਾਹੀਏ ਕਿ ਵੈਰਾਗ ਸ਼ਤਕ ਆਦਿ ਗ੍ਰੰਥੋਂ ਕਾ ਅਧਿਐਨ ਕੀਆ ਕਰੇ ਔਰ ਚੰਚਲ ਸੰਗਤ ਸੇ ਬਚ ਕਰ ਰਹਾ ਕਰੇ। ਸਵਾਸ ਸਵਾਸ ਨਾਮ ਜਪੇ। ਤੁਹਾਰਾ ਗੁਰਦੇਵ ਸੰਤ ਪ੍ਰੇਮ ਸਿੰਘ। ਇਸ ਵੇਲੇ ਹੇਠੋਂ ਉਹਨੂੰ ਵਰਿਆਮ ਸਿੰਘ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਚਿੱਠੀ 'ਚ ਜਿੰਨੀ ਕੋਈ ਸ਼ਾਂਤੀ ਅਤੇ ਤਸੱਲੀ ਉਹਨੂੰ ਮਿਲੀ ਸੀ, ਇਸ ਆਵਾਜ਼ ਦੇ ਸੁਣਦਿਆਂ ਹੀ ਜਾਂਦੀ ਰਹੀ। ਉਹਦਾ ਦਿਲ ਚਾਹਿਆ ਕਿ ਅੱਜ ਵਰਿਆਮ ਸਿੰਘ ਨੂੰ ਸਾਫ਼ ਕਹਿ ਦੇ ਕਿ ਇਸ ਘਰ 'ਚ ਪੈਰ ਪਾਉਣ ਦਾ ਉਹਦਾ ਕੋਈ ਮਤਲਬ ਨਹੀਂ। ਪਰ ਉਹਨੂੰ ਭੁੱਲਿਆ ਨਹੀਂ ਸੀ ਕਿ ਉਹਦੀ ਮਾਂ ਉਹਨੂੰ ਕਿੰਨਾ ਚਾਹੁੰਦੀ ਹੈ। ਉਹ ਦਿਲ ਦਾ ਕ੍ਰੋਧ ਦਿਲ 'ਚ ਪੀ ਗਿਆ ਤਾਂ ਵੀ ਕਮਰੇ 'ਚ ਬੈਠਾ ਨਾ ਰਹਿ ਸਕਿਆ। ਹੌਲੀ ਹੌਲੀ ਹੇਠਾਂ ਉੱਤਰ ਆਇਆ। ਉਸ ਵੇਖਿਆ ਮਾਂ ਦੇ ਸਾਹਮਣੇ ਪੀੜ੍ਹੀ 'ਤੇ ਬੈਠਾ ਵਰਿਆਮ ਸਿੰਘ ਕਹਿ ਰਿਹਾ ਸੀ, ਕੀ ਦੱਸਾਂ ਬੇਬੇ, ਕੋਈ ਨਾ ਕੋਈ ਝਮੇਲਾ ਪਿਆ ਹੀ ਰਹਿੰਦਾ, ਨਹੀਂ ਤਾਂ ਇੱਕ ਵਾਰੀ ਛੱਡ ਕੇ 100 ਵਾਰੀ ਆਉਂਦਾ। ਫਿਰ ਵੀ ਤੂੰ ਇਹ ਨਾ ਸਮਝ ਕੇ ਵਰਿਆਮ ਸਿੰਘ ਤੈਨੂੰ ਭੁੱਲ ਗਿਆ। ਜਿੱਥੇ ਪਾਣੀ ਦੀ ਲੋੜ ਪਏਗੀ ਮੈਂ ਤੇਰੇ ਲਈ ਲਹੂ ਡੋਲਾਂਗਾ। ਭਾਈ ਇਹ ਹੁਣੀ ਚਲੇ ਗਏ, ਉਹਨਾਂ ਨੂੰ ਮੋੜ ਲਿਆਉਣਾ ਮੇਰੇ ਵਾਸਤੇ ਗੱਲ ਨਹੀਂ, ਪਰ ਹੋਰ ਮੈਂ ਤੈਨੂੰ ਕਿਸੇ ਗੱਲ ਦਾ ਵੀ ਗੋਚਾ ਨਹੀਂ ਆਉਣ ਦਿਆਂਗਾ। ਜੇ ਅੱਧੀ ਰਾਤੀ ਯਾਦ ਕਰੇਂਗੀ ਤਾਂ ਤੇਰੇ ਸਿਰ 'ਤੇ ਹੋਵਾਂਗਾ। ਕੁਲਦੀਪ ਨੂੰ ਇਹ ਗੱਲਾਂ ਤੀਰ ਬਣ ਕੇ ਵਿੰਨ ਰਹੀਆਂ ਸਨ। ਇਹਨਾਂ ਵਿੱਚੋਂ ਉਹਨੂੰ ਮੱਕਾਰੀ, ਚਾਪਲੂਸੀ ਅਤੇ ਪਖੰਡ ਦੀ ਬੋ ਆ ਰਹੀ ਸੀ। ਗਿਆਨ ਕੌਰ ਨੇ ਉੱਤਰ ਦਿੱਤਾ, ਪੁੱਤਰ ਮੈਨੂੰ ਵੀ ਅਤੇ ਹੁਣ ਗੁਰੂ ਦਾ ਅਤੇ ਤੁਹਾਡਾ ਹੀ ਆਸਰਾ ਹੈ। ਭਾਵੇਂ ਮੰਜੇ 'ਤੇ ਪਿਆ ਰਹਿੰਦਾ ਸੀ, ਫਿਰ ਵੀ 100 ਸੁੱਖ ਸਨ। ਸਿਰ 'ਤੇ ਛਤਰ ਝੁੱਲਦਾ ਸੀ ਜੋ ਖੱਟਣਾ ਕਮਾਉਣਾ ਅੱਗੇ ਲਿਆ ਰੱਖਣਾ। ਕਦੀ ਪਰਤ ਕੇ ਨਹੀਂ ਸੀ ਪੁੱਛਦਾ ਜੇ ਕਿੱਥੇ ਖਰਚੇ, ਕਿੱਥੇ ਖਾਧੀ। ਅਤੇ ਹੁਣ ਇਹ ਆਖਨੀ ਆ ਕੁਲਦੀਪ ਪੁੱਲ ਤੱਕ ਇਸ ਮੁੰਡੇ ਨੂੰ ਮੱਤ ਆ ਜਾਏ ਅਤੇ ਘਰ ਦਾ ਬੂਹਾ ਇੱਕ ਵਾਰੀ ਖੁੱਲ੍ਹ ਪਵੇ। ਇਸ ਵਿਚਾਰੇ ਨੇ ਵੀ ਕੀ ਸੁੱਖ ਵੇਖਿਆ ਅਤੇ ਅਸਾਂ ਕਿਹੜੀਆਂ ਮੁਰਾਦਾਂ ਵੇਖ ਲਈਆਂ। ਜੀਵੇ ਜਾਗੇ ਪੰਗੂੜੇ 'ਚ ਪਏ ਕਾਕੇ ਵੱਲ ਤੱਕੇ, ਇਹ ਇੱਕ ਤਾਂਦੇ ਜਿਹਨੂੰ ਵੇਖ ਕੇ ਜਿਉਂਦੀਆਂ। ਵਿਚਾਰਾ ਮਾਂ ਮੈਟਰ ਰੁਲ ਗਿਆ ਮੇਰੇ ਕੋਲੋਂ, ਗੋਡਿਆਂ ਦੀ ਪੀੜ ਕਰਕੇ ਕਿਤੇ ਉੱਠਿਆ ਨਹੀਂ ਜਾਂਦਾ। ਰਧੀਆ ਸੀ, ਹੋਰ ਨਹੀਂ ਤਾਂ ਸਾਂਭੀ ਤਾਂ ਰੱਖਦੀ ਸੀ। ਜਿੱਦਣ ਦੀ ਚਲੀ ਗਈ ਹੈ ਮੁੰਡਾ ਹਾਲੋਂ ਬੇਹਾਲ ਹੋ ਗਿਆ, ਅੱਧਾ ਨਹੀਂ ਰਿਹਾ, ਉਪਰੇ ਦੁੱਧ ਦੇ ਪਲ ਰਿਹਾ। ਰਧੀਆ ਕਿਉਂ ਚਲੀ ਗਈ? ਵਰਿਆਮ ਸਿੰਘ ਨੇ ਬੱਚੇ ਵੱਲ ਹਮਦਰਦੀ ਨਾਲ ਤੱਕਦਿਆਂ ਪੁੱਛਿਆ। ਕੀ ਦੱਸਾਂ ਵੀਰਾ,
ਠੰਡਾ ਸਾਹ ਭਰ ਕੇ ਗਿਆਨ ਕੌਰ ਬੋਲੀ, ਸੱਪ ਦੇ ਮੂੰਹ ਕੋੜ ਕਿਰਲੀ ਵਾਲਾ ਲੇਖਾ ਸੀ, ਆਖੇ ਖਾਏ ਤੇ ਕੋੜਾ ਛੱਡੇ ਤੇ ਅੰਨਾ, ਜੋ ਚੀਜ਼ ਵੇਖਣੀ ਪੜੁੰਜ ਲੈ ਜਾਣੀ, ਇੱਕ ਵਾਰੀ ਹੋਵੇ ਦੋ ਵਾਰੀ ਹੋਵੇ ਕਿੰਨਾ ਕੁ ਜੇਰਾ ਕਰੇ, ਖਸਮ ਨੂੰ ਖਾਣੀ ਫਿੱਟ ਗਈ ਸੀ। ਬੈਠਿਆਂ ਬਿਠਾਇਆਂ ਬੁੱਕ ਰੁਪਈਆਂ ਦਾ ਲੈਂਦੀ ਸੀ, ਨਾ ਕੰਮ ਨਾ ਕਾਰ, ਇਹਨਾਂ ਲੋਕਾਂ ਦੀ ਰੱਜ ਹਾਣ ਅਤੇ ਕੁੱਦ ਹਾਣ ਵਾਲੀ ਵੱਧਦੀ ਨਹੀਂ ਜਾਂਦੀ। ਭੁੱਖੀ ਮਰੇਗੀ, 4 ਦਿਨ ਮੁੰਡੇ ਕੁੜੀਆਂ ਫਾਕੇ ਕੱਟਣਗੇ ਸੂ, ਆਪੇ ਸਿੱਧੀ ਤੀਰ ਹੋ ਜਾਏਗੀ। ਚੋਰੀ ਵੀ ਵੀਰਾ ਰਾਹ ਰਾਹ ਦੀ ਹੁੰਦੀ ਹੈ, ਭਾਂਡਾ ਵੇਖਣਾ ਉਹ ਨਾ ਛੱਡਣਾ, ਪੈਸੇ ਨਾਲ ਪੈਸਾ ਨਾ ਛੱਡਣਾ। ਤੂੰ ਹੀ ਕੋਈ ਲੱਭ ਕੇ ਲਿਆ ਦੇ, ਤੇਰਾ ਭਲਾ ਹੋਵੇ। ਅਤੇ ਗੱਲ ਕਰਦਿਆਂ ਕਰਦਿਆਂ ਮਾਈ ਨੂੰ ਮਾਲਾ ਦਾ ਚੇਤਾ ਆ ਗਿਆ, ਝਟਪਟ ਮੂਹਰੇ ਤੋਂ ਚੁੱਕ ਕੇ ਕਾਹਲੀ ਕਾਹਲੀ ਫੇਰਨ ਲੱਗੀ, ਸ਼ਾਇਦ ਜਿੰਨਾ ਚਿਰ ਖੁੰਝਿਆ ਸੀ ਉਹਦੀ ਕਸਰ ਪੂਰੀ ਕਰਨ ਲੱਗੀ। ਵਰਿਆਮ ਸਿੰਘ ਬੋਲਿਆ, ਖਿਡਾਵੀ ਦਾ ਇੰਤਜ਼ਾਮ ਤਾਂ ਬੇਬੇ ਹੋ ਜਾਏਗਾ, ਇੱਕ ਹੈ ਜਨਾਨੀ, ਪਰ ਚੁੰਘਾਣ ਦਾ ਕੰਮ ਇੱਥੋਂ ਨਹੀਂ ਹੋ ਸਕਣਾ। ਗਿਆਨ ਕੌਰ ਦਾ ਮਾਲਾ ਵਾਲਾ ਹੱਥ ਸੁਸਤ ਹੋ ਗਿਆ, ਬੋਲੀ, ਚੁੰਘਾਣ ਦੀ ਤਾਂ ਹੁਣ ਲੋੜ ਵੀ ਕੋਈ ਨਹੀਂ, ਬੋਤਲ ਨਾਲ ਪਿਆਈਦਾ ਦੁੱਧ, ਖਿਡਾਉਣ ਲਈ ਬਹੁਤੀ ਲੋੜ ਹੈ, ਤੇਰਾ ਭਲਾ ਹੋਵੇ ਭਾਵੇਂ ਕੋਈ ਬੁੱਢੀ ਠੇਰੀ ਲੱਭ ਹੋਵੇ। ਬੁੱਢੀ ਨਹੀਂ, ਵਰਿਆਮ ਸਿੰਘ ਬੋਲਿਆ, ਹੈ ਤੇ ਜਵਾਨ, ਪਰ ਜੇ ਬੇਬੇ ਪਿਆਰ ਨਾਲ ਰੱਖੇ, ਰਦੀਆ ਵਾਂਗ ਖੌਰੇ ਤੇਰੀਆਂ ਝਿੜਕਾਂ ਸਹਾਰ ਸਕੇ ਕਿ ਨਾ, ਕਾਕਾ ਖਿਡਾਉਣ ਤੋਂ ਛੁੱਟ ਤੇਰੇ ਘਰ ਦਾ ਕੰਮ ਧੰਦਾ ਵੀ ਸਾਂਭ ਲਏਗੀ, ਬੜੀ ਅਸੀਲ ਅਤੇ ਕੰਮ ਕਰਨ ਵਾਲੀ ਕੁੜੀ ਹੈ, ਬਿਮਾਰੀ ਤੋਂ ਉੱਠਣ ਕਰਕੇ ਜ਼ਰਾ ਕਮਜ਼ੋਰ ਹੈ ਪਰ ਕੰਮ ਚੋਰ ਨਹੀਂ। ਗਿਆਨ ਕੌਰ ਬੋਲੀ, ਮੈਂ ਕਾਹਨੂੰ ਝਿੜਕਣਾ ਹੈ, ਰਦੀਆ ਦੀ ਤੂੰ ਗੱਲ ਕਰਨਾ ਹੈ, ਉਹ ਤਾਂ ਖਸਮ ਨੂੰ ਖਾਣੀ ਹੈ ਹੀ ਕਲਹਿਣੀ ਸੀ, ਹਰ ਵੇਲੇ ਉਹਦੇ ਮੱਥੇ 'ਤੇ ਠੀਕਰ ਭੱਜੇ ਰਹਿੰਦੇ ਸੀ, ਮੈਂ ਉਹਨੂੰ ਵੀ ਕਦੀ ਅਲਫੋਂ ਬੇ ਨਹੀਂ ਸੀ ਆਖਿਆ, ਐਵੇਂ ਚੰਦਰੀ ਨੂੰ ਫਿਟਕ ਪਈ ਸੀ, ਨਾਲੇ ਖਾਂਦੀ ਅਤੇ ਨਾਲੇ ਘੂਰਦੀ ਸੀ। ਅੱਛਾ ਬੇਬੇ, ਤਨਖਾਹ ਕੀ ਦੇਵੇਂਗੀ, ਵਰਿਆਮ ਸਿੰਘ ਨੇ ਪੁੱਛਿਆ। ਜੋ ਤੂੰ ਆਖੇਗਾ ਦੇ ਦਿਆਂਗੇ, ਤਨਖਾਹ ਦੀ ਕਿਹੜੀ ਗੱਲ ਹੈ, ਜੇ ਚੰਗੀ ਹੋਈ ਤਾਂ ਦੋਵੇਂ ਹੱਥੀਂ ਪਈ ਖਾਏਗੀ, ਇੱਥੇ ਤੇਰੇ ਪੈਰਾਂ ਦਾ ਸਦਕਾ ਪਰਵਾਹ ਹੈ ਅਤੇ ਕਿਸੇ ਗੱਲ ਦੀ ਨਹੀਂ, ਅਤੇ ਜੇ ਰਦੀਆ ਵਾਂਗ ਚੋਟੀ ਨਿਕਲੀ ਤਾਂ ਫਿਰ ਕੀਤਾ ਪਾਓ। ਚੋਟੀ ਨਹੀਂ ਬੇਬੇ, ਵਰਿਆਮ ਸਿੰਘ ਨੇ ਦਾਅਵੇ ਭਰੀ ਆਵਾਜ਼ 'ਚ ਕਿਹਾ, ਵੇਖੇਂਗੀ ਤਾਂ ਜਾਣੇਗੀ, ਹੈ ਵੀ ਕਿਸੇ ਭਲੇ ਘਰ ਦੀ, ਵਿਚਾਰੀ ਮੁਸੀਬਤ ਦੀ ਮਾਰੀ ਹੋਈ ਹੈ, ਵੇਖਿਆ ਸੱਦਰ ਭੁੱਖ ਲੈਂਦੀ ਹੈ। ਹਾਂ, ਕੀ ਤਨਖਾਹ ਦੇਵੇਂਗੀ, ਜੋ ਤੂੰ ਆਖੇ, ਪਹਿਲਾਂ ਪਹਿਲੀ ਨੂੰ ਕੀ ਦਿੰਦੀ ਸੀ, 10 ਰੁਪਏ ਅਤੇ ਰੋਟੀ ਕੱਪੜਾ, ਚੰਗਾ ਇਹੋ ਸਹੀ, ਜੇ ਉਸ ਤੈਨੂੰ ਖੁਸ਼ ਕਰ ਦਿੱਤਾ ਤਾਂ ਕੁਝ ਵਧਾ ਦੇਈਂ ਸੋ, ਕਿਉਂ ਨਾ ਵਧਾਵਾਂਗੇ, ਕੰਮ ਪਿਆਰਾ ਹੁੰਦਾ, ਚਮਤੇ ਨਹੀਂ ਪਿਆਰਾ ਹੁੰਦਾ, ਚੰਗਾ ਫਿਰ ਕੱਲ੍ਹ ਲੈ ਆਵਾਂਗਾ ਸੋ, ਜ਼ਰੂਰ, ਪਰ ਚੇਤੇ ਨਾਲ। ਅੱਛਾ, ਕਹਿ ਕੇ ਉੱਠਦਾ ਹੋਇਆ ਵਰਿਆਮ ਸਿੰਘ ਬੋਲਿਆ, ਹੋਰ ਕੋਈ ਕੰਮ ਕਾਰ ਮੇਰੇ ਲਾਇਕ ਹੋਵੇ ਤਾਂ ਦੱਸਿਆ ਕਰ ਬੇਬੇ, ਮੈਂ ਤੇਰਾ ਪੁੱਤਰ ਹਾਂ। ਗਦ ਗਦ ਹੋ ਕੇ ਗਿਆਨ ਕੌਰ ਬੋਲੀ, ਜਿਵੇਂ ਜਾਗੇ, ਤੂੰ ਤਾਂ ਹੈ ਹੀ ਧਰਮ ਦੀ ਮੂਰਤ, ਤੇਰੇ ਵਰਗਾ ਤਾਂ ਜੱਗ ਹੋਵੇ ਵੱਡੇ ਵੇਲੇ ਦਾ ਨਾਂ ਲੈਣ ਜੋਗਾ ਹੈ, ਪੁੱਤਰਾ ਤੂੰ ਹੀ ਕਰਨੇ ਨੇ ਸਾਰੇ ਕੰਮ, ਜਿਵੇਂ ਕੁਲਦੀਪ ਦਾ ਦਮ, ਅਤੇ ਇਹ ਕਾਕੇ ਵੱਲ ਤੱਕ ਕੇ, ਵਿਚਾਰਾ ਮਹਿੰਦਰ, ਮੈਨੂੰ ਹੋਰ ਕਿਹਦਾ ਆਸਰਾ। ਜਾਂਦਿਆਂ ਜਾਂਦਿਆਂ ਵਰਿਆਮ ਸਿੰਘ ਅਤੇ ਦੇ ਕੁਲਦੀਪ ਉੱਤੇ ਮਜ਼ਾਕ ਦਾ ਬਾਣ ਛੱਡ ਹੀ ਦਿੱਤਾ, ਕੁਲਦੀਪ ਤੂੰ ਬਹੁਤੀ ਖੇਚਲ ਨਾ ਦਿਆ ਕਰ ਬੇਬੇ, ਇਹਦੀ ਭਗਤੀ 'ਚ ਕਾਹਨੂੰ ਵਿਘਨ ਪਾਉਣਾ ਹੋਇਆ, ਮੈਂ ਜੋ ਇਹਨਾਂ ਸੰਸਾਰ ਦੇ ਝੂਠੇ ਕੰਮਾਂ ਲਈ ਮੌਜੂਦ ਹਾਂ। ਅਤੇ ਉਹ ਜਿਉਂ ਹੀ ਉੱਠ ਕੇ ਤੁਰਨ ਲੱਗਾ, ਕੁਲਦੀਪ ਦਾ ਉੱਤਰ ਸੁਣ ਕੇ ਰੁਕ ਗਿਆ, ਸ਼ਾਇਦ ਕੁਲਦੀਪ ਦਾ ਸਬਰ ਹੁਣ ਹੱਦਾਂ ਬੰਨੇ ਟੱਪ ਚੁੱਕਾ ਸੀ। ਉਹ ਬੋਲਿਆ, ਪਰ ਜਿਹਨੂੰ ਸੋਰੇ ਕੰਮਾਂ ਹੱਥੋਂ ਹੀ ਵਿਹਲ ਨਹੀਂ ਲੱਗਦੀ, ਜਿਹਨੂੰ ਸੋਚੇ ਕੰਮਾਂ ਹੱਥੋਂ ਹੀ ਵਿਹਲ ਨਹੀਂ ਲੱਗਦੀ, ਉਹ ਝੂਠੇ ਕੰਮ ਕੀਕਣ ਕਰ ਸਕੇਗਾ, ਸੱਚੇ ਕੰਮ। ਵਰਿਆਮ ਸਿੰਘ ਨੇ ਉਸ ਵੱਲ ਗੋਹ ਵੱਲ ਨਾਲ ਤੱਕ ਕੇ ਪੁੱਛਿਆ, ਮੈਂ ਕਿਹੜੇ ਸੱਚੇ ਕੰਮ ਕਰਨਾ ਵਾਂ ਕੁਲਦੀਪ, ਜਿਨ੍ਹਾਂ ਦੀ ਸ਼ੋਹਰਤ ਅੱਜ ਗਲੀ ਕੁੱਚੇ ਫੈਲ ਰਹੀ ਹੈ। ਅਤੇ ਵਰਿਆਮ ਸਿੰਘ ਦੇ ਵਿਰੁੱਧ ਕ੍ਰੋਧ ਨਾਲ ਭਰੇ ਹੋਏ ਦਿਲ ਨੂੰ ਕੁਲਦੀਪ ਇੱਕੋ ਵਾਰੀ ਪਲਟਣਾ ਨਹੀਂ ਸੀ ਚਾਹੁੰਦਾ, ਇਸੇ ਲਈ ਉਹ ਬੋਲਦਾ ਬੋਲਦਾ ਰੁਕ ਗਿਆ। ਮੇਰੀ ਸ਼ੋਹਰਤ ਕਿ ਤੇਰੀ ਕੁਲਦੀਪ, ਵਰਿਆਮ ਸਿੰਘ ਨੂੰ ਤੈਸ਼ ਆ ਗਈ, ਜਿਹਨੇ ਸਰਵਣ ਨੂੰ ਵੀ ਮਾਤ ਪਾ ਦਿੱਤਾ, ਸਰਵਣ ਤੇ ਜਿਉਂਦੀ ਮਾਂ ਪਿਓ ਨੂੰ ਤੀਰਥੀ ਲੈ ਗਿਆ ਸੀ, ਤੂੰ ਤਿਆਰੀ ਕਰ ਰਿਹਾ ਫੁੱਲ ਲੈ ਜਾਣ ਦੀ। ਵਰਿਆਮ ਸਿੰਘ ਗੁੱਸੇ 'ਚ ਬੋਲ ਤਾਂ ਗਿਆ, ਪਰ ਦਿਲ 'ਚ ਸ਼ਰਮਸਾਰ ਹੋ ਰਿਹਾ ਸੀ ਕਿ ਉਹਨੇ ਇੱਕ ਮਾਂ ਦੇ ਸਾਹਮਣੇ ਉਹਦੇ ਪੁੱਤਰ ਨੂੰ ਭਾਂਜ ਪਾਈ, ਭਾਵੇਂ ਕਿ ਉਹਦੀ ਮਾਂ ਤੋਂ ਚਿੜਕੇ ਹੀ ਪਾਈ ਸੀ। ਕੁਲਦੀਪ ਨੂੰ ਹੋਰ ਖੋਲ੍ਹਣ ਦਾ ਮੌਕਾ ਮਿਲਿਆ, ਮੇਰੇ ਘਰੋਗੀ ਕੰਮਾਂ ਵਿੱਚ ਕਿਸੇ ਨੂੰ ਦਖਲ ਦੇਣ ਦੀ ਲੋੜ ਨਹੀਂ, ਅੰਮਾ ਨਾਲੋਂ ਹੇਜਲੀ 100 ਫੱਫੇ ਕੁੱਟਣ, ਮਾਮਲਾ ਵਿਗੜਦਾ ਵੇਖ ਕੇ ਦੋਵੇਂ ਰੁਕ ਗਏ। ਕੁਲਦੀਪ ਇੰਨੀ ਗੱਲ ਕਹਿ ਕੇ ਪੌੜੀਆਂ ਚੜ੍ਹ ਗਿਆ, ਅਤੇ ਵਰਿਆਮ ਸਿੰਘ ਬਿਨਾਂ ਕੋਈ ਉੱਤਰ ਦਿੱਤਿਆਂ ਬਾਹਰ ਨਿਕਲ ਗਿਆ। ਸਿਰਫ ਗਿਆਨ ਕੌਰ ਹੀ ਕੁਲਦੀਪ ਨੂੰ ਇਉਂ ਬੋਲਦੀ ਰਹਿ ਗਈ, ਨਾ ਦੀਪ, ਤੇਰਾ ਵੱਡਾ ਭਰਾ ਏ, ਗੁੱਸਾ ਨਹੀਂ ਕਰੀਦਾ ਕਾਕਾ, ਮੱਤ ਦੀ ਗੱਲ ਦਾ। ਕੁਲਦੀਪ ਅੰਦਰਲੀ ਅੱਗ ਨੂੰ ਅੰਦਰੇ ਨੱਪ ਕੇ ਮੁੜ ਆਪਣੇ ਕਮਰੇ 'ਚ ਜਾ ਪੁੱਜਾ, ਉਹਦੇ ਮਨ ਦੀ ਹਾਲਤ ਖਰਾਬ ਹੋ ਰਹੀ ਸੀ, ਪਛਤਾ ਰਿਹਾ ਸੀ ਕਿ ਉਹਨੇ ਕਿਉਂ ਜ਼ਬਾਨ ਖੋਲ੍ਹ ਕੇ ਆਪਣੀ ਆਤਮਾ ਨੂੰ ਅਸ਼ਾਂਤ ਕੀਤਾ।
ਮਨ ਦੀ ਹਾਲਤ ਠੀਕ ਕਰਨ ਲਈ ਅਲਮਾਰੀ ਵਿੱਚੋਂ ਜਿਹੜੀ ਕਿਤਾਬ ਹੱਥ ਆਈ ਲੈ ਕੇ ਪੜ੍ਹਨ ਲੱਗ ਪਿਆ। ਇਹ ਵੈਰਾਗ ਸ਼ਤਕ ਦਾ ਟੀਕਾ ਸੀ। ਉਹ ਪੜ੍ਹ ਰਿਹਾ ਸੀ, ਜਿਨ ਕੋ ਨਿਤ ਮੈਂ ਚਿਤਵੋ ਚਿਤਮੋ ਤਿਨਕੀ ਰਤਮੋ ਤਨ ਮਾਹਿਰਤੀ ਨਾ, ਵੋ ਆਨ ਪਰਮਾਨ ਕੇ ਸੰਗ ਰਹੀ ਤਿਨਕੇ ਮਨਮੋ ਗਨਕਾ ਗ੍ਰਹਿ ਕੀ ਨਾ। ਉਹਦੀਆਂ ਅੱਖਾਂ ਅੱਗੇ ਰਾਣੀ ਪਿੰਗਲਾ, ਰਾਜਾ ਭਰਥਰੀ ਅਤੇ ਹਾਥੀਵਾਨ ਅਤੇ ਪਰਛਾਵੇਂ ਫਿਰਨ ਲੱਗੇ। ਅੰਗ 17। ਦੂਜੇ ਦਿਨ ਨੌਕਰਾਣੀ ਆ ਗਈ। ਕੁਲਦੀਪ ਨੂੰ ਉਦੋਂ ਵੀ ਬਹੁਤ ਸਿਫਤਾਂ ਦੀ ਮਾਲਕ ਜਾਪੀ ਜਿਹੜੀਆਂ ਵਰਿਆਮ ਸਿੰਘ ਉਸ ਬਾਬਤ ਕਰਕੇ ਗਿਆ ਸੀ। ਉਹਨੇ ਆਪਣਾ ਨਾਂ ਪ੍ਰਕਾਸ਼ਵਤੀ ਦੱਸਿਆ। ਉਹਦੀ ਉਮਰ 20 ਕੁ ਵਰਿਆਂ ਦੀ ਸੀ। ਰੰਗ ਉਹਦਾ ਗੋਰਾ ਨਕਸ਼ਾਂ 'ਚ ਖਿੱਚ ਸੀ। ਚਿਹਰੇ ਉੱਤੇ ਭਾਵੇਂ ਅਜੇ ਪੂਰੀ ਅਰੋਗਤਾ ਦਾ ਉਜਾਲਾ ਨਹੀਂ ਸੀ, ਤਾਂ ਵੀ ਕੋਈ ਨਜ਼ਰ ਉਸ ਉੱਤੇ ਪੈ ਕੇ ਛੇਤੀ ਨਾਲ ਹਟ ਨਹੀਂ ਸੀ ਸਕਦੀ। ਉਹਦੀਆਂ ਅੱਖਾਂ 'ਚੋਂ ਮਾਦਕਤਾ ਭਰੀ ਖਿੱਚ ਸੀ, ਜਿਹੜੀ ਸੂਰਜ ਦੀ ਤਪਦੀ ਕਿਰਨ ਵਾਂਗ ਕਿਸੇ ਵੀ ਨੌਜਵਾਨ ਦੇ ਹਿਰਦੇ 'ਚੋਂ ਸ਼ਾਂਤੀ ਅਤੇ ਸਥਿਰਤਾ ਨੂੰ ਭੰਗਾਰ ਕੇ ਵਾਸ਼ਨਾ ਦੇ ਸੰਚੇ 'ਚ ਢਾਲ ਦੇਵੇ। ਉਹਦਾ ਹਰ ਇੱਕ ਅੰਗ ਭੜਕੀਲਾ ਅਤੇ ਚੰਚਲ ਜਾਪਦਾ ਸੀ। ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ ਉਹਦੀ ਤੱਕਣੀ, ਜਿਹਨੇ ਕੁਲਦੀਪ ਦੇ ਹਿਰਦੇ ਉੱਤੇ ਪਹਿਲਾ ਅਸਰ ਕੀਤਾ। ਕਿਹੋ ਜਿਹਾ? ਸ਼ਾਇਦ ਉਹਨੂੰ ਖੁਦ ਵੀ ਇਹਦਾ ਪਤਾ ਨਾ ਹੋਵੇ, ਪਰ ਇਹ ਸੱਚ ਹੈ ਕਿ ਇਹ ਅਸਰ ਉਹਦੇ ਦਿਲ ਦੀ ਉਤਲੀ ਤਹਿ ਤੱਕ ਹੀ ਰੁਕਿਆ ਨਹੀਂ ਸੀ ਰਿਹਾ। ਵਰਿਆਮ ਸਿੰਘ ਪਾਸ ਕਿਹੜਾ ਜਾਦੂ ਹੈ ਜਿਹਦੇ ਅਸਰ ਨਾਲ ਉਹ ਇਹੋ ਜਿਹੇ ਚੁਲਬੁਲੇ ਪੰਛੀਆਂ ਨੂੰ ਫਾਹ ਲੈਂਦਾ ਹੈ? ਪ੍ਰਕਾਸ਼ਵਤੀ ਨੂੰ ਵੇਖਦਿਆਂ ਹੀ ਕੁਲਦੀਪ ਦੇ ਅੰਦਰ ਇਹ ਪ੍ਰਸ਼ਨ ਉੱਠਿਆ, ਜਿਸ 'ਚ ਬਹੁਤ ਸਾਰਾ ਈਰਖਾ ਦਾ ਅੰਸ਼ ਵੀ ਰਲਿਆ ਹੋਇਆ ਸੀ। ਕੱਲ੍ਹ ਵਾਲੀ ਘਟਨਾ ਕਰਕੇ ਵਰਿਆਮ ਸਿੰਘ ਨੂੰ ਆਪਣੇ ਘਰ 'ਚ ਵੇਖਣਾ ਉਸ ਲਈ ਅਸਹਿ ਹੋ ਚੁੱਕਾ ਸੀ। ਪ੍ਰਕਾਸ਼ ਨੂੰ ਵੇਖਦਿਆਂ ਹੀ ਇੱਕ ਚਿੰਤਾ ਉਹਦੇ ਦਿਲ ਨੂੰ ਪਰੇਸ਼ਾਨ ਕਰਨ ਲੱਗੀ। ਇਸ ਸ਼ੈਤਾਨ ਨੇ ਹੁਣ ਸਾਡੀਆਂ ਦਲੀਜਾਂ ਘਸਾ ਮਾਰਨੀਆਂ ਨੇ। ਨੌਕਰ ਰੱਖਣ ਦਾ ਇਹਦਾ ਇੱਕ ਬਹਾਨਾ ਹੈ ਕਿ ਮੈਂ ਇਸ ਵਿਚਾਰੀ ਅਬਲਾ ਦਾ ਇਸ ਭੈੜੇ ਆਦਮੀ ਤੋਂ ਹੱਥੋਂ ਛੁਟਕਾਰਾ ਨਹੀਂ ਕਰਾ ਸਕਦਾ। ਕੁਲਦੀਪ ਨੇ ਉੱਪਰੋਂ ਹੀ ਵੇਖਿਆ ਵਰਿਆਮ ਸਿੰਘ ਜਦ ਪ੍ਰਕਾਸ਼ ਨੂੰ ਗਿਆਨ ਕੌਰ ਦੇ ਹਵਾਲੇ ਕਰਕੇ ਵਾਪਸ ਜਾਣ ਲੱਗਾ, ਤਾਂ ਪ੍ਰਕਾਸ਼ ਨੇ ਵਰਿਆਮ ਸਿੰਘ ਦੇ ਮਗਰੋਂ ਡਿਊਟੀ 'ਚ ਜਾ ਕੇ ਉਹਨੂੰ ਖੜਾ ਕਰ ਲਿਆ ਅਤੇ ਕੋਈ 5 ਕੁ ਮਿੰਟ ਦੋਵੇਂ ਇੱਕ ਦੂਜੇ ਦੇ ਨੇੜੇ ਹੋ ਕੇ ਗੱਲਾਂ ਕਰਦੇ ਰਹੇ। ਕੀ ਗੱਲਾਂ ਸਨ ਇਹ ਤਾਂ ਕੁਲਦੀਪ ਨਹੀਂ ਸੀ ਜਾਣਦਾ, ਪਰ ਇਹ ਦੋਹਾਂ ਦਾ ਇਕਾਂਤ ਮਿਲਾਪ ਉਸ ਲਈ ਜਰਨਾ ਔਖਾ ਹੋ ਗਿਆ। ਉਹ ਇਹ ਵੀ ਸੋਚ ਰਿਹਾ ਸੀ ਕਿ ਆਖਿਰ ਪ੍ਰਕਾਸ਼ ਮੇਰੀ ਲੱਗਦੀ ਕੀ ਹੈ, ਮੈਨੂੰ ਕੀ ਭਾਵੇਂ ਕੁਝ ਵੀ ਹੋਵੇ, ਮੇਰੇ ਘਰਦਿਆਂ ਨੇ ਇਹਨੂੰ ਬੱਚਾ ਕਢਾਉਣ ਲਈ ਨੌਕਰ ਰੱਖਿਆ। ਮੇਰੇ ਵੇਖਣ ਸੋਚਣ ਵਾਲੀ ਜੇ ਕੋਈ ਗੱਲ ਹੈ ਤਾਂ ਉਹ ਇਹ ਕਿ ਆਪਣੇ ਨੌਕਰੀ ਦੇ ਫਰਜ਼ ਨੂੰ ਕਿਹੋ ਜਿਹਾ ਨਿਭਾਉਂਦੀ ਹੈ, ਉਹਦੀਆਂ ਜ਼ਾਤੀ ਗੱਲਾਂ ਨਾਲ ਮੈਨੂੰ ਕੀ ਵਾਸਤਾ ਅਤੇ ਵਰਿਆਮ ਸਿੰਘ ਨਾਲ ਮੈਨੂੰ ਕੀ ਮਤਲਬ। ਪ੍ਰਕਾਸ਼ ਨੇ ਆਉਂਦਿਆਂ ਹੀ ਆਪਣਾ ਕੰਮ ਸੰਭਾਲ ਲਿਆ। 2-4 ਦਿਨਾਂ ਵਿੱਚ ਹੀ ਉਹ ਘਰ 'ਚ ਚੰਗੀ ਤਰ੍ਹਾਂ ਰਚ ਮਿਚ ਗਈ ਅਤੇ ਗਿਆਨ ਕੌਰ ਨੂੰ ਉਹਨੇ ਪ੍ਰਸੰਨ ਕਰ ਲਿਆ। ਕਾਕੇ ਨੂੰ ਖਿਡਾਉਣ ਤੋਂ ਬਿਨਾਂ ਉਹਦਾ ਜਿੰਨਾ ਵਕਤ ਬਚਦਾ ਸਾਰਾ ਕੰਮ ਧੰਦੇ 'ਚ ਲਾ ਦਿੰਦੀ। ਕੁਲਦੀਪ ਦੀ ਸੋਚ ਸ਼ਕਤੀ ਅੱਜ ਕੱਲ੍ਹ ਬਹੁਤ ਹੀ ਇਸ ਨਵੀਂ ਉਲਝਣ ਵਿੱਚ ਵੀ ਫਸੀ ਰਹਿੰਦੀ। ਇਹ ਕੌਣ ਹੈ, ਕਿੱਥੋਂ ਲਿਆਂਦੀ ਗਈ ਵਿਆਹੀ ਹੈ ਕਿ ਇੱਕ ਵਾਰੀ ਉਹਨੂੰ ਇਹ ਖਤਰਾ ਸੱਚ ਭਾਸਣ ਲੱਗਾ ਜਿਹੜਾ ਉਹਨੇ ਵਰਿਆਮ ਸਿੰਘ ਬਾਬਤ ਮਹਿਸੂਸ ਕੀਤਾ ਸੀ। ਜਿਸ ਦਿਨ ਦੀ ਪ੍ਰਕਾਸ਼ ਕੌਰ ਇਸ ਘਰ 'ਚ ਨੌਕਰ ਹੋਈ ਹੈ, ਵਰਿਆਮ ਸਿੰਘ ਅਕਸਰ ਆਉਂਦਾ। ਕੁਲਦੀਪ ਲਈ ਉਹਦੀ ਆਮ ਦਰੋਫਤ ਸਹਾਰਨੀ ਦਿਨੋਂ ਦਿਨ ਔਖੀ ਹੁੰਦੀ ਜਾਂਦੀ ਹੈ। ਜਿੰਨਾ ਚਿਰ ਵਰਿਆਮ ਸਿੰਘ ਘਰ 'ਚ ਰਹਿੰਦਾ ਹੈ, ਉਹਦੀ ਨਜ਼ਰ ਬਰਾਬਰ ਦੋਹਾਂ ਦਾ ਪਿੱਛਾ ਕਰਦੀ ਰਹਿੰਦੀ ਹੈ ਅਤੇ ਵਿਚਲੀ ਗੱਲ ਦਾ ਭੇਦ ਲੈਣ ਲਈ ਉਹ ਪ੍ਰਕਾਸ਼ ਨਾਲ ਮੇਲ ਜੋਲ ਵਧਾਉਣ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਹੈ। ਉਸ ਪਾਸੋਂ ਕਾਕੇ ਨੂੰ ਫੜ ਲੈਣਾ, ਪੰਗੂੜੇ 'ਚ ਚੁੱਕ ਕੇ ਉਹਨੂੰ ਫੜਾ ਦੇਣਾ, ਅਥਵਾ ਦਿਨ 'ਚ ਕਈ ਵਾਰੀ ਕਾਕੇ ਦੇ ਦੁੱਧ ਪੀਣ ਨਾ ਪੀਣ ਬਾਬਤ ਪੁੱਛਣਾ ਆਦਿ, ਉਹ ਪ੍ਰਕਾਸ਼ ਦੇ ਵਰਤਾਓ ਵਿੱਚ ਕੁਝ ਨਿੱਘ ਜਿਹਾ ਮਹਿਸੂਸ ਕਰਦਾ ਸੀ। ਪਹਿਲਾਂ ਉਹਦਾ ਖਿਆਲ ਸੀ ਕਿ ਇੱਕ ਉੱਪਰੀ ਮੁਟਿਆਰ ਕਾਫੀ ਦਿਨਾਂ ਤੀਕ ਉਸ ਪਾਸੋਂ ਸੰਕੋਚ ਕਰੇਗੀ, ਪਰ ਇਹਦਾ ਅੰਸ਼ ਮਾਤਰ ਵੀ ਪ੍ਰਕਾਸ਼ ਦੇ ਸੁਭਾਅ 'ਚ ਉਹਨੂੰ ਨਹੀਂ ਦਿਸਿਆ। ਮਹੀਨਾ ਬੀਤ ਗਿਆ। ਮੱਘਰ ਦੀ ਆਮਦ ਦੇ ਨਾਲ ਸਿਆਲ ਦੀਆਂ ਠੰਡਾਂ ਸ਼ੁਰੂ ਹੋ ਗਈਆਂ ਸਨ। ਸ਼ਾਮ ਵੇਲੇ ਕੁਲਦੀਪ ਆਪਣੇ ਦੁਮੰਜਲੇ 'ਚ ਬੈਠਾ ਕਈ ਤਰ੍ਹਾਂ ਦੀਆਂ ਸੋਚਾਂ 'ਚ ਡੁੱਬਾ ਸੀ। ਕਿਸੇ ਕਿਸੇ ਵੇਲੇ ਸੰਤਾਂ ਦੀ ਚਿੱਠੀ ਨਾ ਆਉਣ ਦੀ ਚਿੰਤਾ ਉਹਨੂੰ ਪਰੇਸ਼ਾਨ ਕਰ ਦਿੰਦੀ। ਇੱਧਰੋਂ ਖਿਆਲ ਹਟਦਿਆਂ ਹੀ ਪ੍ਰਕਾਸ਼ ਦੀਆਂ ਸੋਚਾਂ ਉਹਦੇ ਦਿਮਾਗ 'ਚ ਘੁੰਮਣ ਲੱਗ ਪੈਂਦੀਆਂ। ਭਾਵੇਂ ਪ੍ਰਕਾਸ਼ ਨਾਲ ਉਹਦੀ ਬੋਲਚਾਲ ਬੇਸੰਕੋਚ ਹੁੰਦੀ ਜਾ ਰਹੀ ਸੀ, ਤਾਂ ਵੀ ਉਸ ਪਾਸੋਂ ਕੁਝ ਪੁੱਛਣ ਦਾ ਹੌਸਲਾ ਉਹਦੇ ਤੀਕ ਨਹੀਂ ਸੀ ਕਰ ਸਕਿਆ। ਪਰ ਕੀ ਉਹ ਸਿਰਫ ਵਰਿਆਮ ਸਿੰਘ ਬਾਬਤ ਹੀ ਉਸ ਪਾਸੋਂ ਪੁੱਛਗਿੱਛ ਕਰਨੀ ਚਾਹੁੰਦਾ? ਕੀ ਇਹ ਪੁੱਛਣ ਦੀ ਤੀਬਰਤਾ ਕਿਸੇ ਹੋਰ ਮੰਜ਼ਿਲ 'ਤੇ ਚੜ੍ਹਨ ਲਈ ਪੌੜੀ ਨਹੀਂ? ਕੀ ਕਿਸੇ ਚੋਰ ਦਰਵਾਜ਼ੇ ਥਾਣੀ ਪ੍ਰਕਾਸ਼ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰਦੀ ਜਾ ਰਹੀ? ਕਈ ਵਾਰੀ ਐਸਾ ਹੁੰਦਾ ਹੈ ਕਿ ਕੋਈ ਛੋਟੀ ਜਿਹੀ ਗੱਲ ਵੱਡਾ ਅਸਰ ਪਿੱਛੇ ਛੱਡ ਜਾਂਦੀ ਹੈ। ਅੱਜ ਵੀ ਕੋਈ ਖਾਸ ਗੱਲ ਨਹੀਂ ਸੀ, ਬਹੁਤ ਨਿੱਕੀ ਜਿਹੀ। ਵੱਡੇ ਵੇਲੇ ਕੁਲਦੀਪ ਉਤਲੇ ਕਮਰੇ 'ਚ ਬੈਠਾ ਪਾਠ ਕਰ ਰਿਹਾ ਸੀ ਕਿ ਪ੍ਰਕਾਸ਼ ਕਾਕੇ ਨੂੰ ਲੈ ਕੇ ਉੱਪਰ ਆਈ ਅਤੇ ਕੁਲਦੀਪ ਨੂੰ ਫੜਾਉਂਦੀ ਬੋਲੀ, ਜ਼ਰਾ ਇਹਨੂੰ ਚੁੱਕਣਾ, ਮਾਂ ਜੀ ਦਾ ਸਰੀਰ ਅੱਜ ਕੁਝ ਢਿੱਲਾ, ਪੰਘੂੜੇ 'ਚ ਪੈਂਦਾ ਨਹੀਂ।
ਕਾਕਾ ਉਹਨੇ ਫੜ ਲਿਆ। ਫੜਨ ਲੱਗਿਆਂ ਪ੍ਰਕਾਸ਼ ਦੇ ਹੱਥਾਂ ਦੀ ਛੋਹ ਨਾਲ ਉਹਦੇ ਸਰੀਰ 'ਚ ਕੰਬਣੀ ਜੀ ਛਿੜ ਗਈ। ਰੋਕਦਿਆਂ ਰੋਕਦਿਆਂ ਵੀ ਉਹਦੇ ਮੂੰਹ ਨਿਕਲ ਗਿਆ, ਪ੍ਰਕਾਸ਼ ਤੂੰ ਤਾਂ ਸੱਚਮੁੱਚ ਇਹਦੀ ਮਾਂ ਬਣਦੀ ਜਾ ਰਹੀ ਹੈ। ਪ੍ਰਕਾਸ਼ ਨੇ ਨੀਵੀਂ ਪਾ ਲੈਣ ਤੋਂ ਛੁੱਟ ਕੁਝ ਨਾ ਕਿਹਾ, ਸਿਰਫ ਕਣ ਅੱਖੀਆਂ ਨਾਲ ਉਸ ਵੱਲ ਤੱਕ ਕੇ ਰਤਾ ਕੋ ਪੀਚੀ ਜੀ ਮੁਸਕਰਾਹਟ ਬੁੱਲਾਂ 'ਤੇ ਲਿਆ ਕੇ ਅਤੇ ਮੋਢਿਆਂ ਨੂੰ ਥੋੜ੍ਹੀ ਜਿਹੀ ਹਰਕਤ ਦੇ ਕੇ ਹੇਠਾਂ ਉਤਰ ਗਈ ਅਤੇ ਸ਼ਾਇਦ ਨਾਲ ਹੀ ਲੈ ਗਈ ਕੁਲਦੀਪ ਦੇ ਦਿਲ ਦਾ ਅਮਨ ਚੈਨ ਵੀ। ਰਾਤ ਦੇ 8 ਵਜੇ ਦਾ ਵਕਤ ਸੀ, ਕੁਲਦੀਪ ਸਮਾਧੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੇਠੋਂ ਉਹਨੂੰ ਪ੍ਰਕਾਸ਼ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਮੰਜੇ ਤੋਂ ਉੱਠਿਆ ਅਤੇ ਜੰਗਲੇ ਪਾਸ ਖਲੋ ਕੇ ਹੇਠਾਂ ਤੱਕਣ ਲੱਗਾ। ਹਨੇਰਾ ਹੋਣ ਕਰਕੇ ਉਹਨੂੰ ਵੇਖੇ ਜਾਣ ਦਾ ਕੋਈ ਖਤਰਾ ਨਹੀਂ ਸੀ। ਆਪਣੇ ਕਮਰੇ ਦੀ ਬੱਤੀ ਉਹਨੇ ਬੁਝਾ ਛੱਡੀ ਸੀ। ਵਿਹੜੇ ਦੀ ਇੱਕ ਨੁੱਕਰੇ ਬੈਠੀ ਪ੍ਰਕਾਸ਼ ਭਾਂਡੇ ਸਾਫ਼ ਕਰ ਰਹੀ ਸੀ। ਅੰਦਰੋਂ ਆਉਂਦੇ ਮੱਧਮ ਚਾਨਣ 'ਚ ਉਹਦਾ ਚਿਹਰਾ ਚਮਕ ਰਿਹਾ ਸੀ। ਝੱਟ ਕੁ ਖੜ੍ਹਾ ਰਹਿਣ ਤੋਂ ਬਾਅਦ ਉਹ ਛਿੱਥਾ ਪੈ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਜਿਵੇਂ ਤਬੀਅਤ ਵਿੱਚ ਖਲਬਲਾਹਟ ਜਿਹੀ ਅਨੁਭਵ ਕਰਕੇ ਉਹ ਸਮਾਧੀ 'ਚ ਜਾ ਬੈਠਾ। ਚੋਖਾ ਚਿਰ ਮਨ ਨਾਲ ਘੋਲ ਕਰਦਾ ਰਿਹਾ, ਪਰ ਕੁਝ ਵੀ ਸਫਲਤਾ ਨਾ ਹੋ ਸਕੇ। ਅਖੀਰ ਲੰਮਾ ਪੈ ਗਿਆ, ਵਿੱਕੋ ਲਿਤਰੇ ਖਿਆਲਾਂ 'ਚ ਘੰਟਾ ਪੌਣਾ ਘੰਟਾ ਗੁੰਮ ਰਿਹਾ। ਅਤੇ ਉਹਦੀ ਹਾਲਤ ਉਦੋਂ ਬਦਲੀ ਜਦੋਂ ਬਿਜਲੀ ਦਾ ਸਵਿੱਚ ਦਬਾ ਕੇ ਕਿਸੇ ਨੇ ਕਮਰੇ 'ਚ ਚਾਨਣ ਕਰ ਦਿੱਤਾ। ਉਹਨੇ ਪ੍ਰਕਾਸ਼ ਨੂੰ ਦੁੱਧ ਵਾਲਾ ਗਲਾਸ ਤਰਪਾਈ 'ਤੇ ਰੱਖਦਿਆਂ ਵੇਖਿਆ, ਉਹ ਇੱਕ ਬੇਝਿਜਕ ਨਜ਼ਰ ਨਾਲ ਉਹਦੇ ਚਿਹਰੇ ਵੱਲ ਤੱਕਿਆ। 1 ਮਹੀਨੇ 'ਚ ਹੀ ਪ੍ਰਕਾਸ਼ ਦੇ ਅੰਗਾਂ ਉੱਤੇ ਕਿੰਨੀ ਰੌਣਕ ਆ ਗਈ। ਉਹ ਜਿਵੇਂ ਅਚਾਨਕ ਹੀ ਉਹਨੂੰ ਅੱਜ ਮਹਿਸੂਸ ਹੋਇਆ, ਅੱਜ ਕੁਲਦੀਪ ਆਪਣੀ ਕੁਝ ਪੁੱਛਣ ਦੀ ਖਾਹਿਸ਼ ਨੂੰ ਰੋਕਣ 'ਚ ਕਾਮਯਾਬ ਨਾ ਹੋ ਸਕਿਆ। ਉਹਨੇ ਆਪਣੇ ਦਿਲ ਦੀ ਪਕਿਆਈ ਨੂੰ ਜਾਂਚਦੇ ਹੋਏ ਆਵਾਜ਼ ਦਿੱਤੀ, ਪ੍ਰਕਾਸ਼। ਹਾਂਜੀ, ਪ੍ਰਕਾਸ਼ ਨੇ ਕੁਝ ਸੰਕੋਚਵੇਂ ਲਹਿਜੇ 'ਚ ਉੱਤਰ ਦਿੱਤਾ। ਦੁੱਧ ਵਾਪਸ ਲੈ ਜਾ, ਕੁਲਦੀਪ ਨੇ ਗੱਲ ਕਥ ਦਾ ਸਿਲਸਿਲਾ ਸ਼ੁਰੂ ਕਰਨ ਦਾ ਸ਼ਾਇਦ ਇਹ ਢੰਗ ਠੀਕ ਸਮਝਿਆ। ਕਿਉਂ ਜੀ, ਅੱਜ ਦਿਲ ਨਹੀਂ ਕਰਦਾ ਪੀਣ ਨੂੰ। ਪ੍ਰਕਾਸ਼ ਜਾਂਦੀ ਜਾਂਦੀ ਠਹਿਰ ਗਈ, ਥੋੜ੍ਹਾ ਜਿਹਾ ਰੁਕ ਕੇ ਬੋਲੀ, ਪੀ ਲਓ, ਤੁਸੀਂ ਅੱਜ ਰੋਟੀ ਵੀ ਥੋੜ੍ਹੀ ਖਾਧੀ ਸੀ। ਅਤੇ ਉਹ ਬਾਹਰ ਨਿਕਲਣ ਲਈ ਬੂਹੇ ਵੱਲ ਗਈ। ਠਹਿਰ ਜ਼ਰਾ, ਕਹਿਣ ਦੇ ਨਾਲ ਕੁਲਦੀਪ ਸੋਚਣ ਲੱਗਾ, ਇਹਨੂੰ ਮੇਰੀ ਰੋਟੀ ਘੱਟ ਖਾਣ ਦਾ ਵੀ ਪਤਾ ਹੈ ਕਿ ਇਹ ਮੇਰਾ ਇੰਨਾ ਖਿਆਲ ਰੱਖਦੀ ਹੈ। ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਪ੍ਰਕਾਸ਼? ਬੂਹੇ 'ਚ ਰੁਕ ਕੇ ਪ੍ਰਕਾਸ਼ ਬੋਲੀ, ਪਹਿਲਾਂ ਤੁਸੀਂ 4 ਫੁਲਕੇ ਖਾਂਦੇ ਸੋ, ਫਿਰ 3 ਅਤੇ ਅੱਜ 2.5 ਖਾਧੇ ਜੇ। ਕੁਲਦੀਪ ਦੀ ਹੈਰਾਨੀ ਹੋਰ ਵਧੀ, ਤੂੰ ਮੇਰੇ ਫੁਲਕੇ ਗਿਣਦੀ ਰਹਿੰਦੀ ਹੈ? ਉਹ ਬੋਲੀ, ਜਿਹੜਾ ਨੌਕਰ ਆਪਣੇ ਮਾਲਕ ਦੀ ਖੁਰਾਕ ਦਾ ਖਿਆਲ ਨਹੀਂ ਰੱਖਦਾ ਉਹ ਨਮਕ ਹਲਾਲ ਨੌਕਰ ਨਹੀਂ ਹੋ ਸਕਦਾ। ਪਰ ਕੁਲਦੀਪ ਕੀ ਕਹਿਣਾ ਚਾਹੁੰਦਾ ਹੈ ਉਹ ਆਪ ਵੀ ਨਹੀਂ ਸੀ ਸਮਝ ਸਕਿਆ। ਉਹਦਾ ਵਾਕ ਪਰ ਉੱਤੇ ਅਟਕ ਗਿਆ। ਜ਼ਰਾ ਠਹਿਰ ਕੇ ਉਹਨੇ ਫਿਰ ਕਹਿਣਾ ਸ਼ੁਰੂ ਕੀਤਾ, ਪਰ ਤੈਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੇਰੀ ਖੁਰਾਕ ਕਿਉਂ ਘੱਟ ਰਹੀ ਹੈ ਦਿਨੋਂ ਦਿਨ। ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਸੀ ਪਰ ਜਾਣ ਨਾ ਸਕੀ, ਕਹਿ ਕੇ ਪ੍ਰਕਾਸ਼ ਨੇ ਇੱਕ ਅਜਿਹੀ ਨਜ਼ਰ ਨਾਲ ਉਸ ਵੱਲ ਤੱਕਿਆ ਜਿਹੜੀ ਕੁਲਦੀਪ 'ਤੇ ਧੁਰ ਹੇਠਲੀ ਤਹਿ ਤੀਕ ਉਤਰ ਗਈ। ਇਹ ਉਸ ਤਹਿ ਤੀਕ ਜਿੱਥੇ ਅੱਗੇ ਹੀ ਕਈਆਂ ਯਾਦਾਂ ਦਾ ਅੰਬਾਰ ਦੱਬਿਆ ਪਿਆ, ਸ਼ਾਇਦ ਉਹ ਸਾਰੀਆਂ ਯਾਦਾਂ ਇੱਕਦਮ ਉਛਲ ਕੇ ਕੁਲਦੀਪ ਦੇ ਗਲੇ ਤੱਕ ਆ ਗਈਆਂ। ਪਰ ਸਮੁੰਦਰ ਦੀ ਲਹਿਰ ਵਾਂਗ ਇੱਕ ਵਾਰੀ ਕੰਢੇ ਨਾਲ ਟਕਰਾ ਕੇ ਮੁੜ ਅਧਿਕ ਹੋ ਗਈਆਂ। ਕੁਲਦੀਪ ਨੂੰ ਕੰਬਾ ਜਿਹਾ ਆਇਆ, ਉਹਦੇ ਅੰਦਰ ਗਿਲਾਨੀ ਜਿਹੀ ਦਾ ਅਹਿਸਾਸ ਜਾਗ ਪਿਆ। ਪਰ ਇਹ ਸਾਰਾ ਕੁਝ ਮੁੜ ਉੱਥੇ ਹੀ ਦੱਬਿਆ ਗਿਆ ਜਦ ਪ੍ਰਕਾਸ਼ ਨੂੰ ਉਹਨੇ ਕਹਿੰਦਿਆਂ ਸੁਣਿਆ, ਤੁਸੀਂ ਹਰ ਵੇਲੇ ਉਦਾਸ ਕਿਉਂ ਰਹਿੰਦੇ ਹੋ? ਕੁਲਦੀਪ ਨੇ ਉਹਦੇ ਚਿਹਰੇ ਤੋਂ ਕੁਝ ਪੜ੍ਹ ਸਕਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ, ਤੈਨੂੰ ਕਿਸ ਤਰ੍ਹਾਂ ਪਤਾ ਹੈ ਕਿ ਮੈਂ ਉਦਾਸ ਰਹਿੰਦਾ? ਪ੍ਰਕਾਸ਼ ਨੇ ਕੋਈ ਉੱਤਰ ਨਾ ਦਿੱਤਾ। ਥੋੜ੍ਹੀ ਦੇਰ ਦੋਵੇਂ ਚੁੱਪ ਰਹੇ। ਕੁਲਦੀਪ ਕੁਝ ਕਹਿਣ ਹੀ ਲੱਗਾ ਸੀ ਕਿ ਹੇਠੋਂ ਮਾਂ ਜੀ ਨੇ ਆਵਾਜ਼ ਦਿੱਤੀ, ਪ੍ਰਕਾਸ਼ ਕਾਕੇ ਨੂੰ ਲੈ ਕੇ ਆ। ਅਤੇ ਉਹ ਬਾਹਰ ਨਿਕਲ ਗਈ। ਕੁਲਦੀਪ ਨੇ ਆਵਾਜ਼ ਦਿੱਤੀ, ਗਲਾਸ ਲੈ ਜਾ, ਵਿਹਲਾ ਕਰ ਲਓ, ਫਿਰ ਲੈ ਜਾਵਾਂਗੀ। ਪੌੜੀਆਂ 'ਚੋਂ ਆਵਾਜ਼ ਆਈ, ਪੌੜੀਆਂ 'ਚ ਦਗੜ ਦਗੜ ਪ੍ਰਕਾਸ਼ ਦੇ ਉਤਰਨ ਦੀ ਆਵਾਜ਼ ਕੁਲਦੀਪ ਨੂੰ ਕਿਸੇ ਮਧੁਰ ਸਾਜ਼ ਦੀ ਸਰਗਮ ਨਾਲੋਂ ਵੀ ਮਿੱਠੀ ਅਤੇ ਸੁਖਦਾਈ ਜਾਪ ਰਹੀ ਸੀ। ਕਿੰਨਾ ਹੀ ਚਿਰ ਉਹਦੇ ਕੰਨਾਂ 'ਚ ਪ੍ਰਕਾਸ਼ ਦੇ ਵਾਕ ਗੂੰਜਦੇ ਰਹੇ। ਦੁੱਧ ਪੀਣ ਨੂੰ ਉਹਦਾ ਦਿਲ ਨਹੀਂ ਸੀ ਕਰਦਾ, ਇਹ ਗੱਲ ਨਹੀਂ ਸੀ, ਬਲਕਿ ਸਿਰਫ ਇੱਕ ਢੰਗ ਸੀ ਗੱਲਕੱਤ ਸ਼ੁਰੂ ਕਰਨ ਦਾ। ਪ੍ਰਕਾਸ਼ ਉਹਦੇ ਕਮਰੇ 'ਚ ਨਹੀਂ, ਪਰ ਉਹਦੀ ਕੋਈ ਇੱਕ ਅੱਧ ਕਿਰਨ ਕੁਲਦੀਪ ਦੇ ਹਿਰਦੇ 'ਚ ਟਮਕ ਰਹੀ ਸੀ। ਉਹਨੂੰ ਚੇਤਾ ਆਇਆ ਕਿ ਉਹਨੇ ਤਾਂ ਪੁੱਛਣ ਵਾਲੀਆਂ ਗੱਲਾਂ ਵਿੱਚੋਂ ਪ੍ਰਕਾਸ਼ ਪਾਸੋਂ ਇੱਕ ਵੀ ਨਹੀਂ ਪੁੱਛੀ। ਵਰਿਆਮ ਸਿੰਘ ਦਾ ਉਸ ਨਾਲ ਕੀ ਸੰਬੰਧ ਹੈ? ਉਹਦਾ ਆਪਣਾ ਘਰ ਬਾਰ ਕਿੱਥੇ ਹੈ? ਕਿਉਂ ਉਹਨੂੰ ਇਹ ਖਿਡਾਵੀ ਦੀ ਨੌਕਰੀ ਕਬੂਲ ਕਰਨੀ ਪਈ? ਉਹਨੇ ਐਡਾ ਸਲੀਕਾ ਕਿੱਥੋਂ ਸਿੱਖਿਆ? ਉਹ ਲੰਮਾ ਪਿਆ ਬਰਾਬਰ ਸੋਚ ਰਿਹਾ ਸੀ। ਸਤਵੰਤ ਗਈ, ਸਰੋਜ ਆਈ, ਸਰੋਜ ਤੋਂ ਬਾਅਦ ਇਹ ਕੀ ਸੱਚਮੁੱਚ ਮੈਂ ਕਿੰਨਾ ਪਾਪੀ ਹਾਂ? ਸੰਤਾਂ ਦੇ ਉਪਦੇਸ਼ਾਂ ਦਾ ਇਹ ਫਲ? ਲਾਹਨਤ ਮੈਨੂੰ, ਹਜ਼ਾਰ ਵਾਰੀ ਲਾਹਨਤ। ਮੈਂ ਕਿੱਧਰ ਤੁਰਿਆ ਸੀ, ਕਿੱਧਰ ਪਾਸੇ ਜਾ ਨਿਕਲਿਆ? ਅਜੇ ਬਹੁਤ ਚਿਰ ਨਹੀਂ ਹੋਇਆ ਕਿ ਮੈਂ ਸਰੋਜ ਨੂੰ ਠੁਕਰਾ ਦਿੱਤਾ ਸੀ, ਕੇਵਲ ਇਸ ਲਈ ਕਿ ਮੂੰਹ ਮਾਇਆ ਦੇ ਜਾਲ 'ਚ ਫਸਣੋਂ ਮੈਂ ਡਰਦਾ ਸੀ। ਪਰ ਅੱਜ ਇੱਕ ਨੌਕਰਾਣੀ ਦੀਆਂ ਸੋਚਾਂ ਮੇਰੇ ਦਿਲ ਨੂੰ ਮੱਲੀ ਬੈਠੀਆਂ ਨੇ। ਉਹ ਪਾਪੀ ਮਨ, ਤੂੰ ਕਿੰਨਾ ਅਮੋੜ ਹੈ, ਕਿੰਨਾ ਨੀਚ। ਮੰਜੇ ਤੋਂ ਉੱਠਿਆ, ਪੁੰਜੇ ਆਸਣ ਵਿਛਾਇਆ, ਚੌਂਕੜੀ ਮਾਰਨ ਤੋਂ ਪਹਿਲਾਂ ਉਹਦੀ ਨਜ਼ਰ
ਦੁੱਧ ਵਾਲੇ ਗਲਾਸ 'ਚ ਜਾ ਪਈ ਪੀਣ ਲਈ, ਗਾਂ ਵਧਿਆ। ਪਰ ਫਿਰ ਸੋਚਣ ਲੱਗਾ, ਉਹ ਜਾਂਦੀ ਹੋਈ ਕਹਿ ਗਈ ਸੀ ਵਿਹਲਾ ਕਰ ਲਓ ਫਿਰ ਲੈ ਜਾਂਗੀ, ਤਾਂ ਕਿ ਉਹ ਇੱਕ ਵਾਰੀ ਫਿਰ ਆਏਗੀ, ਆਵੇ ਭਾਵੇਂ ਨਿੱਜ ਨਾ ਆਵੇ ਮੈਨੂੰ ਕੀ। ਇੱਕ ਵਾਰੀ ਫਿਰ ਖਿਆਲ ਆਇਆ, ਉਹ ਆਏਗੀ ਤਾਂ ਗਲਾਸ ਭਰਿਆ ਵੇਖ ਕੇ ਨਾ ਪੀਣ ਦਾ ਕਾਰਨ ਪੁੱਛੇਗੀ, ਉਸ ਨਾਲ ਗੱਲਾਂ ਕਰਨ ਦਾ ਇੱਕ ਵਾਰੀ ਫਿਰ ਮੌਕਾ ਮਿਲ ਜਾਏਗਾ। ਨਹੀਂ, ਮੈਂ ਕੋਈ ਗੱਲ ਨਹੀਂ ਕਰਾਂਗਾ ਉਸ ਨਾਲ, ਉਸ ਵੱਲ ਤੱਕਾਂਗਾ ਵੀ ਨਹੀਂ। ਉਹ ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਆਸਣ 'ਤੇ ਬੈਠ ਗਿਆ, ਗੁਰਮੰਤਰ ਦਾ ਉਚਾਰਨ ਸ਼ੁਰੂ ਕੀਤਾ। ਪਰ ਉਚਾਰਨ ਕਿੰਨੇ ਕੁ ਮਿੰਟ ਜਾਰੀ ਰਿਹਾ, ਕਦੋਂ ਇਸ ਵੱਲੋਂ ਉਹਦਾ ਧਿਆਨ ਉੱਖੜ ਕੇ ਦੁੱਧ ਵਾਲੇ ਗਲਾਸ ਵੱਲ ਜਾ ਵੜਿਆ। ਉਹਨੂੰ ਕੋਈ ਪਤਾ ਨਹੀਂ ਸੀ, ਉਹਦੇ ਸਾਹਮਣੇ ਪ੍ਰਕਾਸ਼ ਖੜੀ ਪੁੱਛ ਰਹੀ ਸੀ, ਦੁੱਧ ਕਿਉਂ ਨਹੀਂ ਜੇ ਪੀਤਾ? ਅਤੇ ਉੱਤਰ 'ਚੋਂ ਕਹਿ ਰਿਹਾ ਸੀ, ਦਿਲ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਐਵੇਂ ਕਿਉਂ? ਕੁਝ ਨਹੀਂ, ਕੁਝ ਨਹੀਂ ਦਾ ਮਤਲਬ ਇਹ ਕਿ ਉਸ ਅੱਖਾਂ ਖੋਲੀਆਂ ਪ੍ਰਕਾਸ਼ ਕਮਰੇ 'ਚ ਨਹੀਂ ਬਲਕਿ ਉਹਦੇ ਦਿਲ ਵਿੱਚ ਸੀ। ਕਮਰੇ 'ਚ ਬਿਜਲੀ ਦਾ ਚਾਨਣ ਸੀ ਪਰ ਇਸ ਵਿੱਚ ਉਹਨੂੰ ਹੋਰ ਕੁਝ ਨਹੀਂ ਸੀ ਦਿਸਦਾ, ਸਿਰਫ ਉਹ ਗਲਾਸ ਸਾਹਮਣੇ ਤਰਪਾਈ 'ਤੇ ਪਿਆ ਦਿਸ ਰਿਹਾ ਸੀ। ਉਹ ਆਪ ਆਪਣੇ ਉੱਤੇ ਝੁੰਝਲਾ ਉੱਠਿਆ, ਮੈਂ ਤਾਂ ਭਜਨ ਕਰ ਰਿਹਾ ਸੀ, ਕਿੱਧਰ ਚਲਾ ਗਿਆ? ਫਿਰ ਅੱਖਾਂ ਬੰਦ ਕੀਤੀਆਂ ਪਰ ਬੇਅਰਥ। ਹੇਠਾਂ ਬਾਜ਼ਾਰ 'ਚੋਂ ਕਿਸੇ ਮੰਗਤੇ ਦੀ ਆਵਾਜ਼ ਆ ਰਹੀ ਸੀ, ਮਾਈ ਬੱਚਿਆਂ ਵਾਲੀਏ ਕੋਈ ਫਕੀਰ ਨੂੰ ਦਿਵਾ, ਰੱਬ ਤੇਰੀ ਕਮਾਈ 'ਚ ਬਰਕਤ ਪਾਵੇ। ਕੁਲਦੀਪ ਨੂੰ ਕਚੀਚੀਆਂ ਆ ਰਹੀਆਂ ਸਨ। ਕਿੰਨੇ ਬੇਸਮਝ ਨੇ ਮੰਗਤੇ, ਜਾਣਦੇ ਨਹੀਂ ਕਿ ਇਹਨਾਂ ਦੀਆਂ ਕੰਨ ਖਾਣੀਆਂ ਆਵਾਜ਼ਾਂ ਕਿੰਨੇ ਲੋਕਾਂ ਨੂੰ ਬੇਆਰਾਮ ਕਰਦੀਆਂ ਨੇ। ਫਿਰ ਅਭਿਆਸ ਸ਼ੁਰੂ ਕੀਤਾ, ਸਵਾਸਾਂ ਦੇ ਨਾਲ ਰਲ ਕੇ ਸ਼ਬਦ ਦੀ ਰੌਂ ਬਦਲਣ ਲੱਗੇ। ਪਰ ਜਿਹੜਾ ਸਵਾਦ ਅੱਗੇ ਆਇਆ ਕਰਦਾ ਸੀ ਨਹੀਂ ਸੀ ਆ ਰਿਹਾ। ਬੱਤੀ ਜਗ ਰਹੀ ਸੀ, ਉਹਦੇ ਚਾਨਣ ਦਾ ਪੀਲਾ ਪੀਲਾ ਚਾਵਲਾ ਸ਼ਾਇਦ ਉਹਦੀਆਂ ਮਿੱਟੀਆਂ ਹੋਈਆਂ ਅੱਖਾਂ ਨੂੰ ਬੇਆਰਾਮ ਕਰਦਾ ਸੀ। ਉਹਨੇ ਉੱਠ ਕੇ ਬੱਤੀ ਬੁਝਾ ਦਿੱਤੀ, ਕਮਰੇ 'ਚ ਹਨੇਰਾ ਹੋ ਗਿਆ। ਫਿਰ ਬੈਠਾ, ਕਮਰੇ 'ਚ ਬੋਲ ਰਹੀ ਇੱਕ ਟਿੱਡੀ ਉਹਦੀ ਬਿਰਤੀ ਟਿਕਣ ਨਹੀਂ ਸੀ ਦਿੰਦੀ, ਡਾਢਾ ਕਾਲਾ ਪੈ ਗਿਆ। ਫਿਰ ਬੱਤੀ ਜਗਾਈ, ਕੰਧਾਂ ਉੱਤੇ ਨਜ਼ਰ ਫੇਰਦਾ ਅਤੇ ਕੰਨਾਂ ਨਾਲ ਟਿੱਡੀ ਦੀ ਆਵਾਜ਼ ਦਾ ਜਾਇਜ਼ਾ ਲੈਂਦਾ ਹੋਇਆ ਕਮਰੇ 'ਚ ਫਿਰਨ ਲੱਗਾ। ਸਾਹਮਣੀ ਕੰਧ ਵੱਲ ਜਾਂਦਾ ਮਾਲੂਮ ਹੁੰਦਾ ਟਿੱਡੀ ਪਿਛਲੀ ਕੰਧ ਵੱਲ ਬੋਲ ਰਹੀ ਹੈ, ਪਿਛਲੀ ਵੱਲ ਮੁੜਦਾ ਆਵਾਜ਼, ਸੱਜੇ ਪਾਸੇ ਆਉਣ ਦਾ ਭੁਲੇਖਾ ਪੈਂਦਾ। ਹਾਰ ਹਟ ਕੇ ਉਹ ਫਿਰ ਆਪਣੀ ਥਾਂ 'ਤੇ ਆ ਬੈਠਾ। ਟਿੱਡੀ ਟੀਂ ਟੀਂ ਬਰਾਬਰ ਜਾਰੀ ਸੀ। ਉਹ ਖਿਝ ਭਰੀ ਹੈਰਾਨੀ ਨਾਲ ਸੋਚ ਰਿਹਾ ਸੀ, ਇਹ ਕੰਬਖਤ ਅੱਗੇ ਤਾਂ ਕਦੀ ਬੋਲਦੀ ਸੁਣੀ ਨਹੀਂ, ਅੱਜ ਕੀ ਹੋ ਗਿਆ? ਉਹਨੇ ਤਲਾਈ 'ਚੋਂ ਥੋੜ੍ਹਾ ਜਿਹਾ ਰੂੰ ਕੱਢ ਕੇ ਕੰਨਾਂ 'ਚ ਧੁੰਨ ਲਿਆ। ਹੁਣ ਟਿੱਡੀ ਦੀ ਆਵਾਜ਼ ਨਹੀਂ ਸੀ ਸੁਣਦੀ ਪਰ ਕਈਆਂ ਟਿੱਡੀਆਂ ਜਿੰਨੀ ਆਵਾਜ਼ ਉਹਦੇ ਕੰਨਾਂ 'ਚ ਗੂੰਜ ਰਹੀ ਸੀ। ਟੀਂ ਦੀ ਥਾਂ ਘੂੰ ਦੀ ਆਵਾਜ਼, ਉਹਦੇ ਕੰਨਾਂ 'ਚ ਰੂੰ ਦੇ ਤੁੰਬੇ ਕੱਢ ਸੁੱਟੇ, ਕੀ ਪਤਾ ਕੋਈ ਉੱਪਰ ਆ ਕੇ ਮੈਨੂੰ ਆਵਾਜ਼ ਦੇ ਅਤੇ ਮੈਂ ਸੁਣਾ ਹੀ ਨਾ। ਰਾਤ ਦਾ ਬਹੁਤ ਸਾਰਾ ਹਿੱਸਾ ਉਹਨੇ ਬੜੀ ਬੇਆਰਾਮੀ ਨਾਲ ਕੱਟਿਆ ਅਤੇ ਅਖੀਰ ਉਹਦੀ ਅੱਖ ਲੱਗ ਗਈ। ਕਲੋਕ ਦੀ ਟਨ ਟਨ ਸੁਣ ਕੇ ਜਾਗ ਉੱਠਿਆ, ਉਹਦਾ ਖਿਆਲ ਸੀ ਕਿ 3 ਵੱਜ ਗਏ ਨੇ ਅਤੇ ਭਜਨ ਅਭਿਆਸ ਦਾ ਵੇਲਾ ਹੋ ਗਿਆ। ਪਰ 3 ਤੋਂ ਬਾਅਦ ਜਦ ਚੌਥੀ ਟਨ ਵੱਜੀ ਤਾਂ ਉਹ ਦੁੱਖ ਅਨੁਭਵ ਕਰਨ ਲੱਗਾ ਕਿ ਉਹ ਕਿਉਂ ਇੰਨਾ ਚਿਰ ਸੁੱਤਾ ਰਿਹਾ ਜਦਕਿ 3 ਵਜੇ ਜਾਗਣਾ ਉਹਦਾ ਨਿਯਮ ਸੀ। ਪਰ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਚੌਥੀ ਅਤੇ 5ਵੀਂ ਟਨਕਾਰ ਉਹਦੇ ਕੰਨੀ ਪਈ। ਉਹ ਛੇਤੀ ਨਾਲ ਕਮਰੇ ਦਾ ਬੂਹਾ ਖੋਲ੍ਹਣ ਲਈ ਉੱਠਿਆ ਹੀ ਸੀ ਕਿ 6ਵੀਂ ਟਨਕਾਰ, ਫਿਰ 7ਵੀਂ, ਅਖੀਰੇ 12 'ਤੇ ਜਾ ਕੇ ਖਤਮ ਹੋਈ। ਕੀ ਅਜੇ ਕੁੱਲ 12 ਹੀ ਬੱਚੇ ਨੇ? ਉਹਨੇ ਗੰਭੀਰਤਾ ਨਾਲ ਸੋਚਿਆ, ਰਾਤ ਲੰਮੀ ਹੋ ਗਈ ਹੈ ਜਾਂ ਘੜੀ 'ਚ ਹੀ ਕੋਈ ਨੁਕਸ ਪੈ ਗਿਆ। ਉਹ ਲੰਮਾ ਪੈ ਗਿਆ ਅਤੇ ਉਹਨੂੰ ਨੀਂਦਰ ਆ ਗਈ। ਅੰਗ 18 ਜ਼ਿੰਦਗੀ ਦੇ ਦੁਮੇਲ 'ਤੇ ਕਈ ਵਾਰੀ ਕੋਈ ਅਜਿਹੀ ਘਟਨਾ ਹੋ ਜਾਂਦੀ ਹੈ ਜਿਹਦਾ ਸਮਝ ਸਕਣਾ ਆਦਮੀ ਦੀ ਸਮਝ ਤੋਂ ਪਰੇ ਹੁੰਦਾ ਹੈ। ਅੱਜ ਤੋਂ 3 ਮਹੀਨੇ ਪਹਿਲਾਂ ਵਰਿਆਮ ਸਿੰਘ ਦੇ ਘਰ 'ਚ ਜਿਸ ਘ੍ਰਿਣਤ ਦ੍ਰਿਸ਼ ਨੂੰ ਸਰੋਜ ਵੇਖ ਕੇ ਆਈ ਸੀ, ਉਹਨੇ ਉਹਦੇ ਦਿਲ ਵਿੱਚ ਹੀ ਨਹੀਂ ਜੀਵਨ 'ਚ ਕੋਈ ਅਜੀਬ ਕਿਸਮ ਦੀ ਅਦਲਾ ਬਦਲੀ ਲੈ ਆਉਂਦੀ। ਉਹਨੂੰ ਉਦਣ ਪਹਿਲੀ ਵਾਰ ਪਤਾ ਲੱਗਾ ਕਿ ਵਰਿਆਮ ਸਿੰਘ ਦਾ ਜੀਵਨ ਕੇਂਦਰ ਇੰਨਾ ਮਹਾਨ ਹੈ ਕਿ ਕੋਈ ਆਦਮੀ ਇਹੋ ਜਿਹੇ ਕੰਮ ਨੂੰ ਹੱਥ ਪਾ ਸਕਦਾ ਜਿਹਨੂੰ ਭਾਪੇ ਨੇ ਪਾਇਆ। ਸਰੋਜ ਦੇ ਦਿਲ 'ਚ ਪਛਤਾਵਾ ਸੀ, ਅਰਮਾਨ ਸੀ, ਤੀਬਰਤਾ ਸੀ। ਪਛਤਾਵਾ ਇਸ ਗੱਲ ਦਾ ਕਿ ਮਾਨਵ ਸੇਵਾ ਦਾ ਇੱਕ ਸੁਨਹਿਰੀ ਮੌਕਾ ਉਹਨੇ ਗਵਾ ਲਿਆ। ਅਰਮਾਨ ਇਸ ਗੱਲ ਦਾ ਕਿ ਕਾਸ਼ ਉਹ ਮਰਦ ਹੁੰਦੀ ਅਤੇ ਇਹੋ ਜਿਹੇ ਮਨੁੱਖ ਦਾ ਸਾਥ ਨਿਭਾਉਂਦੀ। ਤੀਬਰਤਾ ਸੀ ਵਰਿਆਮ ਸਿੰਘ ਨੂੰ ਮੁੜ ਮਿਲਣ ਦੀ, ਪਰ ਇਹਨਾਂ 3 ਮਹੀਨਿਆਂ 'ਚ ਉਹਨੇ ਇੱਕ ਵਾਰ ਵੀ ਵਰਿਆਮ ਸਿੰਘ ਦੀ ਸ਼ਕਲ ਨਹੀਂ ਦੇਖੀ। ਉਹ ਸੋਚਦੀ ਬਾਬਾ ਜੀ ਕਿੱਡੇ ਕਠਿਨ ਕੰਮ ਨੂੰ ਹੱਥ ਪਾ ਬੈਠਾ ਸੀ, ਪਰ ਕੀ ਉਹ ਮਰਨਾਊ ਮੁਟਿਆਰ ਦੀ ਜਾਨ ਬਚਾ ਸਕਿਆ ਹੋਵੇਗਾ? ਏਡਾ ਡੂੰਘਾ ਅਤੇ ਗੰਦਾ ਜ਼ਖਮ, ਇਹ ਅਸੰਭਵ ਹੈ ਕਿ ਮੈਂ ਉਹਦਾ ਇਹੋ ਜਿਹਾ ਕੰਮਾਂ 'ਚ ਸਾਥ ਨਹੀਂ ਦੇ ਸਕਦੀ ਜਿਹਦੀ ਮੇਰੇ ਉੱਤੇ ਆਸ ਰੱਖ ਕੇ ਉਹਨੇ ਮੈਨੂੰ ਸੱਦ ਭੇਜਿਆ ਸੀ। ਸ਼ਾਇਦ ਦੇ ਸਕਦੀ ਸੀ, ਪਰ ਸਿਰਫ ਇੱਕੋ ਹਾਲਤ ਵਿੱਚ, ਜੀਵਨ ਦੀ ਸਾਥਣ ਬਣ ਕੇ। ਜਿਹੜਾ ਅਸੰਭਵ ਹੈ ਤਾਂ ਫਿਰ ਮੇਰਾ ਇਹ ਜੀਵਨ ਹੀ ਕੀ ਹੋਇਆ? ਕਿਸ ਮਰਜ਼ ਦੀ ਦਵਾ? ਮਾਪਿਆਂ ਦੇ ਘਰ ਜਨਮ ਕੀ ਮੈਂ ਅੰਨ ਗੰਦਾ ਕਰਨ ਲਈ ਲਿਆ ਸੀ? ਨਾ ਆਪਣਾ ਅਤੇ ਨਾ ਹੀ ਬਗਾਨਾ ਕੁਝ ਸੁਵਰ ਸਕੀ। ਆਖਿਰ ਮੈਂ ਕੀ ਹਾਂ, ਕਿਉਂ ਹਾਂ, ਕਾਹਦੇ ਲਈ?
ਕੀ ਹਾਂ ਕਿਉਂ ਹਾਂ ਦਾ ਉੱਤਰ ਤਾਂ ਉਹਦੇ ਆਪਣੇ ਅੰਦਰੋਂ ਮਿਲ ਸਕਦਾ ਸੀ, ਪਰ ਕਾਹਦੇ ਲਈ? ਇਹ ਕੈਸਾ ਪ੍ਰਸ਼ਨ ਸੀ ਜਿਹਦਾ ਉਸ ਪਾਸ ਕੋਈ ਉੱਤਰ ਨਹੀਂ ਸੀ। ਵੱਡੇ ਵੇਲੇ ਸਰੋਜ ਨੇ ਨੌਕਰ ਹੱਥ ਵਰਿਆਮ ਸਿੰਘ ਨੂੰ ਸੁਨੇਹਾ ਭੇਜਿਆ ਸੀ ਕਿ ਸ਼ਾਮ ਨੂੰ ਜ਼ਰੂਰ ਆਵੇ, ਅਤੇ ਉਹਨੇ ਸਰੋਜ ਦੀ ਮੰਗ ਸਵੀਕਾਰ ਕਰ ਲਈ ਸੀ। ਉਹਨੇ ਇਹ ਸਾਰੀ ਦਿਹਾੜੀ ਵਰਿਆਮ ਸਿੰਘ ਦੀ ਉਡੀਕ 'ਚ ਬਿਤਾਈ। ਸ਼ਾਮ ਦੇ 5 ਵਜੇ ਬਾਊ ਗੰਗਾ ਵਿਸ਼ਨ ਕਲੱਬ 'ਚੋਂ ਮੁੜ ਕੇ ਘਰ ਆਇਆ। ਉਹਦੇ ਚਿਹਰੇ 'ਤੇ ਚਿੰਤਾ ਦੇ ਭਾਵ ਵੇਖ ਕੇ ਸਰੋਜ ਨੇ ਆਉਂਦੇ ਨੂੰ ਪੁੱਛਿਆ, ਬਾਊ ਜੀ ਕੀ ਗੱਲ ਹੈ, ਅੱਜ ਤੁਸੀਂ ਸੁਸਤ ਜਿਹੇ ਜਾਪਦੇ ਹੋ। ਕੁਝ ਨਹੀਂ ਪੁੱਤਰ, ਕਹਿ ਕੇ ਗੰਗਾ ਵਿਸ਼ਨ ਨੇ ਕਮਰੇ 'ਚ ਜਾ ਕੇ ਕੋਟ ਪੈਂਟ ਉਤਾਰੇ, ਤੇੜ ਧੋਤੀ ਬੱਧੀ, ਆਰਾਮ ਕੁਰਸੀ 'ਤੇ ਸਿਰ ਪਛਾਂਹ ਸੁੱਟ ਕੇ ਲੇਟ ਗਿਆ। ਉਹਦੀ ਨਜ਼ਰ ਛੱਤ 'ਤੇ ਗੱਡੀ ਸੀ। ਮਗਰ ਇਹ ਸਰੋਜ ਵੀ ਆ ਪਹੁੰਚੀ ਅਤੇ ਗੰਗਾ ਵਿਸ਼ਨ ਦਾ ਮੋਢਾ ਫੜ ਕੇ ਬੋਲੀ, ਕਿਉਂ ਬਾਊ ਜੀ? ਉੱਤਰ ਦੇਣ ਦੀ ਥਾਂ ਗੰਗਾ ਵਿਸ਼ਨ ਨੇ ਠੰਡਾ ਸਾਹ ਭਰਿਆ। ਸਰੋਜ ਨੂੰ ਨਿਸ਼ਚਾ ਹੋ ਗਿਆ ਕਿ ਅੱਜ ਕੋਈ ਨਾ ਕੋਈ ਗੱਲ ਜ਼ਰੂਰ ਹੈ। ਉਹ ਚੁੱਪ ਹੋ ਗਈ, ਘੜੀ ਮੁੜੀ ਪੁੱਛਣ ਦਾ ਹੀਆ ਨਾ ਕਰ ਸਕੇ। ਥੋੜ੍ਹਾ ਚਿਰ ਕਮਰੇ 'ਚ ਖਾਮੋਸ਼ੀ ਛਾਈ ਰਹੀ, ਫਿਰ ਗੰਗਾ ਵਿਸ਼ਨ ਨੇ ਸਰੋਜ ਵੱਲ ਤੱਕਦਿਆਂ ਕਿਹਾ, ਸਰੋਜ ਪੁੱਤਰ? ਤੇ ਕਹਿੰਦਾ ਕਹਿੰਦਾ ਉਹ ਚੁੱਪ ਕਰ ਗਿਆ। ਸਰੋਜ ਕੁਝ ਘਬਰਾ ਕੇ ਬੋਲੀ, ਚੁੱਪ ਕਿਉਂ ਕਰ ਗਏ? ਮੈਂ ਸੋਚਣਾ ਵਾਂ। ਗੰਗਾ ਵਿਸ਼ਨ ਦੀ ਆਵਾਜ਼ ਰੁਕ ਗਈ। ਤੂੰ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰੇਂਗੀ? ਨਹੀਂ ਬਾਊ ਜੀ, ਦੱਸੋ। ਤੇ ਡਰੇਂਗੀ ਵੀ ਨਹੀਂ? ਨਹੀਂ। ਪਰ ਸਰੋਜ ਦਾ ਦਿਲ ਬਿਨਾਂ ਗੱਲ ਸੁਣਨ ਤੋਂ ਡਰ ਨਾਲ ਧੜਕ ਰਿਹਾ ਸੀ। ਤੂੰ ਉਸ ਦਿਨ ਰਾਤੀ ਵਰਿਆਮ ਸਿੰਘ ਦੇ ਮਕਾਨ 'ਤੇ ਗਈ ਸੀ? ਕਹਿੰਦਿਆਂ ਗੰਗਾ ਵਿਸ਼ਨ ਦੇ ਚਿਹਰੇ ਉੱਤੇ ਨਮੋਸ਼ੀ ਦੀ ਕਾਲਖ ਜਿਹੀ ਛਾ ਗਈ। ਪਹਿਲਾਂ ਤਾਂ ਉਹ ਸਰੋਜ ਸਹਿਮੀ, ਪਰ ਝੱਟ ਹੀ ਉਹਦੇ ਅੰਦਰ ਦਲੇਰੀ ਦਾ ਭਾਵ ਜਾਗ ਗਿਆ, ਜਿਹੜੀ ਇੱਕ ਬੇਗੁਨਾਹ 'ਚ ਕਦੇ ਜਾਗ ਪੈਂਦੀ ਹੈ। ਗਈ ਸਾਂ ਬਾਊ ਜੀ, ਪਰ ਮੈਨੂੰ ਤਾਂ ਪਤਾ ਨਹੀਂ, ਤੁਸੀਂ ਉਸ ਵੇਲੇ ਹੋਸ਼ 'ਚ ਨਹੀਂ ਸੋ, ਰਾਤ ਦੇ 10 ਵਜੇ ਸਨ। ਕੋਈ ਜ਼ਰੂਰੀ ਕੰਮ ਸੀ? ਹਾਂ ਬਾਊ ਜੀ, ਪਾਪਾ ਜੀ ਨੇ ਸੱਦ ਭੇਜਿਆ ਸੀ। ਪਾਪਾ ਜੀ ਨੇ ਸੱਦ ਭੇਜਣਾ ਹੀ ਜ਼ਰੂਰੀ ਕੰਮ ਸੀ, ਇਹਦਾ ਮਤਲਬ ਮੇਰੀ ਸਮਝ ਨਹੀਂ ਆ ਰਿਹਾ। ਗੰਗਾ ਵਿਸ਼ਨ ਦੇ ਚਿਹਰੇ ਉੱਤੇ ਸਰੋਜ ਨੂੰ ਕ੍ਰੋਧ ਦੀ ਪਤਲੀ ਜਿਹੀ ਝਲਕ ਦਿਖਾਈ ਦਿੱਤੀ। ਉਸੇ ਦਲੇਰੀ ਨਾਲ ਬੋਲੀ, ਉਹਨਾਂ ਨੇ ਇੱਕ ਮਰੀਜ਼ ਦੀ ਦੇਖਭਾਲ ਲਈ ਮੈਨੂੰ ਸੱਦਿਆ ਸੀ, ਤਾਂ ਕਿ ਇਹਦਾ ਇਹ ਮਤਲਬ ਸਮਝਾਂ ਕਿ ਤੂੰ ਡਾਕਟਰੀ ਦਾ ਵੀ ਕੋਈ ਡਿਪਲੋਮਾ ਹਾਸਲ ਕਰ ਚੁੱਕੀ ਹੈ। ਗੰਗਾ ਵਿਸ਼ਨ ਨੇ ਤਲਖ ਜਿਹਾ ਸਵਾਲ ਕੀਤਾ। ਇਸ ਵਿਅੰਗ ਨੂੰ ਸਰੋਜ ਦਾ ਦਿਲ ਬਰਦਾਸ਼ਤ ਨਾ ਕਰ ਸਕਿਆ। ਜੇ ਨਿਹਰਾ ਵਿਅੰਗ ਹੀ ਹੁੰਦਾ ਤਾਂ ਹੋਰ ਗੱਲ ਸੀ, ਪਰ ਇਹਦੇ ਪਿੱਛੇ ਉਹਨੂੰ ਕਿਸੇ ਸ਼ੱਕ ਦਾ ਪਰਛਾਵਾਂ ਜੋ ਦਿਖਾਈ ਦੇ ਰਿਹਾ ਸੀ। ਉਹ ਆਪਣੇ ਗੁੱਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਬੋਲੀ, ਡਾਕਟਰੀ ਮੈਂ ਨਹੀਂ ਜਾਣਦੀ, ਪਰ ਮਰੀਜ਼ ਕਿਉਂਕਿ ਇੱਕ ਲੜਕੀ ਸੀ, ਇਸ ਲਈ ਮੇਰਾ ਉਹਦੇ ਕੋਲ ਹੋਣਾ ਪਾਪਾ ਜੀ ਨੇ ਜ਼ਰੂਰੀ ਸਮਝਿਆ ਸੀ, ਪਰ ਤੂੰ ਨਹੀਂ ਜਾਣਦੀ, ਇਸੇ ਕਰਕੇ ਲੋਕਾਂ 'ਚ ਚਿਮਗੋਈਆਂ ਹੋ ਰਹੀਆਂ ਨੇ। ਗੰਗਾ ਵਿਸ਼ਨ ਨੇ ਦੁੱਖ ਭਰੀ ਆਵਾਜ਼ 'ਚ ਕਿਹਾ, ਕੀ ਚਿਮਗੋਈਆਂ ਬਾਊ ਜੀ? ਇਹ ਹੋ ਕੇ ਵਰਿਆਮ ਸਿੰਘ ਚੰਗਾ ਆਦਮੀ ਨਹੀਂ, ਗੰਗਾ ਵਿਸ਼ਨ ਨੇ ਦੱਬੀ ਆਵਾਜ਼ 'ਚ ਪਰ ਕ੍ਰੋਧ ਨੂੰ ਲੁਕਾਉਂਦਿਆਂ ਕਿਹਾ। ਸਰੋਜ ਕੁਝ ਬੋਲਦੀ ਹੈ ਤੋਂ ਪਹਿਲਾਂ ਹੀ ਗੰਗਾ ਵਿਸ਼ਨ ਨੇ ਪ੍ਰਸ਼ਨ ਕੀਤਾ, ਪਰ ਉਹ ਬਿਮਾਰ ਲੜਕੀ ਕੌਣ ਸੀ, ਤੂੰ ਜਾਣਦੀ ਸੀ ਉਹਨੂੰ? ਨਹੀਂ, ਸਰੋਜ ਨੇ ਗਿਲਾਨੀ 'ਚ ਕਿਹਾ। ਉਹ ਸੋਚ ਰਹੀ ਸੀ ਕਿ ਮੇਰਾ ਪਿਤਾ ਵੀ ਮੇਰੇ 'ਤੇ ਸ਼ੱਕ ਕਰ ਸਕਦਾ ਹੈ। ਗੰਗਾ ਵਿਸ਼ਨ ਨੇ ਪੁੱਛਿਆ, ਉਸ ਰਾਤ ਤੈਨੂੰ ਰਾਹ 'ਚ ਜਾਂਦਿਆਂ ਆਉਂਦਿਆਂ ਕੋਈ ਮਿਲਿਆ ਸੀ? ਹਾਂ, ਕੁਲਦੀਪ। ਕੁਲਦੀਪ ਨੂੰ ਮੈਂ ਇੱਕ ਸ਼ਰੀਫ ਲੜਕਾ ਸਮਝਦਾ ਸੀ, ਉਹ ਇਸ ਨਿੱਕੀ ਜਿਹੀ ਗੱਲ ਨੂੰ ਲੈ ਕੇ ਸਾਰੇ ਸ਼ਹਿਰ 'ਚ ਭੰਡੀ ਪਾ ਦੇਗਾ, ਇਹਦੀ ਮੈਨੂੰ ਉਸ ਉੱਤੇ ਉਮੀਦ ਨਹੀਂ ਸੀ। ਕੁਲਦੀਪ ਦੀ ਗੱਲ ਛੱਡੋ ਬਾਊ ਜੀ, ਸਰੋਜ ਨੇ ਹੌਕਾ ਭਰਦਿਆਂ ਕਿਹਾ, ਪਾਪਾ ਜੀ ਨੂੰ ਤੁਸੀਂ ਕੀ ਖਿਆਲ ਕਰਦੇ ਹੋ? ਅਤੇ ਉਹਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਪਿਓ ਵੱਲ ਤੱਕਿਆ। ਵਰਿਆਮ ਸਿੰਘ ਨੂੰ ਕਹਿੰਦਾ ਕਹਿੰਦਾ ਗੰਗਾ ਵਿਸ਼ਨ ਕਿਸੇ ਡੂੰਘੇਰੀ ਸੋਚ 'ਚ ਪੈ ਗਿਆ। ਸਰੋਜ ਨੇ ਆਪਣਾ ਪ੍ਰਸ਼ਨ ਇੱਕ ਵਾਰੀ ਫੇਰ ਦੁਹਰਾਇਆ, ਜਿਹਦੇ ਉੱਤਰ 'ਚ ਗੰਗਾ ਵਿਸ਼ਨ ਨੇ ਸਿਰ ਚੁੱਕਿਆ। ਸਰੋਜ ਨੇ ਵੇਖਿਆ ਉਹਦੇ ਚਿਹਰੇ 'ਤੇ ਘਬਰਾਹਟ ਦੇ ਚਿੰਨ੍ਹ ਸਨ। ਉਹ ਕੁਝ ਠਰਮੇ ਦਾ ਆਸਰਾ ਲੈ ਕੇ ਬੋਲਿਆ, ਉਹ ਆਦਮੀ ਮਾੜਾ ਤਾਂ ਨਹੀਂ, ਪਰ ਸ਼ਾਇਦ ਇੱਜ਼ਤਦਾਰ ਨਹੀਂ। ਬਾਊ ਜੀ, ਸਰੋਜ ਨੇ ਫਿਲਾਸਫਾਨਾ ਜੇ ਲਹਿਜੇ 'ਚ ਪੁੱਛਿਆ, ਸਾਰੇ ਇੱਜ਼ਤਦਾਰ ਚੰਗੇ ਹੁੰਦੇ ਨੇ, ਉਹਨਾਂ 'ਚ ਕੋਈ ਐਬ ਨਹੀਂ ਹੁੰਦਾ, ਅਤੇ ਇੱਕ ਚੰਗੇ ਆਦਮੀ ਲਈ ਸੰਸਾਰਕ ਵਡੱਪਣ ਵੀ ਜ਼ਰੂਰੀ ਹੈ। ਗੰਗਾ ਵਿਸ਼ਨ ਨੇ ਧੀ ਦੇ ਪ੍ਰਸ਼ਨ ਨੂੰ ਆਪਣੇ ਉੱਤੇ ਗੁੱਝੀ ਝੂਠ ਖਿਆਲ ਕੀਤਾ। ਸ਼ਾਇਦ ਉਹ ਸੋਚ ਰਿਹਾ ਸੀ ਮੈਂ ਵੀ ਤਾਂ ਇੱਜ਼ਤਦਾਰ ਹਾਂ, ਪਰ ਕੀ ਇਹਦੇ ਨਾਲ ਚੰਗਾ ਵੀ ਹਾਂ? ਅੱਵਲ ਦਰਜੇ ਦਾ ਸ਼ਰਾਬੀ, ਉਹਨੇ ਉੱਤਰ ਨਾ ਦਿੱਤਾ। ਸਰੋਜ ਫਿਰ ਬੋਲੀ, ਲੋਕਾਂ ਦੀ ਗੱਲ ਛੱਡੋ ਬਾਊ ਜੀ, ਜੇ ਤੁਸੀਂ ਪਾਪਾ ਜੀ ਵਰਿਆਮ ਸਿੰਘ ਨੂੰ ਚੰਗਾ ਆਦਮੀ ਨਹੀਂ ਸਮਝਦੇ ਤਾਂ ਮੈਨੂੰ ਕਹਿ ਦਿਓ, ਮੈਂ ਉਸ ਨਾਲ ਕਦੇ ਨਹੀਂ ਬੋਲਾਂ ਵਰਤਾਂਗੀ। ਮੈਂ ਜਾਣਦੀ ਹਾਂ ਤੁਸੀਂ ਦਿਲੋਂ ਉਹਨੂੰ ਮਾੜਾ ਆਦਮੀ ਨਹੀਂ ਸਮਝਦੇ, ਪਰ ਜੇ ਤੁਸੀਂ ਮੈਨੂੰ ਇੱਕ ਵਾਰ ਵੀ ਇਸ਼ਾਰਾ ਕਰ ਦਿਓ ਤਾਂ ਮੈਂ ਉਸ ਵੱਲ ਤੱਕਾਂਗੀ ਵੀ ਨਹੀਂ, ਭਾਵੇਂ ਮੈਂ ਉਹਨੂੰ ਆਮ ਆਦਮੀਆਂ ਨਾਲੋਂ ਕਿੰਨਾ ਹੀ ਉੱਚਾ ਸਮਝਦੀ ਹੋਵਾਂ। ਕਹਿੰਦਿਆਂ ਸਰੋਜ ਦੇ ਨਕਸ਼ਾਂ ਉੱਤੇ ਐਸਾ ਜਲਾਲ ਟਪਕਣ ਲੱਗਾ, ਉਹਨੂੰ ਝੱਲਣਾ ਗੰਗਾ ਵਿਸ਼ਨ ਲਈ ਮੁਸ਼ਕਿਲ ਹੋ ਗਿਆ। ਉਹ ਮੁਜਰਮ ਵਾਲੀ ਆਵਾਜ਼ 'ਚ ਬੋਲਿਆ, ਨਹੀਂ ਨਹੀਂ, ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ, ਉਹਦੀ ਚੰਗਿਆਈ ਵਿੱਚ ਮੈਨੂੰ ਕਦੇ ਸ਼ੱਕ ਨਹੀਂ ਹੋ ਸਕਦਾ। ਗੱਲ ਟੋਕ ਕੇ ਸਰੋਜ ਬੋਲੀ, ਅਤੇ ਮੇਰੀ ਚੰਗਿਆਈ 'ਚ ਹੋ ਸਕਦਾ ਜੀ ਬਾਬੂ ਜੀ? ਸਰੋਜ ਦੀਆਂ ਅੱਖਾਂ 'ਚ ਹਿਪਨੋਟਾਈਜ਼ਰ ਵਾਲੀ ਕਸ਼ਿਸ਼ ਸੀ,
ਜਿਹਨੇ ਗੰਗਾ ਮਿਸ਼ਨ ਦਾ ਗਲਾ ਖੁਸ਼ਕ ਅਤੇ ਅੱਖਾਂ ਨੀਵੀਆਂ ਕਰ ਦਿੱਤੀਆਂ। ਉਸ ਵੇਲੇ ਆਪਣੇ ਆਪ ਨੂੰ ਸਰੋਜ ਦਾ ਦੋਸ਼ੀ ਸਮਝ ਰਿਹਾ ਸੀ। ਆਪਣੀ ਸ਼ਰਮਿੰਦਗੀ ਦਾ ਉਸ ਪਾਸ ਇੱਥੋਂ ਹਟ ਜਾਣ ਤੋਂ ਬਿਨਾਂ ਕੋਈ ਇਲਾਜ ਨਹੀਂ ਸੀ। ਉਹਨੇ ਸੋਟੀ ਹੱਥ ਫੜੀ ਅਤੇ ਸੈਰ ਕਰਨ ਲਈ ਬਾਹਰ ਨਿਕਲ ਗਿਆ। ਸਰੋਜ ਉਸੇ ਤਰ੍ਹਾਂ ਬੁੱਤ ਬਣੀ ਬੈਠੀ ਰਹੀ। ਗੰਗਾ ਮਿਸ਼ਨ ਨੂੰ ਗਿਆ ਮਸੀਂ ਅੱਧਾ ਘੰਟਾ ਗੁਜ਼ਰਿਆ ਸੀ ਕਿ ਵਿਰਿਆਮ ਸਿੰਘ ਆ ਪਹੁੰਚਾ। ਸਰੋਜ ਦੇ ਚਿਹਰੇ 'ਤੇ ਅੱਥਰੂ ਉਤਰ ਰਹੇ ਸਨ। ਉਹਨੇ ਸਿਰ ਚੁੱਕਿਆ। ਵਰਿਆਮ ਸਿੰਘ ਨੇ ਕਾਹਲੀ ਨਾਲ ਪੁੱਛਿਆ, ਇਹ ਕੀ? ਸਰੋਜ ਦੀ ਜ਼ਬਾਨ ਨਾ ਖੁੱਲ੍ਹੀ। ਅਖੀਰ ਉਹਨੇ ਬਹੁਤ ਜ਼ੋਰ ਦੇਣ 'ਤੇ ਬੋਲੀ, ਪਾਪਾ ਜੀ, ਜੇ ਤੁਸੀਂ ਅੱਧਾ ਘੰਟਾ ਪਹਿਲਾਂ ਆ ਜਾਂਦੇ ਤਾਂ ਮੇਰੇ ਵਾਸਤੇ ਬੜੀ ਮੁਸੀਬਤ ਬਣਨੀ ਸੀ। ਮੈਂ ਤੁਹਾਡੇ ਸਾਹਮਣੇ ਤੁਹਾਡੀ ਨਿਰਾਦਰੀ ਨਹੀਂ ਸੀ ਸਹਾਰ ਸਕਣੀ। ਅਤੇ ਉਹਨੇ ਅੱਜ ਦੀ ਵਿਥਿਆ ਉਹਨੂੰ ਸੁਣਾ ਦਿੱਤੀ, ਜਿਹਨੂੰ ਸੁਣ ਕੇ ਵਰਿਆਮ ਸਿੰਘ ਉੱਤੇ ਕੋਈ ਖਾਸ ਅਸਰ ਨਹੀਂ ਹੋਇਆ। ਉਂਝ ਹੀ ਉਹਦਾ ਚਿਹਰਾ ਅੱਜ ਗੰਭੀਰ ਸੀ। ਉਸੇ ਗੰਭੀਰਤਾ 'ਚ ਬੋਲਿਆ, ਜਦੋਂ ਸਾਰੇ ਲੋਕ ਇਹੋ ਕੁਝ ਆਖ ਰਹੇ ਨੇ ਤਾਂ ਬਾਊ ਜੀ ਨੇ ਵੀ ਆਖ ਲਿਆ ਤਾਂ ਕੀ ਫਰਕ ਪੈ ਗਿਆ? ਕੀ ਆਖ ਰਹੇ ਨੇ ਲੋਕ? ਸਰੋਜ ਨੇ ਘਬਰਾਈ ਆਵਾਜ਼ 'ਚ, ਇਹੋ ਕੁਝ ਜੋ ਕੁਝ ਇਹਨਾਂ ਕਿਹਾ। ਵਰਿਆਮ ਸਿੰਘ ਦੇ ਚਿਹਰੇ 'ਤੇ ਹਿਰਖ ਦੀ ਛਾਇਆ ਸੀ। ਕੁਲਦੀਪ ਦਾ ਮੈਂ ਵਿਗਾੜਿਆ ਤਾਂ ਕੁਝ ਨਹੀਂ ਸੀ। ਹਵਾ ਅੱਛਾ ਉਹਦੀ ਮਰਜ਼ੀ, ਕਹਿੰਦਿਆਂ ਕਹਿੰਦਿਆਂ ਵਰਿਆਮ ਸਿੰਘ ਨੇ ਅੱਖਾਂ ਭਰ ਲਈਆਂ। ਤੁਸੀਂ ਕਿਉਂ ਇਹੋ ਜਿਹੇ ਪੁਆੜੇ ਗਲ ਪਾ ਬਹਿੰਦੇ ਹੋ ਪਾਪਾ ਜੀ? ਉਹਦੇ ਦੁੱਖ ਨੂੰ ਮਹਿਸੂਸ ਕਰਦਿਆਂ ਸਰੋਜ ਨੇ ਪਿਆਰ ਅਤੇ ਹਮਦਰਦੀ 'ਚ ਰੰਗੀਜ਼ ਕੇ ਕਿਹਾ, ਪਰ ਸ਼ਾਇਦ ਵਰਿਆਮ ਸਿੰਘ ਨੇ ਉਹਦਾ ਮਤਲਬ ਕੁਝ ਹੋਰ ਸਮਝਿਆ। ਉਹ ਬੋਲਿਆ, ਸਰੋਜ ਮੈਨੂੰ ਦੁਨੀਆ ਜੋ ਜੀ ਆਵੇ ਆਖੇ, ਪਰ ਤੇਰੇ ਕੋਲੋਂ ਮੈਂ ਉਮੀਦ ਨਹੀਂ ਰੱਖਦਾ। ਮੇਰਾ ਦਿਲ ਐਡਾ ਕਮਜ਼ੋਰ ਨਹੀਂ ਕਿ ਲੋਕਾਂ ਦੀਆਂ ਝੂਠੀਆਂ ਗੱਲਾਂ ਤੋਂ ਡਰ ਕੇ ਆਪਣਾ ਰਸਤਾ ਛੱਡ ਪਾਵਾਂਗਾ। ਪਰ ਸਰੋਜ, ਜਿਸ ਦਿਨ ਤੂੰ ਮੈਨੂੰ ਸ਼ੱਕ ਦੀ ਨਜ਼ਰ ਨਾਲ ਵੇਖੇਂਗੀ, ਉਸ ਦਿਨ ਮੇਰਾ ਉਤਸ਼ਾਹ ਖਤਮ ਹੋ ਜਾਏਗਾ। ਪਾਪਾ ਜੀ, ਸਰੋਜ ਬੋਲੀ, ਤੁਸੀਂ ਮੈਨੂੰ ਇੰਨੀ ਨੀਚ ਸਮਝਦੇ ਹੋ? ਮੈਂ ਮਰ ਜਾਵਾਂਗੀ ਜੇ ਮੇਰੇ ਉੱਤੇ ਇਹ ਬੇਇਨਸਾਫੀ ਕਰੋਗੇ। ਅੱਗੇ ਉਸ ਰਾਤ ਤੁਹਾਨੂੰ ਨਿਰਾਸ਼ ਕੀਤਾ ਸੀ, ਉਸ ਪਛਤਾਵੇ ਦੀ ਅੱਗ ਹੀ ਮੈਨੂੰ ਸਾੜਨ ਲਈ ਘੱਟ ਨਹੀਂ। ਮੈਨੂੰ ਤਪਦੇ ਕੜਾਹੀ 'ਚ ਪੈਣਾ ਪਵੇ, ਖੂਹ 'ਚ ਲਟਕਣਾ ਪਵੇ, ਪਰ ਤੁਹਾਨੂੰ ਨਿਰਾਸ਼ ਕਰਨ ਵਾਲੀ ਕਦੀ ਕੋਈ ਗੱਲ ਨਹੀਂ ਕਰਾਂਗੀ। ਪਾਪਾ ਜੀ, ਉਸ ਦਿਨ ਜਿਹੜੀ ਮੈਂ ਤੁਹਾਡੇ ਨਾਲ ਬੇਇਨਸਾਫੀ ਕੀਤੀ, ਉਹਦੀ ਜੋ ਮਰਜ਼ੀ ਸਜ਼ਾ ਦਿਓ। ਗੰਭੀਰ ਚਿਹਰੇ ਉੱਤੇ ਹਾਸਾ ਲਿਆ ਕੇ ਵਰਿਆਮ ਸਿੰਘ ਬੋਲਿਆ, ਝੱਲੀਏ, ਏਡੀ ਫੜ ਨਹੀਂ ਮਾਰੀ ਦੀ, ਅਤੇ ਨਾਲੇ ਮੈਂ ਹੀ ਕਿਉਂ ਅਜਿਹਾ ਕਸਾਈਪਣਾ ਕਰਾਂਗਾ? ਉਹਨਾਂ ਪਾਸ ਮੈਂ ਇੱਕ ਹੋਰ ਨੂੰ ਰੱਖ ਚੁੱਕਾ ਵਾਂ, ਮੈਂ ਇਹੋ ਜਿਹਾ ਕਿਉਂ ਕਸਾਈਪਣਾ ਕਰਾਂਗਾ ਕਿ ਤੈਨੂੰ ਕੜਾਹੇ 'ਚ ਜੰਗੂ 'ਚ ਪੈਣਾ ਪਵੇ? ਤੁਸੀਂ ਇਹਨੂੰ ਫੜ ਸਮਝਦੇ ਹੋ? ਵਰਿਆਮ ਸਿੰਘ ਨੇ ਹਾਂ 'ਚ ਸਿਰ ਹਿਲਾਇਆ। ਸਰੋਜ ਦੀ ਜ਼ਬਾਨ ਵਿੱਚ ਤਲਖੀ ਆ ਗਈ। ਤਾਂ ਪਾਪਾ ਜੀ, ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ। ਤੁਸੀਂ ਖਿਆਲ ਕਰਦੇ ਹੋ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੀ? ਕਰ ਸਕਦੀ ਹਾਂ, ਪਰ ਦਾ ਕੀ ਮਤਲਬ? ਪਰ ਪਿਆਰ ਦੀ ਕੁਰਬਾਨੀ ਕਰਨੀ ਇੰਨਾ ਸੁਖਾਲਾ ਕੰਮ ਨਹੀਂ। ਸਰੋਜ, ਜ਼ਰਾ ਦਿਲ ਕੋਲੋਂ ਪੁੱਛ ਕੇ ਮੈਂ ਗਲਤ ਕਹਿ ਰਹੀ ਹਾਂ? ਮੈਂ ਇਹਦਾ ਮਤਲਬ ਨਹੀਂ ਸਮਝੀ ਪਾਪਾ ਜੀ। ਸਾਰੀਆਂ ਗੱਲਾਂ ਦਾ ਮਤਲਬ ਜ਼ਬਾਨ ਨਾਲ ਹੀ ਨਹੀਂ ਸਮਝਾਇਆ ਜਾਂਦਾ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਮਤਲਬ ਜ਼ਬਾਨ ਨਹੀਂ ਸਮਾਂ ਦੱਸਿਆ ਕਰਦਾ। ਥੋੜ੍ਹਾ ਠਹਿਰ ਕੇ ਫਿਰ ਬੋਲਿਆ, ਖੈਰ ਛੱਡੋ ਇਹਨਾਂ ਗੱਲਾਂ ਨੂੰ। ਅੱਛਾ, ਤੂੰ ਮੈਨੂੰ ਸੱਦ ਭੇਜਿਆ ਸੀ ਅੱਜ? ਹਾਂ, ਕੋਈ ਕੰਮ ਸੀ? ਕੰਮ ਤੋਂ ਬਿਨਾਂ ਕਿਸੇ ਸੰਬੰਧੀ ਨੂੰ ਨਹੀਂ ਸੱਦੀਦਾ। ਸੰਬੰਧੀ ਨੂੰ ਸੱਦਿਆ ਜਾ ਸਕਦਾ, ਪਰ ਬੇਗਾਨੇ ਨੂੰ ਨਹੀਂ। ਪਾਪਾ ਜੀ, ਪੱਛਾਂ 'ਤੇ ਲੂਣ ਨਾ ਲਾਓ। ਬੇਗਾਨਾ ਨਾ ਹੁੰਦਾ ਤਾਂ ਉਸ ਦਿਨ ਤੈਨੂੰ ਵਾਪਸ ਆਉਣ ਦੀ ਕੱਲ੍ਹ ਕਿਉਂ ਹੁੰਦੀ? ਪਛਤਾਵੇ ਦੀ ਅੱਗ ਨਾਲ ਸਰੋਜ ਦੇ ਅੰਗ ਝੁਲਸ ਰਹੇ ਸਨ। ਅੱਛਾ, ਕੀ ਕੰਮ ਸੀ? ਵਰਿਆਮ ਸਿੰਘ ਨੇ ਗਾਲ ਟਾਲ ਕੇ ਪੁੱਛਿਆ। ਮੈਂ ਉਸ ਗਲਤੀ ਦੀ ਮਾਫ਼ੀ ਮੰਗਣ ਲਈ ਸੱਦਿਆ ਸੀ। ਮਾਫ਼ੀ ਮੰਗਣ ਲਈ ਆਪ ਅਗਲੇ ਦੇ ਘਰ ਤੁਰ ਕੇ ਜਾਈਦਾ? ਸਰੋਜ ਸੱਦੀਦਾ ਨਹੀਂ। ਵਰਿਆਮ ਸਿੰਘ ਹੱਸਿਆ। ਤਾਂ ਮੈਨੂੰ ਜਿੱਥੇ ਕਹੋਗੇ ਆ ਜਾਵਾਂਗਾ। ਕਹਿੰਦੇ ਆ ਉਹਨੂੰ ਗੰਗਾ ਮਿਸ਼ਨ ਦੇ ਹੁਣ ਤੋਂ 1 ਘੰਟਾ ਪਹਿਲਾਂ ਕਹੇ ਵਾਕ ਯਾਦ ਆ ਗਏ। ਵਰਿਆਮ ਸਿੰਘ ਉਹਦੇ ਮਨਾਂ ਭਾਵਾਂ ਨੂੰ ਸਮਝ ਕੇ ਬੋਲਿਆ, ਸੱਚ ਨੂੰ ਆਂਚ ਨਹੀਂ ਸਰੋਜ, ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਜੇ ਸਾਰੀ ਦੁਨੀਆ ਸੱਚ ਦੀ ਵਿਰੋਧੀ ਹੋ ਜਾਏ। ਸਰੋਜ ਨੇ ਉਸ ਦੇ ਵਾਕ ਨੂੰ ਦੁਹਰਾਇਆ, ਬੇਸ਼ੱਕ ਸੱਚ ਨੂੰ ਆਂਚ ਨਹੀਂ ਪਾਪਾ ਜੀ, ਭਾਵੇਂ ਸਾਰੀ ਦੁਨੀਆ ਵਿਰੋਧੀ ਹੋ ਜਾਏ, ਮੈਂ ਸੱਚ 'ਤੇ ਪਹਿਰਾ ਦੇਵਾਂਗੀ। ਨਾਲੇ ਇੱਕ ਗੱਲ ਹੋਰ ਯਾਦ ਆ ਗਈ, ਤੈਨੂੰ ਰਦੀਆ ਦੀ ਮਦਦ ਕਰਨੀ ਪਏਗੀ। ਜਾਣੀ ਹੈ ਕੁਲਦੀਪ ਹੋਰਾਂ ਦੀ ਖਿਡਾਵੇ ਨੂੰ? ਉਸ ਵਿਚਾਰੀ ਦੀ ਬੁਰੀ ਹਾਲਤ ਹੈ ਅੱਜ ਕੱਲ੍ਹ। ਉਹਦਾ ਆਦਮੀ ਸ਼ਰਾਬ ਦੇ ਨਸ਼ੇ 'ਚ ਕਿਸੇ ਨੂੰ ਫੱਟੜ ਕਰ ਬੈਠਾ ਸੀ, ਜਿਸ ਕਰਕੇ ਫੜਿਆ ਗਿਆ। ਮੈਂ ਜਾਣ ਕੇ ਉਹਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਹਨੂੰ ਕੁਝ ਦਿਨ ਜੇਲ੍ਹ ਦੀ ਹਵਾ ਖਾਣੀ ਚਾਹੀਦੀ ਹੈ, ਮਤੇ ਇਸੇ ਨਾਲ ਉਹਦੀ ਸ਼ਰਾਬ ਦੀ ਆਦਤ ਛੁੱਟ ਜਾਏ। ਪਰ ਵਿਚਾਰੀ ਰਦੀਆ ਦਾ ਨਿੱਕਾ ਜਿਹਾ ਬਾਲ ਬੱਚਾ ਭੁੱਖਾ ਮਰ ਰਿਹਾ। ਸਰੋਜ ਬੋਲੀ, ਅਤੇ ਕੁਲਦੀਪ ਹੋਣਾ ਉਹਨੂੰ ਹਟਾ ਕਿਉਂ ਦਿੱਤਾ? ਮਾਈ ਕਹਿੰਦੀ ਸੀ ਕਿ ਉਹਨੂੰ ਚੋਰੀ ਦੀ ਆਦਤ ਹੈ, ਤਾਂ ਤੁਸੀਂ ਮੈਨੂੰ ਚੋਰ ਦੀ ਮਦਦ ਕਰਨ ਲਈ ਕਹਿੰਦੇ ਹੋ? ਹਾਂ, ਕਿਉਂਕਿ ਚੋਰ ਦੇ ਭੁੱਖੇ ਪੇਟ 'ਚ ਜਦ ਰਜਵੀਂ ਰੋਟੀ ਪਏਗੀ ਅਤੇ ਜਦ ਉਹਦੀ ਰੂਹ ਨੂੰ ਕਿਸੇ ਦਰਦੀ ਪਾਸੋਂ ਤਸਕੀਨ ਮਿਲੀ ਤਾਂ ਉਹਨੂੰ ਚੋਰੀ ਦੀ ਆਦਤ ਭੁੱਲ ਜਾਏਗੀ। ਉਸ ਲਈ ਕਿੰਨੀ ਕੁ ਮਦਦ ਦੀ ਲੋੜ ਹੋਏਗੀ? ਸਿਰਫ ਸੇਰ ਅਨਾਜ ਦੀ। ਇੱਕ ਸੇਰ ਨਾਲ ਉਸ ਵਿਚਾਰੀ ਦਾ ਕੀ ਬਣੇਗਾ? ਮੇਰਾ ਇਹ ਮਤਲਬ ਨਹੀਂ, ਮੈਂ ਚਾਹੁੰਦਾ ਉਹਦੀ ਐਸੇ ਤਰੀਕੇ ਨਾਲ ਮਦਦ ਕੀਤੀ ਜਾਏ
ਜਿਸ ਨਾਲ ਉਹਨੂੰ ਖਾਣ ਲਈ ਅਨਾਜ ਜੁੜ ਸਕੇ, ਉਹਨੂੰ ਕਿਸੇ ਪਾਸ ਨੌਕਰੀ ਦਵਾਈ ਜਾਏ। ਪਰ ਜਦੋਂ ਤੀਕ ਇਹਦਾ ਇੰਤਜ਼ਾਮ ਨਹੀਂ ਹੁੰਦਾ, ਉਹਨਾਂ ਚਿਰ ਆਪਣੇ ਪਾਸ ਰੱਖ ਲਿਆ ਸੀ। ਇਸ ਨਾਲੋਂ ਕਿਉਂ ਨਾ ਉਹਨੂੰ ਆਟੇ ਦੀ ਇੱਕ ਬੋਰੀ ਅਤੇ ਕੁਝ ਹੋਰ ਸਮਾਨ ਭਿਜਵਾ ਦਿਆਂ, ਇਸ ਨਾਲ ਉਹ ਹੋਰ ਹੱਡ ਹਰਾਮ ਹੋ ਜਾਏਗੀ। ਤੂੰ ਆਪਣੇ ਪਾਸ ਰੱਖਣਾ ਹੈ, ਸ਼ਾਇਦ ਉਸ ਇਸ ਲਈ ਡਰਨੀ ਹੈ ਕਿ ਤੇਰੀ ਵੀ ਚੋਰੀ ਕਰ ਲਏਗੀ। ਮੇਰਾ ਖਿਆਲ ਹੈ ਜੇ ਤੂੰ ਥੋੜ੍ਹਾ ਜਿਹਾ ਵੀ ਖਿਆਲ ਦੇਵੇਂਗੀ ਤਾਂ ਸਿਰਫ ਇਹੋ ਹੀ ਨਹੀਂ ਕਿ ਉਹਦੀ ਚੋਰੀ ਦੀ ਆਦਤ ਛੁੱਟ ਜਾਏਗੀ, ਸਗੋਂ ਉਹ ਨੇਕ ਵੀ ਬਣ ਜਾਏਗੀ। ਮੈਂ ਰੱਖ ਲਵਾਂਗੀ ਅਤੇ ਜਾਂ ਕਿਸੇ ਹੋਰ ਪਾਸ ਰਖਾ ਦਿਆਂਗੀ। ਪਰ ਚੰਗਾ ਨਾ ਹੁੰਦਾ ਜੇ ਉਹਨੂੰ ਸਮਝਾ ਬੁਝਾ ਕੇ ਤੁਸੀਂ ਫਿਰ ਕੁਲਦੀਪ ਹੋਰਾਂ ਪਾਸ ਵੀ ਰੱਖ ਦਿੰਦੇ। ਉਹਨਾਂ ਪਾਸ ਮੈਂ ਇੱਕ ਹੋਰ ਨੂੰ ਰੱਖਾ ਚੁੱਕਾ ਵਾਂ। ਕਿਹਨੂੰ? ਉਸੇ ਨੂੰ ਜਿਹਨੂੰ ਵੇਖ ਕੇ ਤੂੰ ਉਸ ਰਾਤ ਡਰ ਗਈ ਸੀ। ਉਹ ਬਚ ਗਈ ਪਾਪਾ ਜੀ? ਸਰੋਜ ਨੇ ਨਾ ਮੰਨ ਸਕਣ ਵਾਲੀ ਹੈਰਾਨੀ ਨਾਲ ਉਸ ਵੱਲ ਤੱਕਿਆ। ਬਚ ਛੱਡ ਕੇ ਕੰਮ 'ਤੇ ਵੀ ਲੱਗ ਗਈ ਹੈ, ਪਰ ਮੈਨੂੰ ਇੱਕ ਖਤਰਾ ਜਿਹਾ ਭਾਸ ਰਿਹਾ ਕਿ ਕੁਲਦੀਪ ਦੀ ਨਜ਼ਰ ਮੈਂ ਉਸ ਉੱਤੇ ਹੋਰ ਤਰ੍ਹਾਂ ਦੀ ਵੇਖ ਰਿਹਾ ਵਾਂ। ਕੁਲਦੀਪ ਦੀ? ਇਹ ਤੁਸੀਂ ਕੀ ਕਹਿੰਦੇ ਹੋ ਪਾਪਾ ਜੀ? ਤੁਹਾਨੂੰ ਭੁਲੇਖਾ ਲੱਗਾ ਹੋਏਗਾ। ਸਰੋਜ ਦੇ ਸੀਨੇ 'ਚ ਜਿਵੇਂ ਕਿਸੇ ਨੇ ਭਾਲਾ ਖੋਭ ਦਿੱਤਾ। ਭੁਲੇਖਾ ਨਹੀਂ ਲੱਗ ਸਕਦਾ, ਪਰ ਡਰ ਜ਼ਰੂਰ ਲੱਗ ਰਿਹਾ। ਖੈਰ, ਦੇਖਿਆ ਜਾਏਗਾ। ਅੱਛਾ, ਤਾਂ ਮੈਂ ਰਦੀਆ ਨੂੰ ਭੇਜ ਦੇ? ਭੇਜ ਦੇਣਾ, ਸਰੋਜ ਨੇ ਕਹਿ ਦਿੱਤਾ। ਪਰ ਮਨ ਉਹਦਾ ਹੋਰ ਪਾਸੇ ਸੀ ਕਿ ਸੱਚਮੁੱਚ ਕੁਲਦੀਪ ਦੀ ਨਜ਼ਰ ਇੱਕ ਨੌਕਰਾਣੀ 'ਤੇ ਜਾ ਟਿਕੀ। ਉਹ ਕੌਣ ਸੀ? ਕਿਹੋ ਜਿਹੀ ਸੀ? ਉੱਦਣ ਤਾਂ ਚੰਗੀ ਤਰ੍ਹਾਂ ਵੇਖੀ ਨਹੀਂ ਸੀ। ਵੇਖਣ ਲਈ ਉਸ 'ਚ ਹੈ ਹੀ ਕੀ ਸੀ? ਇੱਕ ਮੁਰਦਾ? ਉਹਨੇ ਪੁੱਛਿਆ। ਪਾਪਾ ਜੀ, ਇਹ ਤੁਹਾਨੂੰ ਕੀਕਣ ਪਤਾ ਲੱਗਾ ਕਿ ਕੁਲਦੀਪ ਉਸ ਖਿਡਾਵੀ? ਉਹ ਕਹਿੰਦੀ ਕਹਿੰਦੀ ਤੁਰ ਗਈ, ਕਹਿੰਦੀ ਕਹਿੰਦੀ ਰੁਕ ਗਈ। ਵਰਿਆਮ ਸਿੰਘ ਉਹਦੇ ਭਾਵ ਨੂੰ ਸਮਝ ਕੇ ਬੋਲੇ, ਅਸਲ 'ਚ ਮੈਥੋਂ ਹੀ ਗਲਤੀ ਹੋ ਗਈ। ਮੈਂ ਚਾਹਿਆ ਸੀ ਕਿ ਉਸ ਵਿਚਾਰੀ ਦਾ ਰੁਜ਼ਗਾਰ ਬਣ ਜਾਏ ਅਤੇ ਮੁੜ ਉਹਨੂੰ ਪਾਪਾਂ ਦੀ ਦੁਨੀਆਂ 'ਚ ਨਾ ਜਾਣਾ ਪਏ। ਪਰ ਹੁਣ ਪਤਾ ਲੱਗਾ ਕਿ ਸਾਰੀ ਉਮਰ ਦੇ ਸੰਸਕਾਰਾਂ ਦਾ ਅਸਰ ਬਿਨਾਂ ਕਿਸੇ ਤਕੜੀ ਸਾਧਨਾ ਦੇ ਨਿਕਲ ਨਹੀਂ ਸਕਦਾ। ਉਹ ਕੌਣ ਸੀ ਪਾਪਾ ਜੀ? ਤੁਸੀਂ ਉਹਨੂੰ ਕਿੱਥੋਂ ਲਿਆਂਦਾ ਸੀ? ਸਰੋਜ ਨੇ ਤੌਖਲੇ ਭਰੀ ਆਵਾਜ਼ 'ਚ ਪੁੱਛਿਆ। ਉਹ ਇੱਕ ਬਾਜ਼ਾਰੀ ਔਰਤ ਸੀ। ਮੈਨੂੰ ਉਹਦਾ ਸਾਰਾ ਹਾਲ ਸੁਣਾਓ ਪਾਪਾ ਜੀ, ਸਰੋਜ ਨੇ ਬਾਲਾਂ ਵਾਲੇ ਹੱਠ ਨਾਲ ਕਿਹਾ। ਗੁਰਿਆਮ ਸਿੰਘ ਨੇ ਦੱਸਣਾ ਸ਼ੁਰੂ ਕੀਤਾ। ਇੱਕ ਸ਼ਾਮ ਦਾ ਜ਼ਿਕਰ ਹੈ, ਮੈਂ ਸ਼ਹਿਰੋਂ ਮੁੜਿਆ ਆ ਰਿਹਾ ਸੀ। ਸੜਕ ਦੇ ਕੰਢੇ ਇੱਕ ਦਰਖਤ ਹੇਠ ਉਹਨੂੰ ਵੇਖਿਆ। ਉਹ ਬੜੀ ਬੁਰੀ ਤਰ੍ਹਾਂ ਤੜਫ ਰਹੀ ਸੀ। ਉਹਦੀਆਂ ਚੀਕਾਂ ਕਲੇਜਾ ਚੀਰਨ ਵਾਲੀਆਂ ਸਨ। ਮੈਂ ਮੂੰਹ ਧਿਆਨ ਤੁਰਿਆ ਜਾ ਰਿਹਾ ਸੀ ਕਿ ਉਹਦੀ ਆਵਾਜ਼ ਸੁਣੀ, ਪਰ ਹਨੇਰੇ 'ਚ ਮੈਂ ਉਹਨੂੰ ਵੇਖ ਨਾ ਸਕਿਆ। ਇੱਕ ਵਾਰ ਤਾਂ ਇਹ ਖਿਆਲ ਕਰਕੇ ਅਗਾਂਹ ਲੰਘ ਗਿਆ ਕਿ ਕੋਈ ਚਲਾਕ ਮੰਗਤਾ, ਜਿਵੇਂ ਅੱਜ ਕੱਲ੍ਹ ਅਕਸਰ ਹੁੰਦੇ ਨੇ, ਰਾਈਆਂ ਪਾਸੋਂ ਪੈਸੇ ਵਸੂਲ ਕਰਨ ਦੇ ਇਰਾਦੇ ਨਾਲ ਆਪਣੇ ਆਪ ਨੂੰ ਬਿਮਾਰ ਪ੍ਰਗਟ ਕਰਨ ਦਾ ਪਖੰਡ ਕਰ ਰਿਹਾ। ਪਰ ਕੁਝ ਸੋਚ ਕੇ ਪਿਛਾਂਹ ਮੁੜ ਪਿਆ। ਟਾਰਚ ਮੇਰੇ ਕੋਲ ਸੀ, ਜਗਾ ਕੇ ਜਦ ਉਹਦੀ ਹਾਲਤ ਵੇਖੀ ਤਾਂ ਦਿਲ ਕੰਬ ਗਿਆ। ਉਹਦੇ ਚੀਥੜੇ ਲਹੂ ਪਾਕ ਨਾਲ ਲਿਬੜੇ ਪਏ ਸਨ, ਖਾਸ ਕਰਕੇ ਉਹਦੀ ਪਿੱਠ ਵੱਲ ਦਾ ਹਿੱਸਾ ਤਾਂ ਉੱਕਾ ਹੀ ਵੇਖਣ ਯੋਗ ਨਹੀਂ ਸੀ। ਉਹ ਮੌਤ ਨਾਲ ਘੋਲ ਕਰ ਰਹੀ ਸੀ। ਰੰਗ ਰੂਪ ਉਹਦਾ ਇੰਨਾ ਡਰਾਉਣਾ ਸੀ ਕਿ ਵੇਖ ਕੇ ਕਿਸੇ ਡੈਣ ਚੁੜੇਲ ਦਾ ਭੁਲੇਖਾ ਪੈਂਦਾ ਸੀ। ਗੱਲ ਕੱਤ ਕਰਨ ਦੀ ਤਾਕਤ ਉਹਨੂੰ ਜਵਾਬ ਦੇ ਚੁੱਕੀ ਸੀ। ਉਹਦੀਆਂ ਅੱਖਾਂ ਬੰਦ ਸਨ, ਪਰ ਬੇਹੋਸ਼ ਨਹੀਂ ਸੀ। ਮੈਂ ਨੇੜੇ ਆ ਕੇ ਉਹਨੂੰ ਬੁਲਾਇਆ ਚਲਾਇਆ, ਪਰ ਉਹਨੇ ਅੱਖਾਂ ਨਾ ਖੋਲੀਆਂ। ਮੇਰੀ ਆਵਾਜ਼ ਸੁਣ ਕੇ ਉਹਨੇ ਹੱਥ ਨੂੰ ਮੂੰਹ ਨਾਲ ਲਾ ਕੇ ਪਾਣੀ ਦਾ ਇਸ਼ਾਰਾ ਕੀਤਾ। ਉਹਦੇ ਲਾਗੇ ਇੱਕ ਗੰਦੇ ਪੱਟੇ, ਚਿੱਥੜੀਆਂ ਦੀ ਗੰਢੜੀ ਅਤੇ ਇੱਕੋ ਤਾਰ ਦੇ ਬੁਗਣੇ ਵਾਲਾ ਟੀਨ ਦਾ ਭੱਗਾ ਪਿਆ ਸੀ। ਨਲਕਾ ਕੁਝ ਦੁਰਾਡਾ ਸੀ। ਮੈਂ ਪਾਣੀ ਲਿਆ ਕੇ ਭੱਗਾ ਉਹਦੇ ਮੂੰਹ ਨੂੰ ਲਾ ਦਿੱਤਾ। ਪਾਣੀ ਪੀਣ ਨਾਲ ਉਸ 'ਚ ਕੁਝ ਚੇਤਨਤਾ ਆ ਗਈ। ਮੈਂ ਉਹ ਤੋਂ ਪੁੱਛਿਆ, ਤੈਨੂੰ ਕੀ ਤਕਲੀਫ ਹੈ? ਮੈਨੂੰ ਦੱਸ ਤੇ, ਹੋ ਸਕਿਆ ਤਾਂ ਮੈਂ ਕੁਝ ਉਪਰਾਲਾ ਕਰਾਂਗਾ। ਉਹਨੇ ਅੱਖਾਂ ਖੋਲ੍ਹ ਕੇ ਮੇਰੇ ਵੱਲ ਤੱਕਿਆ, ਕੁਝ ਕਿਹਾ ਵੀ, ਪਰ ਮੈਂ ਸਮਝ ਨਾ ਸਕਿਆ। ਸਰੋਜ ਇਸ ਤਰ੍ਹਾਂ ਗੁੱਡਵੇਂ ਧਿਆਨ ਨਾਲ ਸੁਣ ਰਹੀ ਸੀ ਜਿਵੇਂ ਸੁਣ ਨਹੀਂ ਰਹੀ, ਵੇਖ ਰਹੀ ਹੋਵੇ। ਵਰਿਆਮ ਸਿੰਘ ਨੇ ਜ਼ਰਾ ਰੁਕ ਕੇ ਕਹਿਣਾ ਸ਼ੁਰੂ ਕੀਤਾ। ਉਹਨੇ ਪਿੱਠ ਵੱਲੋਂ ਹੌਲੀ ਹੌਲੀ ਕਮੀਜ਼ ਸਰਕਾ ਕੇ ਉੱਚੀ ਕੀਤੀ। ਐਡਾ ਡੂੰਘਾ ਅਤੇ ਗਲਿਆ ਸੜਿਆ ਜ਼ਖਮ ਦਿਲੋਂ ਤਾਂ ਆਉਣ ਲੱਗਾ, ਮੈਂ ਸੋਚਣ ਲੱਗਾ ਸ਼ਾਇਦ ਇਹਦੀ ਬਿਮਾਰੀ ਹੁਣ ਅਸਾਧ ਹੋ ਚੁੱਕੀ ਹੈ। ਮੁਸ਼ਕਲ ਨਾਲ ਹੀ ਕੁਝ ਦਿਨ ਕੱਢੇ, ਇਸ ਕਰਕੇ ਕੋਈ ਵੀ ਕੋਸ਼ਿਸ਼ ਬੇਕਾਰ ਹੈ। ਪਰ ਜਿਸ ਹਾਲਤ ਵਿੱਚ ਮੈਂ ਉਹਨੂੰ ਵੇਖਿਆ, ਉਸੇ ਤਰ੍ਹਾਂ ਛੱਡ ਕੇ ਚਲੇ ਜਾਣ ਨੂੰ ਮੇਰਾ ਦਿਲ ਨਾ ਮੰਨਿਆ। ਟਾਰਚ ਦੇ ਚਾਨਣ 'ਚ ਚੰਗੀ ਤਰ੍ਹਾਂ ਵੇਖਣ ਤੋਂ ਪਤਾ ਲੱਗਾ ਜ਼ਖਮ 'ਚ ਅਨੇਕਾਂ ਕਿਰਮ ਕੁਰਬਲਾ ਰਹੇ ਸਨ। ਮੈਂ ਉਹਨੂੰ ਚੁੱਕ ਕੇ ਲਾਗੇ ਦੇ ਇੱਕ ਵਰਾਂਡੇ ਹੇਠ ਲਟਾ ਦਿੱਤਾ। ਥੋੜ੍ਹਾ ਦੁੱਧ ਲਿਆ ਕੇ ਉਹਨੂੰ ਪਿਲਾਉਣ ਤੋਂ ਬਾਅਦ ਘਰ ਚਲਾ ਆਇਆ। ਦੂਜੇ ਦਿਨ ਜਦ ਮੈਂ ਤੈਥੋਂ ਘਰ ਆਉਣ ਦਾ ਇਕਰਾਰ ਲੈ ਚੁੱਕਾ ਤਾਂ ਉਸੇ ਸ਼ਾਮ ਉਹਨੂੰ ਟਾਂਗੇ ਪਾ ਕੇ ਘਰ ਲੈ ਆਇਆ। ਉਹ ਤੋਂ ਅਗਲੇ ਦਿਨ ਮੈਂ ਉਹਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਹਸਪਤਾਲ 'ਚ ਬਰਾਬਰ ਉਹਦੀ ਦੇਖਭਾਲ ਕਰਦਾ ਰਿਹਾ। ਸੁਣਦੀ ਸੁਣਦੀ ਸਰੋਜ ਪਸੀਜ ਉੱਠੀ। ਵਰਿਆਮ ਸਿੰਘ ਨਹੀਂ, ਕੋਈ ਦੇਵਤਾ ਜਿਵੇਂ ਉਹਦੇ ਸਾਹਮਣੇ ਬੈਠਾ ਸੀ। ਉਹਨੇ ਅਗਾਂਹ ਹੋ ਕੇ ਵਰਿਆਮ ਸਿੰਘ ਦੇ ਦੋਵਾਂ ਪੈਰਾਂ 'ਤੇ ਹੱਥ ਛੁਆ ਕੇ ਮੱਥੇ ਨੂੰ ਲਾਏ ਅਤੇ ਬੋਲੀ, ਪਾਪਾ ਜੀ, ਸੱਚਮੁੱਚ ਇਹ ਧਰਤੀ ਤੁਹਾਡੇ ਰਹਿਣ ਦੇ ਲਾਇਕ ਨਹੀਂ। ਤੁਸੀਂ ਕਿਸੇ ਦੇਵ ਭੂਮੀ ਦੇ ਵਾਸੀ ਹੋ।
ਉਸ ਦਿਨ ਤੱਕ ਤੁਹਾਡੀ ਆਤਮਾ ਨਹੀਂ ਸੀ ਵੇਖੀ, ਸਿਰਫ ਤੁਹਾਡੇ ਸਰੀਰ ਨੂੰ ਹੀ ਵੇਖ ਸਕੀ ਸੀ, ਇਸੇ ਕਰਕੇ ਮੈਂ ਉਸ ਰਾਤ ਤੁਹਾਡੇ ਕੰਮ ਨਾ ਆ ਸਕੀ। ਵਰਿਆਮ ਸਿੰਘ ਬੋਲਿਆ, ਸਰੋਜ ਤੇਰੇ ਵਰਗੇ ਤੁਛ ਮੇਰੇ ਵਰਗੇ ਤੁਛ ਬੰਦੇ ਦੀ ਕੀ ਪਾਇਆ ਹੈ, ਇਹ ਸਭ ਕਿਰਪਾ ਉਸ ਨੂੰ ਗੁਰਦੇਵ ਕਹੋ ਭਾਵੇਂ ਪਿਤਾ ਕਹੋ, ਗਿਆਨੀ ਬਾਗ ਸਿੰਘ ਜੀ ਦੀ ਹੈ ਜਿਨ੍ਹਾਂ ਨੇ ਮੇਰੇ ਅੰਦਰ ਮਾਨਵ ਸੇਵਾ ਦੀ ਮਾੜੀ ਮੋਟੀ ਲਗਨ ਲਾਈ। ਮੈਂ ਬੜਾ ਅਕਿਰਤ ਕਣ ਬਦਨਸੀਬ ਹਾਂ ਕਿ ਉਹਨਾਂ ਦੀ ਕੀਮਤ ਨੂੰ ਨਾ ਸਮਝ ਸਕਿਆ। ਅਜੇ ਜੇ ਕਦੇ ਉਹ ਜਿਉਂਦੇ ਹੁੰਦੇ ਤਾਂ ਮੈਂ ਉਹਨਾਂ ਦੀ ਪੁੱਜ ਕੇ ਸੇਵਾ ਕਰਦਾ, ਪਰ ਵਕਤ ਬੀਤ ਗਿਆ। ਸਰੋਜ ਨੇ ਇੱਕ ਵਾਰੀ ਨਿਉਂ ਕੇ ਉਸ ਸਵਰਗਵਾਸੀ ਦੀ ਰੂਹ ਨੂੰ ਨਮਸਕਾਰ ਕੀਤੀ, ਫਿਰ ਬੋਲੀ, ਪਾਪਾ ਜੀ ਉਹ ਕਿੰਨਾ ਕੁ ਧੰਨਵਾਦ ਕਰਦੀ ਹੋਏਗੀ ਤੁਹਾਡਾ ਜਿਹਨੂੰ ਤੁਸੀਂ ਜੀਵਨ ਦਿੱਤਾ, ਕਾਸ਼ ਕਦੇ ਮੈਂ ਵੀ ਉਹਦੀ ਕੁਝ ਸੇਵਾ ਕਰ ਸਕਦੀ। ਵਰਿਆਮ ਸਿੰਘ ਨੇ ਕਿਸੇ ਮਿੱਠੇ ਅਸਰ ਹੇਠ ਕਿਹਾ, ਸੇਵਾ ਦੇ ਤਾਂ ਸਰੋਜ ਇਸ ਜ਼ਿੰਦਗੀ 'ਚ ਇੰਨੇ ਮੌਕੇ ਨੇ, ਇੰਨੀ ਰੱਬ ਦੀ ਖਲਕਤ ਕਿਸੇ ਨਿੱਘੇ ਹਮਦਰਦ ਹੱਥ ਦੀ ਛੋਹ ਖੁਣੋ ਅਨਿਆਈ ਮੌਤੇ ਮਰ ਰਹੀ ਹੈ ਕਿ ਆਦਮੀ ਦੀ ਉਮਰ ਦਾ ਮਿੰਟ ਮਿੰਟ ਵੀ ਹਿੱਸੇ ਨਹੀਂ ਆ ਸਕਦਾ। ਸਰੋਜ ਨੂੰ ਸਾਰੇ ਦੁੱਖ ਸਾਰੀਆਂ ਚਿੰਤਾਵਾਂ ਦੇ ਡਰ ਭੁੱਲ ਗਏ, ਉਹਦੀ ਆਤਮਾ ਕਿਸੇ ਨਵ ਪ੍ਰਕਾਸ਼ 'ਚ ਜਗਮਗਾ ਉੱਠੀ, ਉਹਦੀਆਂ ਅੱਖਾਂ 'ਚ ਕੋਈ ਮਹਾਨ ਸਵਰਗ ਲਿਸ਼ਕਣ ਲੱਗਾ। ਉਹਨੇ ਫਿਰ ਪੁੱਛਿਆ, ਪਰ ਉਸ ਵਿਚਾਰੀ ਦੀ ਇਹ ਹਾਲਤ ਕਿਸ ਤਰ੍ਹਾਂ ਹੋਈ, ਤੁਹਾਨੂੰ ਦੱਸਿਆ ਤਾਂ ਹੋਏਗਾ? ਉਹਨੇ ਦੱਸਿਆ ਸੀ, ਵਰਿਆਮ ਸਿੰਘ ਨੇ ਉੱਤਰ 'ਚ ਕਹਿਣਾ ਸ਼ੁਰੂ ਕੀਤਾ। ਉਸ ਆਪਣੀ ਜ਼ਿੰਦਗੀ ਦਾ ਸਾਰਾ ਹਾਲ ਮੈਨੂੰ ਸੁਣਾਇਆ। ਅਸਲ 'ਚ ਪਹਾੜਨ ਸੀ, ਇੱਕ ਚੰਗੇ ਰੱਜੇ ਪੁੱਜੇ ਹਿੰਦੂ ਘਰਾਣੇ ਦੀ ਲੜਕੀ, 5-6 ਵਰਿਆਂ ਦੀ ਸੀ ਜਦੋਂ ਕੰਜਰਾਂ ਦੇ ਕਿਸੇ ਏਜੰਟ ਨੇ ਉਹਨੂੰ ਪੁਚਲਾ ਕੇ ਲਿਆਂਦਾ। ਉਹ ਕੌਣ ਹੁੰਦੇ ਨੇ ਏਜੰਟ? ਆਮ ਤੌਰ 'ਤੇ ਬੁੱਢੀ ਉਮਰ ਦੀਆਂ ਵੇਸਵਾਵਾਂ ਹੁੰਦੀਆਂ ਨੇ ਜਿਨ੍ਹਾਂ ਦੀ ਜ਼ਿੰਦਗੀ ਪਾਪਾਂ ਦਾ ਭਾਰ ਢੋਂਦਿਆਂ ਬੀਤ ਜਾਂਦੀ ਹੈ। ਜਦੋਂ ਜਵਾਨੀ ਚਲੀ ਜਾਣ ਨਾਲ ਉਹਨਾਂ ਦੀ ਆਮਦਨੀ ਦੇ ਵਸੀਲੇ ਬੰਦ ਹੋ ਜਾਂਦੇ ਨੇ ਤਾਂ ਉਹ ਏਜੰਟੀ ਦਾ ਕੰਮ ਸ਼ੁਰੂ ਕਰ ਦਿੰਦੀਆਂ ਨੇ। ਪਹਾੜੀ ਪਿੰਡਾਂ 'ਚ, ਵੱਡੇ ਵੱਡੇ ਮੇਲਿਆਂ 'ਚ ਜਾਂ ਉਹਨੀ ਥਾਈਂ ਜਿੱਥੇ ਭੁੱਖ ਨੰਗ ਜਾਂ ਕਾਲ ਪਿਆ ਹੋਵੇ, ਜਾ ਕੇ ਉਹ ਕੁੜੀਆਂ ਨੂੰ ਕੱਢ ਜਾਂ ਖਰੀਦ ਲਿਆਉਂਦੀਆਂ ਨੇ, ਫਿਰ ਜਾਂ ਤਾਂ ਦੂਸਰੇ ਕੰਜਰਾਂ ਪਾਸ ਵੇਚ ਛੱਡਦੀਆਂ ਨੇ ਅਤੇ ਜਾਂ ਜਵਾਨ ਕਰਕੇ ਪੇਸ਼ੇ ਬਿਠਾਲ ਕੇ ਉਹਨਾਂ ਦੀ ਕਮਾਈ 'ਤੇ ਗੁਜ਼ਾਰਾ ਕਰਦੀਆਂ ਨੇ। ਜਨਾਨੀਆਂ ਤੋਂ ਛੁੱਟ ਮਰਦ ਵੀ ਇਹ ਵਪਾਰ ਕਰਦੇ ਨੇ। ਪ੍ਰਕਾਸ਼ ਵੀ ਉਹਨਾਂ ਬਦਨਸੀਬ ਕੁੜੀਆਂ 'ਚੋਂ ਇੱਕ ਹੈ। ਉਹਦੀ ਇੰਨੀ ਉਮਰ ਬਾਜ਼ਾਰੀ ਜ਼ਿੰਦਗੀ ਵਿੱਚ ਹੀ ਬੀਤੀ, ਉਹ ਬਿਮਾਰੀ ਪੈ ਗਈ, ਪਿੱਠ 'ਚ ਫੋੜਾ ਹੋ ਗਿਆ ਅਤੇ ਬਿਮਾਰੀ ਵਧਦੀ ਵਧਦੀ ਇੱਥੋਂ ਤੀਕ ਪਹੁੰਚ ਗਈ। ਪਰ ਪਾਪਾ ਜੀ, ਸਰੋਜ ਨੇ ਘਬਰਾਈ ਆਵਾਜ਼ 'ਚ ਪੁੱਛਿਆ, ਉਹਦਾ ਇਲਾਜ ਕਿਸੇ ਨਾ ਕੀਤਾ? ਇਲਾਜ ਕਰਨ ਵਾਲਾ ਉਹਦਾ ਕੌਣ ਸੀ? ਜਿਨ੍ਹਾਂ ਦੇ ਸਾਈ ਹੇਠੋਂ ਰਹਿੰਦੀ ਸੀ, ਉਹਦਾ ਮਤਲਬ ਸਿਰਫ ਉਹਦੀ ਖੱਟੀ ਨਾਲ ਸੀ। ਸ਼ੁਰੂ 'ਚ ਮਾੜਾ ਮੋਟਾ ਇਲਾਜ ਉਹਨਾਂ ਕੀਤਾ ਹੋਏਗਾ, ਪਰ ਜਦ ਆਰਾਮ ਨਾ ਆਉਂਦਾ ਦੇਖਿਆ ਤਾਂ ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਬਾਹਰ ਸੁੱਟ ਦਿੱਤੀ। ਕੌਣ ਕਿਸੇ ਲਈ ਦੁੱਖ ਸਹਾਰਦਾ ਹੈ? ਕੁਝ ਚਿਰ ਉਹ ਕਿਸੇ ਖਰੈਤੀ ਹਸਪਤਾਲ 'ਚ ਪਈ ਰਹੀ। ਹਸਪਤਾਲਾਂ ਵਿੱਚ ਵੀ ਪੈਸੇ ਨਾਲ ਹੀ ਸਭ ਕੁਝ ਹੁੰਦਾ ਹੈ। ਮਹੀਨਾ 2 ਮਹੀਨੇ ਬਿਨਾਂ ਇਲਾਜ ਰੁਲਦੀ ਰਹੀ, ਆਖਿਰ ਹੈ ਹੋਪਲੈਸ ਕੇਸ ਕਹਿ ਕੇ ਕੱਢ ਦਿੱਤੀ ਗਈ। ਫਿਰ ਉਸ ਲਈ ਛੁੱਟ ਸੜਕਾਂ ਤੋਂ ਹੋਰ ਕਿਹੜੀ ਥਾਂ ਸੀ? ਕੁਝ ਚਿਰ ਮੈਂ ਉਹਨੂੰ ਹਸਪਤਾਲ ਵਿੱਚ ਰੱਖਿਆ, ਕੁਝ 'ਤੇ ਵਾਕਫੀਅਤ ਨੇ ਜ਼ੋਰ ਅਤੇ ਕੁਝ ਪੈਸੇ ਦੀ ਮਦਦ ਨਾਲ ਇਲਾਜ ਕੀਤਾ, ਆਖਿਰ ਬਚ ਗਈ। ਖਿਆਲ ਕੀਤਾ ਕਿ ਮੁੜ ਉਸੇ ਜੂਨ 'ਚ ਨਾ ਜਾ ਪਵੇ। ਉਹਦੀ ਵੀ ਇਹੋ ਮਰਜ਼ੀ ਸੀ ਕਿ ਖੁਦ ਗਰਜ਼ਾਂ ਅਤੇ ਪਾਪੀਆਂ ਦੀ ਦੁਨੀਆ 'ਚ ਉਹਨੂੰ ਦੁਬਾਰਾ ਨਾ ਜਾਣਾ ਪਵੇ। ਉਹਨੇ ਖਾਹਿਸ਼ ਜ਼ਾਹਿਰ ਕੀਤੀ ਕਿ ਜੇ ਉਸ ਲਈ ਗੁਜ਼ਾਰੇ ਦਾ ਕੋਈ ਮਾੜਾ ਮੋਟਾ ਵਸੀਲਾ ਬਣ ਸਕੇ ਤਾਂ ਕਦੇ ਭਲਕੇ ਵੀ ਉਸ ਪਾਸੋਂ ਜਾਣ ਦਾ ਨਾਂ ਨਹੀਂ ਲਏਗੀ। ਉੱਧਰ ਕੁਲਦੀਪ ਦੀ ਮਾਂ ਨੇ ਕੋਈ ਨੌਕਰਾਣੀ ਲੱਭ ਕੇ ਦੇਣ ਲਈ ਮੈਨੂੰ ਕਿਹਾ। ਮੈਂ ਪ੍ਰਕਾਸ਼ ਲਈ ਕੰਮ ਦੀ ਭਾਲ 'ਚ ਸਾਂ, ਸੋਚਿਆ ਚਲੋ ਦੋਹਾਂ ਦਾ ਹੀ ਕੰਮ ਹੋ ਜਾਏਗਾ। ਉਹਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਉਹ ਆਪਣਾ ਅਸਲੀ ਨਾਂ ਅਤੇ ਜ਼ਿੰਦਗੀ ਦਾ ਭੇਤ ਕਿਸੇ ਨੂੰ ਨਾ ਦੱਸੇ, ਸਗੋਂ ਆਪਣੇ ਆਪ ਨੂੰ ਵਿਧਵਾ ਪ੍ਰਗਟ ਕਰੇ। ਉਹਦਾ ਅਸਲੀ ਨਾਂ ਪੁਤਲੀ ਬਾਈ ਹੈ। ਉਹਨੂੰ ਮੈਂ ਸਮਝਾ ਦਿੱਤਾ ਸੀ ਕਿ ਆਪਣੇ ਆਪ ਨੂੰ ਪ੍ਰਕਾਸ਼ਵਤੀ ਦੇ ਨਾਂ ਨਾਲ ਜ਼ਾਹਰ ਕਰੇ, ਪਰ ਦੇਖਦਾ ਕਿ ਉਹਦੀ ਚੰਚਲਤਾ ਦਿਨੋਂ ਦਿਨ ਉਗੜਦੀ ਆ ਰਹੀ ਹੈ। ਮੇਰੀਆਂ ਨਸੀਹਤਾਂ ਦਾ ਉਸ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਉਦੋਂ ਕੁਲਦੀਪ ਦੀ ਨਜ਼ਰ ਵੀ ਸਾਫ਼ ਨਹੀਂ ਜਾਪਦੀ। ਪਛਤਾ ਰਿਹਾ ਕਿ ਕਿਉਂ ਮੈਂ ਉਹਨੂੰ ਉੱਥੇ ਰਖਾਇਆ। ਚਿੰਤਾ ਲੱਗੀ ਹੋਈ ਹੈ ਕਿ ਜੇ ਕੁਲਦੀਪ ਉਹਦੇ ਫੰਦੇ 'ਚ ਫਸ ਗਿਆ ਤਾਂ ਕੀ ਬਣੇਗਾ। ਕੁਲਦੀਪ ਦੇ ਸੁਭਾਅ ਤੋਂ ਮੈਂ ਵਾਕਫ ਹਾਂ। ਥਾਲੀ ਦੇ ਪਾਣੀ ਵਾਂਗੂ ਪਤਾ ਨਹੀਂ ਕਿਹੜੇ ਵੇਲੇ ਕਿਸ ਪਾਸੇ ਉਲਟ ਜਾਏ। ਇਹ ਤਾਂ ਸੱਚਮੁੱਚ ਬੜੀ ਚਿੰਤਾ ਵਾਲੀ ਗੱਲ ਹੈ ਪਾਪਾ ਜੀ, ਸਰੋਜ ਨੇ ਕਿਹਾ। ਅੱਛਾ, ਕੁਝ ਹੀਲਾ ਕਰਾਂਗਾ ਕਹਿ ਕੇ ਵਰਿਆਮ ਸਿੰਘ ਉੱਠਣ ਲੱਗਾ ਸੀ ਕਿ ਸਰੋਜ ਨੇ ਉਹਨੂੰ ਰੋਕ ਕੇ ਪੁੱਛਿਆ, ਉਸ ਦਿਨ ਤੁਸੀਂ ਮੈਥੋਂ ਕੋਈ ਪ੍ਰਣ ਲੈਣਾ ਚਾਹਿਆ ਸੀ ਜਿਸ ਬਾਬਤ ਸੋਚਣ ਦੀ ਮੈਂ ਤੁਹਾਡੇ ਕੋਲੋਂ ਮੋਹਲਤ ਮੰਗੀ ਸੀ। ਅਜੇ ਹੋਰ ਸੋਚ ਲੈ ਸਰੋਜ, ਪ੍ਰਣ ਕਰਨ ਨਾਲੋਂ ਪ੍ਰਣ ਦੀ ਦੁਨੀਆ ਵਿੱਚ ਦਾਖਲ ਹੋਣਾ ਮੁਸ਼ਕਲ ਹੁੰਦਾ ਹੈ। ਅਤੇ ਉਹ ਹੇਠਾਂ ਉਤਰ ਗਿਆ। ਪ੍ਰਣ ਦੀ ਦੁਨੀਆ? ਸਰੋਜ ਨੇ ਮਤਲਬ ਨਾ ਸਮਝਦਿਆਂ ਹੋਇਆ ਪਿੱਛੋਂ ਆਵਾਜ਼ ਦੇ ਕੇ ਪੁੱਛਿਆ, ਉਹ ਕੀ ਹੁੰਦਾ ਪਾਪਾ ਜੀ? ਵਕਤ ਆਪੇ ਦੱਸ ਦਏਗਾ, ਵਰਿਆਮ ਸਿੰਘ ਨੇ ਪੌੜੀਆਂ ਵਿੱਚੋਂ ਜਵਾਬ ਦਿੱਤਾ।
ਅੰਗ 19ਵਾਂ ਪਸ਼ੂ ਬੇਕਾਬੂ ਹੋ ਜਾਏ ਤਾਂ ਰੱਸਿਆਂ ਨਾਲ ਸੋਟਿਆਂ ਨਾਲ ਮਨੁੱਖ ਨੂੰ ਕਾਬੂ ਕਰ ਲੈਂਦਾ ਹੈ ਪਰ ਜੇ ਮਨੁੱਖੀ ਮਨ ਬੇਕਾਬੂ ਹੋ ਜਾਏ ਤਾਂ ਸ਼ਾਇਦ ਇਹਦੇ ਫੜਨ ਲਈ ਕੋਈ ਰੱਸਾ ਪੈੜਾ ਨਹੀਂ ਇੱਕ ਵਾਰੀ ਕਾਬੂ 'ਚੋਂ ਨਿਕਲਿਆ ਤਾਂ ਗਿਆ ਕਈ ਦਿਨ ਹੋਰ ਬੀਤ ਗਏ ਪਰ ਕੁਲਦੀਪ ਨੂੰ ਪ੍ਰਕਾਸ਼ ਪਾਸੋਂ ਕੁਝ ਪੁੱਛਣ ਦਾ ਮੌਕਾ ਨਾ ਮਿਲ ਸਕਿਆ ਜਾਂ ਇਉਂ ਕਹੋ ਕਿ ਪ੍ਰਕਾਸ਼ ਨੇ ਮੌਕਾ ਨਹੀਂ ਸੀ ਦਿੱਤਾ ਸ਼ਿਕਾਰੀ ਜਾਲ ਉੱਤੇ ਚੋਗਾ ਸੁੱਟ ਕੇ ਆਪ ਪਰੇ ਹੋ ਗਿਆ ਅਤੇ ਸ਼ਿਕਾਰ ਪੈਰੋ ਪੈਰ ਜਾਲ ਵੱਲ ਵਧੀ ਆ ਰਿਹਾ ਸੀ ਅਤੇ ਇਸ ਕਿਸਮ ਦੀ ਸ਼ਿਕਾਰ ਵਿੱਦਿਆ 'ਚ ਪ੍ਰਕਾਸ਼ ਨਿਪੁੰਨ ਸੀ ਜਿਉਂ ਜਿਉਂ ਪਿੱਛੇ ਹਟਦੀ ਗਈ ਕੁਲਦੀਪ ਅਗਾਂਹ ਵੱਧਦਾ ਆਇਆ ਉਹਦਾ ਮਨ ਹਰ ਵੇਲੇ ਬੇਆਰਾਮ ਰਹਿਣ ਲੱਗਾ ਜਿਸ ਰਾਤ ਦੁੱਧ ਦਾ ਗਲਾਸ ਦੇ ਕੇ ਪ੍ਰਕਾਸ਼ ਹੇਠਾਂ ਉਤਰੀ ਸੀ ਉਹ ਤੋਂ ਪਿੱਛੋਂ ਕਈ ਦਿਨ ਤੀਕ ਉਹਨੇ ਕੁਲਦੀਪ ਦੇ ਸਾਹਮਣੇ ਅੱਖ ਉੱਚੀ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਕੱਲ੍ਹ ਦੇ ਸਮੇਂ ਉਹਦੇ ਕੋਲੋਂ ਲੰਘੀ ਦੁੱਧ ਪਹੁੰਚਾਉਣ ਜਾਂ ਹੋਰ ਕਿਸੇ ਇਹੋ ਜਿਹੇ ਕੰਮ ਲਈ ਵੀ ਉਹ ਕੋਈ ਨਾ ਕੋਈ ਬਹਾਨਾ ਪਾ ਕੇ ਗਿਆਨ ਕੌਰ ਨੂੰ ਉੱਪਰ ਭੇਜ ਦਿਆ ਕਰਦੀ ਉਹਦੇ ਵਰਤਾਰੇ ਵਿੱਚ ਇੱਕਦਮ ਇੰਨੀ ਤਬਦੀਲੀ ਨੇ ਜਿੱਥੇ ਕੁਲਦੀਪ ਦੀ ਤੜਪ ਓੜਕ 'ਤੇ ਪਹੁੰਚਾਤੀ ਉੱਥੇ ਉਹਦੇ ਦਿਲ 'ਚ ਕਈ ਤਰ੍ਹਾਂ ਦੇ ਸ਼ੰਕੇ ਵੀ ਉਤਪੰਨ ਹੋ ਰਹੇ ਸਨ ਉਹ ਕਿਉਂ ਮੈਥੋਂ ਇਸ ਤਰ੍ਹਾਂ ਡਰਨ ਲੱਗ ਪਈ ਕੀ ਮੇਰੀ ਉਸ ਦਿਨ ਵਾਲੀ ਗੱਲ ਨੂੰ ਗੁਸਤਾਖੀ ਸਮਝ ਕੇ ਉਹਨੇ ਬੁਰਾ ਮੰਨਿਆ ਸ਼ਾਇਦ ਉਹਦਾ ਬੁਰਾ ਮੰਨਣਾ ਠੀਕ ਹੀ ਸੀ ਇੱਕ ਬਗਾਨੀ ਜਨਾਨੀ ਇਸ ਤਰ੍ਹਾਂ ਦੀ ਖੁੱਲ੍ਹ ਲੈਣੀ ਕਿ ਮੇਰੇ ਲਈ ਮੁਨਾਸਿਬ ਸੀ ਕਿ ਮੈਨੂੰ ਇਸ ਪਾਸੋਂ ਮਾਫ਼ੀ ਨਹੀਂ ਮੰਗਣੀ ਚਾਹੀਦੀ ਪਰ ਇਹਦਾ ਵੀ ਮੌਕਾ ਤਾਂ ਮਿਲੇ ਉਹ ਕਿਸੇ ਇਹੋ ਜਿਹੇ ਮੌਕੇ ਦੀ ਭਾਲ 'ਚ ਰਹਿੰਦਾ ਪਰ ਇਸ ਵਿੱਚ ਉਹਨੂੰ ਸਫਲਤਾ ਨਾ ਹੋ ਸਕੀ ਅਤੇ ਇੱਕ ਦਿਨ ਆਪਣੇ ਆਪ ਹੀ ਮੌਕਾ ਬਣ ਗਿਆ ਕਾਕੇ ਦੇ ਪਿੰਡੇ ਦੇ ਕਈਆਂ ਦਿਨਾਂ ਤੋਂ ਕੁਝ ਫਿੰਸੀਆਂ ਨਿਕਲ ਆਈਆਂ ਸਨ ਸਧਾਰਨ ਦਵਾ ਦਾਰੂ ਨਾਲ ਕੋਈ ਫਰਕ ਨਾ ਪਿਆ ਜਿਸ ਕਰਕੇ ਗਿਆਨ ਕੌਰ ਨੇ ਕੁਲਦੀਪ ਨੂੰ ਕਿਹਾ ਕਿ ਇਹਨੂੰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਲਿਜਾ ਕੇ ਨੁਹਾ ਲਿਆਂਦਾ ਜਾਵੇ ਐਤਵਾਰ ਸੀ ਸਵੇਰੇ ਉੱਠਦਿਆਂ ਹੀ ਗਿਆਨ ਕੌਰ ਉੱਪਰ ਆ ਕੇ ਕੁਲਦੀਪ ਨੂੰ ਕਹਿਣ ਲੱਗੀ ਕਾਕਾ ਮੈਨੂੰ ਤਾਂ ਭੀੜ ਭੜੱਕੇ ਤੋਂ ਡਰ ਲੱਗਦਾ ਨਾਲੇ ਗੋਡਿਆਂ ਦੀ ਪੀੜ ਕਰਕੇ ਕਾਕੇ ਨੂੰ ਕੁੱਛੜ ਚੁੱਕ ਕੇ ਟੁਰਿਆ ਨਹੀਂ ਜਾਣਾ ਤੂੰ ਹੀ ਲੈ ਜਾ ਅਤੇ ਜ਼ਰਾ ਇਸ਼ਨਾਨ ਕਰਵਾ ਲਿਆ ਸੂ ਵਿਚਾਰਾ ਡਾਢਾ ਔਖਾ ਹੈ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਐਤਵਾਰ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਭੀੜ 'ਚ ਅੱਧ ਤੋਂ ਬਹੁਤਾ ਹਿੱਸਾ ਉਹਨਾਂ ਲੋਕਾਂ ਦਾ ਹੁੰਦਾ ਜਿਹੜੇ ਭਾਈ ਜੋਗਾ ਸਿੰਘ ਦੀ ਖੂਹ 'ਤੇ ਸਿਰਫ ਨਹਾਉਣ ਲਈ ਜਾਂਦੇ ਹਨ ਇਸ ਖੂਹ ਦਾ ਪਾਣੀ ਕੁਝ ਗਾੜਾ ਅਤੇ ਲੱਸੀ ਰੰਗਾ ਹੈ ਜਿਸ ਤੋਂ ਗੰਧਕ ਜਾਂ ਤੇਜ਼ਾਬ ਅਥਵਾ ਹੋਰ ਕਿਸੇ ਇਹੋ ਜਿਹੀ ਚੀਜ਼ ਦੀ ਮੁਸ਼ਕ ਆਉਂਦੀ ਹੈ ਇਸ ਪਾਣੀ 'ਚ ਸਿਫਤ ਹੈ ਕਿ ਇਸ ਨਾਲ ਨਹਾਤਿਆਂ ਬਹੁਤ ਸਾਰੀਆਂ ਜਿਲਦ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਕੁਲਦੀਪ ਬੋਲਿਆ ਮੈਂ ਤਾਂ ਲੈ ਜਾਵਾਂ ਪਰ ਸਾਰੇ ਰਾਹ ਚੁੱਕਾਂਗਾ ਕੀਕਣ ਜੇ ਰੋ ਪਿਆ ਤਾਂ ਮੇਰੇ ਆਖੇ ਚੁੱਪ ਵੀ ਨਹੀਂ ਕਰਨਾ ਇਹਨੇ ਮਾਂ ਨੇ ਕਿਹਾ ਪ੍ਰਕਾਸ਼ ਨੂੰ ਨਾਲ ਲਈ ਜਾ ਫਿਰ ਇਸ ਵਾਕ ਨੇ ਸਿਰ ਤੋਂ ਪੈਰਾਂ ਤੀਕ ਜਿਵੇਂ ਕੁਲਦੀਪ ਦੇ ਸਰੀਰ 'ਚ ਬਿਜਲੀ ਵੀ ਦੀ ਰੌਂ ਫੇਰਤੀ ਹੁਣ ਮੰਨਾ ਜਿਹਾ ਮੂੰਹ ਬਣਾ ਕੇ ਬੋਲਿਆ ਚੰਗਾ ਕੁਲਦੀਪ ਦੀ ਮਾਂ ਨੇ ਹੇਠਾਂ ਜਾ ਕੇ ਛੇਤੀ ਨਾਲ ਪ੍ਰਕਾਸ਼ ਦੇ ਕੱਪੜੇ ਬਦਲਵਾਏ ਉਹਨੂੰ ਜਾਣ ਲਈ ਤਿਆਰ ਕੀਤਾ ਜਦ ਹੇਠਾਂ ਆ ਕੇ ਕੁਲਦੀਪ ਨੇ ਦੇਖਿਆ ਤਾਂ ਇਹ ਉਹ ਪ੍ਰਕਾਸ਼ ਨਹੀਂ ਸੀ ਗੂੜੀ ਫਿਰੋਜ਼ੀ ਰੰਗ ਦੀ ਸਲਵਾਰ ਮੋਤੀਆ ਰੰਗ ਦੀ ਕਮੀਜ਼ ਦੇ ਉੱਤੇ ਚਿਕਨ ਦਾ ਦੁਪੱਟਾ ਮਾਨੋ ਕੋਈ ਪਰੀ ਉੱਡਣ ਲਈ ਤਿਆਰ ਖੜੀ ਸੀ ਅੱਜ ਉਹਨੇ ਵਾਲ ਵੀ ਉੱਚੇ ਉੱਚੇ ਯਤਨ ਨਾਲ ਵਾਏ ਹੋਏ ਮਲੂਮ ਹੁੰਦੇ ਸਨ ਇਹ ਸਾਰੇ ਕੱਪੜੇ ਕੁਲਦੀਪ ਦੇ ਪਛਾਤੇ ਹੋਏ ਸਨ ਸਤਵੰਤ ਦੇ ਜਿਹੜੇ ਗਿਆਨ ਕੌਰ ਨੇ ਖੁਸ਼ ਹੋ ਕੇ ਇੱਕ ਦਿਨ ਪ੍ਰਕਾਸ਼ ਨੂੰ ਦੇ ਦਿੱਤੇ ਸਨ ਇਹ ਤੋਂ ਕੋਈ ਅੱਧਾ ਕੁ ਘੰਟਾ ਬਾਅਦ ਕੁਲਦੀਪ ਅਤੇ ਪ੍ਰਕਾਸ਼ ਟਾਂਗੇ ਦੀ ਪਿਛਲੀ ਸੀਟ 'ਤੇ ਬੈਠੇ ਸ਼ਹਿਰ ਵੱਲ ਜਾ ਰਹੇ ਸਨ ਕੁਲਦੀਪ ਨੇ ਵੇਖਿਆ ਪ੍ਰਕਾਸ਼ ਨੇ ਪੂਰਾ ਘੁੰਡ ਤਾਂ ਨਹੀਂ ਸੀ ਕੱਢਿਆ ਹੋਇਆ ਪਰ ਉਹਦੇ ਦੁਪੱਟੇ ਦਾ ਪੱਲਾ ਇੰਨਾ ਨੀਵਾਂ ਜ਼ਰੂਰ ਸੀ ਜਿਹਨੇ ਉਹਦੇ ਚਿਹਰੇ ਨੂੰ ਅੱਧੇ ਤੋਂ ਬਹੁਤਾ ਲੁਕਾਇਆ ਹੋਇਆ ਸੀ ਅਤੇ ਇਸੇ ਅੱਧ ਲੁਕੇ ਚਿਹਰੇ ਨੇ ਕੁਲਦੀਪ ਦੇ ਸੀਨੇ 'ਤੇ ਇੱਕ ਹੋਰ ਬੰਨ ਛੱਡਿਆ ਰੇਲ ਦੇ ਫਾਟਕ ਕੋਲ ਪਹੁੰਚ ਕੇ ਟਾਂਗਾ ਰੁਕ ਗਿਆ ਫਾਟਕ ਬੰਦ ਸੀ ਹੋਰ ਵੀ ਕਈ ਟਾਂਗੇ ਅਤੇ ਦੋ ਤਿੰਨ ਲਾਰੀਆਂ ਖੜੀਆਂ ਸਨ ਇਹ ਤੋਂ ਪਹਿਲਾਂ ਸਾਰੇ ਰਾਹ ਇਹਨਾਂ 'ਚ ਕੋਈ ਗੱਲ ਕਥ ਨਹੀਂ ਸੀ ਹੋਈ ਇਸ ਵੇਲੇ ਸੁਬੱਬ ਨਾਲ ਕੋਚਵਾਨ ਉਤਰ ਕੇ ਘੋੜੇ ਦੇ ਤੰਗ ਕੱਸ ਰਿਹਾ ਸੀ ਕੁਲਦੀਪ ਦੀ ਸਲਾਹ ਹੋਈ ਕਿ ਪ੍ਰਕਾਸ਼ ਨਾਲ ਗੱਲਕਾਤ ਦਾ ਸਿਲਸਿਲਾ ਛੇੜੇ ਉਹਨੇ ਇੱਕ ਸਿੱਕਵੀ ਨਜ਼ਰ ਉਸ ਵੱਲ ਚੁੱਕੀ ਕਾਕਾ ਪ੍ਰਕਾਸ਼ ਦੇ ਮੋਢੇ ਨਾਲ ਸੁੱਤਾ ਸੀ ਕੁਲਦੀਪ ਦੀ ਨਜ਼ਰ ਪੈਂਦਿਆਂ ਹੀ ਉਹਦੀਆਂ ਅੱਖਾਂ ਝੁੱਕ ਗਈਆਂ ਦੁਬਾਰਾ ਉਸ ਵੱਲ ਤੱਕਣ ਦਾ ਕੁਲਦੀਪ ਹੀਆ ਨਾ ਕਰ ਸਕਿਆ ਹੁਣ ਉਹ ਦੂਜੇ ਪਾਸੇ ਮੂੰਹ ਕਰਕੇ ਜ਼ਾਹਰਾ ਇਹ ਦੇਖਣ ਲਈ ਕਿ ਫਾਟਕ ਖੁੱਲ੍ਹਿਆ ਜਾਂ ਨਹੀਂ ਅਨੁਮਾਨ ਲਾਉਣ ਲੱਗਾ ਕਿ ਪ੍ਰਕਾਸ਼ ਦੀਆਂ ਅੱਖਾਂ 'ਚ ਉਹਨੇ ਕੀ ਪੜਿਆ ਗੁੱਸਾ ਇਹ ਤਾਂ ਨਹੀਂ ਸੀ ਪਿਆਰ ਇਹਦਾ ਵੀ ਕੋਈ ਐਡਾ ਝਲਕਾਰਾ ਨਹੀਂ ਸੀ ਪੈਂਦਾ ਫਿਰ ਕੀ ਨਫ਼ਰਤ ਜੇ ਵੀ ਹੁੰਦੀ ਤਾਂ ਉਹ ਅੱਖਾਂ ਝੁਕਾਉਣ ਦੀ ਥਾਂ ਮੂੰਹ ਦੂਜੇ ਪਾਸੇ ਮੋੜ ਲੈਂਦੀ ਇਸੇ ਵੇਲੇ ਖੜ ਖੜ ਕਰਕੇ ਫਾਟਕ ਖੁੱਲ੍ਹਿਆ ਟਾਂਗਾ ਅਗਾਂਹ ਤੁਰ ਪਿਆ ਕੁਲਦੀਪ ਦੇ ਦਿਲ ਦੀ ਧੜਕਣ ਬਰਾਬਰ ਵੱਧਦੀ ਜਾ ਰਹੀ ਸੀ ਡਬਗਰੀ ਦਰਵਾਜ਼ੇ ਦੇ ਅੱਡੇ 'ਤੇ ਪਹੁੰਚ ਕੇ ਟਾਂਗਾ ਰੁਕਿਆ ਅਤੇ ਦੋਵੇਂ ਹੇਠਾਂ ਉਤਰੇ ਜੇ ਕੁਲਦੀਪ ਚਾਹੁੰਦਾ ਤਾਂ ਟਾਂਗਾ ਹੋਰ ਵੀ ਅਗਾਂਹ ਜਾ ਸਕਦਾ ਸੀ ਕਿਉਂਕਿ
ਤਾਂਗਾ ਉਹਨਾਂ ਨੇ ਸਾਲਮ ਕਿਰਾਏ ਤੇ ਕੀਤਾ ਹੋਇਆ ਸੀ, ਪਰ ਸ਼ਾਇਦ ਕੁਲਦੀਪ ਨੇ ਇੱਥੇ ਹੀ ਉਤਰਨਾ ਠੀਕ ਸਮਝਿਆ। ਦੋਵੇਂ ਦਰਵਾਜ਼ੇ ਅੰਦਰ ਦਾਖਲ ਹੋਏ, ਅੱਗੇ ਅੱਗੇ ਕੁਲਦੀਪ ਤੇ ਪਿੱਛੇ ਪਿੱਛੇ ਪ੍ਰਕਾਸ਼, ਜਿਹਨੇ ਮੱਥੇ ਤੋਂ ਪੱਲਾ ਖਿੱਚ ਕੇ ਥੋੜ੍ਹਾ ਜਿਹਾ ਹੋਰ ਨੀਵਾਂ ਕਰ ਲਿਆ ਸੀ। ਕੁਲਦੀਪ ਜਿੰਨੀ ਵਾਰੀ ਉਹਦੇ ਪਹਿਰਾਵੇ ਨੂੰ ਵੇਖਦਾ ਉਨੀ ਵਾਰ ਉਹਨੂੰ ਇਉਂ ਜਾਪਦਾ ਜਿਵੇਂ ਉਹਦੇ ਮਗਰ ਮਗਰ ਪ੍ਰਕਾਸ਼ ਨੇ ਸਤਵੰਤ ਤੁਰੇ ਆ ਰਹੇ। ਕੁਝ ਅੱਗੇ ਜਾ ਕੇ ਸੱਜੇ ਪਾਸੇ ਮੁੜਨਾ ਸੀ, ਕੁਲਦੀਪ ਮੁੜ ਗਿਆ, ਪਰ ਪ੍ਰਕਾਸ਼ ਕਈ ਕਦਮ ਸਿੱਧੀ ਅਗਾਂਹ ਲੰਘ ਗਈ। ਉਹਨੇ ਰੁਕ ਕੇ ਆਵਾਜ਼ ਦਿੱਤੀ, ਪ੍ਰਕਾਸ਼ ਇਸ ਪਾਸੇ। ਗੱਲਾਂ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਹੋ ਗਿਆ। ਮਾਲੂਮ ਹੁੰਦਾ ਤੂੰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਕਦੀ ਨਹੀਂ ਆਈ। ਪ੍ਰਕਾਸ਼ ਮੁੜ ਪਈ, ਪਰ ਕੁਲਦੀਪ ਦੀ ਗੱਲ ਦਾ ਉਹਨੇ ਉੱਤਰ ਨਾ ਦਿੱਤਾ। ਅਲਬੱਤਾ ਪੱਲਾ ਉਹਨੇ ਉਚੇਰਾ ਕਰ ਲਿਆ। ਇੱਕ ਵਾਰੀ ਫਿਰ ਕੁਲਦੀਪ ਦੀ ਨਜ਼ਰ ਉਹਦੀਆਂ ਅੱਖਾਂ 'ਤੇ ਜਾ ਟਿਕੀ, ਜਿਵੇਂ ਪ੍ਰਕਾਸ਼ ਦੀਆਂ ਅੱਖਾਂ 'ਚੋਂ ਕੋਈ ਅਣਡਿੱਠ ਜਿਹੀ ਲਾਟ ਨਿਕਲ ਕੇ ਕੁਲਦੀਪ ਦੇ ਹਿਰਦੇ ਨੂੰ ਲੂਹ ਗਈ। ਪ੍ਰਕਾਸ਼ ਨੇ ਕੁਝ ਅਜਿਹੀ ਅਦਾ ਨਾਲ ਉਸ ਵੱਲ ਤੱਕਿਆ ਕਿ ਕੁਲਦੀਪ ਆਪਣੇ ਆਪ ਵਿੱਚ ਨਾ ਰਿਹਾ। ਪਰ ਇਹ ਸਿਲਸਿਲਾ ਇੱਥੇ ਹੀ ਖਤਮ ਹੋ ਗਿਆ। ਗੁਰਦੁਆਰੇ ਜਾਣ ਆਉਣ ਵਾਲਿਆਂ ਦਾ ਤਾਣਾ ਤਣਦਾ ਜਾ ਰਿਹਾ ਸੀ। ਕਈ ਮਹੱਲੇ ਅਤੇ ਗਲੀਆਂ ਮੁੜਨ ਤੋਂ ਬਾਅਦ ਭਾਈ ਜੋਗਾ ਸਿੰਘ ਦਾ ਮਹੱਲਾ ਆਇਆ। ਇੱਥੇ ਪਹੁੰਚ ਕੇ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਜਨਾਨੀਆਂ ਛੱਡ ਕੇ ਮਰਦਾਂ ਨੂੰ ਵੀ ਲੰਘਣਾ ਮੁਹਾਲ ਸੀ। ਕਿਸੇ ਤਰ੍ਹਾਂ ਬਾਬਾ ਕਾਂਤ ਸਿੰਘ ਦੇ ਡੇਰੇ ਤੱਕ ਤਾਂ ਪ੍ਰਕਾਸ਼ ਕਾਕੇ ਨੂੰ ਚੁੱਕੀ ਤੁਰੀ ਗਈ, ਪਰ ਇਹ ਤੋਂ ਅੱਗੇ ਜਦ ਮੁਹੱਲੇ ਦੀ ਭੀੜ ਪੱਤੀ ਵਿੱਚ ਦਾਖਲ ਹੋਣ ਲੱਗੀ ਤਾਂ ਕਾਕਾ ਉਸ ਪਾਸੋਂ ਡਿੱਗਦਾ ਡਿੱਗਦਾ ਬਚਿਆ। ਕੁਲਦੀਪ ਨੇ ਝੱਟ ਗਾਂਹ ਹੋ ਕੇ ਕਾਕੇ ਨੂੰ ਫੜ ਲਿਆ, ਨਾਲ ਹੀ ਪ੍ਰਕਾਸ਼ ਨੂੰ ਭੀੜ ਪਾਸੋਂ ਬਚਾਉਣ ਲਈ ਉਹਦੇ ਬਿਲਕੁਲ ਨਾਲ ਹੋ ਗਿਆ। ਕਿਸੇ ਤਰ੍ਹਾਂ ਦੋਵੇਂ ਪੱਤੀ ਦਾ ਫਾਟਕ ਲੰਘੇ। ਅੰਦਰਲੀ ਭੀੜ ਦਾ ਕੋਈ ਆਰ ਪਾਰ ਨਹੀਂ ਸੀ। ਇਸ ਉੱਤੇ ਮੁਸੀਬਤ ਇਹ ਸੀ ਕਿ ਗਲੀ ਦੇ ਦੋਵੇਂ ਪਾਸੇ ਖੱਬੇ ਸੱਜੇ ਸਾਰੀ ਥਾਂ ਮੁਨਿਆਰੀ ਵਾਲਿਆਂ ਦੀਆਂ ਫਿਰਤੂ ਦੁਕਾਨਾਂ, ਆਲੂ ਛੋਲਿਆਂ ਅਤੇ ਗੋਲ ਗੱਪਿਆਂ ਦੇ ਛਾਬਿਆਂ ਅਤੇ ਮੰਗਤਿਆਂ ਨੇ ਰੋਕੀ ਹੋਈ ਸੀ। ਸੌੜੀ ਗਲੀ 'ਚ ਦੁਕਾਨਾਂ ਛਾਬਿਆਂ ਅੱਗੇ ਬੈਠੇ ਗਾਹਕਾਂ ਦੀ ਭੀੜ, ਰੱਬ ਦੇ ਅਤੇ ਬੰਦਾ ਸਹੀ, ਵਿਚਾਰੀਆਂ ਪਸ਼ੌਰਨਾ ਜਿਨ੍ਹਾਂ ਨੂੰ ਹਫ਼ਤੇ 'ਚ ਮਸੇ ਮਸੇ ਆਲੂ ਛੋਲੇ ਅਤੇ ਗੋਲ ਗੱਪੇ ਖਾਣ ਦੀ ਖੁੱਲ੍ਹੀ ਛੁੱਟੀ ਮਿਲੀ ਸੀ, ਮੁਸੀਬਤ ਦੇ ਮੂੰਹ ਆਈਆਂ ਸਨ। ਛਾਬੇ ਵਾਲਾ ਆਪਣੇ ਛਾਬੇ ਦੁਆਲੇ ਬੈਠੀਆਂ ਗਾਹਕਣੀਆਂ ਦੀ ਗੋਲ ਕਤਾਰ ਨੂੰ ਬਿਜਲੀ ਦੀ ਤੇਜ਼ੀ ਨਾਲ ਗੋਲ ਗੱਪੇ ਭਰ ਭਰ ਕੇ ਦੇਈ ਜਾਂਦਾ ਸੀ ਕਿ ਭੀੜ ਦਾ ਰੇਲਾ ਜੋ ਆਇਆ ਕਈ ਗਾਹਕਾਂ ਦੇ ਹੱਥੋਂ ਡੂਨੇ ਭੁੰਜੇ ਡਿੱਗ ਪਏ। ਇੱਕ ਦੇ ਮੂੰਹ 'ਚ ਭਰੀ ਹੋਈ ਗੋਲ ਗੱਪੇ ਦੀ ਕਾਂਜੀ ਪੁੱਚ ਕਰਕੇ ਛਾਬੇ 'ਚ ਜਾ ਪਈ। ਇੱਕ ਹੋਰ ਦਾ ਗੋਡਾ ਵੱਜਣ ਨਾਲ ਛਾਬਾ ਇੱਕ ਪਾਸੇ ਨੂੰ ਉੱਲਰ ਗਿਆ। ਛਾਬੇ ਵਾਲਾ ਗਾਹਕ ਨੂੰ ਘੂਰਦਾ ਅਤੇ ਗਾਹਕ ਅੱਧਾ ਗੋਲ ਗੱਪਾ ਮੂੰਹ ਵਿੱਚ ਅਤੇ ਅੱਧਾ ਬਾਹਰ ਭੀੜ ਵੱਲ ਇਸ਼ਾਰਾ ਕਰਕੇ ਆਪਣੀ ਨਿਰਦੋਸ਼ਤਾ ਪ੍ਰਗਟ ਕਰ ਰਿਹਾ ਸੀ। ਇਹੋ ਹਾਲ ਮੁਨਿਆਰਾਂ ਅਤੇ ਬਾਕੀ ਦੁਕਾਨਦਾਰਾਂ ਦਾ ਸੀ। ਸਭ ਤੋਂ ਬਹੁਤੀ ਕਾਵਾਂ ਰੌਲੀ ਡਕੌਤਾਂ ਨੇ ਪਾਈ ਹੋਈ ਸੀ, ਜਿਹੜੇ ਥਾਂ ਥਾਈਂ ਜੁੱਤੀਆਂ ਬੂਟਾਂ ਦਾ ਖਲਾਰਾ ਪਾਈ ਬੈਠੇ ਸਨ ਅਤੇ ਦੂਰੋਂ ਆਉਂਦੇ ਯਾਤਰੀਆਂ ਨੂੰ ਵੇਖ ਕੇ ਬੋਲ ਉੱਠਦੇ, ਮਾਈ ਇੱਥੇ ਰੱਖ ਜੋੜਾ, ਸਰਦਾਰ ਜੀ, ਕਾਕਾ ਬਾਊ ਜੀ, ਜੋੜਾ ਇੱਥੇ ਰੱਖੋ ਜੀ। ਭੀੜ ਨੂੰ ਧੱਕਦੇ ਠੇਲਦੇ ਦੋਵੇਂ ਆਖਰ ਖੂਹੀ ਤੱਕ ਪਹੁੰਚ ਗਏ। ਕੁਲਦੀਪ ਦੇ ਖੱਬੇ ਹੱਥ 'ਚ ਕਾਕਾ ਸੀ ਅਤੇ ਸੱਜੇ 'ਚ ਉਹਨੇ ਪ੍ਰਕਾਸ਼ ਦਾ ਹੱਥ ਫੜਿਆ ਆਇਆ ਸੀ। ਵਿਚਾਰੀ ਪ੍ਰਕਾਸ਼ ਦਾ ਬੁਰਾ ਹਾਲ ਸੀ, ਦੁਪੱਟਾ ਸਿਰ ਤੋਂ ਲੱਥ ਕੇ ਗਲ 'ਚ ਪਿਆ ਸੀ, ਚੋਖੇ ਚਿਰ ਦੀ ਮਿਹਨਤ ਨਾਲ ਸਵਾਰੇ ਵਾਲ ਬਿਖਰ ਗਏ ਸਨ, ਉਹਦੇ ਚਿਹਰੇ ਤੋਂ ਘਬਰਾਹਟ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ। ਭੀੜ 'ਚੋਂ ਨਿਕਲਦਿਆਂ ਹੀ ਉਹਨੇ ਕੱਪੜਾ ਲੱਤਾ ਠੀਕ ਕੀਤਾ ਅਤੇ ਕਾਕੇ ਨੂੰ ਕੁਲਦੀਪ ਪਾਸੋਂ ਫੜ ਚੁਬੱਚੇ ਵੱਲ ਚਲੀ ਗਈ। ਜਦ ਪ੍ਰਕਾਸ਼ ਕਾਕੇ ਨੂੰ ਨਹਾ ਚੁੱਕੀ ਤਾਂ ਗੁਰਦੁਆਰੇ ਮੱਥਾ ਟੇਕ ਕੇ ਕੁਝ ਮੰਨਤ ਮਨੌਤ ਜਿਹੜੀ ਗਿਆਨ ਕੌਰ ਨੇ ਕਹੀ ਸੀ ਚੜ੍ਹਾ ਕੇ ਦੁਬਾਰਾ ਭੀੜ ਨਾਲ ਘੁਲਦੇ ਘੁਲਦੇ ਕਿਸੇ ਤਰ੍ਹਾਂ ਬਾਹਰ ਨਿਕਲੇ। ਕੁਲਦੀਪ ਨੇ ਮਨੋ ਭਾਵ ਜਿਨ੍ਹਾਂ ਨੂੰ ਹੁਣ ਜਲਦੀ ਪ੍ਰਕਾਸ਼ ਅੱਗੇ ਖੋਲ੍ਹਣਾ ਚਾਹੁੰਦਾ ਸੀ, ਅਜੇ ਤੀਕ ਉਹਦੇ ਅੰਦਰ ਹੀ ਡੱਕੇ ਸਨ। ਉਹ ਚਾਹੁੰਦਾ ਸੀ ਕਿਤੇ ਇਕਾਂਤ ਜਗ੍ਹਾ ਬੈਠ ਕੇ ਉਹਨਾਂ ਨੂੰ ਪ੍ਰਗਟ ਕਰਨਾ। ਜਦ ਇਹ ਦੋਵੇਂ ਡਬਗਰੀ ਦਰਵਾਜ਼ੇ ਕੋਲ ਪਹੁੰਚੇ ਤਾਂ ਕੁਲਦੀਪ ਨੇ ਸੰਗਦਿਆਂ ਸੰਗਦਿਆਂ ਕਿਹਾ, ਪ੍ਰਕਾਸ਼ ਜੇ ਤੂੰ ਕਹੀਂ ਤਾਂ ਪੰਜ ਤੀਰਥ ਵੱਲੋਂ ਵੀ ਹੁੰਦੇ ਚੱਲੀਏ, ਬੜੀ ਮੁੱਦਤ ਹੋਈ ਏ ਮੈਨੂੰ ਉਸ ਪਾਸੇ ਗਿਆ। ਚੱਲੇ ਚਲੇ ਚਲੋ, ਪ੍ਰਕਾਸ਼ ਨੇ ਬਿਨਾਂ ਉਸ ਵੱਲ ਤੱਕਿਆਂ ਕਿਹਾ। ਕੁਲਦੀਪ ਦੀ ਜਾਨ 'ਚ ਜਾਨ ਆਈ, ਉਹਨੂੰ ਡਰ ਸੀ ਕਿ ਮਤੇ ਪ੍ਰਕਾਸ਼ ਇਨਕਾਰ ਨਾ ਕਰ ਦੇ। ਪੰਜ ਤੀਰਥ ਦਾ ਟਾਂਗਾ ਕਰਕੇ ਦੋਵੇਂ ਸਵਾਰ ਹੋ ਗਏ। ਅੰਗ ਵੀਮਾ ਕਚਹਿਰੀ ਦਰਵਾਜ਼ਿਓਂ ਨਿਕਲਦਿਆਂ ਬੜੀ ਵੱਡੀ ਸੜਕ ਪਾਰ ਕਰਕੇ ਇੱਕ ਪੁਰਾਣੀ ਸੈਰਗਾਹ ਹੈ ਜਿਹਨੂੰ ਪੰਜ ਤੀਰਥ ਕਹਿੰਦੇ ਹਨ। ਇਹੋ ਪੁਰਾਣੇ ਸਮੇਂ ਦੀ ਇੱਕ ਸਦਾ ਜਿਉਂਦੀ ਯਾਦ ਹੈ। ਇਹਦੀ ਪ੍ਰਾਚੀਨਤਾ ਬਾਬਤਾ ਸਹੀ ਤੌਰ 'ਤੇ ਕੁਝ ਨਹੀਂ ਆਖਿਆ ਜਾ ਸਕਦਾ, ਕਿਉਂਕਿ ਕਿਸੇ ਹਿੰਦੂ ਇਤਿਹਾਸ 'ਚ ਇਹਦਾ ਜ਼ਿਕਰ ਨਹੀਂ। ਜ਼ਬਾਨੀ ਰਵਾਇਤਾਂ ਇਸ ਬਾਬਤ ਕਈ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਇਹ ਹੈ ਕਿ ਪੰਜ ਤੀਰਥ ਪੰਜਾਂ ਪਾਂਡਵਾਂ ਦਾ ਬਨਾਰਸ ਸਥਾਨ ਸੀ। ਉਹਨਾਂ ਨੇ ਆਪਣੀ ਜਲਾਵਤਨੀ ਦੇ ਬਹੁਤ ਸਾਰੇ ਸਾਲ ਇੱਥੇ ਬਿਤਾਏ ਸਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਕਿਸੇ ਪੰਚਮ ਰਿਸ਼ੀ ਨੇ ਇੱਥੇ ਤਪੱਸਿਆ ਕੀਤੀ ਸੀ। ਇਤਿਹਾਸਿਕ ਤੌਰ 'ਤੇ ਇਸ ਥਾਂ ਦੀ ਕੋਈ ਮਹੱਤਤਾ ਹੋਵੇ ਭਾਵੇਂ ਨਾ, ਪਰ ਹੈ ਬੜੀ ਰਮਣੀਕ ਅਤੇ ਦਿਲ ਖਿੱਚਵੀਂ ਥਾਂ। ਅੱਧ ਮੀਲ ਦੀ ਵਲਗਣ 'ਚ ਸੰਘਣੇ ਦਰੱਖਤਾਂ ਦੀ ਛਾਂ, ਜਗ੍ਹਾ ਜਗ੍ਹਾ ਉਮਾਹੂ ਚਸ਼ਮੇ ਬੌਲੀਆਂ ਜਿਨ੍ਹਾਂ ਦਾ ਠੰਡਾ ਨਿਰਮਲ ਪਾਣੀ ਨਿਰੰਤਰ ਵਹਿੰਦਾ ਰਹਿੰਦਾ ਹੈ।
ਖੁੱਲੇ ਸਵੱਛ ਤੇ ਘਾਹ ਨਾਲ ਢਕੇ ਮੈਦਾਨ, ਅਨੇਕਾਂ ਮੰਦਰ ਬਾਰਾਂਦਰੀਆਂ ਤੇ ਚਬੂਤਰੇ ਦੀ ਪੁਰਾਤਨਤਾ ਤੇ ਸੁਹੱਪਣ ਦੀ ਹਾਮੀ ਭਰਦੇ ਹਨ। ਗਰਮੀਆਂ 'ਚ ਇਸ ਥਾਂ ਬੜੀ ਗਹਿਮਾ ਗਹਿਮੀ ਰਹਿੰਦੀ ਹੈ। ਰੋਜ਼ ਸੈਂਕੜੇ ਲੋਕੀ ਗਰਮੀ ਤੋਂ ਬਚਣ ਲਈ ਇਸ ਸੀਤਲ ਕੁੰਜ ਦੀ ਸ਼ਰਨ ਲੈਂਦੇ ਹਨ। ਪਿਸ਼ਾਵਰ 'ਚ ਗਰਮੀਆਂ ਦੀ ਰੁੱਤੇ ਸੈਲ ਪਾਉਣ ਦਾ ਆਮ ਰਿਵਾਜ਼ ਹੈ, ਜਿੱਥੇ ਦੋ ਚਾਰ ਸਾਥੀ ਰਲੇ ਵਿਹਲੀ ਦਿਹਾੜੀ ਮਿਲੀ ਕਿ ਚਲੋ ਅੱਜ ਸੈਲ ਪਾਈਏ। ਇਹ ਸੈਲ ਪਾਉਣਾ ਬੜੀ ਸੁਆਦਲੀ ਪਿਕਨਿਕ ਹੁੰਦੀ ਹੈ। ਰਸਦ ਪਾਣੀ ਘਰਾਂ ਤੋਂ ਲੈ ਕੇ ਅਨੇਕਾਂ ਟੋਲੀਆਂ ਇੱਥੇ ਆਮ ਮੌਜੂਦ ਹੁੰਦੀਆਂ ਹਨ। ਥਾਂ ਥਾਂ ਚੁੱਲ੍ਹੇ ਭੱਠੀਆਂ ਗਰਮ ਹੋ ਜਾਂਦੀਆਂ ਹਨ। ਅਫਸੋਸ ਵਾਲੀ ਗੱਲ ਇਹ ਹੈ ਕਿ ਸਮੇਂ ਦੇ ਕੁਝ ਪ੍ਰਭਾਵ ਨੇ ਇਸ ਥਾਂ ਨੂੰ ਕਾਫ਼ੀ ਅਪਵਿੱਤਰ ਕਰ ਦਿੱਤਾ ਹੈ, ਨਹੀਂ ਤਾਂ ਪੰਜ ਤੀਰਥ ਸੱਚਮੁੱਚ ਹੀ ਆਪਣੇ ਆਪ ਵਿੱਚ ਕਦੇ ਪੰਜ ਤੀਰਥ ਦੀ ਮਹਾਨਤਾ ਰੱਖਦਾ ਹੋਵੇਗਾ। ਜਿਉਂ ਜਿਉਂ ਸਿਆਲ ਆਉਂਦਾ ਹੈ ਇਸ ਥਾਂ ਦੀ ਰੌਣਕ ਘਟਦੀ ਜਾਂਦੀ ਹੈ। ਸੈਲਾਨੀ ਟੋਲੀਆਂ ਦੀ ਥਾਂ ਅੱਜ ਕੱਲ੍ਹ ਕੋਈ ਕੋਈ ਭਗਤ ਜਨ ਇਸ਼ਨਾਨ ਲਈ ਜਾਂ ਪੂਜਾ ਪਾਠ ਲਈ ਇਸ ਪਾਸੇ ਆ ਨਿਕਲਦਾ, ਨਹੀਂ ਤਾਂ ਇਹਨੀਂ ਦਿਨੀ ਅਕਸਰ ਸੁੰਨਸਾਨ ਰਹਿੰਦੀ ਹੈ। ਪੰਜ ਤੀਰਥ ਦੀ ਇੱਕ ਨੁਕਰੇ ਕਟੋਰੀ ਖੂਹੀ ਬੜਾ ਪ੍ਰਸਿੱਧ ਇਸ਼ਨਾਨ ਸਥਾਨ ਹੈ। ਇਹ ਖੂਹੀ ਕੰਢਿਆਂ ਤੱਕ ਭਰੀ ਰਹਿੰਦੀ ਹੈ। ਇਹਦਾ ਪਾਣੀ ਹਰ ਵੇਲੇ ਉੱਪਰੋਂ ਤਰ ਕੇ ਵਗਦਾ ਰਹਿੰਦਾ ਹੈ। ਇਹਦੇ ਲਾਗੇ ਕਰਕੇ ਇੱਕ ਛੋਟੀ ਜਿਹੀ ਬਾਰਾਂਦਰੀ ਹੈ। ਕੁਲਦੀਪ ਅਤੇ ਪ੍ਰਕਾਸ਼ ਫਿਰਦੇ ਫਿਰਾਉਂਦੇ 9 ਵਜੇ ਦੇ ਲਗਭਗ ਇੱਥੇ ਆ ਕੇ ਬੈਠ ਗਏ। ਲਾਗੇ ਪਾਸੇ ਕੋਈ ਆਦਮੀ ਨਹੀਂ ਸੀ, ਜਿਸ ਕਰਕੇ ਕੁਲਦੀਪ ਨੇ ਦਿਲ ਖੋਲ੍ਹਣ ਦਾ ਇੱਕ ਚੰਗਾ ਮੌਕਾ ਖਿਆਲ ਕੀਤਾ। ਉਹਨੇ ਇੱਕ ਵਾਰੀ ਪ੍ਰਕਾਸ਼ ਵੱਲ ਤੱਕਿਆ, ਫਿਰ ਜ਼ਰਾ ਰੁੱਕ ਕੇ ਬੋਲਿਆ, ਪ੍ਰਕਾਸ਼। ਪ੍ਰਕਾਸ਼ ਨੇ ਕਟੀਲੀ ਜਿਹੀ ਅਦਾ ਨਾਲ ਉਸ ਵੱਲ ਤੱਕਿਆ ਅਤੇ ਬੋਲੀ, ਹਾਂਜੀ, ਤੂੰ ਕੁਝ ਗੁੱਸੇ ਹੈ ਮੇਰੇ ਨਾਲ? ਮੈਂ ਨਹੀਂ। ਉਹਨੇ ਮੂੰਹ ਦੂਜੇ ਪਾਸੇ ਕਰ ਲਿਆ, ਝੂਠ ਨਾ ਬੋਲ ਪ੍ਰਕਾਸ਼, ਤੁਹਾਡੇ ਅੱਗੇ ਝੂਠ ਮੈਂ ਕਦੇ ਨਹੀਂ ਬੋਲ ਸਕਦੀ। ਉਹਨੇ ਨਜ਼ਰ ਮੋੜ ਕੇ ਉਸ ਵੱਲ ਤੱਕਿਆ, ਐਤਕੀ ਪ੍ਰਕਾਸ਼ ਦੀ ਬੇਸੰਕੋਚ ਨਜ਼ਰ ਕੁਲਦੀਪ 'ਤੇ ਪਈ, ਜਿਹਨੇ ਉਹਦਾ ਰਸਤਾ ਸਾਫ਼ ਕਰ ਦਿੱਤਾ। ਬੋਲਿਆ, ਉਸ ਦਿਨ ਤੋਂ ਪਿੱਛੋਂ ਤੂੰ ਕਦੀ ਵੀ ਮੇਰੇ ਸਾਹਮਣੇ ਨਹੀਂ ਹੋਈ, ਇਹਦੀ ਕੀ ਵਜ੍ਹਾ? ਕਿਸ ਦਿਨ ਤੋਂ? ਜਿਸ ਦਿਨ ਤੂੰ ਮੈਨੂੰ ਦੁੱਧ ਦਾ ਗਲਾਸ ਦੇ ਕੇ ਗਈ ਸੀ। ਪ੍ਰਕਾਸ਼ ਚੁੱਪ ਰਹੀ। ਮੇਰੇ ਕੋਲੋਂ ਉਸ ਦਿਨ ਕੋਈ ਵਧੀਕੀ ਹੋਈ ਸੀ? ਕੁਲਦੀਪ ਦੇ ਮੱਥੇ 'ਤੇ ਤਰੇਲੀਆਂ ਆ ਰਹੀਆਂ ਸਨ। ਨਹੀਂ, ਪਰ ਮੈਂ ਤਾਂ ਤੇਰੇ ਕੋਲੋਂ ਕਈ ਗੱਲਾਂ ਪੁੱਛਣੀਆਂ ਚਾਹੁੰਦਾ ਸਾਂ ਅਤੇ ਤੂੰ, ਕੁਲਦੀਪ ਨੇ ਸੰਗਦਿਆਂ ਕਿਹਾ। ਪ੍ਰਕਾਸ਼ ਦੱਸੇਂਗੀ ਜੋ ਮੈਂ ਪੁੱਛਾਂਗਾ? ਪੁੱਛੋ। ਪ੍ਰਕਾਸ਼ ਨੇ ਇੱਕ ਵਾਰੀ ਫਿਰ ਉਸੇ ਤਰ੍ਹਾਂ ਤੱਕਿਆ। ਕੁਲਦੀਪ ਦਾ ਦਿਲ ਬੇਕਾਬੂ ਹੁੰਦਾ ਜਾ ਰਿਹਾ ਸੀ। ਤੇਰੇ ਵਰਗੀ ਚੰਗੇ ਘਰਾਣੇ ਦੀ ਲੜਕੀ ਨੂੰ ਇਹੋ ਜਿਹੀ ਘਟੀਆ ਨੌਕਰੀ ਕਿਉਂ ਕਰਨੀ ਪਈ? ਚੰਗੇ ਘਰਾਣੇ ਦੀ ਸ਼ਬਦ ਦੀ ਥਾਂ ਸ਼ਾਇਦ ਕੁਝ ਹੋਰ ਸੋਹਣੀ ਹੁਸੈਨ ਆਦਿ ਵਿਸ਼ੇਸ਼ਣ ਜੋੜਨਾ ਚਾਹੁੰਦਾ ਸੀ, ਪਰ ਇਹ ਉਹ ਤੋਂ ਨਾ ਹੋ ਸਕਿਆ ਅਤੇ ਜੋ ਕੁਝ ਕਹਿ ਗਿਆ ਇਸ ਬਾਬਤ ਹੀ ਉਹਨੂੰ ਡਰ ਸੀ ਕਿ ਪ੍ਰਕਾਸ਼ ਗੁੱਸਾ ਨਾ ਕਰ ਲਏ, ਪਰ ਉਹਦਾ ਖਿਆਲ ਗਲਤ ਨਿਕਲਿਆ। ਪ੍ਰਕਾਸ਼ ਦੇ ਚਿਹਰੇ 'ਤੇ ਗੁੱਸੇ ਜਾਂ ਸੰਕੋਚ ਦਾ ਹੁਣ ਕੋਈ ਚਿੰਨ੍ਹ ਨਹੀਂ ਸੀ। ਉਹ ਠੰਡਾ ਸਾਹ ਭਰ ਕੇ ਬੋਲੀ, ਕਿਸਮਤ ਜੋ ਨਾ ਕਰਾਏ ਥੋੜ੍ਹਾ, ਜੇ ਕੋਈ ਹਰਜ਼ ਨਾ ਸਮਝੇ ਤਾਂ ਮੈਂ ਤੇਰਾ ਹਾਲ ਸੁਣਨਾ ਚਾਹੁੰਦਾ। ਉਹਦਾ ਦਿਲ ਕੰਬ ਰਿਹਾ ਸੀ, ਜਿਵੇਂ ਇੱਕ ਮੁਲਜ਼ਿਮ ਦਾ ਹਾਕਮ ਦੇ ਸਾਹਮਣੇ। ਉਹਨੂੰ ਕਿਸੇ ਕਿਸੇ ਵੇਲੇ ਸੋਚ ਆਉਂਦੀ, ਮੈਂ ਇਸ ਪਾਸੋਂ ਕਿਉਂ ਇੰਨਾ ਡਰ ਰਿਹਾ, ਇੱਕ ਨੌਕਰਾਣੀ ਪਾਸੋਂ? ਕਾਕਾ ਇਸ ਵੇਲੇ ਪ੍ਰਕਾਸ਼ ਦੀ ਗੋਦੀ 'ਚ ਸੁੱਤਾ ਸੀ। ਪ੍ਰਕਾਸ਼ ਨੇ ਐਤਕੀ ਇੱਕ ਨਵੀਂ ਜਿਹੀ ਨਜ਼ਰ ਨਾਲ ਕੁਲਦੀਪ ਵੱਲ ਤੱਕਿਆ, ਜਿਸ 'ਚੋਂ ਕੁਲਦੀਪ ਨੂੰ ਸਾਂਝ ਅਤੇ ਆਪਣੱਤ ਦੀ ਝਲਕ ਵਿਖਾਈ ਦਿੱਤੀ। ਉਹ ਸਰਕ ਕੇ ਜ਼ਰਾ ਹੋਰ ਉਹਦੇ ਨੇੜੇ ਹੋ ਗਿਆ, ਮਾਨੋ ਕਿਸੇ ਉੱਚੇ ਅਤੇ ਅਪਹੁੰਚ ਪਹਾੜ 'ਤੇ ਚੜ੍ਹਨ ਦਾ ਇਰਾਦਾ ਕਰਕੇ। ਉਹਨੇ ਸਹਿਜ ਨਾਲ ਪ੍ਰਕਾਸ਼ ਦੇ ਹੱਥ ਨੂੰ ਫੜ ਲਿਆ। ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ। ਪ੍ਰਕਾਸ਼, ਜੇ ਤੂੰ ਮੈਨੂੰ ਆਪਣਾ ਦਿਲ ਦਿਖਾਲ ਸਕੇ ਤਾਂ ਮੈਂ ਵੀ। ਅਤੇ ਉਹ ਵਾਕ ਨੂੰ ਪੂਰਾ ਨਾ ਕਰ ਸਕਿਆ। ਪ੍ਰਕਾਸ਼ ਨੇ ਹੱਥ ਨੂੰ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹਨੂੰ ਕੁਲਦੀਪ ਨੇ ਆਪਣੀ ਪ੍ਰੇਮ ਸੰਗਰਾਮ ਦੀ ਪਹਿਲੀ ਜਿੱਤ ਸਮਝਿਆ, ਪਰ ਪ੍ਰਕਾਸ਼ ਦੀਆਂ ਅੱਖਾਂ 'ਚ ਉਹਨੂੰ ਬੇਵਸੀ ਜੀ ਦੀ ਝਲਕ ਦਿਸ ਰਹੀ ਸੀ। ਤੁਸੀਂ ਪੁੱਛ ਕੇ ਕੀ ਕਰੋਗੇ? ਪ੍ਰਕਾਸ਼ ਜਿਵੇਂ ਆਪਣੀ ਬੇਵਸੀ ਨੂੰ ਸੱਗੇ ਪ੍ਰਗਟ ਨਹੀਂ ਸੀ ਕਰਨਾ ਚਾਹੁੰਦੀ। ਮੇਰੇ ਮਾਂ ਪਿਓ ਨਿੱਕੇ ਹੁੰਦਿਆਂ ਹੀ ਮਰ ਗਏ ਸਨ, ਮੈਂ ਆਪਣੀ ਹੋਸ਼ ਯਤੀਮ ਖਾਨੇ 'ਚ ਸੰਭਾਲੀ ਸੀ। 15 ਵਰ੍ਹਿਆਂ ਦੀ ਸਾਂ ਜਦੋਂ ਯਤੀਮ ਖਾਨੇ ਵਾਲਿਆਂ ਮੈਨੂੰ ਇੱਕ ਬਿਮਾਰ ਬੁੱਢੇ ਦੇ ਹੱਥ ਸੌਂਪ ਦਿੱਤਾ। ਸੌਂਪ ਦਿੱਤਾ? ਕੁਲਦੀਪ ਨੇ ਹਮਦਰਦੀ ਭਰੀ ਹੈਰਾਨੀ 'ਚ ਪੁੱਛਿਆ। ਮਤਲਬ ਕਿ ਵਿਆਹ ਦਿੱਤਾ? ਵਿਆਹ ਦਿੱਤਾ ਸਮਝੋ, ਭਾਵੇਂ ਵੇਚ ਦਿੱਤਾ ਅਤੇ ਉਹ 4-5 ਵਰ੍ਹਿਆਂ ਤੋਂ ਵੱਧ ਨਾ ਜਿਉ ਸਕਿਆ। ਉਹ ਕੁਲਦੀਪ ਨੇ ਪੂਰੇ ਦੁੱਖ 'ਚ ਕਿਹਾ, ਤੂੰ ਵਿਧਵਾ ਹੋ ਗਈ? ਫਿਰ ਮੈਨੂੰ ਭੈੜੀਆਂ ਨਜ਼ਰਾਂ ਤੋਂ ਆਪਣਾ ਆਪ ਬਚਾਉਣਾ ਔਖਾ ਹੋ ਗਿਆ। ਕਈ ਪਾਪੀ ਹੱਥ ਧੋ ਕੇ ਮੇਰੇ ਪਿੱਛੇ ਪਏ ਸਨ, ਪਰ ਮੈਂ ਕਿਸੇ ਨਵੇਂ ਖਤਰੇ 'ਚ ਪੈ ਕੇ ਆਪਣੇ ਆਪ ਨੂੰ ਬਰਬਾਦ ਨਹੀਂ ਸਾ ਕਰਨਾ ਚਾਹੁੰਦੀ। ਇਸੇ ਲਈ ਉਹਨਾਂ ਦੀ ਅੱਖ ਬਚਾ ਕੇ ਨੱਸ ਆਈ ਅਤੇ ਫਿਰ ਮੈਂ ਬਿਮਾਰ ਪੈ ਗਈ। ਤੂੰ ਰਹਿਣ ਵਾਲੀ ਕਿੱਥੋਂ ਦੀ ਹੈ ਪ੍ਰਕਾਸ਼? ਮੁਲਤਾਨ ਦੇ ਇਲਾਕੇ ਦੀ। ਮੇਰੇ ਮਾਂ ਪਿਓ ਸ਼ਾਹੂਕਾਰਾ ਕਰਦੇ ਸਨ। ਫਿਰ ਤੂੰ ਇੱਥੇ ਆ ਗਈ, ਬਰਿਆਮ ਸਿੰਘ ਨਾਲ ਤੇਰੀ ਜਾਣ ਪਛਾਣ ਕਿਸ ਤਰ੍ਹਾਂ ਹੋਈ? ਉਹਨਾਂ ਮੇਰੇ 'ਤੇ ਜਿਹੜਾ ਉਪਕਾਰ ਕੀਤਾ ਸੀ ਉਹਨੂੰ ਮੈਂ ਸਾਰੀ ਉਮਰ ਨਹੀਂ ਭੁਲਾ ਸਕਦੀ। ਸਕੇ ਸਾਕ ਵੀ ਇੰਨੀ ਹਮਦਰਦੀ ਨਹੀਂ ਕਰਦੇ ਜਿੰਨੀ ਪਾਪਾ ਜੀ ਨੇ ਮੇਰੇ ਨਾਲ ਕੀਤੀ ਹੈ। ਜੇ ਉਹ ਨਾ ਹੁੰਦੀ ਅੱਜ ਤੀਕ ਮੈਂ ਕਦੇ ਦੀ ਮਰ ਚੁੱਕੀ ਹੁੰਦੀ। ਕੁਲਦੀਪ ਨੇ ਵੇਖਿਆ ਪ੍ਰਕਾਸ਼ ਦੀਆਂ ਅੱਖਾਂ ਦੀਆਂ ਪਲਕਾਂ ਸ਼ੁਕਰਗੁਜ਼ਾਰੀ ਦੇ ਭਾਰ 'ਚ ਝੁਕੀਆਂ ਸਨ। ਸਿਰਫ ਨੌਕਰੀ ਦਿਵਾਉਣ ਦਾ ਉਪਕਾਰ ਕਿ ਹੋਰ ਵੀ ਕੁਝ?
ਪੁੱਛਣ ਵੇਲੇ ਕੁਲਦੀਪ ਦੇ ਅੰਦਰੋਂ ਵਰਿਆਮ ਸਿੰਘ ਲਈ ਕਿਰਨਾਂ ਤੇ ਈਰਖਾ ਦੇ ਲੰਬੇ ਉੱਠ ਰਹੇ ਸਨ। ਪ੍ਰਕਾਸ਼ ਬੋਲੀ, ਇਹ ਵੀ ਤੇ ਥੋੜਾ ਨਹੀਂ, ਉਹਨਾਂ ਦੇ ਵਸੀਲੇ ਨਾਲ ਮੈਨੂੰ ਤੁਹਾਡੇ ਘਰ 'ਚ ਨੌਕਰੀ ਮਿਲ ਗਈ, ਨਹੀਂ ਤੇ ਪ੍ਰਦੇਸ਼ 'ਚ ਕੌਣ ਕਿਸੇ ਲਈ ਨੌਕਰੀਆਂ ਲਈ ਬੈਠਾ। ਫਿਰ ਕੱਲੀ ਕਾਰੀ ਜਨਾਨੀ, ਤੁਸੀਂ ਆਪ ਹੀ ਸੋਚੋ, ਇੱਕ ਦਿਨ ਵੀ ਪ੍ਰਦੇਸ਼ ਵਿੱਚ ਕਿਸੇ ਦੇ ਆਸਰੇ ਬਿਨਾਂ ਕੱਟਣਾ ਔਖਾ ਹੁੰਦਾ। ਕਿੰਨਾ ਹੀ ਚਿਰ ਦੋਵੇਂ ਚੁੱਪ ਰਹੇ, ਕਿਸੇ ਨੇ ਕੋਈ ਗੱਲ ਨਾ ਕੀਤੀ। ਸ਼ਾਇਦ ਕੁਲਦੀਪ ਆਪਣੇ ਆਪ ਨੂੰ ਕੋਈ ਨਵਾਂ ਕਦਮ ਚੁੱਕਣ ਲਈ ਤਿਆਰ ਕਰ ਰਿਹਾ ਸੀ, ਪਰ ਪ੍ਰਕਾਸ਼ ਉਹਨੇ ਜ਼ਰਾ ਖੁੱਲ੍ਹ ਕੇ ਜੋ ਕੁਝ ਅੱਗੇ ਨਹੀਂ ਸੀ ਕਹਿ ਸਕਿਆ ਕਹਿ ਦਿੱਤਾ। ਤੇਰੀ ਇਹ ਜਵਾਨੀ ਦੀ ਉਮਰ, ਇਹ ਹੁਸਨ, ਕਿਸ ਤਰ੍ਹਾਂ ਤੇਰੀ ਜ਼ਿੰਦਗੀ ਬੀਤੇਗੀ ਮੈਂ ਅਕਸਰ ਸੋਚਣਾ। ਬੀਤ ਜਾਏਗੀ, ਉਹਨੇ ਠੰਡਾ ਸਾਹ ਭਰ ਕੇ ਕਿਹਾ, ਜੇਕਰ ਪਿਛਲੀ ਬੀਤ ਗਈ ਹੈ ਬਾਕੀ ਵੀ ਬੀਤ ਜਾਏਗੀ, ਅਤੇ ਜੇ ਮੈਂ ਕਹਾਂ ਕਿ ਮੈਨੂੰ ਤੇਰੇ ਸਾਥ ਦੀ ਲੋੜ ਹੈ, ਕੁਲਦੀਪ ਨੇ ਦਿਲ ਮਜ਼ਬੂਤ ਕਰਕੇ ਕਿਹਾ, ਤੈਨੂੰ ਪਤਾ ਹੈ ਪ੍ਰਕਾਸ਼ ਕਾਕਾ ਹੁਣ ਤੇਰੇ ਬਗੈਰ ਰਹਿ ਨਹੀਂ ਸਕਦਾ, ਬਿਲਕੁਲ ਤੇਰਾ ਵਸਾ ਨਹੀਂ ਖਾਂਦਾ। ਮੈਂ ਸੋਚਣਾ ਕਿ ਉਹਨਾਂ ਤੂੰ ਇਹਦੀ ਮਾਂ ਬਣ ਜਾਏ। ਫਾਂਸੀ ਦੀ ਸਜ਼ਾ ਪਾ ਚੁੱਕਾ ਮੁਜਰਮ ਜਿਸ ਤਰ੍ਹਾਂ ਹਾਕਮ ਦੇ ਮੂੰਹੋਂ ਅਪੀਲ ਦਾ ਆਖਰੀ ਫੈਸਲਾ ਉਡੀਕਦਾ, ਉਸੇ ਭਾਵ ਨਾਲ ਕੁਲਦੀਪ ਨੇ ਪ੍ਰਕਾਸ਼ ਵੱਲ ਤੱਕਿਆ। ਪ੍ਰਕਾਸ਼ ਚੋਖਾ ਚਿਰ ਚੁੱਪ ਰਹੀ ਅਤੇ ਆਖਰ ਬੋਲੀ, ਜੇ ਮੈਨੂੰ ਯਕੀਨ ਹੋਵੇ ਕਿ ਤੁਸੀਂ ਮੇਰੀ ਬਾਂਹ ਨਹੀਂ ਛੱਡੋਗੇ ਤਾਂ ਮੇਰੇ ਲਈ ਇਸ ਨਾਲੋਂ ਪਰ ਤੁਹਾਡੀ ਮਾਂ ਜੀ ਕਦੋਂ ਮੰਨਣ ਵਾਲੇ ਨੇ। ਭੋਲੀ ਨਾ ਹੋਵੇ ਤੇ ਕੁਲਦੀਪ ਨੇ ਖੁਸ਼ੀ ਤੇ ਉਤਸ਼ਾਹ ਦੇ ਨਸ਼ੇ 'ਚ ਮਖਮੂਰ ਹੋ ਕੇ ਕਿਹਾ, ਉਹ ਕਿਤੇ ਮੈਥੋਂ ਬਾਹਰ ਹੀ ਹੈ, ਖੁਸ਼ੀ ਨਾਲ ਇੱਕ ਤੋਂ ਚਾਰ ਹੋ ਜਾਏਗੀ। ਸਤਵੰਦ ਦੇ ਮਰਨ ਤੋਂ ਮਗਰੋਂ ਉਹਦਾ ਮੇਰਾ ਝਗੜਾ ਹੀ ਇਹ ਹੋ ਰਿਹਾ। ਉਹ ਕਹਿੰਦੀ ਇਹ ਵਿਆਹ ਕਰਾ ਤੇ ਮੈਂ ਸਾਫ਼ ਕਹਿ ਦਿੱਤਾ ਕਿ ਮੈਂ ਕਰਾਉਣਾ ਨਹੀਂ, ਨਾ ਹੀ ਮੇਰੀ ਕਰਾਉਣ ਦੀ ਸਲਾਹ ਸੀ। ਪਰ ਪ੍ਰਕਾਸ਼ ਤੂੰ ਤੇ ਜਾਦੂਗਰ ਨਹੀਂ, ਇਕਰਾਰ ਕਰ ਇਸ ਵਹਿੰਦੇ ਚਸ਼ਮੇ ਦੇ ਸਾਹਮਣੇ ਕਿ ਤੇਰਾ ਪਿਆਰ ਦਾ ਚਸ਼ਮਾ ਹਮੇਸ਼ਾ ਮੇਰੇ ਲਈ ਇਸੇ ਤਰ੍ਹਾਂ ਵਹਿੰਦਾ ਰਹੇਗਾ। ਸਾਹਮਣੀ ਬੇਰੀ ਦੀ ਟਾਹਣੀ ਉੱਤੇ ਇੱਕ ਤੋਤਾ ਪੰਜੇ ਵਿੱਚ ਬੇਰ ਫੜੀ ਬੈਠਾ ਸੀ, ਚੁੰਝਾ ਮਾਰ ਕੇ ਫਿਰ ਬੇਰ ਉਹਨੇ ਸੁੱਟ ਦਿੱਤਾ, ਜਿਹੜਾ ਡਿੱਗਦਾ ਇੱਕ ਕਟੋਰੀ ਖੂਹ ਦੇ ਪਾਣੀ 'ਚ ਲੋਪ ਹੋ ਗਿਆ। ਪ੍ਰਕਾਸ਼ ਨੇ ਕੁਲਦੀਪ ਦੇ ਮੋਢੇ 'ਤੇ ਸਿਰ ਸੁੱਟ ਦਿੱਤਾ ਅਤੇ ਫਿਰ ਝਟਪਟ ਜਿਵੇਂ ਉਹਨੂੰ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ, ਸਿੱਧੀ ਹੋ ਕੇ ਬੋਲੀ, ਪਰ ਪਹਿਲਾਂ ਮੈਨੂੰ ਪਾਪਾ ਜੀ ਕੋਲੋਂ ਸਲਾਹ ਲੈ ਲੈਣ ਦਿਓ, ਉਹਨਾਂ ਦੀ ਸਲਾਹ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦੀ। ਕਾਕਾ ਪ੍ਰਕਾਸ਼ ਦੀ ਗੋਦੀ 'ਚ ਉਸਲ ਵੱਟੇ ਲੈ ਰਿਹਾ ਸੀ ਅਤੇ ਪ੍ਰਕਾਸ਼ ਨੂੰ ਥਾਪੜ ਰਹੀ ਸੀ। ਵਰਿਆਮ ਸਿੰਘ ਦੀ ਨਫ਼ਰਤ ਜਿਹਦੀ ਪੀੜ ਇਸ ਪ੍ਰੇਮ ਦੇ ਨਸ਼ੇ ਕਰਕੇ ਕੁਲਦੀਪ ਨੂੰ ਭੁੱਲ ਗਈ ਸੀ, ਫਿਰ ਚਸਕਾ ਮਾਰਨ ਲੱਗੀ। ਉਹ ਸੋਚਣ ਲੱਗਾ, ਮੇਰਾ ਦੁਸ਼ਮਣ ਜੇ ਦਾ ਇੰਨਾ ਗੂੜਾ ਸੱਜਣ ਹੈ ਤਾਂ ਭੁੱਖਾ ਸੁਖਾਵਾਂ ਨਹੀਂ ਹੋ ਸਕਦਾ। ਇਸ ਤੋਂ ਛੁੱਟ ਪ੍ਰਕਾਸ਼ ਦੇ ਦਿਲ 'ਚ ਵਰਿਆਮ ਦਾ ਇਹ ਪਿਆਰ ਸਤਿਕਾਰ ਭਾਵੇਂ ਕਿਹਾ ਵੀ ਸੀ, ਪਰ ਕੁਲਦੀਪ ਨੂੰ ਸਾਫ਼ ਜਾਪਿਆ ਕਿ ਵਰਿਆਮ ਸਿੰਘ ਦਾ ਦਿਲ ਸਾਫ਼ ਨਹੀਂ। ਪ੍ਰਕਾਸ਼ ਨੂੰ ਉਸ ਚੇਸ਼ਟਾ ਪੂਰਤੀ ਲਈ ਹੀ ਅਪਣਾਇਆ। ਉਹ ਬੋਲਿਆ, ਕਿਸ ਕੋਲੋਂ? ਵਰਿਆਮ ਸਿੰਘ ਕੋਲੋਂ? ਪ੍ਰਕਾਸ਼, ਉਹਨੂੰ ਪੁੱਛਣ ਦੀ ਲੋੜ ਨਹੀਂ, ਅਸਲ ਗੱਲ ਇਹ ਹੈ ਕਿ ਉਹ ਇੰਨਾ ਚੰਗਾ ਆਦਮੀ ਨਹੀਂ ਜਿੰਨਾ ਤੈਨੂੰ ਜਾਪਦਾ ਹੈ। ਉਹਨੇ ਤੇਰੇ ਲਈ ਥੋੜ੍ਹੀ ਬਹੁਤ ਭਲਾਈ ਜ਼ਰੂਰ ਕੀਤੀ ਹੋਏਗੀ ਜਿਸ ਕਰਕੇ ਉਹ ਤੈਨੂੰ ਚੰਗਾ ਲੱਗਦਾ ਹੈ। ਕਦੀ ਬੈਠ ਕੇ ਤੈਨੂੰ ਸੁਣਾਵਾਂਗਾ ਉਹਦੀਆਂ ਗੱਲਾਂ, ਜੇ ਤੇਰੇ ਪੈਰਾਂ ਹੇਠੋਂ ਮਿੱਟੀ ਨਾ ਨਿਕਲ ਜਾਏ। ਨਾਲੇ ਜਿੱਥੇ ਦੋਹਾਂ ਰੂਹਾਂ 'ਚ ਪਿਆਰ ਹੋਵੇ ਉੱਥੇ ਕਿਸੇ ਤੀਜੇ ਦੀ ਲੋੜ ਨਹੀਂ ਹੁੰਦੀ। ਇਕਰਾਰ ਕਰ ਪ੍ਰਕਾਸ਼ ਕਿ ਤੂੰ ਅੱਜ ਤੋਂ ਮੇਰੀ ਹੈ। ਅੱਜ ਜਿਸ ਵੇਲੇ ਮੈਂ ਘਰ ਜਾ ਕੇ ਮਾਂ ਜੀ ਨੂੰ ਇਹ ਗੱਲ ਸੁਣਾਵਾਂਗਾ, ਉਹਨੂੰ ਚਾਅ ਚੜ੍ਹ ਜਾਏਗਾ। ਮੇਰੀ ਸਲਾਹ ਹੈ ਆਉਂਦੇ ਐਤਵਾਰ ਸਾਡਾ ਆਨੰਦ ਕਾਰਜ ਹੋ ਜਾਏ। ਵਰਿਆਮ ਸਿੰਘ ਦੀ ਨਿੰਦਿਆ ਅਤੇ ਕੁਲਦੀਪ ਦੀ ਇੱਕਦਮ ਇੰਨੀ ਕਾਹਲ ਪ੍ਰਕਾਸ਼ ਨੂੰ ਸ਼ਾਇਦ ਚੰਗੀ ਨਾ ਲੱਗੀ, ਪਰ ਫਿਰ ਵੀ ਉਹਦੇ ਵਿਰੁੱਧ ਜ਼ੁਬਾਨ ਨਹੀਂ ਖੋਲ੍ਹ ਸਕੀ। ਕੌਲ ਇਕਰਾਰ ਪੱਕੇ ਹੋ ਗਏ, ਪ੍ਰਣ ਦਾ ਰੱਸਾ ਦੋਹਾਂ ਦੁਆਲੇ ਭੱਜ ਗਿਆ। ਇਹ ਪ੍ਰਣ ਬੰਧਨ 'ਚ ਹੋਰ ਕੁਝ ਹੈ ਸੀ ਜਾਂ ਨਹੀਂ, ਇਹ ਤਾਂ ਦਿਲ ਹੀ ਜਾਣਨ, ਪਰ ਦੋਹਾਂ ਚਿਹਰਿਆਂ ਦੀ ਰੰਗਤ ਦੱਸ ਰਹੀ ਸੀ ਕਿ ਉਹ ਇਸ ਵੇਲੇ ਮਾਦਕਤਾ ਦੇ ਡੂੰਘੇ ਪਾਣੀਆਂ 'ਚ ਰੁੜੇ ਜਾ ਰਹੇ ਸਨ। ਅਤੇ ਜਦੋਂ ਟਾਂਗੇ 'ਤੇ ਚੜ੍ਹ ਕੇ ਵਾਪਸ ਘਰ ਨੂੰ ਜਾ ਰਹੇ ਸਨ ਤਾਂ ਕਾਮਨਾ ਦੀਆਂ ਸਿਰ ਡੋਬੂ ਲਹਿਰਾਂ ਉਹਨਾਂ ਦੇ ਦਿਲਾਂ 'ਚ ਉੱਠ ਕੇ ਹਰ ਪਾਸੇ ਫੈਲਦੀਆਂ ਦਿਖਾਈ ਦੇ ਰਹੀਆਂ ਸਨ। ਵਕਤ 11:30 ਦਾ ਹੋ ਚੁੱਕਾ ਸੀ, ਕਾਕਾ ਜਾਗ ਪਿਆ ਸੀ, ਪ੍ਰਕਾਸ਼ ਉਸ ਨਾਲ ਖੇਡ ਰਹੀ ਸੀ। ਅੰਗ 21। ਮਾਈ ਗਿਆਨ ਕੌਰ ਨੂੰ ਘਰ 'ਚ ਇਕੱਲੀ ਵੇਖ ਕੇ ਵਰਿਆਮ ਸਿੰਘ ਨੇ ਆਉਂਦਿਆਂ ਪੁੱਛਿਆ, ਬੇਬੇ ਅੱਜ ਘਰ ਬੁੱਚਾ ਬੁੱਚਾ ਲੱਗਦਾ ਹੈ, ਕੀ ਗੱਲ ਹੈ? ਮਾਲਾ ਦੀ ਠੋਤਰੀ ਸ਼ੁਰੂ ਕਰਦੀ ਗਿਆਨ ਕੌਰ ਬੋਲੀ, ਕਾਕੇ ਨੂੰ ਫਿੰਸੀਆਂ ਨਿਕਲ ਆਈਆਂ ਸੀ, ਮੈਂ ਆਖਿਆ ਜ਼ਰਾ ਭਾਈ ਜੋਗਾ ਸਿੰਘ ਦੇ ਚਬੱਚੇ 'ਚ ਨੁਹਾ ਲਏਗੀ, ਕੁਲਦੀਪ ਅਤੇ ਪ੍ਰਕਾਸ਼ ਵੱਡੇ ਵੇਲੇ ਦੇ ਗਏ ਨੇ। ਵਰਿਆਮ ਸਿੰਘ ਡੂੰਘੀਆਂ ਸੋਚਾਂ 'ਚ ਪੈ ਗਿਆ, ਉਹਨੂੰ ਗੁੰਮਸੁੰਮ ਬੈਠਾ ਵੇਖ ਕੇ ਗਿਆਨ ਕੌਰ ਬੋਲੀ, ਬੜਾ ਚੁੱਪ ਚੁੱਪ ਹੈ, ਤੂੰ ਤਾਂ ਕਦੇ ਚੁੱਪ ਕਰਕੇ ਬਹਿਣ ਵਾਲਾ ਨਹੀਂ ਸੀ। ਕੁਝ ਨਹੀਂ ਬੇਬੇ, ਜ਼ਰਾ ਸਿਰ ਪੀੜ ਹੁੰਦੀ ਪਈ ਹੈ ਸਵੇਰ ਦੀ, ਸੱਚ ਸੁਣਾ, ਪ੍ਰਕਾਸ਼ ਕੰਮ ਕਾਰ ਕਰਨ ਲੱਗ ਪਈ ਹੈ। ਖੁਸ਼ੀ ਨਾਲ ਗਦਗਦ ਹੋ ਕੇ ਗਿਆਨ ਕੌਰ ਬੋਲੀ, ਉਹ ਤਾਂ ਕੋਈ ਦੇਵੀ ਹੈ, ਨਿਰੀ ਦੇਵੀ, ਵੀਰਾ ਤੇਰਾ ਦੋਵਾਂ ਜਹਾਨਾਂ 'ਚ ਭਲਾ ਹੋਵੇ। ਮੇਰਾ ਤਾਂ ਰੋਮ ਰੋਮ ਸੁਖੀ ਕਰ ਦਿੱਤਾ ਉਸ, ਜਿੱਦਣ ਦੀ ਭਾਗ ਭਰੀ ਆਈ ਹੈ ਕੀ ਮਜਾਲ ਜੋ ਮੈਨੂੰ ਹੱਥ ਲਾਉਣ ਦੇਵੇ ਕਿਸੇ ਕੰਮ ਨੂੰ। ਉਹ ਜਾਣੇ ਤੇ ਘਰ ਜਾਣੇ, ਕਿਸੇ ਭਲੇ ਘਰ ਦੀ ਜਾਪਦੀ ਹੈ, ਮਾਂ ਜੀ ਕਹਿੰਦੀ ਤੇ ਬੁੱਲ ਸੁੱਕਦੇ ਨੇ।
ਇੱਕੋ ਸਾਹ ਪ੍ਰਕਾਸ਼ ਦੀਆਂ ਇੰਨੀਆਂ ਸਿਫਤਾਂ ਸੁਣ ਕੇ ਵਰਿਆਮ ਸਿੰਘ ਨੂੰ ਖੁਸ਼ੀ ਜ਼ਰੂਰ ਹੋਈ, ਪਰ ਇਹਨੇ ਉਹਦੀ ਅਸਲ ਚਿੰਤਾ ਹੋਰ ਵਧਾ ਦਿੱਤੀ। ਗਿਆਨ ਕੌਰ ਬੋਲਦੀ ਗਈ, ਤੂੰ ਤਨਖਾਹ ਵਧਾਉਣ ਨੂੰ ਕਿਹਾ ਸੀ ਨਾ, ਤਨਖਾਹ ਦੀ ਕਿਹੜੀ ਗੱਲ ਹੈ, ਮੈਂ ਤਾਂ ਸਾਰਾ ਘਰ ਉਹਦੇ ਹਵਾਲੇ ਕਰ ਦਿੱਤਾ ਹੈ, ਜੋ ਤੂੰ ਆਖੇਂਗਾ ਦੇ ਦਿਆਂਗੇ। ਵੀਰਾ, ਜਿੱਥੇ ਬੰਦੇ ਦੀ ਆਤਮਾ ਪ੍ਰਸੰਨ ਹੋਵੇ ਉੱਥੇ ਪੈਸਾ ਵੱਧ ਦੇਣਾ ਨਹੀਂ ਦੁਖਦਾ। ਪਰ ਮੇਰੀ ਸਲਾਹ ਹੈ ਬੇਬੇ, ਵਰਿਆਮ ਸਿੰਘ ਨੇ ਤੋਲ ਮਾਪ ਕੇ ਕਹਿਣਾ ਸ਼ੁਰੂ ਕੀਤਾ, ਜੇ ਤੂੰ ਮੁੜ ਉਸੇ ਰਦੀਆ ਨੂੰ ਰੱਖ ਲਵੇਂ ਤਾਂ ਕੀ ਹਰਜੇ, ਵਿਚਾਰੀ ਬੜੀ ਤੰਗ ਏ, ਬਾਲ ਭੁੱਖੇ ਮਰ ਰਹੇ ਨੇ, ਪੁੰਨ ਹੋਏਗਾ ਤੇਰਾ। ਗਿਆਨ ਕੌਰ ਨੂੰ ਇਹ ਵਾਕ ਇਸ ਤਰ੍ਹਾਂ ਲੱਗੇ ਜਿਸ ਤਰ੍ਹਾਂ ਸਿਆਲ ਵਿੱਚ ਕੋਈ ਕਿਸੇ ਨੂੰ ਕਹੇ ਕਿ ਗਲ ਦਾ ਗਰਮ ਕੋਟ ਲਾਹ ਦੇ ਅਤੇ ਇਹਦੇ ਬਦਲੇ ਗਿੱਲਾ ਕੰਬਲ ਓੜ ਲੈ। ਉਹ ਡਰ ਕੇ ਬੋਲੀ, ਉਸ ਕਲੈਣੀ ਨੂੰ ਫੇਰ ਰੱਖ ਲਵਾਂ ਜਿਸ ਕੋਲੋਂ ਮਸੇ ਮਸੇ ਹੱਥ ਛੁਡਾਏ ਨੇ, ਅਤੇ ਇਸ ਦੇਵੀ ਨੂੰ ਕੱਢ ਦਿਆਂ। ਸ੍ਰੀ ਵਾਹਿਗੁਰੂ। ਪਰ ਬੇਬੇ, ਵਰਿਆਮ ਸਿੰਘ ਨੇ ਗੱਲ ਦਾ ਭੇਦ ਖੋਲ੍ਹਣ ਲਈ ਕਿਹਾ, ਸ਼ਾਇਦ ਇਹਦਾ ਨਤੀਜਾ ਚੰਗਾ ਨਾ ਨਿਕਲੇ। ਕਿਸ ਗੱਲ ਦਾ? ਗਿਆਨ ਕੌਰ ਤਰਬਕ ਉਸ ਵੱਲ ਤੱਕੀ, ਪ੍ਰਕਾਸ਼ ਦਾ ਤੁਹਾਡੇ ਘਰ 'ਚ ਰਹਿਣਾ ਮੈਨੂੰ ਠੀਕ ਨਹੀਂ ਜਾਪਦਾ। ਕਿਉਂ? ਮੈਨੂੰ ਜਾਪਦਾ ਹੈ ਕੁਲਦੀਪ ਉਸ ਵੱਲ। ਹੈਂ, ਕੀ ਕਿਹਾ ਕੁਲਦੀਪ? ਮੇਰਾ ਕੁਲਦੀਪ ਤਾਂ ਸੱਤਾਂ ਧੀਆਂ ਵਰਗਾ ਪੁੱਤਰ ਹੈ, ਉਹ ਵਿਚਾਰਾ ਐਡਾ ਭੋਲਾ ਵੀ ਜੋ ਕਿਸੇ ਵੱਲ ਅੱਖ ਉੱਚੀ ਨਹੀਂ ਕਰਦਾ, ਹਰ ਵੇਲੇ ਭਗਤੀ ਵੱਲ ਲੋ ਲੱਗੀ ਰਹਿੰਦੀ ਹੈ। ਇਹ ਤੂੰ ਕੀ ਆਖਿਆ ਵੀਰਾ? ਬੇਬੇ, ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਧੀਆਂ ਵਰਗੇ ਹੀ ਸਮਝਦੀਆਂ ਨੇ। ਗਿਆਨ ਕੌਰ ਨੂੰ ਵਰਿਆਮ ਸਿੰਘ ਦੀ ਗੱਲ ਵੇ ਉਹ ਵਰਗੀ ਲੱਗੀ, ਪਰ ਬੋਲਣ ਦੀ ਜਾਤ ਨਹੀਂ ਸੀ। ਦੱਬਵੀਂ ਆਵਾਜ਼ 'ਚ ਬੋਲੀ, ਤੇਰੇ ਕੋਲੋਂ ਭੁੱਲਾ ਹੋਇਆ ਵੀ ਕੁਲਦੀਪ? ਕੁਲਦੀਪ ਤਾਂ ਭੁੱਲਾ ਹੋਇਆ ਨਹੀਂ, ਪਰ ਪ੍ਰਕਾਸ਼ ਕੀ ਕਿਹਾ, ਪ੍ਰਕਾਸ਼ ਮਾੜੀ ਹੈ? ਹੁਣੇ ਅਨਮਾਨੇ ਭਾਵ ਨਾਲ ਉਸ ਵੱਲ ਤੱਕਿਆ। ਝਟਕੂ ਸੋਚ ਕੇ ਵਰਿਆਮ ਸਿੰਘ ਬੋਲਿਆ, ਬੇਬੇ ਤੂੰ ਕੁਲਦੀਪ ਦੇ ਵਿਆਹ ਦਾ ਕਿਉਂ ਨਹੀਂ ਕੋਈ ਉਪਰਾਲਾ ਕਰਦੀ? ਮੈਂ ਉਪਰਾਲਾ ਨਹੀਂ ਕਰਦੀ, ਉਹ ਮੰਨੇ ਵੀ ਕਿਸੇ ਦੀ ਗੱਲ? ਮੈਂ ਤਾਂ ਅੱਜ ਚੰਗੇ ਚੰਗੇ ਘਰੋਂ ਸਾਕ ਲੈ ਆਵਾਂ ਜੇ ਉਹ ਇੱਕ ਵਾਰੀ ਹਾਂ ਕਰੇ, ਪਰ ਉਹਨੂੰ ਖਬਰੇ ਕਿਸੇ ਨੇ ਕੀ ਪੁੱਠੀ ਪੱਟੀ ਪੜ੍ਹਾ ਦਿੱਤੀ ਹੈ। ਐਸਾ ਨੰਨਾ ਫੜਿਆ ਸੀ ਜੋ ਸਿਰ ਦੀਆਂ ਠੀਕਰੀਆਂ ਲੱਥ ਗਈਆਂ ਨੇ, ਕਿਸੇ ਥਾਂ 'ਤੇ ਖਲੋਂਦਾ ਹੀ ਨਹੀਂ। ਬੇਬੇ, ਦਬਦਬੇ ਭਰੀ ਆਵਾਜ਼ 'ਚ ਵਰਿਆਮ ਸਿੰਘ ਬੋਲਿਆ, ਜੇ ਉਹਨੇ ਵਿਆਹ ਨਹੀਂ ਕਰਾਉਣਾ ਤਾਂ ਪ੍ਰਕਾਸ਼ ਨੂੰ ਮੈਂ ਇਸ ਘਰ 'ਚ ਨਹੀਂ ਰਹਿਣ ਦੇਣਾ। ਮੈਂ ਕੁਲਦੀਪ ਨੂੰ ਜਾਣ ਬੁੱਝ ਕੇ ਅੱਗ 'ਚ ਪੈਰ ਨਹੀਂ ਪਾਉਣ ਦਿਆਂਗਾ, ਉਹ ਮੈਨੂੰ ਦੁਸ਼ਮਣ ਸਮਝਦਾ ਪਿਆ ਸਮਝੇ, ਪਰ ਮੈਂ ਉਹਦੀ ਬੁਰਾਈ ਨਹੀਂ ਹੋਣ ਦਿਆਂਗਾ। ਗੱਲ ਕੁਝ ਕੁਝ ਗਿਆਨ ਕੌਰ ਦੇ ਦਿਲ ਨੂੰ ਜਚਣ ਲੱਗੀ। ਪਿਛਲੀਆਂ ਅਗਲੀਆਂ ਕਈ ਗੱਲਾਂ ਦੇ ਮੇਲ ਮਿਲਾਪ ਕਰਕੇ ਸੋਚਣ ਲੱਗੀ, ਵਰਿਆਮ ਸਿੰਘ ਦੀਆਂ ਗੱਲਾਂ ਨਿਰੀਆਂ ਸੁੱਟ ਪਾਉਣ ਵਾਲੀਆਂ ਤਾਂ ਨਹੀਂ। ਵਰਿਆਮ ਸਿੰਘ ਕਹੀ ਗਿਆ, ਜੇ ਤੂੰ ਜ਼ਰੂਰੀ ਪ੍ਰਕਾਸ਼ ਨੂੰ ਰੱਖਣਾ ਹੈ ਤਾਂ ਤੈਨੂੰ ਦੋਹਾਂ ਦੀ ਪੂਰੀ ਤਰ੍ਹਾਂ ਰਾਖੀ ਕਰਨੀ ਪਏਗੀ। ਪ੍ਰਕਾਸ਼ ਦੀ ਪੂਰੀ ਤਰ੍ਹਾਂ ਭਰੋਸੇਯੋਗ ਹੁੰਦੀ ਤਾਂ ਮੈਂ ਤੈਨੂੰ ਇਹ ਸਲਾਹ ਦਿੰਦਾ ਕਿ ਦੋਹਾਂ ਦਾ ਵਿਆਹ ਕਰ ਦੇ। ਪਰ ਰਾਮ ਰਾਮ ਰਾਮ, ਗਿਆਨ ਕੌਰ ਜਿਵੇਂ ਸੱਟ ਖਾ ਕੇ ਬੋਲੀ, ਇਹ ਗੱਲ ਵੀ ਕਿਸੇ ਲਿਖਣ ਪੜ੍ਹਨ 'ਚ ਆ ਸਕਦੀ ਹੈ? ਏਡੇ ਵੱਡੇ ਘਰ ਘਰਾਣੇ ਛੱਡ ਕੇ ਜਿਨ੍ਹਾਂ ਕੋਲੋਂ ਛੱਜੀ ਬੁੱਕੀ ਸੋਨਾ ਮਿਲਦਾ ਹੋਵੇ, ਨੌਕਰਾਣੀ ਨਾਲ ਵਿਆਹ? ਤਾਂਹੀਓ ਤਾਂ ਤੈਨੂੰ ਕਿਹਾ ਹੈ ਬੇਬੇ ਕਿ ਤੂੰ ਰਦੀਆ ਨੂੰ ਹੀ ਰੱਖ ਲੈ, ਜੇ ਉਹ ਤੇਰੇ ਪਸੰਦ ਨਹੀਂ ਤਾਂ ਮੈਂ ਤੈਨੂੰ ਹੋਰ ਕੋਈ ਲੱਭ ਲੈ ਦਿਆਂਗਾ। ਗਿਆਨ ਕੌਰ ਸੋਚੀ ਪੈ ਗਈ। ਵਰਿਆਮ ਸਿੰਘ ਬੋਲੀ ਗਿਆ, ਕਿੰਨਾ ਚਿਰ ਹੋਇਆ ਉਹਨਾਂ ਨੂੰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਗਿਆ? 3 ਕੁ ਘੰਟੇ ਹੋ ਗਏ ਨੇ। ਗਿਆਨ ਕੌਰ ਕਿਸੇ ਫੌਰੀ ਅਸਰ ਹੇਠ ਬੋਲੀ, ਤੇਰੇ ਖਿਆਲ 'ਚ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਟਾਂਗੇ ਉੱਤੇ ਜਾਣ ਆਉਣ 'ਚ ਕਿੰਨਾ ਕੁ ਵਕਤ ਲੱਗਦਾ ਹੈ? ਇਹੋ ਘੰਟਾ 1.5 ਘੰਟਾ? ਅਤੇ ਤੂੰ ਕੀ ਖਿਆਲ ਕਰਨੀ ਹੈ, ਹੁਣ ਤੱਕ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਬੈਠੇ ਨੇ? ਹਾਂ, ਅਤੇ ਹੋਰ? ਡਰੀ ਹੋਈ ਨਜ਼ਰ ਨਾਲ ਗਿਆਨ ਕੌਰ ਨੇ ਵਰਿਆਮ ਸਿੰਘ ਵੱਲ ਤੱਕਿਆ। ਉਹ 5 ਤੀਰਥਾਂ ਦੀ ਸੈਰ ਕਰ ਰਹੇ ਨੇ ਇਸ ਵੇਲੇ। ਹੈ? ਜਿਵੇਂ ਗਿਆਨ ਕੌਰ ਦੇ ਸੀਨੇ 'ਤੇ ਮਗਧਾ ਕੋਲਾ ਰੱਖ ਦਿੱਤਾ। 5 ਤੀਰਥ? ਹਾਂ, 5 ਤੀਰਥੀ, ਮੈਂ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਆ ਰਿਹਾ ਵਾਂ। ਗਿਆਨ ਕੌਰ ਜ਼ਮੀਨ 'ਚ ਗੱਡੀ ਗਈ। ਉਹ ਤਾਨੇ ਦੇ ਰੰਗ ਵਿੱਚ ਬੋਲੀ, ਜੇ ਤੈਨੂੰ ਪਤਾ ਸੀ ਉਹ ਇਹੋ ਜਿਹੀ ਹੈ ਤਾਂ ਤੂੰ ਕਾਹਨੂੰ ਰੱਖਣਾ ਸੀ ਉਹਨੂੰ ਇੱਥੇ? ਮੈਥੋਂ ਗਲਤੀ ਹੋ ਗਈ ਬੇਬੇ, ਇਸ 'ਚ ਮੈਂ ਪ੍ਰਕਾਸ਼ ਦਾ ਇੰਨਾ ਕਸੂਰ ਨਹੀਂ ਸਮਝਦਾ ਜਿੰਨਾ ਆਪਣਾ। ਤੇਰਾ? ਗਿਆਨ ਕੌਰ ਨੇ ਪੁੱਛਿਆ। ਵਰਿਆਮ ਸਿੰਘ ਨੇ ਕਹਿਣਾ ਸ਼ੁਰੂ ਕੀਤਾ, ਪ੍ਰਕਾਸ਼ ਦਾ ਕਸੂਰ ਮੈਂ ਇਸ ਕਰਕੇ ਨਹੀਂ ਸਮਝਦਾ ਕਿ ਉਹਦੀ ਸੰਗਤ ਸ਼ੁਰੂ ਤੋਂ ਚੰਗੀ ਨਹੀਂ ਸੀ। ਜਿਹੋ ਜਿਹੀ ਸੰਗਤ 'ਚ ਕਿਸੇ ਨੇ ਉਮਰ ਸੰਭਾਲੀ ਬਿਤਾਈ ਹੋਵੇ, ਉਦੋਂ ਚੰਗੀ ਆਸ ਉਸ ਪਾਸੋਂ ਨਹੀਂ ਰੱਖੀ ਜਾ ਸਕਦੀ, ਅਤੇ ਮੈਂ ਉਸ ਪਾਸੋਂ ਚੰਗੀ ਆਸ ਕੀਤੀ। ਇਹੋ ਮੇਰੀ ਗਲਤੀ ਸੀ, ਮੈਨੂੰ ਇਸ ਗੱਲ ਦਾ ਤਜਰਬਾ ਨਹੀਂ ਸੀ। 10-15 ਵਰ੍ਹਿਆਂ 'ਤੇ ਪਏ ਹੋਏ ਸੰਸਕਾਰ ਅੱਵਲ ਤਾਂ 1-2 ਮਹੀਨੇ ਦੀ ਸਿੱਖਿਆ ਨਾਲ ਮਿਟ ਨਹੀਂ ਸਕਦੇ, ਜੇ ਭਲਾ ਮਿਟ ਵੀ ਜਾਣ ਤਾਂ ਦੁਬਾਰਾ ਕਿਹੜੇ ਵੇਲੇ ਪੁੰਗਰ ਪੈਣੇ, ਇਹਨਾਂ ਦਾ ਕੀ ਪਤਾ? ਗਿਆਨ ਕੌਰ ਨੂੰ ਸ਼ੱਕ ਨਾ ਰਿਹਾ ਕਿ ਪ੍ਰਕਾਸ਼ ਦੀ ਅਸਲੀਅਤ ਕੀ ਹੈ, ਨਾ ਹੀ ਵਰਿਆਮ ਸਿੰਘ ਦੀ ਸੱਚਾਈ 'ਚ ਕੋਈ ਟੀਕਾ ਟਿੱਪਣੀ ਕਰਨ ਦੀ ਉਸ ਨਾਲ ਗੁੰਜਾਇਸ਼ ਸੀ। ਫਿਰ ਹੁਣ ਕੀ ਕੀਤਾ ਜਾਏ? ਗਿਆਨ ਕੌਰ ਨੇ ਦੁਖਤ ਹਿਰਦੇ ਨਾਲ ਪੁੱਛਿਆ। ਕਿਸੇ ਖਾਸ ਸਿੱਟੇ 'ਤੇ ਨਾ ਪਹੁੰਚਦਾ ਵਰਿਆਮ ਸਿੰਘ ਬੋਲਿਆ, ਮੈਨੂੰ ਜ਼ਰਾ ਹੋਰ ਸੋਚ ਲੈਣ ਦੇ ਬੇਬੇ, ਨਾਲੇ ਇਸ ਬਦਨਸੀਬ ਨੂੰ ਵੀ ਤਾਂ ਸੁੱਟ ਨਹੀਂ ਛੱਡਣਾ, ਇੱਕ ਮੁਸੀਬਤ 'ਚੋਂ ਕੱਢ ਕੇ ਮੈਂ ਇਹਨੂੰ ਕਿਸੇ ਹੋਰ ਸੰਕਟ ਦੇ ਮੂੰਹ 'ਚ ਨਹੀਂ ਦੇਣਾ ਚਾਹੁੰਦਾ। ਪਹਿਲਾਂ ਇਸ ਲਈ ਕੋਈ ਠਾਰ ਬਣਾ ਲਵਾਂ, ਫਿਰ ਆ ਕੇ ਦੱਸਾਂਗਾ ਜਿਵੇਂ ਕਰਨਾ ਹੋਏਗਾ।
हाले कुछ दिन रह जा, अव्वल तो कोशिश करांगा कि तुहानू कोई चंगी नौकरानी लभ जाए, पर जे चारे बन्ने ना लभी तां हाले रदिया नूं ही रख लैणा। फिलहाल मैं उहनूं बाऊ गंगा विशन दे घर रखा आया। बेचारी बड़ी तंग सी। थोड़ा चिर होर बैठन तों बाद वरियाम सिंह चला गया। अंग 22। वरियाम सिंह चला गया ते ज्ञान कौर उवें गोडियां च सिर दित्ती किन्ना चिर बैठी रही। उहदी चिंता दा अज कोई ओड़क बन्ना नहीं सी। किस तरह वह पुत्र दे कुमारक जा रहे दिल नूं मोड़ा पा सकेगी। इसे बुझारत का उत्तर उन्होंने नहीं सी ओढ़दा। दाड़ी वाला पुत्र गुस्से राजी भी नहीं सी होया जा सकता। नाले अगे ही जिहड़ा घर बार छड के साध बनन नूं फिरदा, ना जाणिए नसीहत दा उत्ते दिल उत्ते उल्टा ही असर पवे। न्याणा बाल ते है नहीं जिहनूं समझा बुझा के राह ते लिआंदा जाए। वरियाम सिंह दे चले जाण तों कोई 1.5 घंटा बाद कुलदीप ते प्रकाश घर पहुंचे। 8 बजे दे गए, 12 तों उपर वजा के मुड़े। ਗਿਆਨ ਕੌਰ ਦਾ ਸ਼ੱਕ ਹੋਰ ਪਕੇਰਾ ਹੋ ਗਿਆ। ਫਿਰ ਉਹਦਾ ਸ਼ੱਕ ਨਿਸ਼ਚੈ ਵੱਲ ਬਦਲ ਗਿਆ ਜਦ ਉਹਨੇ ਅੱਜ ਕਈ ਮਹੀਨਿਆਂ ਪਿੱਛੋਂ ਕੁਲਦੀਪ ਦੇ ਚਿਹਰੇ ਉੱਤੇ ਖੇੜੇ ਤੇ ਹੁਲਾਸ ਦੀ ਚਮਕ ਵੇਖੀ। ਪ੍ਰਕਾਸ਼ ਵਿੱਚ ਵੀ ਅੱਜ ਪਹਿਲਾਂ ਵਰਗਾ ਸੰਕੋਚ ਨਹੀਂ ਸੀ। ਉਹਦੀ ਸਲਾਹ ਹੋਈ ਕਿ ਕੁਲਦੀਪ ਅੱਗੇ ਸਾਰਾ ਕਿੱਸਾ ਫੁੱਲ ਧਰੇ, ਪਰ ਅੰਦਰੋਂ ਕਿਸੇ ਚੀਜ਼ ਨੇ ਉਹਦੀ ਜ਼ਬਾਨ ਫੜ ਲਈ। ਉਹ ਸਿਰਫ ਇੰਨਾ ਹੀ ਪੁੱਛ ਸਕੀ, ਕਾਕਾ ਬੜਾ ਚਿਰ ਕਰਕੇ ਆਏ ਹੋ? ਕੁਲਦੀਪ ਨੇ ਸੰਖੇਪ ਚ ਆਖ ਕੇ ਟਾਲ ਦਿੱਤਾ। ਪੰਜਾਬ 'ਚੋਂ ਇੱਕ ਬੜਾ ਮਸ਼ਹੂਰ ਰਾਗੀ ਜਥਾ ਆਇਆ ਸੀ, ਉਹਨਾਂ ਦਾ ਕੀਰਤਨ ਸੁਣਦਿਆਂ ਚਿਰ ਹੋ ਗਿਆ। ਪਰ ਗਿਆਨ ਕੌਰ ਦਾ ਦਿਲ ਧੋਖੇ ਵਿੱਚ ਨਾ ਆ ਸਕਿਆ। ਉਹ ਜਾਣਦੀ ਸੀ ਸਵੇਰ ਦਾ ਕੀਰਤਨ ਕਦੇ ਵੀ 12 ਵਜੇ ਤੱਕ ਨਹੀਂ ਰਹਿੰਦਾ ਹੁੰਦਾ, ਤਾਂ ਵੀ ਵਿਰੋਧ 'ਚ ਉਹਨੇ ਕੁਝ ਨਾ ਕਿਹਾ। ਗੱਲ ਨੂੰ ਸ਼ਾਮ 'ਤੇ ਛੱਡ ਕੇ ਰੋਟੀ ਟੁੱਕਰ ਦੇ ਆਹਰ 'ਚ ਲੱਗ ਗਈ। ਰਾਤ ਦੇ 8 ਕੁ ਵਜੇ ਸਨ, ਕਾਕਾ ਸੌਂ ਗਿਆ ਸੀ। ਗਿਆਨ ਕੌਰ ਰੋਟੀ ਪਕਾ ਰਹੀ ਸੀ ਅਤੇ ਪ੍ਰਕਾਸ਼ ਸਵੇਰ ਦੇ ਕੁਝ ਭਾਂਡੇ ਇਕੱਠੇ ਕਰਕੇ ਮਾਂਜ ਰਹੀ ਸੀ। ਕੁਲਦੀਪ ਨੂੰ ਜਦ ਮਾਂ ਨੇ ਰੋਟੀ ਲਈ ਆਵਾਜ਼ ਦਿੱਤੀ ਤਾਂ ਮੋੜ ਵਿੱਚ ਉਹਨੇ ਉੱਪਰੋਂ ਹੀ ਕਿਹਾ, ਮੇਰੀ ਰੋਟੀ ਉੱਪਰ ਹੀ ਭੇਜ ਦਿਓ ਮਾਂ ਜੀ, ਮੈਂ ਇੱਕ ਕਿਤਾਬ ਪੜ੍ਹ ਰਿਹਾ। ਇਸ ਸ਼ਬਦ ਭੇਜ ਦਿਓ ਨੇ ਗਿਆਨ ਕੌਰ ਦੀ ਸ਼ੰਕਾ ਨੂੰ ਹੋਰ ਵੀ ਪੱਕੇ ਕਰ ਦਿੱਤਾ। ਪਹਿਲਾਂ ਜਦ ਕਦੀ ਕੁਲਦੀਪ ਨੇ ਉੱਪਰ ਰੋਟੀ ਮੰਗਾਉਣੀ ਹੁੰਦੀ ਸੀ ਤਾਂ ਭੇਜ ਦਿਓ ਦੀ ਥਾਂ ਅਕਸਰ ਦੇ ਜਾਓ ਕਿਹਾ ਕਰਦਾ ਸੀ। ਗਿਆਨ ਕੌਰ ਆਪ ਰੋਟੀ ਲੈ ਜਾਣ ਦੀ ਸਲਾਹ ਹੀ ਕਰ ਰਹੀ ਸੀ ਕਿ ਪ੍ਰਕਾਸ਼ ਨੇ ਝਟਪਟ ਹੱਥ ਧੋਤੇ, ਥਾਲ ਪਰੋਸਿਆ ਅਤੇ ਲੈ ਕੇ ਦਬਦਬ ਉੱਪਰ ਚੜ ਗਈ। ਹੁਣ ਕੋਈ ਵੀ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਸੀ। ਤਾਂ ਵੀ ਗਿਆਨ ਕੌਰ ਨੂੰ ਅਜੇ ਹੋਰ ਨਿਸ਼ਚਾ ਕਰਨ ਦੀ ਲੋੜ ਸੀ। ਪ੍ਰਕਾਸ਼ ਰੋਟੀ ਦੇ ਕੇ ਮੁੜੀ ਨਹੀਂ। 2 ਮਿੰਟ, 4 ਮਿੰਟ, 10 ਮਿੰਟ, ਅਖੀਰ ਉਹ ਆਪ ਹੀ ਫੁਲਕਾ ਤਾਸੀ 'ਚ ਰੱਖ ਕੇ ਚੌਂਕੇ 'ਚੋਂ ਉੱਠੀ ਅਤੇ ਦੱਬੇ ਪੈਰੀਂ ਪੌੜੀਆਂ ਚੜ੍ਹਨ ਲੱਗੀ। ਉੱਪਰ ਜਾ ਕੇ ਉਹ ਵੇਖਿਆ ਪੌੜੀਆਂ ਦਾ ਬੂਹਾ ਬੰਦ ਸੀ ਅਤੇ ਅੰਦਰੋਂ ਗੱਲਾਂ ਦੀ ਆਵਾਜ਼ ਆ ਰਹੀ ਸੀ। ਉਹਨੇ ਬੂਹੇ ਨਾਲ ਕੰਨ ਲਾਇਆ ਅਤੇ ਸਿਰਫ 1-2 ਗੱਲਾਂ ਸੁਣ ਕੇ ਪਿਛਾਂਹ ਮੁੜ ਆਈ। ਫੁਲਕਾ ਉਹਦੇ ਹੱਥ 'ਚੋਂ ਡਿੱਗਦਾ ਡਿੱਗਦਾ ਬਚਿਆ। ਕੁਲਦੀਪ ਕਹਿ ਰਿਹਾ ਸੀ, ਸੱਜਣੀ ਹੁਣ ਇਸ ਸ਼ਰਮ ਸੰਕੋਚ ਨੂੰ ਛੱਡ ਦੇ। ਅਤੇ ਉੱਤਰ 'ਚ ਪ੍ਰਕਾਸ਼ ਕਹਿ ਰਹੀ ਸੀ, ਛੱਡੋ ਮੇਰੀ ਬਾਂਹ, ਮਾਂ ਜੀ ਸ਼ੱਕ ਕਰਨਗੇ। ਉਹ ਮੁੜ ਚੌਂਕੇ 'ਚ ਆ ਬੈਠੀ। ਥੋੜ੍ਹੀ ਦੇਰ ਤੱਕ ਪ੍ਰਕਾਸ਼ ਵੀ ਆ ਗਈ। ਗਿਆਨ ਕੌਰ ਸਿਰ ਉਤਾਂਹ ਕਰਕੇ ਉਸ ਵੱਲ ਤੱਕਣ ਦੀ ਹਿੰਮਤ ਨਾ ਕਰ ਸਕੀ। ਨੀਵੀਂ ਪਾਈ ਦਿਲ ਦੇ ਭਾਵਾਂ ਨੂੰ ਲੁਕਾਂ ਦੀ ਕਹਿਣ ਲੱਗੀ, ਫੁਲਕਾ ਦੇ ਆਸੂ। ਨਹੀਂ ਮਾਂ ਜੀ, ਉਹਨਾਂ ਕਿਹਾ ਹੋਰ ਨਹੀਂ ਲੈਣਾ, ਭੁੱਖ ਨਹੀਂ। ਅਤੇ ਪ੍ਰਕਾਸ਼ ਨੇ ਸ਼ੋਕ ਨਜ਼ਰਾਂ ਨਾਲ ਇੱਧਰ ਉੱਧਰ ਤੱਕਿਆ। ਗਿਆਨ ਕੌਰ ਨੂੰ ਜਾਪ ਰਿਹਾ ਸੀ ਜਿਵੇਂ ਉਹਦਾ ਕੁਲਦੀਪ ਪੈਰੋ ਪੈਰ ਕਿਸੇ ਭਿਆਨਕ ਖੱਡ ਵੱਲ ਰਿੜਦਾ ਜਾ ਰਿਹਾ। ਉਹ ਜਿੰਨੀ ਛੇਤੀ ਹੋ ਸਕੇ ਉਹਨੂੰ ਬਚਾਉਣ ਦਾ ਇੱਕ ਵਾਰੀ ਉਪਰਾਲਾ ਕਰ ਵੇਖੇ। ਬਚ ਸਕੇਗਾ ਜਾਂ ਨਹੀਂ, ਇਹ ਗੱਲ ਉਸ ਲਈ ਸ਼ੱਕ ਵਾਲੀ ਸੀ। ਕਿਸੇ ਤਰ੍ਹਾਂ ਰੋਟੀ ਦਾ ਕੰਮ ਮੁੱਕਿਆ। ਗਿਆਨ ਕੌਰ ਰੋਟੀ ਖਾਣ ਬੈਠੀ ਸਿਰਫ ਦਿਖਾਉਣ ਲਈ। ਗ੍ਰਹਿ ਅੱਜ ਉਹਦੇ ਸੰਘੋਂ ਉੱਨੀ ਉਤਰਨੀ ਮੁਸ਼ਕਲ ਸੀ। ਥੋੜ੍ਹੀ ਦੇਰ ਬਾਅਦ ਉੱਪਰ ਗਈ, ਬੂਹਾ ਖੋਲ੍ਹਿਆ। ਕੁਲਦੀਪ ਭੋਜਨ ਨਹੀਂ ਸੀ ਕਰ ਰਿਹਾ, ਨਾ ਹੀ ਪਾਠ। ਉਹਦੀ ਨਿਗਾਹ ਇਸ ਤਰ੍ਹਾਂ ਛੱਤ 'ਤੇ ਟਿਕੀ ਸੀ ਜਿਵੇਂ ਕਿਤੇ ਦੂਰ ਦੁਰਾਡੇ ਪ੍ਰਦੇਸ਼ 'ਚ ਫਿਰ ਰਿਹਾ ਹੋਵੇ। ਮਾਂ ਨੂੰ ਅੰਦਰ ਆਉਂਦਿਆਂ ਤੱਕ ਕੇ ਉਸ ਤਰਬਕਿਆ ਅਤੇ ਫਿਰ ਚੇਤੰਨ ਹੋ ਕੇ ਬੋਲਿਆ, ਕਿਉਂ ਮਾਂ ਜੀ, ਅੱਜ ਬੜਾ ਉਦਾਸ ਜਾਪਦਾ ਹੈ ਤੁਹਾਡਾ ਚਿਹਰਾ। ਮਾਂ ਕੁਝ ਨਾ ਬੋਲੀ। ਕੁਲਦੀਪ ਨੂੰ ਜਾਪਿਆ ਜਿਵੇਂ ਮਾਂ ਨੂੰ ਅੱਜ ਦੇ ਮਾਮਲੇ ਬਾਬਤ ਕੁਝ ਸ਼ੱਕ ਪੈ ਗਿਆ। ਉਹਨੇ ਫਿਰ ਪੁੱਛਿਆ, ਕੀ ਗੱਲ ਹੈ, ਬੋਲਦੇ ਕਿਉਂ ਨਹੀਂ ਤੁਸੀਂ? ਹੁਣ ਤੱਕ ਸ਼ਾਇਦ ਗਿਆਨ ਕੌਰ ਨੇ ਆਪਣੇ ਆਪ ਨੂੰ ਬੋਲਣ ਲਈ ਤਿਆਰ ਕਰ ਲਿਆ। ਉਹ ਦਿਲ ਦੇ ਭਾਵਾਂ ਨੂੰ ਦਿਲ 'ਚ ਹੀ ਲੁਕਾਉਂਦੀ ਬੋਲੀ, ਪੁੱਤਰ ਕੀ ਦੱਸਾਂ, ਤੂੰ ਮੇਰੀ ਅੱਖੀ ਲੱਗਦਾ ਨਹੀਂ ਅਤੇ ਮੈਨੂੰ ਨੀਂਦਰ ਭੁੱਖ ਹਰਾਮ ਹੋਈ ਜਾ ਰਹੀ ਹੈ। ਨਾਲੇ ਸਰੀਰ ਦਾ ਵੀ ਕੋਈ ਭਰੋਸਾ ਨਹੀਂ, ਦਿਨੋ ਦਿਨ ਠਾਂ ਠਾਂ ਹੀ ਜਾ ਰਿਹਾ। ਜੇ ਕੱਲ੍ਹ ਨੂੰ ਮੈਂ ਅੱਖਾਂ ਮੀਟ ਲਈਆਂ ਤਾਂ ਵਿਚਾਰੇ ਮਹਿੰਦਰ ਨੂੰ ਕੌਣ ਸਾਂਭੇਗਾ? ਤੇਰਾ ਪਿਓ ਵੀ ਤਰਲੇ ਹੀ ਕਰਦਾ ਮਰ ਗਿਆ, ਪਰ ਤੂੰ ਇੱਕ ਨਾ ਸੁਣੇ। ਹੁਣ ਤਾਂ ਚੰਗੇ ਚੰਗੇ ਘਰਾਂ ਦੇ ਸਾਕ ਆਉਂਦੇ ਨੇ, ਹੋਰ ਕੁਛ ਚਿਰ ਨੂੰ ਖਬਰੇ ਕਿਹੋ ਜਿਹਾ ਦਿਨ ਦੇਖਣੇ ਪੈਣ। ਮਾਂ ਸਦਕੇ ਤੂੰ ਨਿਆਣਾ ਨਹੀਂ, ਆਖੇ ਲੱਗ ਅਤੇ ਬੂਹਾ ਖੋਲ੍ਹਣ ਦਾ ਕੋਈ ਹੀਲਾ ਕਰ। ਸ਼ਾਇਦ ਮਾਂ ਨੇ ਅੱਜ ਇਹ ਮਜ਼ਮੂਨ ਛੋਹ ਕੇ ਪੁੱਤਰ ਦੇ ਦਿਲ ਦੀ ਆਸ ਪੂਰੀ ਕੀਤੀ। ਜਿਹੜੀ ਗੱਲ ਛੇੜਨ ਲਈ ਕੁਲਦੀਪ ਅੱਜ ਭਲਕੇ ਕੋਈ ਰਾਹ ਲੱਭ ਰਿਹਾ ਸੀ, ਉਹੀ ਮਾਂ ਨੇ ਛੇੜਤੀ। ਮਾਂ ਜੀ, ਉਹਨੇ ਭਾਰਾ ਗੌਰਾ ਹੋ ਕੇ ਕਿਹਾ,
ਜੇ ਕਿਸਮਤ ਨੂੰ ਸਾਡਾ ਬੂਹਾ ਖੁੱਲ੍ਹਾ ਰੱਖਣਾ ਮਨਜ਼ੂਰ ਹੁੰਦਾ ਤਾਂ ਸਤਵੰਤੀ ਕਿਉਂ ਮਰਦੀ? ਪੁੱਤਰ ਮਾਰਨਾ ਜਵਾਣਾ ਰੱਬ ਦੇ ਅਖਤਿਆਰ ਏ, ਪਰ ਫਿਰ ਵੀ ਆਸਾਂ ਬੱਧੀ ਸੰਸਾਰ ਏ। ਦਰਖਤ ਦਾ ਇੱਕ ਪੱਤਰ ਸੁੱਕ ਕੇ ਡਿੱਗ ਪੈਂਦਾ ਹੈ ਤੇ ਉੱਥੇ ਦੋ ਹੋਰ ਉਗਾਉਂਦੇ ਨੇ। ਜੇ ਸਾਰੇ ਤੇਰੇ ਅਰਗੇ ਹੋ ਜਾਣ ਤਾਂ ਦੁਨੀਆ ਦੇ ਕੰਮ ਕਿੱਕਣ ਚੱਲਣ? ਮਾਂ ਜੀ, ਤੁਸੀਂ ਜੇ ਜ਼ਰੂਰ ਮੈਨੂੰ ਆਰਾਮ ਨਾਲ ਬੈਠੇ ਸੁੱਤੇ ਨੂੰ ਜਕੜਨਾ ਚਾਹੁੰਦੇ ਹੋ ਤਾਂ ਮੈਂ ਆਪਣੇ ਪੈਰਾਂ ਲਈ ਆਪਣੀ ਮਰਜ਼ੀ ਦੀਆਂ ਬੇੜੀਆਂ ਚੁਣਾਂਗਾ, ਜੇ ਤੁਹਾਨੂੰ ਮੇਰੀ ਸ਼ਰਤ ਮਨਜ਼ੂਰ ਹੋਵੇ। ਗਿਆਨ ਕੌਰ ਦਾ ਦਿਲ ਗਿਟ ਗਿਟ ਉਛਲਣ ਲੱਗਾ। ਮਾਨੋ ਕੁਲਦੀਪ ਦੇ ਮੂੰਹ ਜਿਹੜੀ ਗੱਲ ਅਜੇ ਨਹੀਂ ਨਿਕਲੀ ਉਹ ਨਿਕਲਦੀਆਂ ਹੀ ਜ਼ਹਿਰੀ ਸੱਪ ਬਣ ਕੇ ਮਾਂ ਦੇ ਗਲ 'ਚ ਲਿਪਟ ਜਾਏਗੀ। ਬੋਲੀ, ਆਪਣੀ ਮਰਜ਼ੀ ਨਾਲ ਸਹੀ, ਪਰ ਜੇ ਮੇਰੀ ਸਲਾਹ ਵੀ ਲਵੇਂ ਤਾਂ? ਗੱਲ ਟੋਕ ਕੇ ਬੋਲਿਆ, ਹਾਂ ਹਾਂ ਤੁਹਾਡੀ ਸਲਾਹ ਜ਼ਰੂਰ ਲਵਾਂਗਾ। ਅਤੇ ਹੁਣੇ ਮੌਤ ਦਾ ਗੋਲਾ ਜਿਹੜਾ ਗਿਆਨ ਕੌਰ ਦਾ ਸਿਰ ਪਾੜਨ ਲਈ ਅਸਮਾਨੋਂ ਉਤਰਦਾ ਆ ਰਿਹਾ ਸੀ ਉਹਨੂੰ ਸਾਫ਼ ਸਾਫ਼ ਦਿਖਾਈ ਦੇਣ ਲੱਗਾ ਕਿ ਬਸ ਵੱਜਾ ਕੇ ਵੱਜਾ। ਬੋਲੀ, ਦੱਸ। ਮੈਂ ਪ੍ਰਕਾਸ਼। ਅੱਧੀ ਗੱਲ ਸੁਣ ਕੇ ਮਾਂ ਦੇ ਮੂੰਹੋਂ ਚੀਕ ਨਿਕਲ ਗਈ। ਉਹ ਕੁਲਦੀਪ ਦੇ ਮੂੰਹ ਵੱਲ ਇਸ ਤਰ੍ਹਾਂ ਬੌਂਦਲਿਆਂ ਵਾਂਗ ਤੱਕਣ ਲੱਗੀ ਜਿਵੇਂ ਪਛਾਣਨ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿ ਕੀ ਇਹ ਉਸੇ ਦਾ ਕੁਲਦੀਪ ਹੈ। ਕਿਉਂ ਮਾਂ ਜੀ? ਉਹਨੇ ਮੁਸਕਰਾਉਂਦਿਆਂ ਪੁੱਛਿਆ। ਪ੍ਰਕਾਸ਼, ਜੇ ਤੂੰ ਇੱਕ ਇਹ ਮੁਕਾਲਖ ਮਲਣੀ ਹੈ ਤਾਂ ਪਹਿਲਾਂ ਮੇਰੇ ਸੀਨੇ ਛੁਰੀ ਖੋਭ ਲੈ, ਫਿਰ ਮੈਂ ਵੇਖਣ ਨਹੀਂ ਆਉਣਾ ਜੋ ਤੇਰਾ ਜੀ ਆਵੇ ਕਰੇ। ਸਾਡੇ ਜੋਗੀਆਂ ਇਹੋ ਕਲੂਖਤਾਂ ਰਹਿ ਗਈਆਂ ਨੇ। ਕੁਲਦੀਪ ਦਾ ਇਹ ਤਾਂ ਖਿਆਲ ਸੀ ਕਿ ਉਹਦੀ ਮਾਂ ਥੋੜ੍ਹਾ ਬਹੁਤ ਵਿਰੋਧ ਕਰੇਗੀ, ਪਰ ਮਾਂ ਦੇ ਦਿਲ 'ਚ ਪ੍ਰਕਾਸ਼ ਲਈ ਇੰਨੀ ਨਫ਼ਰਤ ਹੈ, ਇਹਦਾ ਉਹਨੂੰ ਸੁਪਨੇ 'ਚ ਵੀ ਖਿਆਲ ਨਹੀਂ ਸੀ। ਖਾਸ ਕਰਕੇ ਉਸ ਸੂਰਤ 'ਚ ਜਦੋਂ ਮਾਂ ਨੂੰ ਹਰ ਵੇਲੇ ਪ੍ਰਕਾਸ਼ ਦੀ ਸ਼ਲਾਘਾ ਕਰਦਿਆਂ ਉਹਦੇ ਕੰਮਾਂ ਨੂੰ ਵਡਿਆਉਂਦਿਆਂ ਸੁਣਦਾ ਸੀ। ਕੁਲਦੀਪ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਮਾਂ ਦੇ ਛੇਕੜਲੇ ਵਾਕ ਨੇ ਕ੍ਰੋਧ ਨਾਲ ਉਹਦਾ ਸਾਰਾ ਸਰੀਰ ਭੱਠੀ ਬਣਾ ਦਿੱਤਾ। ਉਹ ਗੁੱਸੇ ਨੂੰ ਮੁਸ਼ਕਲ ਨਾਲ ਦਬਾਉਂਦਾ ਬੋਲਿਆ, ਜੇ ਉਹ ਐਡੀ ਭੈੜੀ ਸੀ ਤਾਂ ਤੁਸੀਂ ਉਹਨੂੰ ਨੌਕਰ ਕਿਉਂ ਰੱਖਿਆ ਸੀ ਮਾਂ ਜੀ? ਜਦ ਰੱਖਿਆ ਸੀ ਉਦੋਂ ਮੈਨੂੰ ਉਹਦੇ ਲੱਛਣਾਂ ਦਾ ਪਤਾ ਨਹੀਂ ਸੀ, ਅਤੇ ਹੁਣ ਕਿੱਕਣ ਪਤਾ ਲੱਗਾ? ਉਸੇ ਕੋਲੋਂ ਜਿਸ ਪਾਈ ਸੀ, ਵਰਿਆਮ ਸਿੰਘ ਕੋਲੋਂ। ਹਾਂ, ਕੀ ਕਹਿੰਦਾ ਸੀ ਉਹ? ਕੀ ਦੱਸਾਂ ਕੀ ਕਹਿੰਦਾ ਸੀ? ਉਹਦੀਆਂ ਪਿਛਲੀਆਂ ਅਗਲੀਆਂ ਕਰਤੂਤਾਂ ਆਹੋ। ਕੁਲਦੀਪ ਨੂੰ ਉੱਤਰ ਸ਼ਾਹੀ ਲੱਗ ਗਈ। ਕਿਹੜੀਆਂ ਕਰਤੂਤਾਂ? ਕਦੋਂ ਆਇਆ ਸੀ ਉਹ? ਉਸ ਵੇਲੇ ਜਦੋਂ ਤੁਸੀਂ ਦੋਵੇਂ ਇੱਕ ਦੂਜੇ ਦਾ ਹੱਥ ਫੜੀ ਪੰਜ ਤੀਰਥੀ ਫਿਰ ਰਹੇ ਸੀ। ਹੈ? ਕੁਲਦੀਪ ਨੂੰ ਮੁੜਕਾਉਣ ਲੱਗਾ। ਉਹ ਝੂਠਾ ਬਦਮਾਸ਼ ਨਾਰਦ ਮੁਨੀ ਦਾ ਅਵਤਾਰ, ਇੱਕ ਪਾਸੇ ਲਾਈ ਦੂਜੇ ਪਾਸੇ ਬੁਝਾਈ, ਮੈਂ ਅੱਗੇ ਹੀ ਉਹ ਤੋਂ ਕਾਫੀ ਸਤਿਆ ਹੋਇਆ। ਮਾਂ ਜੀ, ਮੈਨੂੰ ਨਹੀਂ ਸਮਝ ਆਉਂਦੀ ਕਿ ਕਿਉਂ ਮੇਰੇ ਲਹੂ ਨਾਲ ਹੱਥ ਰੰਗਣ 'ਤੇ ਉਤਾਰੂ ਹੋ ਗਿਆ। ਵਿਚਾਰੀ ਬੇਦੋਸ਼ੀ ਉੱਤੇ ਇਹ ਦੋਸ਼ ਮੈਂ ਉਹਨੂੰ ਇਸ ਸ਼ੈਤਾਨੀ ਦਾ ਮਜ਼ਾ ਨਾ ਚਖਾਇਆ ਤਾਂ? ਕਹਿੰਦਾ ਕਹਿੰਦਾ ਕੁਲਦੀਪ ਮੰਜੇ ਤੋਂ ਉੱਠ ਕੇ ਕਮਰੇ 'ਚ ਟਹਿਲਣ ਲੱਗ ਪਿਆ। ਉਹਦਾ ਸਾਹ ਇੰਜਣ ਵਾਂਗ ਚੱਲ ਰਿਹਾ ਸੀ। ਗਿਆਨ ਕੌਰ ਚੁੱਪ ਚੁਪੀਤੀ ਹੇਠਾਂ ਉਤਰ ਆਈ। ਪੁੱਤਰ ਦੇ ਕਹਿਰ ਪਾਸੋਂ ਉਹਨੂੰ ਪ੍ਰਤੱਖ ਦਿਸ ਰਿਹਾ ਸੀ ਜਿਵੇਂ ਇਸ ਘਰ 'ਚ ਕੋਈ ਭਾਰੀ ਉਪੱਦਰ ਮੱਚਣ ਵਾਲਾ। ਸਾਰੀ ਰਾਤ ਗਿਆਨ ਕੌਰ ਨੇ ਨਾ ਅੱਖ ਲਾਈ ਨਾ ਮਾਲਾ ਹੱਥੋਂ ਛੱਡੀ। ਸਾਰੀ ਰਾਤ ਉਹਦੀਆਂ ਦਿਲ ਚੀਰਵੀਆਂ ਪ੍ਰਾਰਥਨਾਵਾਂ ਵਿੱਚੋਂ ਪੁੱਤਰ ਲਈ ਸ਼ੁਭ ਕਾਮਨਾਵਾਂ ਦੀਆਂ ਲਹਿਰਾਂ ਉੱਠਦੀਆਂ ਰਹੀਆਂ। ਅੰਗ ਤੇਈਵਾਂ। ਰੋਜ਼ ਵਾਂਗ ਅੱਜ ਵੀ ਪ੍ਰਕਾਸ਼ ਗਿਆਨ ਕੌਰ ਨਾਲ ਨਾਲੋਂ ਸਵਖਤੇ ਜਾਗੀ ਅਤੇ ਜਾ ਕੇ ਕੰਮ ਧੰਦੇ ਲੱਗ ਗਈ ਬੌਕਰ ਬਹਾਰੀ ਫਿਰਨ ਲਈ। ਜਦੋਂ ਉੱਪਰ ਪਹੁੰਚੀ ਤਾਂ ਕੁਲਦੀਪ ਨੂੰ ਉਹਨੇ ਕਮਰੇ 'ਚ ਟਹਿਲਦਿਆਂ ਵੇਖਿਆ ਬੜੀ ਡੂੰਘੀ ਚਿੰਤਾ 'ਚ। ਉਹਦੇ ਪੈਰਾਂ ਦੇ ਖੜਾਕ ਨੇ ਕੁਲਦੀਪ ਦਾ ਧਿਆਨ ਮੋੜਿਆ। ਪ੍ਰਕਾਸ਼ ਨੂੰ ਵੇਖਦਿਆਂ ਇਸ਼ਾਰੇ ਨਾਲ ਉਹਨੇ ਉਹਨੂੰ ਸੱਦ ਲਿਆ। ਉਹ ਨੇੜੇ ਆ ਕੇ ਖਲੋ ਗਈ। ਕੁਲਦੀਪ ਨੇ ਆਖਿਆ, ਪ੍ਰਕਾਸ਼ ਬੈਠ ਜਾ, ਤੇਰੇ ਨਾਲ ਅੱਜ ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਨੇ। ਉਹ ਬੈਠ ਗਈ। ਉਰੇ ਹੋ ਜਾ। ਹੋਰ ਉਰੇ। ਉਹ ਹੋਰ ਨਾਲ ਹੋ ਗਈ। ਕੁਲਦੀਪ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, ਪ੍ਰਕਾਸ਼ ਤੈਨੂੰ ਪਤਾ ਹੈ ਸਾਡੇ ਕੱਲ੍ਹ ਵਾਲੇ ਪ੍ਰਣ ਦੇ ਰਸਤੇ 'ਚ ਵਿੱਚੋਂ ਹੀ ਗੱਲ ਟੋਕ ਕੇ ਬੋਲੀ, ਮੈਂ ਸੁਣ ਚੁੱਕੀ ਹਾਂ ਸਭ ਕੁਝ। ਤੂੰ ਸੁਣ ਚੁੱਕੀ? ਉਹਨੇ ਹੱਕਾ ਬੱਕਾ ਹੋ ਕੇ ਪੁੱਛਿਆ। ਕਿਸ ਤਰ੍ਹਾਂ? ਪੌੜੀਆਂ 'ਚ ਖਲੋ ਕੇ ਜਦੋਂ ਤੁਸੀਂ ਮਾਂ ਪੁੱਤਰ ਉੱਚੀ ਉੱਚੀ ਬੋਲ ਰਹੇ ਸੀ, ਫਿਰ ਇਹੋ ਕਿ ਅੱਜ ਮੈਂ ਇਸ ਘਰੋਂ ਚਲੀ ਜਾਵਾਂਗੀ ਇਸ ਕਰਕੇ ਤੁਹਾਡੇ ਪਾਸੋਂ। ਕੁਲਦੀਪ ਦੇ ਪਿੰਡੇ ਦਾ ਮਾਸ ਜਿਵੇਂ ਕਿਸੇ ਨੇ ਸੰਨੀ ਨਾਲ ਉਚੇੜ ਲਿਆ। ਪ੍ਰਕਾਸ਼, ਉਹਨੇ ਬੇਤਹਾਸ਼ਾ ਉਹਨੂੰ ਬਾਹਾਂ 'ਚ ਭਰ ਕੇ ਕਿਹਾ, ਤੂੰ ਚਲੀ ਜਾਏਂਗੀ? ਤੂੰ ਜਾਣਾ ਚਾਹੁੰਦੀ ਹੈ ਤਾਂ ਜਾਣ ਤੋਂ ਪਹਿਲਾਂ ਮੇਰੀ ਜ਼ਿੰਦਗੀ ਦਾ ਖਾਤਮਾ ਕਰਦੀ ਜਾ। ਤੁਸੀਂ ਜੁਗ ਜੁਗ ਜੀਓ, ਮੇਰੇ ਵਰਗੀ ਭੈੜ ਪਛੁੰਨੀ ਪਿੱਛੇ ਤੁਸੀਂ ਕਿਉਂ? ਇਸ 'ਚ ਪ੍ਰਕਾਸ਼ ਨਾ ਮੇਰਾ ਕਸੂਰ ਸੀ ਨਾ ਮਾਂ ਜੀ ਦਾ। ਇਹ ਤੂਫਾਨ ਕਿਹਨੇ ਤੋਲਿਆ ਸੀ ਮੇਰੀ ਬਾਬਤ? ਪਤਾ ਹੀ ਉਸੇ ਵਰਿਆਮ ਸਿੰਘ ਨੇ ਜਿਹਦੇ ਗੁਣ ਗਾਉਂਦੀ ਤੂੰ ਥੱਕਦੀ ਨਹੀਂ। ਇਹਨਾਂ ਦਾ ਸ਼ੁਕਰ ਹੋਇਆ ਕਿ ਤੈਨੂੰ ਉਸ ਸ਼ੈਤਾਨ ਦੀ ਅਸਲੀਅਤ ਦਾ ਪਤਾ ਲੱਗ ਗਿਆ। ਪ੍ਰਕਾਸ਼ ਬੋਲੀ, ਮੈਨੂੰ ਨਹੀਂ ਸੀ ਪਤਾ ਕਿ ਉਹਨੇ ਮਿੱਤਰ ਬਣ ਕੇ ਧਰੋ ਕਮਾਉਣਾ ਹੈ। ਪ੍ਰਕਾਸ਼, ਕੁਲਦੀਪ ਨੇ ਕਿਹਾ, ਤੂੰ ਇਹ ਕਹਿ ਦਿੱਤਾ ਚਲੀ ਜਾਵਾਂਗੀ, ਮੇਰੇ ਜਿਉਂਦਿਆਂ ਕਦੇ ਨਹੀਂ ਹੋ ਸਕਦਾ। ਮੈਂ ਤੁਹਾਡੇ ਘਰ 'ਚ ਕਲੇਸ਼ ਪਾਵਾਂ, ਇਹ ਵੀ ਤਾਂ ਮੈਥੋਂ ਨਹੀਂ ਹੋ ਸਕਦਾ। ਮੇਰਾ ਕੀ ਹੈ, ਅੱਗੇ ਕਿਸਮਤ ਦੀ ਮਾਰੀ ਹੋਈ ਹਾਂ।
ਤੁਹਾਡਾ ਆਸਰਾ ਲੱਭਾ ਸੀ, ਸੋਚਿਆ ਸੀ 4 ਦਿਨ ਕਿਸੇ ਤਰ੍ਹਾਂ ਕੱਟ ਲਾਂਗੇ, ਪਰ ਖਬਰੇ ਅਜੇ ਮੇਰੇ ਨਸੀਬਾਂ 'ਚ ਕੀ ਭੋਗਣਾ ਲਿਖਿਆ। ਕਹਿੰਦਿਆਂ ਕਹਿੰਦਿਆਂ ਉਹਨੇ ਦੁਪੱਟੇ ਦੇ ਪੱਲੇ ਨਾਲ ਅੱਖਾਂ ਪੂੰਝਣੀਆਂ ਸ਼ੁਰੂ ਕਰਤੀਆਂ। ਕੁਲਦੀਪ ਦਾ ਸਬਰ ਜਾਂਦਾ ਰਿਹਾ, ਜਿਵੇਂ ਪ੍ਰਕਾਸ਼ ਨਹੀਂ ਉਹਦੀ ਦੁਨੀਆ ਜਾ ਰਹੀ ਸੀ। ਉਹ ਬੋਲਿਆ, ਪ੍ਰਕਾਸ਼ ਤੇਰੇ ਬਿਨਾਂ ਮੈਂ ਇੱਕ ਘੜੀ ਵੀ ਜਿਉਂ ਨਹੀਂ ਸਕਾਂਗਾ। ਜੇ ਤੈਨੂੰ ਮੇਰੀ ਜਾਨ ਦੀ ਲੋੜ ਏ ਤਾਂ ਜਾਣ ਵਾਲੇ ਖਿਆਲ ਨੂੰ ਦਿਲੋਂ ਬਿਲਕੁਲ ਕੱਢ ਦੇ। ਬਾਕੀ ਰਹੀ ਕਲੇਸ਼ ਵਾਲੀ ਗੱਲ, ਇਹਦਾ ਤੂੰ ਫਿਕਰ ਨਾ ਕਰ, ਮੈਂ ਸਭ ਠੀਕ ਕਰ ਲਾਂਗਾ। ਕੁਲਦੀਪ ਦੇ ਮੋਢੇ ਨਾਲ ਸਿਰ ਜੋੜੀ ਪ੍ਰਕਾਸ਼ ਸਿਸਕੀਆਂ ਭਰ ਰਹੀ ਸੀ ਅਤੇ ਕੁਲਦੀਪ ਜ਼ੋਰ ਲਾ ਕੇ ਉਹਨੂੰ ਚੁੱਪ ਕਰਾ ਰਿਹਾ ਸੀ। ਭਾਵੇਂ ਇਸ ਆ ਪਏ ਵਿਘਨ ਨੇ ਕੁਲਦੀਪ ਨੂੰ ਬਹੁਤ ਦੁਖੀ ਕਰ ਰੱਖਿਆ ਸੀ, ਪਰ ਵਰਿਆਮ ਸਿੰਘ ਵੱਲੋਂ ਇੱਕਦਮ ਪ੍ਰਕਾਸ਼ ਦਾ ਦਿਲ ਫਿਰ ਗਿਆ ਵੇਖ ਕੇ ਉਹਨੂੰ ਖੁਸ਼ੀ ਵੀ ਹੋ ਰਹੀ ਸੀ। ਪ੍ਰਕਾਸ਼ ਬੋਲੀ, ਹੁਣ ਜਦ ਮਾਨ ਜੀ ਨੇ ਮੇਰੇ ਬਾਬਤ ਇੰਨਾ ਕੁਝ ਆਖ ਦਿੱਤਾ ਹੈ ਤਾਂ ਇਸ ਵਿੱਚ ਤੁਸੀਂ ਦੱਸੋ ਕਿਸੇ ਤਰ੍ਹਾਂ ਮੈਂ ਇੱਥੇ ਰਹਿ ਸਕਦੀ ਹਾਂ? ਫਿਕਰ ਨਾ ਕਰ, ਕੁਲਦੀਪ ਨੇ ਦਾਅਵੇ ਨਾਲ ਕਿਹਾ, ਅੱਜ ਹੀ ਸਭ ਕੁਝ ਠੀਕ ਕਰ ਲਾਂਗਾ। ਤੂੰ ਹਾਲੇ ਦੜ ਵੱਟੀ ਰੱਖ, ਮੈਂ ਜ਼ਰਾ ਹੇਠਾਂ ਮਾਂ ਜੀ ਪਾਸ ਹੋ ਆਵਾਂ। ਗਿਆਨ ਕੌਰ ਅਜੇ ਜਾਗੀ ਨਹੀਂ ਸੀ, ਸ਼ਾਇਦ ਹੁਣੇ ਹੁਣੇ ਉਹਨੂੰ ਨੀਂਦਰ ਆਈ ਸੀ। ਉਹਦੇ ਪਾਸ ਬੈਠ ਕੇ ਕੁਲਦੀਪ ਨੇ ਉਹਨੂੰ ਜਗਾਇਆ, ਅੱਖਾਂ ਮਲਦੀ ਉੱਠ ਬੈਠੀ। ਪੁੱਤਰ ਨੂੰ ਕੋਲ ਬੈਠਾ ਵੇਖ ਕੇ ਚੇਤੰਨ ਹੋ ਗਈ, ਸਾਰੀ ਰਾਤ ਦੀ ਚਿੰਤਾ ਤੋਂ ਮਸੇ 2 ਘੜੀਆਂ ਨੀਂਦਰ ਨੇ ਉਹਨੂੰ ਛੁਡਾਇਆ ਸੀ ਅਤੇ ਫਿਰ ਉਹਨਾਂ ਹੀ ਵਹਿਣਾਂ 'ਚ ਗਲਤਾਨ ਹੋ ਗਈ। ਮਾਂ ਜੀ, ਕੁਲਦੀਪ ਨੇ ਦਲੇਰ ਲਹਿਜੇ 'ਚ ਕਿਹਾ, ਮੈਂ ਤੁਹਾਨੂੰ ਇੱਕ ਗੱਲ ਕਹਿਣ ਲਈ ਆਇਆ। ਕੁਲਦੀਪ, ਕੀ ਗੱਲ ਕਹਿਣ ਆਇਆ ਹੈ? ਇਸ ਤੋਂ ਮਾਂ ਅਣਜਾਣ ਨਹੀਂ ਸੀ, ਬੋਲੀ, ਦੱਸ। ਮੈਂ ਪ੍ਰਕਾਸ਼ ਨਾਲ ਵਿਆਹ ਕਰਾਉਣ ਦਾ ਫੈਸਲਾ ਕਰ ਚੁੱਕਾ ਹਾਂ। ਜੇ ਕਿਸੇ ਨੇ ਮੇਰੇ ਰਸਤੇ 'ਚ ਰੁਕਾਵਟ ਪਾਈ ਤਾਂ ਮੈਂ ਜਾਨ ਦੇ ਦਿਆਂਗਾ। ਮਾਤ ਹਿਰਦੇ ਉੱਤੇ ਇਸ ਜਾਨ ਦੇਣ ਵਾਲੇ ਸ਼ਬਦ ਨੇ ਅਸਹਿ ਕਿਸਮ ਦੀ ਸੱਟ ਮਾਰੀ। ਗਿਆਨ ਕੌਰ ਦਾ ਜਿਵੇਂ ਸਾਹ ਰੁਕਣ ਲੱਗਾ, ਉਹਨੂੰ ਇਸ ਨਿੱਕੇ ਜਿਹੇ ਵਾਕ ਨੇ ਸਭ ਕੁਝ ਭੁਲਾ ਦਿੱਤਾ। ਉਹ ਤੜਪ ਉੱਠੀ। ਇੱਜ਼ਤ, ਸਮਾਜ, ਘਰ ਬਾਰ, ਸਭ ਕਾਸੇ ਦੀ ਰੱਖਿਆ ਦੇ ਜਿੰਨੇ ਵਾਰ ਉਹਦੇ ਅੰਦਰ ਇਕੱਠੇ ਹੋਏ ਸਨ, ਹਨੇਰੀ ਦਾ ਇੱਕੋ ਬੁੱਲਾ ਸਭ ਨੂੰ ਉਡਾ ਕੇ ਲੈ ਗਿਆ ਅਤੇ ਬਾਕੀ ਰਹਿ ਗਿਆ ਵਾਤਸਲ ਵਿੱਚ ਰੰਗਿਆ ਸਿਰਫ ਮਾਤ ਹਿਰਦਾ। ਉਹ ਬੇਤਹਾਸ਼ਾ ਕੁਲਦੀਪ ਉੱਤੇ ਡਿੱਗ ਪਈ। ਵੇ ਪੁੱਤਰਾ, ਰੱਬ ਦੇ ਵਾਸਤੇ ਮੇਰਾ ਰੰਡੇਪਾ ਨਾ ਰੋਲੀ, ਜਿਵੇਂ ਤੇਰਾ ਜੀ ਆਵੇ ਕਰ, ਮੈਂ ਕੁਝ ਨਹੀਂ ਕਹਿੰਦੀ, ਅਲਫੋਂ ਬੇ ਨਹੀਂ ਆਖਾਂਗੀ, ਤੂੰ ਮੇਰੀਆਂ ਅੱਖਾਂ ਅੱਗੇ ਰਹੋ। ਮਾਂ ਦੇ ਇੰਨੀ ਜਲਦੀ ਨਰਮ ਹੋਣ ਦੀ ਕੁਲਦੀਪ ਨੂੰ ਆਸ ਨਹੀਂ ਸੀ। ਉਹਦਾ ਹਿਰਦਾ ਗਦਗਦ ਹੋ ਗਿਆ। ਰਾਤ ਵਾਲੀ ਸਭ ਬੇਆਰਾਮੀ ਅਤੇ ਚਿੰਤਾ ਦੂਰ ਹੋ ਗਈ। ਉਹ ਛੇਤੀ ਨਾਲ ਉੱਠ ਕੇ ਬਾਹਰ ਨਿਕਲ ਗਿਆ। ਅੰਗ 24 ਦੁਪਹਿਰ ਦੇ 4 ਵੱਜ ਚੁੱਕੇ ਸਨ। ਧੁੱਪ ਚਮਕੀ ਸੀ, ਤਾਂ ਵੀ ਮਾੜੀ ਮਾੜੀ ਸਰਦੀ ਪੈ ਰਹੀ ਸੀ। ਗੰਗਾ ਵਿਸ਼ਨ ਆਰਾਮ ਕੁਰਸੀ ਨਾਲ ਸਿਰ ਜੋੜੀ ਮਸਤ ਪਿਆ ਸੀ। ਕੋਈ ਦੀਨ ਦੁਨੀਆ ਦੀ ਸੁੱਧ ਉਹਨੂੰ ਨਹੀਂ ਸੀ, ਬਸ ਇੱਕ ਉਹ ਅਤੇ ਇੱਕ ਉਹਦੀ ਚਿਰ ਸਾਥਣ ਬੋਤਲ। ਸਰੋਜ ਨੇ ਸਵੇਰ ਤੋਂ ਕੁਝ ਨਹੀਂ ਖਾਧਾ ਪੀਤਾ, ਨੌਕਰ ਨੇ ਬਹੁਤ ਵਾਰੀ ਕਿਹਾ, ਪਰ ਹਰ ਵਾਰੀ ਉਹਨੂੰ ਨਾਂ ਵਿੱਚ ਉੱਤਰ ਮਿਲਿਆ। ਆਪਣੇ ਮੰਜੇ 'ਤੇ ਲੰਮੀ ਪਈ, ਡੂੰਘੇ ਫਿਕਰਾਂ 'ਚ ਗੁਆਚੀ ਹੋਈ ਸੀ। ਇਸ ਘਰ ਦਾ ਕੀ ਬਣੇਗਾ, ਕਿਸ ਤਰ੍ਹਾਂ ਬੇੜਾ ਪਾਰ ਹੋਏਗਾ? ਬਾਊ ਜੀ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਸ਼ਰਾਬ ਪੀ ਪੀ ਕੇ ਉਹਨਾਂ ਦਾ ਅੰਦਰ ਸੜ ਚੁੱਕਾ ਹੈ, ਤਿੱਲੀ ਵੱਧ ਗਈ ਹੈ, ਅੱਖਾਂ ਪੀਲੀਆਂ ਹੋ ਗਈਆਂ ਨੇ। ਉੱਠੀ ਅਤੇ ਇੱਕ ਵਾਰੀ ਫਿਰ ਗੰਗਾ ਵਿਸ਼ਨ ਦੇ ਕਮਰੇ 'ਚ ਪਹੁੰਚੀ। ਉਹਨੇ ਵੇਖਿਆ ਬੋਤਲ ਵਿੱਚੋਂ ਕੁਝ ਛਿੱਕਣ ਲਈ ਘੁੱਟ ਗਲਾਸ 'ਚ ਪਾ ਕੇ ਬੋਤਲ ਉੱਤੇ ਨਜ਼ਰ ਟਿਕਾਈ। ਗੰਗਾ ਵਿਸ਼ਨ ਟੁੱਟੇ ਫੁੱਟੇ ਸ਼ਬਦਾਂ 'ਚ ਗਾ ਰਿਹਾ ਸੀ, ਮੈਂ ਤੁਝੇ ਬਾਕੀ ਨਾ ਛੋੜੂੰ, ਤੂੰ ਮੁਝੇ ਬਾਕੀ ਨਾ ਛੋੜ, ਮੈਂ ਤੇਰੀ ਹਸਤੀ ਮਿਟਾ ਦੂੰ, ਤੂੰ ਮੇਰੀ ਹਸਤੀ ਨਾ ਛੋੜ। ਬਾਊ ਜੀ, ਕਹਿੰਦੀ ਹੋਈ ਉਸਦੇ ਉੱਤੇ ਜਾ ਡਿੱਗੀ ਅਤੇ ਫੁੱਟ ਫੁੱਟ ਕੇ ਰੋਣ ਲੱਗੀ। ਉਹਦੀਆਂ ਚੀਕਾਂ ਨੇ ਸ਼ਰਾਬੀ ਪਿਓ ਦੇ ਲੋਰ ਨੂੰ ਹੋਰ ਵੀ ਲੰਮਾ ਕਰ ਦਿੱਤਾ। ਉਹ ਇਸ ਬਦਨਸੀਬ ਬੱਚੀ ਨੂੰ ਗਲ ਲਾ ਕੇ ਰੋ ਰਿਹਾ ਸੀ। ਸਰੋਜ ਨਾ ਰੋ ਸਰੋਜ, ਮੇਰੀਆਂ ਆਂਦਰਾਂ ਨਾ ਸਾੜ, ਮੈਂ ਬਸ ਹੁਣ ਨਹੀਂ ਪੀਆਂਗਾ, ਮਰ ਜਾਵਾਂਗਾ ਤਾਂ ਵੀ ਨਹੀਂ। ਸਰੋਜ ਪੁੱਤਰੀ, ਤੂੰ ਆਪਣੀ ਮਾਂ ਦੀ ਨਿਸ਼ਾਨੀ ਮੇਰੇ ਕੋਲ, ਨਾ ਰੋ ਪੁੱਤਰ, ਮੈਂ ਨਹੀਂ ਪੀਂਦਾ। ਕਿੰਨਾ ਹੀ ਚਿਰ ਉਹਦੇ ਮੂੰਹ ਇਹ ਟੁੱਟੇ ਭੁੱਜੇ ਸ਼ਬਦ ਨਿਕਲਦੇ ਰਹੇ। ਸਰੋਜ ਰੋ ਰੋ ਕੇ ਉਹਦੀ ਛਾਤੀ ਭਿਉਂਦੀ ਰਹੀ, ਪਰ ਆਖਿਰ ਕੀ ਹੋਣਾ ਸੀ। ਜਦ ਸਰੋਜ ਦਾ ਸਿਰ ਪਾਣੀ ਤੋਂ ਸੱਖਣਾ ਹੋ ਗਿਆ ਤਾਂ ਉਹਨੇ ਪਿਓ ਨੂੰ ਸੰਭਾਲ ਕੇ ਮੰਜੇ ਲਟਾ ਦਿੱਤਾ ਅਤੇ ਆਪ ਮੂੰਹ ਅੱਖਾਂ ਪੂੰਝ ਕੇ ਬਾਹਰ ਨਿਕਲੀ। ਪਿਓ ਦੇ ਇਹੋ ਜਿਹੇ ਸ਼ਰਾਬ ਛੱਡਣ ਦੇ ਇਕਰਾਰ ਉਹ ਸ਼ਾਇਦ 19 ਵਾਰੀ ਸੁਣ ਚੁੱਕੀ ਸੀ, ਜਿੰਨੀ ਵਾਰੀ ਗੰਗਾ ਵਿਸ਼ਨ ਸ਼ਰਾਬ ਵਿੱਚ ਮਦਹੋਸ਼ ਹੋਇਆ ਸੀ। ਇਹੋ ਕਾਰਨ ਹੈ ਕਿ ਹੁਣ ਇਹਨਾਂ ਇਕਰਾਰਾਂ ਦੀ ਸਰੋਜ ਦੀਆਂ ਨਜ਼ਰਾਂ 'ਚ ਕੋਈ ਕੀਮਤ ਨਹੀਂ ਸੀ ਰਹਿ ਗਈ। ਬਾਹਰ ਨਿਕਲੀ ਕਿ ਸਾਹਮਣੇ ਸਿੰਘ ਸਭਾ ਦਾ ਸੇਵਾਦਾਰ ਇੱਕ ਚਿੱਠੀ ਲਈ ਖੜਾ ਸੀ। ਚਿੱਠੀ ਲੈ ਕੇ ਸਰੋਜ ਨੇ ਪੜ੍ਹੀ ਲਿਖਿਆ ਸੀ, ਬੀਬੀ ਸਰੋਜ ਜੀ, ਬੇਨਤੀ ਹੈ ਕਿ ਕੱਲ੍ਹ ਸਵੇਰੇ ਗੁਰਦੁਆਰੇ 'ਚ ਇੱਕ ਜੋੜੀ ਦਾ ਆਨੰਦ ਕਾਰਜ ਹੋਣਾ ਹੈ, ਇਸ ਲਈ ਆਸ ਹੈ ਕਿ ਤੁਸੀਂ ਆਪਣੇ ਸ਼ਬਦੀ ਜਥੇ ਸਹਿਤ ਅੰਮ੍ਰਿਤ ਵੇਲੇ ਪਹੁੰਚ ਕੇ ਧੰਨਵਾਦ ਬਣਾਓਗੇ। ਆਸਾ ਦੀ ਵਾਰ ਦਾ ਕੀਰਤਨ ਅਤੇ ਲਾਵਾਂ ਦੀ
ਰਸਮ ਤੁਹਾਡੇ ਜੱਥੇ ਦੇ ਜਿੰਮੇ ਹੈ। ਦਾਸ ਕੱਤਰ ਸ੍ਰੀ ਗੁਰੂ ਸਿੰਘ ਸਭਾ। ਸਰੋਜ ਦਾ ਦਿਲ ਅੱਜ ਬਹੁਤ ਜ਼ਿਆਦਾ ਉਦਾਸ ਸੀ। ਉਹਦੀ ਸਲਾਹ ਹੋਈ ਕਿ ਚਿੱਠੀ ਦੀ ਪਿੱਠ 'ਤੇ ਲਿਖ ਭੇਜੇ ਕਿ ਤਬੀਅਤ ਠੀਕ ਨਾ ਹੋਣ ਕਰਕੇ ਉਹ ਸ਼ਾਇਦ ਨਾ ਆ ਸਕੇ। ਪਰ ਫਿਰ ਸੋਚਣ ਲੱਗੀ ਕਾਹਨੂੰ ਇਨਕਾਰ ਕਰਨਾ, 2 ਘੜੀਆਂ ਦਾ ਸਤਸੰਗ ਕਰਕੇ ਤਬੀਅਤ ਸ਼ਾਇਦ ਕੁਝ ਠੀਕ ਹੋ ਜਾਏ। ਸੇਵਾਦਾਰ ਚਲਾ ਗਿਆ ਅਤੇ ਉਸੇ ਉਦਾਸੀ ਦੀ ਹਾਲਤ ਵਿੱਚ ਮੰਜੇ 'ਤੇ ਜਾ ਬੈਠੀ। ਸਰੋਜ ਅੰਗ 25। ਸਰੋਜ ਕੁੜੀਆਂ ਦੇ ਜੱਥੇ ਸਣੇ ਅੰਮ੍ਰਿਤ ਵੇਲੇ 5 ਵਜੇ ਗੁਰਦੁਆਰੇ ਪਹੁੰਚ ਗਈ ਅਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ। ਸਰੋਜ ਅਤੇ ਇੱਕ ਹੋਰ ਕੁੜੀ ਹਾਰਮੋਨੀਅਮ ਵਜਾ ਰਹੀਆਂ ਸਨ। ਪਹਿਲੇ ਦਿਨ ਹੀ ਲੋਕਾਂ ਨੂੰ ਸਰੋਜ ਦੇ ਕੀਰਤਨ ਦੀ ਇਤਲਾਹ ਮਿਲ ਚੁੱਕੀ ਸੀ। ਗੁਰਦੁਆਰੇ ਦਾ ਹਾਲ 6 ਵਜਿਆਂ ਤੀਕ ਖਚਾਖਚ ਭਰ ਗਿਆ। ਸਰੋਜ ਦੇ ਸੁਰੀਲੇ ਗਲੇ 'ਚੋਂ ਨਿਕਲੀ ਹੋਈ ਆਵਾਜ਼ ਸਰੋਤਿਆਂ 'ਤੇ ਡਾਢਾ ਮਿੱਠਾ ਅਤੇ ਨਿੱਘਾ ਅਸਰ ਕਰ ਰਹੀ ਸੀ। ਨਾਲ ਦੀਆਂ ਕੁੜੀਆਂ ਦੀ ਆਵਾਜ਼ ਵੀ ਘੱਟ ਨਹੀਂ ਸੀ, ਪਰ ਸਰੋਜ ਦਾ ਗਲਾ ਤਾਂ ਜਿਵੇਂ ਨਿਰੇ ਸੰਗੀਤ ਦੇ ਸੱਚੇ 'ਚ ਢਲਿਆ ਸੀ। ਜਿਉਂ ਜਿਉਂ ਵਾਰ ਦੇ ਸਲੋਕ ਮੁੱਕਣ 'ਤੇ ਆਉਂਦੇ ਸਨ, ਭੇਟ 'ਚ ਬਰਾਬਰ ਵਾਧਾ ਹੁੰਦਾ ਜਾ ਰਿਹਾ ਸੀ। ਵਾਰ ਦੀ ਸਮਾਪਤੀ ਹੋਣ 'ਤੇ ਆਈ ਅਤੇ ਫਿਰ ਇੱਕ ਝਮ ਝਮ ਕਰਦੀ ਦੁਲਹਨ ਘੁੰਡ ਵਿੱਚ ਕੱਜੀ ਹੋਈ ਲਿਆ ਕੇ ਸ਼ਬਦੀ ਜੱਥੇ ਦੇ ਅੱਗੇ ਬਿਠਾਲ ਦਿੱਤੀ ਗਈ। ਇਸ ਵੇਲੇ ਲਾਗੇ ਦੀ ਇੱਕ ਕੁੜੀ ਨੇ ਸਰੋਜ ਦੇ ਕੰਨ 'ਚ ਕਿਹਾ, ਭੈਣ ਜੀ ਪਤਾ ਜੀ ਕਿਹਦਾ ਵਿਆਹ ਹੈ? ਨਹੀਂ, ਸਰੋਜ ਨੇ ਉੱਤਰ ਦਿੱਤਾ, ਕੁਲਦੀਪ ਸਿੰਘ ਦਾ। ਹੈ? ਆਪਣੀ ਨੌਕਰਾਣੀ ਨਾਲ? ਨੌਕਰਾਣੀ ਨਾਲ? ਹਾਂ। ਵਾਜੇ ਦੇ ਪੱਖੇ ਉੱਤੇ ਸਰੋਜ ਦਾ ਖੱਬਾ ਹੱਥ ਜੰਮ ਗਿਆ। ਸੱਜੇ ਹੱਥ ਦੀਆਂ ਉਂਗਲਾਂ ਅਸਲ ਸੁਰਾਂ ਦੀ ਥਾਂ ਅਸ਼ੁੱਧ ਸੁਰਾਂ 'ਤੇ ਪੈਣ ਲੱਗੀਆਂ। ਉਹਦਾ ਤਾਲ ਘੜੀ ਮੁੜੀ ਥਿੜਕਣ ਲੱਗਾ। ਹੋਰ ਥੋੜ੍ਹੇ ਚਿਰ ਨੂੰ ਲਾੜਾ ਵੀ ਦੁਲਹਨ ਦੇ ਨਾਲ ਲੱਗ ਕੇ ਆ ਬੈਠਾ। ਉਹਦਾ ਗਲਾ ਸੇਰਿਆਂ ਨਾਲ ਭਰਿਆ ਸੀ। ਗੁਲਾਬੀ ਪੱਗ ਉੱਤੇ ਕੇਸਰੀ ਛਿੱਟੇ ਦੇ ਉੱਪਰ ਜਿਗਾ ਚਮਕ ਰਹੀ ਸੀ। ਤਿੱਲੇ ਦੀਆਂ ਮਹੀਨ ਤਾਰਾਂ ਉਹਦੇ ਚਿਹਰੇ ਦਾ ਕੁਝ ਹਿੱਸਾ ਲੁਕਿਆ ਸੀ, ਪਰ ਲੁਕਿਆ ਹੋਣ 'ਤੇ ਵੀ ਇਹ ਸਰੋਜ ਦੀਆਂ ਅੱਖਾਂ ਥਾਣੀ ਉਹਦੇ ਦਿਲ 'ਚ ਉਤਰ ਗਿਆ। ਸਰੋਜ ਦੇ ਸਰੀਰ 'ਚ ਸਿਥਲਤਾ ਭਰਦੀ ਆ ਰਹੀ ਸੀ। ਉਹ ਗਾ ਰਹੀ ਸੀ ਜਾਂ ਨਹੀਂ ਇਹਦਾ ਉਹਨੂੰ ਆਭਾਸ ਨਹੀਂ ਸੀ। ਵਾਜੇ ਉੱਤੇ ਉਹਦਾ ਹੱਥ ਐਵੇਂ ਨਾ ਮਾਤਰ ਹੀ ਚੱਲ ਰਿਹਾ ਸੀ। ਦੂਸਰੀ ਕੁੜੀ ਦਾ ਵਾਜਾ ਹੀ ਇਸ ਕੰਮ ਨੂੰ ਨਿਭਾਈ ਜਾ ਰਿਹਾ ਸੀ। ਸਰੋਜ ਦੀਆਂ ਅੱਖਾਂ 'ਚ ਇਸ ਵੇਲੇ ਕੋਈ ਹੋਰ ਦੁਨੀਆ ਫਿਰ ਰਹੀ ਸੀ। ਉਹਦੇ ਸੀਨੇ 'ਚ ਕੋਈ ਤੂਫਾਨ ਉਮੜਿਆ ਆ ਰਿਹਾ ਸੀ। ਕਿਹੜੇ ਵੇਲੇ ਆਨੰਦ ਦੀਆਂ 5 ਪੌੜੀਆਂ ਖਤਮ ਹੋਈਆਂ ਉਹਨੂੰ ਕੋਈ ਪਤਾ ਨਹੀਂ। ਉਤਰਬਕ ਪਈ, ਮਾਨੋ ਨੀਂਦਰ ਤੋਂ ਜਾਗ ਉੱਠੀ ਜਦੋਂ ਉਹਨੇ ਆਪਣੇ ਸਾਥਣਾਂ ਨੂੰ ਹਰ ਪਹਿਲੜੀ ਲਾਮ ਗਾਉਂਦਿਆਂ ਸੁਣਿਆ। ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਕੇ ਜਦ ਪਹਿਲੀ ਲਾਮ ਦੇ ਖਾਤਮੇ ਤੋਂ ਬਾਅਦ ਜੋੜੀ ਮੁੜ ਆਪਣੇ ਟਿਕਾਣੇ ਪੁੱਜੀ ਤਾਂ ਅਚਾਨਕ ਕੁਲਦੀਪ 'ਤੇ ਸਰੋਜ ਦੀ ਨਜ਼ਰ ਭਿੜ ਗਈ। ਕੁਲਦੀਪ ਉੱਤੇ ਇਹਦਾ ਕੁਝ ਅਸਰ ਹੋਇਆ ਭਾਵੇਂ ਨਹੀਂ, ਪਰ ਸਰੋਜ ਦੀ ਉਹੀ ਹਾਲਤ ਹੋਈ ਜਿਹੜੀ ਚੱਲਦੀ ਗੱਡੀ ਨੂੰ ਇਕਦਮ ਬ੍ਰੇਕ ਲੱਗ ਜਾਣ ਕਰਕੇ ਹੁੰਦੀ ਹੈ। ਧੱਕਾ ਇੰਨਾ ਸਖਤ ਸੀ ਜਿਹਨੂੰ ਉਹ ਸਹਾਰ ਨਾ ਸਕੀ। ਉਹਦੇ ਚਿਹਰੇ 'ਤੇ ਮੁਰਦੇ ਹਨੇ ਛਾ ਗਈ। ਅੱਖ ਪੁਤਲੀਆਂ ਦੀ ਹਰਕਤ ਰੁਕਣ ਲੱਗੀ। ਵਾਜੇ ਉੱਤੇ ਉਹਦੇ ਦੋਵੇਂ ਹੱਥ ਥੰਮ ਗਏ। ਦੂਜੇ ਵਾਜੇ ਵਾਲੀ ਕੁੜੀ ਨੇ ਉਹਨੂੰ ਪੁੱਛਿਆ, ਭੈਣ ਜੀ ਕਿਉਂ ਤਬੀਅਤ ਠੀਕ ਜੀ? ਹਾਂ ਨਹੀਂ, ਸਿਰ ਨੂੰ ਚੱਕਰ, ਅਤੇ ਅੱਗੇ ਨਾ ਬੋਲ ਸਕੀ। ਦੂਜੀ ਕੁੜੀ ਨੂੰ ਬਹੁਤੀ ਪੁੱਛਗਿੱਛ ਕਰਨ ਦੀ ਵਿਹਲ ਨਹੀਂ ਸੀ, ਕਿਉਂਕਿ ਸਰੋਜ ਦਾ ਕੰਮ ਵੀ ਉਸੇ ਨੂੰ ਕਰਨਾ ਪੈ ਰਿਹਾ ਸੀ। ਕੰਮ ਹੋ ਗਿਆ। ਹਰ ਚੌਥੜੀ ਲਾਮ ਸਰੋਜ ਨੇ ਨੂੰ ਮਾੜੀ ਮਾੜੀ ਹੋਸ਼ ਸੀ। ਪੱਲੇ ਮੈਂ ਤੰਡੇ ਲੱਗ ਗਈ ਅਤੇ ਸਰੋਜ ਬੇਹੋਸ਼ ਸੀ। ਉਹਦਾ ਸਿਰ ਝੁਕਦਾ ਝੁਕਦਾ ਵਾਜੇ ਦੀ ਫੱਟੀ ਨਾਲ ਜਾ ਲੱਗਾ। ਕੁੜੀਆਂ ਵਿੱਚ ਖਲਬਲੀ ਮੱਚ ਗਈ। ਭੈਣ ਜੀ ਨੂੰ ਕੀ ਹੋ ਗਿਆ? ਸੰਭਾਲੋ, ਬੇਹੋਸ਼ ਹੋ ਗਏ। 4-5 ਕੁੜੀਆਂ ਨੇ ਥੰਮ ਥਮਾ ਕੇ ਉਹਨੂੰ ਉਠਾਇਆ ਅਤੇ ਪਿਛਲੇ ਕਮਰੇ 'ਚ ਜਾ ਲੰਮਾ ਪਾ ਦਿੱਤਾ। ਆਨੰਦ ਕਾਰਜ ਸਮਾਪਤ ਹੋਇਆ ਅਤੇ ਭੋਗ ਪੈਣ ਤੋਂ ਪਹਿਲਾਂ ਸਰੋਜ ਫਿਰ ਆਪਣੀ ਥਾਂ 'ਤੇ ਆ ਬੈਠੀ, ਪਰ ਅਜੇ ਤੱਕ ਵੀ ਉਹ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਸੀ। ਉਹਦੀਆਂ ਅੱਖਾਂ ਅੱਗੇ ਹਨੇਰੇ ਦੀਆਂ ਲਹਿਰਾਂ ਫਿਰ ਰਹੀਆਂ ਸਨ। ਅੰਗ 26। ਐਤਵਾਰ ਦਾ ਦਿਨ ਸਰਕਾਰੀ ਨੌਕਰਾਂ ਲਈ ਆਰਾਮ ਕਰਨ ਦਾ ਦਿਨ ਹੁੰਦਾ, ਪਰ ਵਰਿਆਮ ਸਿੰਘ ਲਈ ਇਹ ਦਿਨ ਹਫ਼ਤੇ ਦੇ ਸਾਰੇ ਦਿਨਾਂ ਤੋਂ ਬਹੁਤੇ ਰੁਝੇਵੇਂ ਦਾ ਹੋਇਆ ਕਰਦਾ ਸੀ। ਸਰਕਾਰੀ ਹਸਪਤਾਲ 'ਚ ਦਵਾਈਆਂ ਦਾ ਘਾਟਾ ਨਹੀਂ ਸੀ, ਪੇਟੀਆਂ ਦੀਆਂ ਪੇਟੀਆਂ ਰੋਜ਼ ਖੁੱਲ੍ਹਦੀਆਂ ਸਨ। ਇੱਥੋਂ ਹੀ ਇਲਾਕੇ ਦੇ ਛੋਟੇ ਹਸਪਤਾਲਾਂ ਨੂੰ ਦਵਾਈਆਂ ਸਪਲਾਈ ਕੀਤੀਆਂ ਜਾਂਦੀਆਂ ਸਨ। ਕੋਈ ਕਿੰਨੀ ਵੀ ਕੀਮਤੀ ਦਵਾਈ ਹੋਵੇ, ਵਰਿਆਮ ਸਿੰਘ ਲੋੜ ਅਨੁਸਾਰ ਲੈ ਜਾਵੇ, ਕੋਈ ਡਾਕਟਰ ਜਾਂ ਸਟੋਰ ਇੰਚਾਰਜ ਉਹਦਾ ਹੱਥ ਨਹੀਂ ਫੜ ਸਕਦਾ। ਬੁਖਾਰ ਲਈ ਕੁਨੀਨ ਅਤੇ ਫੀਵਰ ਮਿਕਸਚਰ, ਜ਼ੁਕਾਮ ਲਈ ਯੂਕਲਿਪਟਸ ਆਇਲ, ਨਮੋਨੀਆ ਲਈ ਨਮੋਨੀਆ ਮਿਕਸਚਰ, ਵਾਈਟ ਆਇਲ, ਜ਼ਖਮਾਂ ਲਈ ਬੋਰਕ, ਐਂਡੋਫਾਰਮ, ਕਾਟਨ ਅਤੇ ਪੱਟੀਆਂ ਆਦਿ, ਅਤੇ ਅੱਖਾਂ ਲਈ ਜ਼ਿੰਕ ਲੋਸ਼ਨ ਆਦਿ, ਜੋ ਚੀਜ਼ ਜਿੰਨੀ ਜਿੰਨੀ ਉਹਨੂੰ ਲੋੜ ਹੁੰਦੀ ਲੈ ਜਾਂਦਾ। ਅਤੇ ਐਤਵਾਰ ਵਾਲੇ ਦਿਨ ਪੁੜੀਆਂ ਅਤੇ ਡੋਜ਼ਾਂ ਦੀ ਸ਼ਕਲ 'ਚ ਵੰਡਦਾ ਰਹਿੰਦਾ। ਹਸਪਤਾਲ ਦੇ ਸਾਰੇ ਕਰਮਚਾਰੀ ਜਾਣਦੇ ਸਨ ਕਿ ਸ਼ਹਿਰ ਦੇ ਗਰੀਬ ਬਿਮਾਰਾਂ ਲਈ ਜਿੰਨਾ ਕੰਮ ਵਰਿਆਮ ਸਿੰਘ ਕਰਦਾ, ਉਹਨਾਂ ਕੋਈ ਹਸਪਤਾਲ ਵੀ ਨਹੀਂ ਕਰ ਸਕਦਾ। ਨਾਲੇ ਇਹਨਾਂ ਹਸਪਤਾਲਾਂ 'ਚ ਗਰੀਬਾਂ ਦੀ ਵਟੀਂਦੀ ਵੀ ਕੀ ਹੈ? ਡਾਕਟਰ, ਕੰਪਾਊਂਡਰ, ਵਾਰਡਰ, ਮਾਸ਼ਕੀ, ਚੂੜਾ, ਛੋਟੇ ਮੋਟੇ ਸਾਰੇ ਹੀ ਮਰੀਜ਼ਾਂ ਦੀਆਂ ਜੇਬਾਂ ਕੱਟਣ 'ਚ ਰੁੱਝੇ ਰਹਿੰਦੇ ਹਨ। ਜਦ ਤੀਕ ਇਹਨਾਂ ਦੇ ਢਿੱਡਾਂ ਨੂੰ ਨਾ ਭਰਿਆ ਜਾਵੇ, ਇਲਾਜ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ।
ਹਸਪਤਾਲ ਦੇ ਸਟੋਰ 'ਚੋਂ ਦਵਾਈ ਜਾਂ ਕੋਈ ਵੀ ਚੀਜ਼ ਅਯੋਗ ਤੌਰ 'ਤੇ ਚੁੱਕ ਲੈ ਜਾਣੀ ਜੁਰਮ ਹੈ, ਪਰ ਵਰਿਆਮ ਸਿੰਘ ਨੂੰ ਇਹੋ ਜਿਹੀਆਂ ਚੋਰੀਆਂ ਦੀ ਸ਼ਾਇਦ ਮੁੱਢ ਤੋਂ ਆਦਤ ਹੈ। ਇਹਨਾਂ ਗੱਲਾਂ ਦੀ ਉਹ ਪਰਵਾਹ ਨਹੀਂ ਕਰਦਾ, ਉਹਨੇ ਇੰਨਾ ਹੀ ਸਮਝ ਰੱਖਿਆ ਕਿ ਲੋੜਵੰਦ ਦੀ ਲੋੜ ਪੂਰੀ ਕਰਨੀ ਹੈ, ਚੋਰੀ ਕਰਕੇ ਪੂਰੀ ਕਰਨੀ ਪਵੇ ਭਾਵੇਂ ਡਾਕਾ ਮਾਰ ਕੇ। ਇੱਥੋਂ ਤੱਕ ਕਿ ਉਹਦੀ ਤਨਖਾਹ ਜਿਹੜੀ ਕੁੱਲ 30 ਰੁਪਏ ਸੀ, ਉਹਦਾ ਵੀ ਕੁਝ ਹਿੱਸਾ ਇਸੇ ਕੰਮ 'ਤੇ ਖਰਚ ਹੁੰਦਾ ਹੈ। ਤਾਂ ਛੋਟੋ ਆਪਣੇ ਸਾਥੀਆਂ ਵਾਂਗ ਰਾਜ਼ੀ ਹੋਏ ਮਰੀਜ਼ਾਂ ਪਾਸੋਂ ਇਨਾਮ ਕਰਾਮ ਵੀ ਲੈ ਲੈਂਦਾ ਸੀ, ਪਰ ਸਰਦੇ ਲੋਕਾਂ ਕੋਲੋਂ ਅਤੇ ਇਸ ਆਮਦਨ ਦਾ ਜੋ ਅਕਸਰ 10 ਤੋਂ ਲੈ ਕੇ 20 ਰੁਪਏ ਤੱਕ ਮਹੀਨੇ ਦੀ ਹੋ ਜਾਂਦੀ, ਪੈਸਾ ਪੈਸਾ ਉਹ ਉਪਰੋਕਤ ਕੰਮਾਂ 'ਤੇ ਖਰਚ ਕਰਦਾ ਸੀ। ਉਹਦੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਇਹ ਹਾਲ ਸੀ ਕਿ ਰੋਟੀ ਉਹ ਤੰਦੂਰ ਤੋਂ ਖਾਂਦਾ, ਜਿਹਦਾ ਖਰਚ 10 ਰੁਪਏ ਮਹੀਨੇ ਤੋਂ ਵੱਧ ਨਹੀਂ ਸੀ। ਕੱਪੜੇ ਉਹ ਜਦੋਂ ਵਿਹਲ ਲੱਗੇ ਆਪਣੇ ਹੱਥੀਂ ਧੋਂਦਾ, ਫਿਰ ਵੀ ਉਹ ਅਕਸਰ ਕਰਜ਼ਈ ਹੀ ਰਹਿੰਦਾ ਸੀ। 10 ਕਿਸੇ ਕੋਲੋਂ ਫੜ, 5 ਕਿਸੇ ਕੋਲੋਂ ਫੜ, ਪਰ ਕਿਸ ਕੰਮ ਲਈ 10-20 ਦੀ ਲੋੜ ਪੈ ਗਈ ਤਾਂ ਉਹਨੇ ਪੈਦਾ ਕਰਕੇ ਹੀ ਸਾਹ ਲਿਆ, ਭਾਵੇਂ ਕਿਸੇ ਵੀ ਢੰਗ ਨਾਲ। ਅੱਜ ਦਾ ਐਤਵਾਰ ਵੀ ਉਸ ਲਈ ਕੰਮਾਂ ਦਾ ਭਰਿਆ ਸੀ। ਸਵੇਰ ਤੋਂ ਦਵਾਈਆਂ ਦੀਆਂ ਪੁੜੀਆਂ ਬੰਨਦਾ ਰਿਹਾ ਸੀ ਅਤੇ ਉਹਨੂੰ ਇੱਕ ਛੋਟੇ ਜਿਹੇ ਬੈਗ 'ਚ ਭਰ ਕੇ ਹਰ ਐਤਵਾਰ ਵਾਂਗ ਬਾਹਰ ਜਾਣ ਲਈ ਤਿਆਰ ਹੋ ਬੈਠਾ। ਕੱਪੜੇ ਉਹਦੇ ਕੁਝ ਮੈਲੇ ਸਨ, ਉਹਨੇ ਪਾਣੀ ਦੀ ਬਾਲਟੀ ਲਿਆਂਦੀ ਕਿ ਹੋਰ ਨਹੀਂ ਤਾਂ 2-4 ਕੱਪੜੇ ਹੀ ਹਾਲੇ ਧੋ ਕੇ ਸੁੱਕਣੇ ਪਾ ਲਵੇ। ਬੂਹਾ ਉਸ ਬੰਦ ਕੀਤਾ, ਉਹਨਾਂ ਨੂੰ ਧੋਣ ਲਈ ਤਿਆਰ ਹੋਇਆ, ਪਰ ਫਿਰ ਕੁਝ ਸੋਚ ਕੇ ਸਲਾਹ ਬਦਲ ਦਿੱਤੀ, ਛੇਤੀ ਛੇਤੀ ਕੱਪੜੇ ਪਾਉਣ ਲੱਗਾ। ਬਰਸਾਤ ਤੋਂ ਬਾਅਦ ਭਾਦੋਂ ਅਤੇ ਅੱਸੂ ਇਹ 2 ਮਹੀਨੇ ਇਸ ਇਲਾਕੇ 'ਚ ਮਲੇਰੀਏ ਦਾ ਬਹੁਤ ਜ਼ੋਰ ਰਹਿੰਦਾ, ਜਿਸ ਕਰਕੇ ਇਹਨੀਂ ਦਿਨੀ ਵਰਿਆਮ ਸਿੰਘ ਦਾ ਕੰਮ ਵੀ ਵੱਧ ਜਾਂਦਾ। ਕੱਤਕ ਚੜ੍ਹੇ ਮਲੇਰੀਏ ਦਾ ਜ਼ੋਰ ਘਟਣਾ ਸ਼ੁਰੂ ਹੁੰਦਾ, ਪਰ ਜਿਨ੍ਹਾਂ ਵਿਚਾਰਿਆਂ ਨੂੰ ਇਹ ਤਾਪ ਲੰਮੇਰੇ ਸਮੇਂ ਲਈ ਚੰਬੜਿਆ ਰਹਿੰਦਾ, ਉਹਨਾਂ ਦੇ ਰੰਗ ਦੀਆਂ ਕਿਸਮਾਂ ਵੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਿਸੇ ਨੂੰ ਇਹ ਮਲੇਰੀਆ ਟਾਈਫਾਇਡ ਦੇ ਰੂਪ 'ਚ ਹੱਥ ਧੋ ਕੇ ਪਿੱਛੇ ਪੈ ਗਿਆ, ਕਿਸੇ ਨੂੰ ਇਨਫਲੂਐਂਜ਼ਾ ਦੀ ਸ਼ਕਲ ਦੇ ਵਿੱਚ। ਅਜਿਹੀ ਦਰਜਨਾਂ ਰੋਗੀ ਸ਼ਹਿਰ ਦੀਆਂ ਗੰਦੀਆਂ ਭੇੜੀਆਂ ਗਲੀਆਂ 'ਚ ਇਨੀ ਦਿਨੀ ਅੱਡੀਆਂ ਰਗੜ ਰਹੇ ਹੁੰਦੇ ਹਨ, ਜਿਨ੍ਹਾਂ ਦੀ ਦੇਖਭਾਲ ਲਈ ਅੱਵਲ ਤਾਂ ਹੁੰਦਾ ਹੀ ਕੋਈ ਨਹੀਂ, ਜੇ ਕੋਈ ਹੁੰਦਾ ਤਾਂ ਅਸਮਰਥ ਹਵੇਸਲਾ ਅਤੇ ਰੋਗੀ ਜ਼ਿੰਦਗੀ ਵੱਲੋਂ ਨਿਰਾਸ। ਇਹੋ ਜਿਹੇ ਮਰੀਜ਼ ਜਿਹੜੇ ਨਿਰੋਲ ਕਿਸਮਤ ਦੇ ਆਸਰੇ ਛੱਡ ਦਿੱਤੇ ਗਏ ਹੁੰਦੇ ਹਨ, ਉਹਨਾਂ ਦੀ ਦੇਖਭਾਲ ਹੈ ਵਰਿਆਮ ਸਿੰਘ ਦੇ ਜਿੰਮੇ। ਪਰ ਮੁਸ਼ਕਲ ਇਹ ਹੈ ਕਿ ਕੋਈ ਸ਼ਹਿਰ ਦੇ ਇੱਕ ਸਿਰੇ ਕੋਈ ਦੂਜੇ ਸਿਰੇ ਵਰਿਆਮ ਸਿੰਘ ਹੈ, ਇੱਕ ਤੋਂ 4 ਤਾਂ ਹੋ ਨਹੀਂ ਸਕਦਾ, ਪਰ ਉਹਦੀ ਲੋੜ ਇੰਨੇ ਘਰਾਂ ਨੂੰ ਹੈ ਕਿ ਜੋ ਸਭਨਾਂ ਘਰਾਂ 'ਚ ਜਾਣਾ ਚਾਹੇ ਤਾਂ 8 ਪੈਰਾਂ 'ਚ ਕੋਈ ਵਕਤ ਵੀ ਉਸਨੂੰ ਕਿਸੇ ਹੋਰ ਕੰਮ ਲਈ ਨਾ ਮਿਲ ਸਕੇ। ਵਕਤ 12 ਤੋਂ ਉੱਪਰ ਹੋ ਚੁੱਕਾ ਸੀ। ਉਸ ਬੂਹਾ ਬੰਦ ਕੀਤਾ, ਕਾਲੀ ਕਾਲੀ ਜਰਾਬਾਂ ਦੀਆਂ ਅੱਡੀਆਂ ਨੂੰ ਜਿਹੜੀਆਂ ਚੁੱਕੀਆਂ ਪਟ ਗਈਆਂ ਸਨ, ਸੂਈ ਧਾਗੇ ਦੇ ਮੋਟੇ ਦੜੰਗੇ ਲਾ ਰਿਹਾ ਸੀ। ਇਸ ਵੇਲੇ ਬੂਹੇ ਦੀ ਮੋਕਲੀ ਝੀਤ ਵਿੱਚੋਂ ਉਹਨੂੰ ਕੋਈ ਸ਼ਰਬਤੀ ਰੰਗ ਦੀ ਮੋਟੀ ਅਤੇ ਚਮਕੀਲੀ ਅੱਖ ਝਾਕਦੀ ਨਜ਼ਰ ਆਈ। ਉਹਨੇ ਉਵੇਂ ਇੱਕ ਹੱਥ 'ਚ ਜੁਰਾਬ ਅਤੇ ਦੂਜੇ 'ਚ ਸੂਈ ਧਾਗਾ ਫੜੀ ਉੱਠ ਕੇ ਬੂਹਾ ਖੋਲ੍ਹਤਾ। ਸਾਹਮਣੇ ਸਰੋਜ ਖੜੀ ਸੀ, ਬੂਹਾ ਖੋਲ੍ਹਦਿਆਂ ਹੀ ਅੰਦਰ ਆ ਗਏ। ਵਰਿਆਮ ਸਿੰਘ ਨੇ ਵੇਖਿਆ ਉਹਦਾ ਚਿਹਰਾ ਮੁਰਝਾਇਆ ਹੋਇਆ ਸੀ, ਜਿਸ ਉੱਤੇ ਪਲੱਤਣ ਫੈਲ ਰਹੀ ਸੀ। ਅੱਖਾਂ 'ਚ ਅੱਥਰੂ ਆ ਕੇ ਖੁਸ਼ਕ ਹੋਏ ਪਏ ਸਨ। ਹੋਠਾਂ ਦੇ ਪਿਆਜ਼ੀ ਰੰਗ ਉੱਤੇ ਬਰਸਾਤੀ ਬੱਦਲੀ ਵਰਗੀ ਕਲੱਤਣ ਛਾਈ ਸੀ। ਸਰੋਜ, ਉਹਦੇ ਹੱਥੋਂ ਜਰਾਬ ਡਿੱਗ ਪਈ, ਕਿਉਂ ਕੀ ਗੱਲ ਹੈ? ਤੁਸਾਂ ਕੁਝ ਸੁਣਿਆ ਹੈ ਪਾਪਾ ਜੀ? ਟੁੱਟੇ ਹੋਏ ਰੌਣ 'ਚ ਮੰਜੇ 'ਤੇ ਬੈਠਦਿਆਂ ਸਰੋਜ ਨੇ ਕਿਹਾ। ਕੀ? ਵਰਿਆਮ ਸਿੰਘ ਨੇ ਫਿਕਰ ਜਿਹਾ ਪੈ ਗਿਆ। ਕੁਲਦੀਪ ਨੇ ਵਿਆਹ ਕਰਾ ਲਿਆ? ਹੈਂ? ਹਾਂ। ਕਿਸ ਨਾਲ? ਉਸੇ ਨਾਲ। ਪ੍ਰਕਾਸ਼ ਨਾਲ? ਹਾਂ। ਸਰੋਜ ਦੇ ਮੂੰਹ ਪਰਲੇ ਪਾਸੇ ਕਰ ਲਿਆ, ਸ਼ਾਇਦ ਇਸ ਡਰੋਂ ਕਿ ਉਹਦੇ ਦਿਲ ਦੀ ਪੀੜ ਨੂੰ ਵਰਿਆਮ ਸਿੰਘ ਪੜ੍ਹ ਨਾ ਲਏ। ਸਤਿਆਨਾਸ, ਵਰਿਆਮ ਸਿੰਘ ਦੇ ਮੂੰਹੋਂ ਚੀਰਵੀਂ ਆਵਾਜ਼ ਨਿਕਲੀ। ਜਿਸ ਗੱਲ ਦਾ ਡਰ ਸੀ ਉਹ ਇਹ ਹੋ ਕੇ ਰਹੀ। ਕੁਲਦੀਪ ਦੀ ਚਿੰਤਾ ਨੂੰ ਵਿੱਚੇ ਛੱਡ ਕੇ ਸਰੋਜ ਦੀ ਹਾਲਤ ਅਨੁਭਵ ਕਰਦਾ ਬੋਲਿਆ, ਕਦੋਂ ਹੋਇਆ? ਅੱਜ ਸਵੇਰੇ। ਸਰੋਜ ਨੇ ਉਵੇਂ ਹੀ ਦੂਜੇ ਪਾਸੇ ਮੂੰਹ ਕੀਤੀ ਆ ਕੇ। ਵਰਿਆਮ ਸਿੰਘ ਸਮਝ ਗਿਆ ਕਿ ਸਰੋਜ ਦੇ ਦਿਲ 'ਤੇ ਇਸ ਵੇਲੇ ਕੀ ਗੁਜ਼ਰ ਰਹੀ ਹੈ। ਉਹ ਗਾਂ ਵਧੀਆ ਅਤੇ ਉਹਦੇ ਸਿਰ ਨੂੰ ਪਲੋਸਦਾ ਮੁਸਕਰਾ ਕੇ ਬੋਲਿਆ, ਜੋ ਹੋਣਾ ਸੀ ਹੋ ਗਿਆ। ਸਰੋਜ ਨੇ ਜਵਾਬ ਨਾ ਦਿੱਤਾ। ਕੁਲਦੀਪ ਵੱਲੋਂ ਭਾਵੇਂ ਉਹ ਪਹਿਲਾਂ ਹੀ ਨਿਰਾਸ਼ ਹੋ ਚੁੱਕੀ ਸੀ, ਪਰ ਇਸ ਨਵੀਂ ਘਟਨਾ ਦੇ ਅਸਰ ਤੋਂ ਉਹ ਬਚ ਨਹੀਂ ਸਕੀ। ਉਸੇ ਤਰ੍ਹਾਂ ਜਿਵੇਂ ਇੱਕ ਕਰਜ਼ਾਈ ਦਾ ਗਹਿਣੇ ਪੈ ਚੁੱਕਿਆ ਮਕਾਨ ਅੱਜ ਸਰੇ ਬਾਜ਼ਾਰ ਨਿਲਾਮ ਹੋਇਆ ਹੋਵੇ ਅਤੇ ਕੋਈ ਹੋਰ ਖਰੀਦਦਾਰ ਉਹਦੇ ਦੇਖਦਿਆਂ ਮਕਾਨ ਦਾ ਵਾਰਸ ਬਣ ਗਿਆ ਹੋਵੇ। ਸਰੋਜ, ਵਰਿਆਮ ਸਿੰਘ ਨੇ ਆਪਣੀ ਹਮਦਰਦੀ ਭਰੇ ਹੱਥ ਨਾਲ ਉਹਦਾ ਮੋਢਾ ਥਾਪੜਦਿਆਂ ਕਿਹਾ, ਤੂੰ ਕਿਉਂ ਇੰਨੀ ਪਰੇਸ਼ਾਨ ਹੋ ਰਹੀ ਹੈ? ਤੇਰੇ ਵੱਲੋਂ ਤਾਂ ਉਹ ਕਦੇ ਦਾ ਜਾ ਚੁੱਕਾ ਸੀ। ਸਰੋਜ ਫਿਰ ਵੀ ਚੁੱਪ ਰਹੀ। ਸ਼ਾਇਦ ਉਹਦੇ ਅਰਮਾਨਾਂ ਦੀ ਬੰਨੀ ਹੋਈ ਪੰਡ ਦੀ ਕੋਈ ਕੰਨੀ ਖੁੱਲ੍ਹਦੀ ਜਾ ਰਹੀ ਸੀ। ਵਰਿਆਮ ਸਿੰਘ ਲਈ ਸਰੋਜ ਦੀ ਹਾਲਤ ਸਹਾਰਨੀ ਮੁਸ਼ਕਲ ਹੋ ਗਈ। ਇਹ ਹਾਲਤ ਸ਼ਾਇਦ ਅਜਿਹੀ ਸੀ ਜਿਸ ਉੱਤੇ ਕੋਈ ਸਿੱਖਿਆ ਕੋਈ ਦਲੀਲ ਕਾਟ ਨਹੀਂ ਕਰ ਸਕਦੀ। ਉਸ ਪੁੱਛਿਆ, ਕਿੱਥੋਂ ਆ ਰਹੀ ਹੈ? ਗੁਰਦੁਆਰਿਓਂ। ਅੱਖਾਂ ਤਾੜੇ ਲਾਈ ਸਰੋਜ ਨੇ ਉੱਤਰ ਦਿੱਤਾ। ਇਸ ਵੇਲੇ ਗੁਰਦੁਆਰਿਓਂ? ਹਾਂਜੀ, ਜੱਥੇ ਨੂੰ ਲੈ ਕੇ ਗਈ ਸੀ। ਪਰ ਤੇਰੇ ਜੱਥੇ ਦਾ ਕੀਰਤਨ ਤਾਂ ਸ਼ਾਮ ਨੂੰ ਹੁੰਦਾ, ਸਕੱਤਰ ਨੇ ਸਵੇਰੇ ਸੱਦ ਭੇਜਿਆ ਸੀ ਆਨੰਦ ਕਾਰਜ ਲਈ।
ਆਨੰਦ ਕਾਰਜ ਤੇਰੇ ਜਥੇ ਨੇ ਕਰਾਇਆ ਸੀ ਕੁਲਦੀਪ ਦਾ। ਵਰਿਆਮ ਸਿੰਘ ਦਾ ਮਜ਼ਬੂਤ ਦਿਲ ਆਪਣੀ ਥਾਂ 'ਤੇ ਕਾਇਮ ਨਾ ਰਹਿ ਸਕਿਆ। ਉਹ ਤਾਂ ਤਾਂ ਆਉਂਦਾ ਉਹਨੂੰ ਜਾਪਣ ਲੱਗਾ। ਉਹਨੇ ਸਰੋਜ ਦੀਆਂ ਅੱਖਾਂ ਵਿੱਚ ਅੱਖਾਂ ਕੱਢ ਕੇ ਫਿਰ ਪੁੱਛਿਆ, ਸਰੋਜ ਤੂੰ ਕਰਾਇਆ ਉਹਨਾਂ ਦਾ ਆਨੰਦ ਕਾਰਜ? ਹਾਂਜੀ, ਕਹਿ ਕੇ ਸਰੋਜ ਨੇ ਦੋਵਾਂ ਹੱਥਾਂ ਨਾਲ ਮੂੰਹ ਲੁਕਾ ਲਿਆ, ਪਰ ਉਹ ਆਪਣੇ ਭਾਵਾਂ ਨੂੰ ਵਰਿਆਮ ਸਿੰਘ ਪਾਸੋਂ ਹੋਰ ਨਾ ਲੁਕਾ ਸਕੀ। ਫੁੱਟ ਫੁੱਟ ਕੇ ਰੋ ਰਹੀ ਸੀ। ਵਰਿਆਮ ਸਿੰਘ ਦੀਆਂ ਅੱਖਾਂ ਵੀ ਨਮ ਹੋ ਗਈਆਂ। ਜ਼ਿੰਦਗੀ 'ਚ ਕਦੇ ਪਹਿਲਾਂ ਵੀ ਉਹਦੀਆਂ ਅੱਖਾਂ 'ਚ ਨਮੀ ਆਈ ਸੀ? ਜੇ ਕੋਈ ਉਹਨੂੰ ਪੁੱਛੇ ਤਾਂ ਸ਼ਾਇਦ ਉਹ ਦੱਸ ਨਾ ਸਕੇ। ਕੋਲ ਬੈਠ ਕੇ ਉਹਨੇ ਸਰੋਜ ਦਾ ਉਵੇਂ ਹੀ ਮੋਢਾ ਥੱਪੜਦਿਆਂ ਦਿਲਾਸਾ ਦੇਣਾ ਸ਼ੁਰੂ ਕੀਤਾ, ਸਰੋਜ ਭੁੱਲ ਜਾ ਇਸ ਗੱਲ ਨੂੰ, ਸਮਝ ਲੈ ਕੁਝ ਹੋਇਆ ਹੀ ਨਹੀਂ। ਸਰੋਜ ਉੱਤੇ ਆਪਣੀ ਸਿੱਖਿਆ ਦਾ ਕੋਈ ਅਸਰ ਨਾ ਹੋ ਰਿਹਾ ਵੇਖ ਕੇ ਵਰਿਆਮ ਸਿੰਘ ਘਾਬਰ ਗਿਆ। ਕੁਝ ਸੋਚ ਕੇ ਕਹਿਣ ਲੱਗਾ, ਤੈਨੂੰ ਘਰ ਜਾਣ ਦੀ ਬਹੁਤ ਕਾਹਲੀ ਤਾਂ ਨਹੀਂ ਸਰੋਜ? ਸਰੋਜ ਨੇ ਨਜ਼ਰ ਉੱਚੀ ਕੀਤੀ, ਕਿਉਂ ਐਵੇਂ ਪੁੱਛਿਆ? ਕੋਈ ਖਾਸ ਤਾਂ ਨਹੀਂ, ਸਿਰਫ ਬਾਊ ਜੀ ਦਾ ਫਿਕਰ ਹੈ, ਪਰਸੋਂ ਦੇ ਪੀਣ 'ਚ ਰੁੱਝੇ ਹੋਏ ਨੇ। ਤੁਹਾਡਾ ਨੌਕਰ ਤਾਂ ਹੋਏਗਾ ਘਰ 'ਚ? ਹਾਂ ਹੈ ਤਾਂ ਸਹੀ, ਅਤੇ ਨਾਲੇ ਰਧੀਆ ਵੀ, ਉਹ ਵੀ ਘਰੇ ਹੈ। ਤਾਂ ਘੱਟੇ 2 ਘੰਟਿਆਂ ਲਈ ਜੇ ਤੂੰ ਚੱਲ ਸਕੇ ਤਾਂ ਅੱਜ ਮੇਰੇ ਨਾਲ ਚੱਲ, ਤੇਰਾ ਦਿਲ ਜ਼ਰਾ ਹੋਰ ਥੇ ਪਏਗਾ। ਸਰੋਜ ਪਹਿਲਾਂ ਇੱਕ ਵਾਰੀ ਇਨਕਾਰ ਕਰਕੇ ਅੱਜ ਤੱਕ ਪਛਤਾ ਰਹੀ ਸੀ, ਹੁਣ ਉਹ ਫਿਰ ਇਨਕਾਰ ਕਰਕੇ ਪਛਤਾਵੇ ਦੀ ਮਿਆਦ ਹੋਰ ਲੰਮੀ ਨਹੀਂ ਸੀ ਕਰਨਾ ਚਾਹੁੰਦੀ। ਕਿਸੇ ਪਾਸੇ ਜਾਣ ਦੀ ਰੁਚੀ ਨਾ ਹੋਣ 'ਤੇ ਵੀ ਘਰ 'ਚ ਪਿਤਾ ਦੀ ਹਾਲਤ ਦਾ ਫਿਕਰ ਹੋਣ 'ਤੇ ਵੀ ਉਹ ਨਾ ਨਾ ਕਰ ਸਕੀ। ਬੋਲੀ, ਚਲੀ ਜਾਵਾਂਗੀ। ਅਤੇ ਬਿਨਾਂ ਕੁਝ ਕਿਹਾ ਸੁਣਿਆ ਵਰਿਆਮ ਸਿੰਘ ਨੇ ਬੈਗ ਫੜ ਲਿਆ। ਦੋਵੇਂ ਬਾਹਰ ਨਿਕਲੇ ਅਤੇ ਬੂਹੇ ਨੂੰ ਜੰਦਰਾ ਮਾਰ ਕੇ ਇੱਕ ਪਾਸੇ ਹੋ